ਮੰਮੀ ਆ ਤੂੰ ਸਬਜ਼ੀ ਚੀਰ ਦਿਓ, ਮੈਂ ਨਾ ਪਸ਼ੂਆਂ ਵੱਲ ਦੇਖਣਾ। ਲੈ ਪੁੱਤ ਸਬਜ਼ੀ ਤਾਂ ਮੈਂ ਚੀਰ ਦਿੰਦੀ ਹਾਂ। ਠੀਕ ਹੈ ਮੈਂ ਤੈਨੂੰ ਐਂ ਕਹਿੰਦੀ ਸੀਗੀ। ਹਾਂ ਮੰਮੀ, ਉਹ ਤੇਰੇ ਰਾਜਪਾਲ ਨਾਲ ਗੱਲ ਨਹੀਂ ਹੋਈ ਕਦੇ? ਹਾਂ ਮੰਮੀ ਹੋ ਜਾਂਦੀ ਗੱਲ, ਤਾਂ ਕਦੇ ਮਾਸੀ ਲਾ ਲੈਂਦੀ ਹੁੰਦੀ ਹੈ ਫੋਨ, ਫਿਰ ਵਿੱਚ ਦੀ ਵੀਰਾ ਵੀ ਗੱਲ ਕਰ ਲੈਂਦਾ। ਅੱਛਾ, ਮੈਂ ਤਾਂ ਐਂ ਪੁੱਛਦੀ ਸੀ ਵੀ ਹਰਪ੍ਰੀਤ ਕੰਨੀ ਕਿਵੇਂ ਆ, ਖੈਰ ਸੁੱਖ ਆ ਗਈ? 1.5 ਸਾਲ ਹੋ ਗਏ ਤਾਂ ਨਾ ਕਦੇ ਫੋਨ ਕੀਤਾ, ਨਾ ਹੀ ਕਦੇ ਆਪਾਂ ਗਏ ਆ, ਨਾ ਫੋਨ ਕੀਤਾ ਉਹਨੂੰ। ਮੰਮੀ ਹੋ ਜਾਂਦੀ ਹੈ ਗੱਲ, ਵੈਸੇ ਮਾਸੀ ਕਈ ਵਾਰ ਦੱਸਦੀ ਹੁੰਦੀ ਆ ਵੀ ਟੱਕਰਦੀ ਹੁੰਦੀ ਹੈ ਮਾਸੀ ਉਹਨੂੰ, ਹਰਪ੍ਰੀਤ ਦੀ ਸੱਸ, ਕਹਿੰਦੀ ਵਧੀਆ ਸਾਰਾ ਕੁਛ ਘਰੇ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ, ਵਧੀਆ ਆਪਦੇ ਘਰੇ ਸੁੱਖੀ ਸਾਂਦੀ ਆ। ਚੱਲ ਵਧੀਆ ਗੱਲ ਆ ਪੁੱਤ, ਜੇ ਸੁੱਖ ਸਾਂਦੀ ਰਹੂਗੀ ਤਾਂ। ਆਇਆ ਮੰਮੀ ਜਾ, ਔਖਾ ਹੁੰਦਾ ਦੇਖ ਕੇ ਵੀ, ਐਂ ਜੇ ਇੰਨਾ ਟਾਈਮ ਹੋ ਗਿਆ ਨਾ ਉਹ ਆਈ ਹੈ ਨਾ ਉਹਦੇ ਕੋਲ ਗਿਆ ਕੋਈ। ਮੰਮੀ ਦੇਖ, ਜਾਣ ਨੂੰ ਤਾਂ ਸਾਡਾ ਵੀ ਦਿਲ ਕਰਦਾ ਵੀ ਚੱਲ ਆਪਾਂ ਕਿਹੜਾ ਸਿੱਟੀ ਹੋਈ ਸੀ ਵੀ ਜਾ ਵੜਗੇ, ਪਰ ਜਦੋਂ ਉਹ ਆਪਾਂ ਨੂੰ ਆਪ ਹੀ ਨਹੀਂ ਫੋਨ ਕਰਦੀ, ਇੱਕ ਵਾਰੀ ਵੀ ਕਿਹਾ ਉਹਨੇ ਫੋਨ ਲਾ ਕੇ ਵੀ ਹਾਂ ਵੀਰੇ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਉੱਤੋਂ ਦੀ ਹੋ ਕੇ ਜਾ ਵੜੀ, ਇੱਕ ਵਾਰੀ ਤਾਂ ਕਹਿੰਦੀ ਮਾਂ ਉਹ ਆਪਾਂ ਨੂੰ। ਚੱਲ ਕੋਈ ਨਹੀਂ ਪੁੱਤ, ਜੇ ਉਹਨੇ ਫੋਨ ਨਹੀਂ ਕੀਤਾ ਆਪਾਂ ਵੀ ਕਰ ਸਕਦੇ ਹਾਂਗੇ, ਆਪਾਂ ਤਾਂ ਸਮਝਦਾਰ ਹਾਂ, ਵੱਡੇ ਹਾਂ ਤੁਸੀਂ ਤਾਂ, ਉਹ ਤਾਂ ਨਿਆਣੀ ਹੈਗੀ। ਆਪਾਂ ਕਿੰਨੇ ਵਾਰ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਅੱਗੋਂ ਫੋਨ ਬਿਜ਼ੀ ਆਉਂਦਾ ਹੁੰਦਾ ਉਹਦਾ, ਕੀ ਪਤਾ ਆਪਾਂ ਨੂੰ ਬਲੌਕ ਕਰਤਾ ਹੋਵੇ ਉਹਨੇ। ਹੁਣ ਦੱਸ ਕੀ ਕਰੀਏ ਆਪਾਂ ਉੱਤੋਂ ਦੀ ਹੋ ਕੇ ਕਿਵੇਂ ਜਾਗੇ ਉਹਦੇ, ਜਦੋਂ ਅਗਲੀ ਆਪ ਨਹੀਂ ਬੁਲਾਉਣਾ ਚਾਹੁੰਦੀ ਆਪਾਂ ਨੂੰ। ਚੱਲ ਕੋਈ ਨਹੀਂ ਪੁੱਤ, ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ। ਮੇਰੀ ਗੱਲ ਸੁਣ, ਦੇਖ ਆਪ ਵੀ ਤਾਂ ਆ ਹੀ ਸਕਦੀ ਸੀ ਆਪਦੇ ਪ੍ਰਾਹੁਣੇ ਨੂੰ ਲੈ ਕੇ ਇੱਥੇ ਵੀ ਭਾਈ ਹਾਂ ਮੇਰੇ ਤੋਂ ਗਲਤੀ ਹੋ ਗਈ, ਚੱਲ ਮਾਂ ਕੋਈ ਨਾ ਵੀ ਮੈਂ ਆਪਦੇ ਘਰੇ ਵਧੀਆ ਖੁਸ਼ ਹਾਂ, ਮੈਨੂੰ ਕੋਈ ਦਿੱਕਤ ਨਹੀਂ, ਆਪ ਵੀ ਤਾਂ ਮਿਲ ਸਕਦੀ ਸੀ ਤੈਨੂੰ ਆ ਕੇ। ਕੀ ਪਤਾ ਪੁੱਤ ਹੁਣ ਉੱਥੇ ਕਿਵੇਂ ਆ, ਆਪਾਂ ਕਿਹੜਾ ਜਾ ਕੇ ਦੇਖਿਆ ਗਾ ਜਾਂ ਉਹਨੇ ਆਪਾਂ ਨੂੰ ਦੱਸਿਆ ਗਾ ਕਿਵੇਂ ਕੀ ਹੈ। ਮੰਮੀ ਵਧੀਆ ਹੈਗੀ ਆ, ਮੇਰੀ ਹੁੰਦੀ ਆ ਮਾਸੀ ਨਾਲ ਰੋਜ਼ ਗੱਲ, ਮੈਂ ਵੀ ਪੁੱਛਦੀ ਹੁੰਦੀ ਹਾਂ ਵੀ ਭਾਈ ਹਰਪ੍ਰੀਤ ਕਿਵੇਂ ਆ ਕਿਵੇਂ ਨਹੀਂ, ਕਹਿ ਦਿੰਦੀ ਬਹੁਤ ਵਧੀਆ ਆਪਦੇ ਘਰੇ। ਚੱਲ ਚੰਗਾ ਪੁੱਤ, ਵਧੀਆ ਰਵੇ ਆਪਦੇ ਘਰੇ। ਚੱਲ ਮਾਂ ਤੂੰ ਕਿਉਂ ਫਿਕਰ ਕਰਦੀ ਆ, ਆਹ ਟੈਨਸ਼ਨ ਕਰ ਕਰ ਨਾ ਦੇਖ ਲਾ ਦਵਾਈਆਂ ਵੀ ਚੱਲਣ ਲਾ ਲਈਆਂ ਆਪਦੀਆਂ, ਹੁਣ ਐਵੇਂ ਕਿਉਂ ਬਿਮਾਰ ਹੁੰਦੀ ਆ ਤੂੰ, ਦੂਜੇ ਦਿਨ ਰੋਣ ਬਹਿ ਜਾਂਦੀ ਆ ਤੂੰ ਵੀ ਮਾਂ, ਕਮਾਲ ਕਰਦੀ ਆ। ਤੈਨੂੰ ਐਂ ਲੱਗਦਾ ਪੁੱਤ ਦੂਜੇ ਦਿਨ ਰੋਣ ਬਹਿ ਜਾਂਦੀ ਆ, ਮੈਨੂੰ ਪੁੱਛ ਕੇ ਦੇ ਮੇਰੀ ਧੀ ਆ। ਚੱਲ ਕਿੰਨਾ ਚਿਰ ਹੋ ਗਿਆ, ਨਾ ਤਾਂ ਉਹਦੇ ਨਾਲ ਕੋਈ ਗੱਲ ਹੋਈ ਆ ਨਾ ਉਹਨੂੰ ਕਦੇ ਕੋਈ ਮਿਲਣ ਗਿਆ। ਚੱਲ ਮਾਂ ਮਨ ਨਾ ਹੌਲਾ ਕਰ ਐਵੇਂ ਆਪਦਾ, ਕੋਈ ਗੱਲ ਨਹੀਂ ਦੇਖਦੇ ਆ, ਚੱਲ ਜੇ ਚੱਕ ਲੂਗੀ ਅੱਜ ਫੋਨ ਲਾ ਕੇ ਦੇਖਾਂਗੇ ਆਪਾਂ, ਜੇ ਚੱਕ ਲਿਆ ਭਾਈ ਕਰ ਲਾਂਗੇ ਗੱਲ। ਚੱਲ ਚੰਗਾ ਕਰ ਲਾ ਕੰਮ ਆਪਦਾ, ਇਹਨਾਂ ਨੂੰ ਕੀ ਪਤਾ ਵਿਚਾਰੀ ਕੀ ਪਤਾ ਉੱਥੇ ਕਿਵੇਂ ਆ ਕਿਵੇਂ ਨਾ, ਇਹ ਤਾਂ ਕਹਿ ਦਿੰਦੇ ਆ ਵੀ ਵਧੀਆ ਹੀ ਹੋਊਗੀ, ਉਹ ਤਾਂ ਹੁਣ ਜਾਏ ਤੇ ਪਤਾ ਲੱਗੂ ਨਾ ਵੀ ਕਿਵੇਂ ਆ ਉੱਥੇ। ਰਾਜਪਾਲ ਕੀ ਕਰਨ ਆਇਆ ਸੀ ਘਰੇ ਆਪਣੇ? ਬੇਬੇ ਦੇਖ ਲਾ ਤੀਜੇ ਕਿ ਦਿਨ ਕੁੱਟਣ ਲੱਗ ਜਾਂਦੇ ਨਾ। ਕੀ ਦੱਸਾਂ ਸੀ ਬੇਬੇ, ਇਹਦੀ ਸ਼ਹਿ ਨਾ ਲਿਆ ਕਰ, ਮੇਰੀ ਗੱਲ ਸੁਣ ਲਾ, ਅੱਜ ਤੋਂ ਬਾਅਦ ਜੇ ਆਪਣੇ ਘਰੇ ਕੋਈ ਆ ਗਿਆ ਨਾ ਤਾਂ ਮੈਂ ਦੱਸਦਾ ਦੇਖ ਲਾ ਲਿਆ ਕਰ ਬਾਲੀ, ਮੈਂ ਤੈਨੂੰ ਦੱਸਦਾ ਇਹ ਬਾਲੀ ਨਾ ਤੂੰ ਚਮਲਾਈ ਆ। ਕੀ ਚਮਲਾਈ ਆ ਭਾਈ, ਬੋਲਦੀ ਨਹੀਂ ਹੁਣ ਗੱਲ ਕਰ ਇੱਧਰ। ਮੈਂ ਕੁਝ ਨਹੀਂ ਕੀਤਾ ਜੀ, ਮੈਨੂੰ ਤਾਂ ਗੱਲ ਦਾ ਵੀ ਨਹੀਂ ਪਤਾ ਕੀ ਹੋ ਗਿਆ। ਨਾ ਤੂੰ ਐਂ ਦੱਸ ਮੈਨੂੰ, ਰਾਜਪਾਲ ਤੇਰਾ ਕੀ ਲੱਗਦਾ, ਕੀ ਲੱਗਦਾ ਦੱਸ? ਮੇਰਾ ਕੀ ਲੱਗਣਾ, ਭਰਾ ਲੱਗਦਾ ਮੇਰਾ, ਲੱਗਦਾ ਤੇਰਾ ਭਰਾ। ਪਿੰਡ ਦੇ ਲੋਕ ਪਤਾ ਕੀ ਕਹਿੰਦੇ ਆ, ਕਹਿੰਦੇ ਆ ਕਿ ਤੇਰਾ ਯਾਰ ਆ ਉਹ। ਬਸ ਵੇ ਕੁੱਤਿਆਂ ਨੂੰ ਭੁੱਕ ਜਾਂਦਾ ਗਾ। ਨਾ ਵੇ ਫਿਰ ਆਪਣੇ ਘਰੇ ਕਰਨ ਕੀ ਆਇਆ ਸੀ, ਜਦੋਂ ਮੈਂ ਘਰੇ ਹੈ ਨਹੀਂ ਸੀਗਾ, ਕੀ ਕਰਨਾ ਹੈ ਦੱਸ ਮੈਨੂੰ। ਜਦੋਂ ਲੋਕ ਕਹਿੰਦੇ ਆ ਮੈਂ ਕੰਨ 'ਚ ਪਾ ਲੈਂਦਾ ਗੱਲ। ਨਾ ਗੱਲ ਸੁਣ ਲਾ ਮੇਰੀ, ਅੱਜ ਤੋਂ ਬਾਅਦ ਜੇ ਕੋਈ ਮੈਨੂੰ ਲਾਂਭਾ ਮਿਲ ਗਿਆ ਨਾ ਤਾਂ ਦੇਖ ਲਈ ਕਹਿੰਦਾ ਬਣਦਾ ਕੀ ਆ। ਚਾਲੇ ਚੰਬ ਲਿਆ ਗਾ, ਚੰਬ ਲਿਆ ਨਾਲੇ ਨਾ ਚੰਬ ਲਿਆ। ਚੱਲ ਚੱਲ ਅੰਦਰ, ਚੱਲ ਕੁੜੀਏ ਚੱਲ ਅੰਦਰ, ਅੰਦਰੋਂ ਨਿਕਲੀ ਨਾ ਜੇ ਹਿਸਾਬ ਲਾ ਲਈ। ਲੋਕ ਤੇਰਾ ਘਰ ਪੱਟ ਦੇਣਗੇ ਤੇ ਕਿ ਜੋ ਤੁਸੀਂ ਨਾ ਕਲੇਸ਼ ਪਾਓ, ਨਾ ਰੰਡੀ ਰੋਣਾ ਛੱਡ ਦਿਓ ਕਿਸੇ ਵੇਲੇ। ਓ ਬੇਬੇ ਲੋਕਾਂ ਨੇ ਤਾਂ ਗੱਲ ਕਹਿਣੀ ਆ,
ਜਦੋਂ ਆਪਦੇ ਨਹੀਂ ਸਹੀ ਹੈਗੇ, ਆਪਦੇ ਸਹੀ ਹੁਣ ਫਿਰ ਕਿਵੇਂ ਲੋਕ ਬੋਲ ਜਾਣਗੇ? ਤੂੰ ਸਹੀ ਹੈ ਜਿਹੜੀ ਲੱਕ ਲੱਕ ਕੇ ਆਉਣਾ ਰੋਜ਼, ਤੂੰ ਸਹੀ ਹੈ। ਉਹ ਜਦੋਂ ਮੈਨੂੰ ਲੋਕ ਗੱਲਾਂ ਕਰਦੇ ਆ ਨਾ, ਦਿਲ ਮੱਚਦਾ ਮੇਰਾ, ਫਿਰ ਪੀਣੀ ਪੈਂਦੀ ਆ। ਚੰਗਾ ਦਵਲ ਦੇ ਇਹਨੂੰ, ਹਟ ਜਾਣਗੇ ਲੋਕ ਗੱਲਾਂ ਕਰ। ਦਵਲੂਗਾ ਜੇ ਆਹੀ ਲੱਛਣ ਰਹੇ ਤਾਂ। ਕਰਦੀ ਕੀ ਆ? ਪੜ੍ਹਾਈ ਪੱਲੇ ਆ, ਜੇ ਪੜ੍ਹੇਗੀ ਤਾਂ ਆਪਦਾ ਨੌਕਰੀ ਕਰੇਗੀ ਤੂੰ। ਮੈਂ ਵੀ ਇਹ ਗੱਲ ਚਾਹੁੰਦੀ ਆ ਵੀ ਤੈਨੂੰ ਵਧੀਆ ਨੌਕਰੀ ਮਿਲ ਜੂ, ਪਰ ਪੁੱਤ ਤਾਂ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰ। ਕੋਈ ਨਾ ਮੰਮੀ, ਉਹ ਤਾਂ ਮੈਂ ਰੱਖ ਲੂੰਗੀ। ਜੇ ਮੈਂ ਨੌਕਰੀ ਲੱਗੀ ਵਧੀਆ, ਮੇਰੇ ਪੁੱਤ ਨੂੰ ਸੋਹਣੇ ਸੋਹਣੇ ਕੱਪੜੇ ਲਿਆ ਕੇ ਦਿਆ ਕਰੂੰਗੀ, ਹੈ ਨਾ ਪੁੱਤ? ਚੀਜ਼ੀ ਲਿਆ ਕੇ ਦਿਆ ਕਰੂੰਗੀ, ਲਏਗਾ ਨਾ ਚੀਜ਼ੀ? ਆਹੋ, ਇਹਨਾਂ ਨੂੰ ਚੀਜ਼ੀਆਂ ਲਿਆ ਕੇ ਦੇ ਦਿਆ ਕਰ ਬਸ। ਬਸ ਮਾਂ, ਇੱਕ ਵਾਰ ਨੌਕਰੀ ਲੱਗ ਜਾ, ਮੇਰਾ ਸੁਪਨਾ ਪੂਰਾ ਹੋ ਜੇ। ਚੱਲ ਕੋਈ ਨੀ ਪੁੱਤ, ਲੱਗ ਜਾਏਗੀ ਨੌਕਰੀ, ਕੋਈ ਗੱਲ ਨੀ, ਐਵੇਂ ਬਾਹਲਾ ਫਿਕਰ ਨਾ ਕਰਿਆ ਕਰ, ਖਾ ਪੀ ਲਿਆ ਕੁਛ ਉੱਠ ਕੇ। ਬਸ ਜਿਹੜੇ ਦਿਨ ਰਾਤ ਇੱਕ ਕਰਦੇ, ਇਹ ਮਿਹਨਤ ਪੱਲੇ ਪੈ ਜੇ ਮੇਰੇ। ਕੋਈ ਨੀ ਪੁੱਤ, ਪਊਗੀ ਮਿਹਨਤ ਪੱਲੇ ਤੇਰੇ, ਵਾਹਿਗੁਰੂ ਤੇ ਭਰੋਸਾ ਰੱਖ। ਮੰਮੀ ਤੁਸੀਂ ਮੇਰੇ ਨਾਲ ਹੋ, ਮੈਨੂੰ ਇੰਨਾ ਹੀ ਬਹੁਤ ਹੈ। ਮੈਂ ਤਾਂ ਤੇਰੇ ਨਾਲ ਹੀ ਹਾਂ ਪੁੱਤ, ਕੋਈ ਗੱਲ ਨਹੀਂ, ਜਿੰਨਾ ਪੜ੍ਹਨਾ ਪੜ੍ਹ ਲਾ, ਜਿੰਨਾ ਚਿਰ ਤੇਰੀ ਪੜ੍ਹਾਈ ਨਹੀਂ ਨਾ ਪੂਰੀ ਹੁੰਦੀ ਮੈਂ ਉਹਨਾਂ ਚਿਰ ਤੇਰਾ ਵਿਆਹ ਨਹੀਂ ਕਰਦੀ। ਹਾਂ ਮਾਂ, ਜੇ ਮੇਰਾ ਵਿਆਹ ਵੀ ਕਰੇਂਗੀ ਨਾ, ਵਧੀਆ ਮੁੰਡਾ ਲੱਭੀ, ਪੜ੍ਹਿਆ ਲਿਖਿਆ, ਜਿਹੜਾ ਮੈਨੂੰ ਸਮਝੇ ਤੇ ਅੱਗੇ ਜਾ ਕੇ ਵੀ ਮੈਨੂੰ ਜੋਬ ਕਰਨ ਦੇਵੇ। ਕੋਈ ਨਹੀਂ ਪੁੱਤ, ਉਹ ਤਾਂ ਬਾਅਦ ਦੀਆਂ ਗੱਲਾਂ ਨੇ, ਤੂੰ ਕਿਹੜਾ ਹੁਣ ਉਹਦੀ ਪੜ੍ਹਾਈ ਪੂਰੀ ਕਰ ਲੈ। ਠੀਕ ਹੈ ਮਾਂ, ਮੇਰੇ ਕਿੰਨੇ ਸੁਪਨੇ ਸੀਗੇ ਸਾਰੇ ਟੁੱਟ ਗਏ। ਮੰਮੀ ਨੇ ਤਾਂ ਕਿਹਾ ਸੀ ਤੇਰਾ ਵਧੀਆ ਪੜ੍ਹੇ ਲਿਖੇ ਨਾਲ ਵਿਆਹ ਕਰੂੰਗੀ, ਪਰ ਮੈਂ ਭਾਬੀ ਦੇ ਕਹਿਣ ਤੇ ਲਾਡੀ ਨਾਲ ਵਿਆਹ ਕਰਾ ਲਿਆ, ਪਰ ਲਾਡੀ ਵੀ ਨਸ਼ੇ ਪੱਤੇ ਕਰਨ ਲੱਗ ਗਿਆ। 1.5 ਸਾਲ ਵੰਗੂ ਹੋ ਗਿਆ, ਨਾ ਭਾਬੀ ਨੇ ਫੋਨ ਕਰਕੇ ਪੁੱਛਿਆ, ਵੀਰਾ ਤੇ ਮਾਤਾ ਇੱਕ ਵਾਰ ਆ ਕੇ ਵੀ ਨਹੀਂ ਖੜੇ ਮੇਰੇ ਕੋਲ ਵੀ ਤੂੰ ਕਿਵੇਂ ਕਿਵੇਂ ਨਹੀਂ, ਅਸੀਂ ਫੋਨ ਕਰਕੇ ਪੁੱਛਿਆ, ਕੋਈ ਤਿਉਹਾਰ 'ਤੇ ਵੀ ਨਹੀਂ ਆਏ। ਹੁਣ ਲੋਹੜੀ ਦਾ ਤਿਉਹਾਰ ਆਈ ਜਾਂਦਾ, ਕੀ ਪਤਾ ਹੁਣ ਹੀ ਆ ਜਾਏ ਮੇਰੀ ਮਾਂ ਅਤੇ ਵੀਰਾ। ਮੈਨੂੰ ਉਡੀਕ ਆ ਉਹਨਾਂ ਦੀ, ਮੇਰਾ ਦਿਲ ਕਹਿੰਦਾ ਐਕਚੁਲੀ ਤਾਂ ਪੱਕਾ ਹੀ ਆਉਣਗੇ, ਕੋਈ ਨਾ ਕੋਈ ਮੇਰਾ ਪਤਾ ਲੈ ਕੇ ਜਾਣਗੇ। ਤਾਂ ਧੁੱਪ 'ਚ ਚੰਗੀ ਲੱਗਦੀ ਹੈ। ਲੈ ਉਹ ਪਈ ਆ ਮੌਜ ਨਾਲ ਧੁੱਪੇ, ਇਹਦੇ ਕਰਮਾਂ 'ਚ ਆਰਾਮ ਹੈ, ਖਾ ਲੈਂਦੀ ਹੈ ਪਕਾ ਲੈਂਦੀ ਹੈ ਅਤੇ ਐਸ਼ ਕਰ। ਨਹੀਂ ਆ ਜਾ ਨਹੀਂ ਬੰਦ ਤੋਂ, ਧੁੱਪ ਸੇਕਦੀ ਆ ਹੈ, ਹੋਰ ਧੁੱਪ ਸੇਕਦੀ ਆ, ਕੰਮ ਜਾ ਕਰਕੇ ਹਟੀ ਸੀ। ਹੋਰ ਦੱਸ? ਹੋਰ ਵਧੀਆ, ਤੂੰ ਦੱਸ? ਠੀਕ ਹੈ ਵਧੀਆ। ਹੋਰ ਕੀ ਕੁਛ ਕਰਿਆ ਜੀ? ਕੁਛ ਨਹੀਂ, ਕਰਕੇ ਆਈ। ਮੈਂ ਤਾਂ ਉਹ ਟੀਫਨ ਗਿਆ ਸੀ ਤੁਹਾਡੇ ਘਰੇ ਰੋਟੀ ਵਾਲਾ, ਉਹਦੇ ਖੇਤੋਂ ਇੱਧਰ ਆ ਗਿਆ। ਹਾਂ ਮੇਰੇ ਵੀ ਬਸ ਉਹ ਯਾਦ ਹੀ ਨਹੀਂ ਆਇਆ ਫੜਾਉਣਾ, ਤੈਨੂੰ ਪਤਾ ਇੱਕ ਤਾਂ ਕੰਮਾਂ ਕਾਰਾਂ 'ਚ ਬਸ ਟਾਈਮ ਨਹੀਂ ਲੱਗਦਾ, ਇੱਕ ਉੱਧਰ ਨੂੰ ਮੈਂ ਗਈ ਹੀ ਨਹੀਂ। ਨਹੀਂ ਮੰਜਾ ਤਾਂ ਕੱਸ ਲਿਆ ਕਰ, ਮਸਾਂ ਬੈਠੀਆਂ ਤੇ ਨਹੀਂ ਕੱਸੂਗੀ। ਉਰਾਂ ਜੀ ਹੋ ਜਾ, ਇੱਧਰ ਜੇ ਹੋ, ਹੋਰ ਉਰਾਂ ਜੀ ਹੋ ਜਾ, ਹੋ ਜਾ, ਤੇਰੀ ਢੂਹੀ ਜੀ ਦੁਖਦੀ ਹੈ ਨਾ, ਇੱਕ ਤਾਂ ਕਰਕੇ ਨਹੀਂ ਬੈਠਾ ਜਾਂਦਾ। ਪਿੰਗੇ 'ਚ ਪਈਆਂ ਜਾਵਾਂ? ਨਹੀਂ ਬਸ ਕਰਾਂ ਕੀ, ਬਸ ਆਈ, ਮੈਂ ਕਿਹਾ ਮੇਰੇ ਯਾਦ ਆ ਗਿਆ ਅੱਜ, ਮੈਂ ਕਿਹਾ ਮੈਂ ਫੜ ਲਿਆ ਮੈਂ, ਚੱਲ ਮੈਂ ਵੀ ਸੋਚਿਆ ਸੀ, ਮੈਂ ਕਿਹਾ ਚੱਲ ਮੈਂ ਉੱਧਰ ਜਾਊਂਗੀ ਫੜਾਏ ਆਊਂਗੀ। ਹੋਰ ਨੂੰਹ ਰਾਣੀ ਠੀਕ ਹੈ? ਠੀਕ ਹੈ ਨੂੰਹ ਰਾਣੀ, ਬਸ ਵਧੀਆ, ਕੰਮ ਧੰਦਾ ਵਧੀਆ ਕਰਦੀ ਹੈ? ਕਰੀ ਜਾਂਦੀ ਹੈ ਜਿਹੋ ਜਿਹਾ ਹੁੰਦਾ। ਚੱਲ ਕੋਈ ਨਾ, ਤੈਨੂੰ ਪਤਾ ਆਖੇ ਤਾਂ ਕਰਦੀਆਂ ਨੇ, ਜਿੰਨਾ ਕੌੜਦਾ ਉਨਾ ਕੀ ਕਰਦੀਆਂ ਨੇ। ਨਹੀਂ ਆਈ ਅੱਜ ਕੱਲ੍ਹ ਦੀਆਂ ਕਿਹੜੀਆਂ ਬਹੂਆਂ ਹੈ, ਬਸ ਇੱਕ ਨਾਂ ਇੱਕ ਸਰਦਾ ਨਹੀਂ ਵਿਆਹੇ ਬਿਨਾ। ਫਿਰ ਵਿਆਹਣੇ ਤਾਂ ਪੈਂਦੇ ਆ, ਕੀ ਪੈਂਦੇ ਆ, ਉਹੀ ਤਾਂ ਗੱਲ ਹੈ, ਆਪਦੇ ਗਿੱਟੇ ਗੋਡੇ ਖੜੇ ਆ ਫਿਰ। ਹਾਂ ਗਾਹਾਂ ਤਾਂ ਉਹੀ ਗੱਲ ਹੋਵੇ, ਕੰਮ ਧੰਦੇ ਵਾਲਾ ਤੇਰੇ ਨਾਲ ਤਾਂ ਵਧੀਆ ਰਹਿੰਦੀ ਹੈ। ਬਸ ਠੀਕ ਹੈ, ਜਿਹੋ ਜਿਹਾ ਹੈਗਾ ਵਧੀਆ ਹੀ ਹੈ, ਬਸ ਲੜਦੀ ਬੋਲੇ ਨਾ, ਬਸ ਆਈ ਹੁੰਦਾ। ਹਾਂ ਲੜਦੀ ਬੋਲੇ ਤਾਂ ਕਿਉਂ ਨਾ, ਆਏ ਤਾਂ ਬਥੇਰੀ ਗਿੱਟ ਦੀ ਜਵਾਨ ਲੱਗੀ ਹੈ। ਅੱਛਾ ਹਾਂ, ਨਹੀਂ ਉਹਦਾ ਤਾਂ ਤੂੰ ਕਹਿੰਦੀ ਬੁਲਾਈ ਸਿਆਣੀਆਂ ਮੇਰੀ ਨੂੰ, ਅੱਜ ਕੱਲ੍ਹ ਦੀਆਂ ਤਾਂ ਸਿੱਖੀਆਂ ਸਿਖਾਈਆਂ ਆਉਂਦੀਆਂ ਨੇ। ਹਾਂ ਨਹੀਂ ਭੈਣੇ ਸਹੀ ਗੱਲ, ਸਭ ਜਾਣਦੀਆਂ ਨੇ ਕਿੱਥੇ ਕੀ ਬੋਲਣਾ। ਹਾਂ ਗੱਲ ਤਾਂ ਆਏ ਆ ਵੀ ਚੱਲ ਇੱਕ ਆਪਦਾ ਘਰ ਵੱਜ ਗਿਆ। ਚੱਲ ਨਹੀਂ ਕੋਈ ਨਾ, ਜੇ ਉਹੀ ਗੱਲ ਹੈ ਕਿ ਲੜਾ ਬੋਲਾਂਗੇ ਫਿਰ ਮੁੰਡੇ ਕਹਿ ਦਿੰਦੇ ਵੀ ਮਾਂ ਰੋਜ਼ ਹੀ ਕਲੇਸ਼ ਖੜਾ ਕੇ ਰੱਖਦੀ ਹੈ। ਹੈਂ ਚੱਲ ਵਧੀਆ, ਅੜੀਏ ਘਰ ਵੱਸ ਗਿਆ ਮਾੜੀ ਮੋਟੀ, ਉਹ ਕਦੇ ਦਾਰੂ ਪੀ ਲੈਂਦਾ ਲਾਡੀ,
ਤਾਂ ਲੱਗ ਜਾਂਦੀ ਹੈ। ਜੇ ਮਾੜਾ ਮੋਟਾ ਮਾਏ ਕੁਛ ਕਹਿਤਾ ਤਾਂ ਲੱਗ ਜਾਂਦੀ ਹੈ ਬਸ। ਅੱਛਾ, ਲਾਡੀ ਨੇ ਹਜੇ ਛੱਡੀ ਨਹੀਂ ਦਾਰੂ? ਨਾ ਨਾ, ਸਮਾਂ ਹੁਣ ਤਾਂ ਜ਼ਿਆਦਾ ਪੀਣ ਲੱਗ ਗਿਆ, ਡੁੱਬੜਾ ਉਹ ਦਾਰੂ ਪੀਂਦਾ ਗਾ। ਹੋਰ ਸਮਾਂ ਅੱਗੇ ਮਾੜਾ ਮੋਟਾ ਪੀਂਦਾ ਸੀ ਕਦੇ, ਹੁਣ ਡੱਕ ਕੇ ਆ ਜਾਂਦਾ ਕੁੜੇ, ਜੇ ਕਿਸੇ ਕੰਮ ਨੂੰ ਭੇਜਦੇ ਆ। ਮੈਨੂੰ ਤਾਂ ਮੇਰਾ ਕਾਲਾ ਕਹਿੰਦਾ ਸੀ, ਕਹਿੰਦਾ ਮਾਂ, ਕਹਿੰਦਾ ਲਾਡੀ ਕਹਿੰਦਾ ਵੀ ਮੈਂ ਤਾਂ ਦਾਰੂ ਛੱਡਤੀ। ਐ ਮਾਰਦਾ ਗਾ, ਇੱਕ ਦਿਨ ਪੀਤੀ ਨਹੀਂ ਹੋਣੀ ਉਹਦੇ ਛੱਡੀ ਬਣਾ ਦਿੰਦੇ ਆ। ਅੱਛਾ, ਚਲ ਆਈ ਆ ਲੋ, ਚਲ ਕੋਈ ਨਾ, ਕਦੇ ਕਦੇ ਐ ਕੀ ਹੁੰਦਾ ਜਦੋਂ ਹੁਣ ਭੈਣੇ ਪਹਿਲੇ ਦਿਨੋਂ ਪੀਂਦੇ ਆ ਇਹ। ਉਹੀ ਤਾਂ ਹੈ, ਹਟਾਏ ਤੋਂ ਕਿੱਥੇ ਹਟਦੇ ਆ ਹੁਣ। ਨਹੀਂ ਸੱਚ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਮੇਰੇ ਕਾਲੇ ਨੂੰ ਕਰਾ ਦੇ ਕੋਈ ਮੁੱਲ ਮੱਲ ਦੀ, ਜੇ ਤੁਸੀਂ ਜਿਵੇਂ ਲਿਆਂਦੀ ਆ ਮੁੱਲ ਮੱਲ ਦੀ। ਲੈ, ਅਸੀਂ ਮੁੱਲ ਦੀ ਲਿਆਂਦੀ ਆ, ਰਾਜਪਾਲ ਨੇ ਕਰਾਇਆ ਰਿਸ਼ਤਾ ਸਾਡੇ ਤਾਂ। ਅੱਛਾ, ਹਾਂ, ਉਹਦੀ ਮਾਸੀ ਦੀ ਕੁੜੀ, ਉਹਦੀ ਭਰਜਾਈ ਹੈਗਾ। ਹਾਂ, ਤੈਨੂੰ ਕਿਹਨੇ ਕਹਿਤਾ ਵੀ ਮੁੱਲ ਦੀ ਲਿਆਂਦੀ ਅਸੀਂ? ਨਹੀਂ, ਕਿਹਾ ਤਾਂ ਮੈਨੂੰ ਕਿਸੇ ਨੇ ਨੀ, ਪਰ ਮੈਂ ਇਹ ਦੇਖਦੀ ਨਾ ਕਦੇ ਇਹਦੀ ਮਾਂ ਹੀ ਨਾ ਇਹਦਾ ਭਾਈ ਭਰਜਾਈ ਆ, ਕਦੇ ਲੋਹੜੀ ਨਾ, ਕਦੇ ਦੀਵਾਲੀ ਨਾ, ਵਾਰ ਨਾ ਤਿਉਹਾਰ, ਨਹੀਂ ਤਾਂ ਅਗਲਾ ਆਉਂਦਾ ਕਦੇ। ਆਉਂਦਾ ਤਾਂ ਘੱਟ ਹੀ ਆ, ਖਰ ਉਹ ਇੱਕ ਦੋ ਵਾਰੀ ਆਏ, ਆਏ ਨੀ, ਪਤਾ ਨੀ ਕੀ ਗੱਲ ਹੈ, ਨਾ ਕਦੇ ਇਹਨੇ ਕਿਹਾ ਵੀ ਮੈਂ ਜਾਣਾ। ਨੀ, ਮੈਂ ਤਾਂ ਇਹ ਸੋਚਿਆ ਸੀ, ਮੈਂ ਤਾਂ ਪਿੰਡ ਚੋਂ ਵੀ ਸੁਣਿਆ ਸੀ ਇੱਕ ਦੋ ਤੋਂ ਤੇਰੇ ਮੂਹਰੇ ਭੈਣੇ, ਮੈਂ ਉਹੀ ਗੱਲ ਕਿ ਢਿੱਡ 'ਚ ਗੱਲ ਰਹਿੰਦੀ ਨੀ ਅੱਗ ਲਾਉਣੀ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਤਾਂ ਮੁੱਲ ਦੀ ਬਹੂ ਲਿਆਂਦੀ ਹੈ। ਨਹੀਂ, ਐਵੇਂ ਲੋਕ ਗੱਲਾਂ ਬਣਾਉਂਦੇ ਆ ਭੈਣੇ, ਮੁੱਲ ਦੀ ਤਾਂ ਕਾਹਨੂੰ ਹੈ, ਐਵੇਂ ਭੌਂਕੀ ਜਾਂਦੇ ਆ ਲੋਕ। ਅੱਛਾ ਫਿਰ, ਹਾਂ ਮੈਨੂੰ ਵੀ ਕਹਿੰਦੇ ਸੀ ਵੀ ਚੱਲ ਤੇਰੇ ਕਾਲੇ ਨੂੰ ਵੀ ਚੱਲ ਇਹਨਾਂ ਨੂੰ ਪੁੱਛ ਲੈ ਵੀ ਜਿਹਨੇ ਇਹਨੂੰ ਕਰਾਇਆ ਮੁੱਲ ਦੀ ਲਿਆਂਦੇ, 4 ਰੁਪਏ ਲੱਗ ਜਾਣਗੇ ਤਾਂ ਕੋਈ ਨੀ। ਮੈਂ ਕਿਹਾ ਨਾ ਭੈਣੇ, 4-4 ਰੁਪਏ ਕੋਈ ਨੀ ਲਾਏ, ਐਵੇਂ ਕਹਿ ਰਹੇ ਵਿਚਾਰੇ ਰਾਜਪਾਲ ਨੇ ਕਰਾਇਆ ਗਾ, ਚੱਲ ਉਹ ਅਗਲੇ ਦੇ ਘਰ ਦਾ ਮਾਹੌਲ ਹੋਊ, ਕੋਈ ਆਪਣੇ ਬਾਦਰਵਾਜ ਆਉਣ ਜਾਣ ਦਾ ਅਗਲੇ ਦੇ ਨਹੀਂ ਹੋਣਾ, ਪਰ ਉਹ ਆਉਂਦੇ ਬਾਹਲਾ ਘੱਟ ਨੇ, ਉਹ ਦੁੱਖ ਦੇ ਸੁੱਖ ਦੇ ਤਾਂ ਜਮੀਨ ਖਾ ਕੇ ਖੜਦੇ ਉਹ। ਨਹੀਂ, ਹਾਂ ਨੀ, ਤੈਨੂੰ ਪਤਾ ਹੈ ਨਹੀਂ ਵਰਤ ਨਾਲ, ਆਪਣੇ ਤਾਂ ਨਾ ਇਹ ਐਂ ਹੋ ਜਾਂਦਾ, ਇਹਦਾ ਅੱਗਾ ਪਿੱਛਾ ਹੈ ਨਹੀਂ। ਚੱਲ ਕੀ ਹੈ, ਮੈਂ ਕਿਹਾ ਕੋਈ ਹੋਰ ਇਹੋ ਜਿਹਾ ਕੋਈ ਕਾਂਡ ਕਰਾਈ ਹੋਵੇ। ਕਈ ਵਾਰ ਕੁੜੀਆਂ ਐਡੀ ਵੱਡੀ ਗਲਤੀ ਕਰ ਲੈਂਦੀਆਂ ਭੈਣੇ ਕਿਸੇ ਨਾਲ, ਅੱਜ ਕੱਲ੍ਹ ਟੈਂਦ ਵਾਰ ਟਾਈਮ ਮਾੜੇ ਕਿਸੇ ਮੁੰਡੇ ਮੰਡੇ ਨਾਲ, ਅਗਲਾ ਕਹਿੰਦਾ ਕੱਢੋ ਪਰ ਇਹਨੂੰ ਦਾਗ ਲਾ ਕੇ ਮੁੜ ਕੇ ਤੇ ਮੂੰਹ ਨਾ ਦੇਖੋ। ਨਹੀਂ ਨਾ ਭੈਣੇ, ਇਹੋ ਜਿਹੀ ਤਾਂ ਕਾਨੂੰ ਸੀ, ਪੜ੍ਹੀ ਲਿਖੀ ਸੀ, ਦੇਖ ਪੜ੍ਹਦੀ ਵੀ ਸੀ। ਹਾਂ, ਉਦੋਂ ਗੱਲ ਦੱਸੀ ਸੀ, ਗੱਲ ਹੋਈ ਸੀ ਕਿ ਤੁਸੀਂ ਤੂੰ ਉੱਥੇ ਬੈਠੀ ਤਾਂ ਸੀ, ਹਾਂ ਮੈਂ ਬੈਠੀ ਸੀ, ਹਾਂ ਵੀ ਪੜ੍ਹਨ ਲਾਇਓ, ਹਾਂ ਆ ਕੇ ਪੜ੍ਹਨ ਲਾਇਓ। ਅੱਛਾ, ਪੜ੍ਹਨਾ ਸੀ ਭਾਈ, ਲਾਈ ਨਹੀਂ ਆਪਦੇ ਕੰਮ ਦੇ ਮਾਰਿਆਂ ਨੇ। ਹਾਂ, ਤੇ ਉਦੋਂ ਬਾਅਦ ਫਿਰ ਉਹਦਾ ਭਰਾ ਜਦੋਂ ਸੀ ਲੈਣ ਜਾਣਾ ਸੀ ਤੇ ਕਹਿੰਦਾ ਮੈਂ ਤਾਂ ਤੋਰਦਾ ਨਹੀਂ। ਅੱਛਾ, ਹਾਂ ਕਹਿੰਦਾ ਕਿ ਤੁਸੀਂ ਗੱਲ ਕਰਕੇ। ਹਾਂ, ਉਦੋਂ ਲੈ ਗਏ ਸੀ। ਹਾਂ, ਮੁੜ ਕੇ ਭਾਈ ਇਹ ਕਹਿੰਦੀ ਹੈ ਕਿ ਵੀ ਮੈਂ ਤਾਂ ਜਾਊਂਗੀ, ਤੇ ਫਿਰ ਉਹਨਾਂ ਦੀ ਮੰਨੀ ਨਹੀਂ, ਇਹਨੇ ਆ ਗਈ ਮੁੜ ਕੇ, ਆ ਕੇ ਨਹੀਂ ਖੜੇ, ਫਿਰ ਗੁੱਸੇ ਹੋ ਗਏ। ਗੁੱਸੇ ਹੋ ਗਏ। ਨਹੀਂ, ਮੈਂ ਤਾਂ ਐਂ ਟੇਵਾ ਜਿਹਾ ਲਾਇਆ ਸੀ ਮਨ 'ਚ, ਮੈਂ ਕਿਹਾ ਕੀ ਹੈ ਕੋਈ ਐਡੀ ਵੱਡੀ ਗਲਤੀ ਕਰ ਲਈ ਹੋਵੇ। ਨਾ ਨਾ, ਐਂ ਤਾਂ ਭੈਣੇ ਐਸੀ ਗੱਲੋਂ ਤਾਂ ਕੋਈ ਉਹ ਨਹੀਂ ਗਾ। ਹਾਂ, ਇਸ ਗੱਲੋਂ ਤਾਂ ਸਿਆਣੀ ਹੈ, ਪਰ ਲੜਨ ਨੂੰ ਤਾਂ ਐਵੇਂ ਕਹਿ ਦਈਏ ਵੀ ਸੁਣਦੀ ਹੋਊ, ਤੈਨੂੰ ਬਥੇਰੀ ਹੈ, ਲਾਡੀ ਨੂੰ ਬਥੇਰੇ ਚਾਰੇ ਚੱਕ ਚੱਕ ਆਉਂਦੀ ਹੈ, ਤੇ ਪਰ ਆਏ ਆ ਵੀ ਜੇ ਦੋ ਭਾਂਡੇ ਹੁੰਦੇ ਖੜਕਦੇ ਆ, ਖੜਕੀ ਜਾਣ, ਮੈਂ ਵੀ ਕਦੇ ਇੰਨਾ ਅਸਰ ਨਹੀਂ ਲਿਆ ਦਿਮਾਗ 'ਤੇ। ਚਲ ਹਾਂ, ਮੈਨੂੰ ਵੀ ਆਇਆ, ਹੁਣ ਮੈਂ ਵੀ ਮੇਰੇ ਕਾਲੇ ਦਾ ਕਰ ਲਾਂ। ਚੱਲ ਕਰ ਲਾ, ਚੱਲ ਵਧੀਆ, ਚੱਲ ਹੋਜੂ, ਹੁਣ ਕਹਿੰਦੇ ਤਾਂ ਬਥੇਰੇ ਹੀ ਹੈ ਰਿਸ਼ਤੇ। ਚੱਲ ਮੈਨੂੰ ਆਇਆ ਭਾਈ, ਚੱਜ ਦਾ ਦੇਖ ਪਰਖ ਕੇ ਕਰਾਂਗੇ। ਹਾਂ, ਹੁਣ ਸਾਡੇ ਤਾਂ ਵੇਖ ਲੈ 1.5 ਸਾਲ ਹੋ ਗਿਆ ਵਿਆਹ ਨੂੰ। ਹਾਂ, ਹੈ ਤੇ 1.5 ਸਾਲ ਹੋ ਗਿਆ, ਕੁੜੇ ਕੋਈ ਰੱਬ ਨੇ ਸੁਣੀ ਹੈ ਕੋਈ ਨਿੱਕੇ ਨੇ? ਨਾ ਨਾ ਭੈਣੇ, ਕੁਛ ਨਹੀਂ। ਅੱਛਾ, ਧਾਗਾ 2-3 ਵਾਰੀ ਪਵਾਤਾ ਮੈਂ ਤਾਂ, ਤੇ ਕੋਈ ਫਰਕ ਨਹੀਂ। ਨੀ ਕਿਤੇ ਹੁਣ ਸਿਆਣੇ ਸੱਪੇ ਨੂੰ ਦਿਖਾ ਦੇ, ਅੱਜ ਕੱਲ ਤਾਂ ਕਹਿੰਦੇ ਆਉਂਦੀਆਂ ਦੇ ਹੋ ਜੇ, ਨਹੀਂ ਫਿਰ ਬੱਚਾ ਹੁੰਦਾ ਹੀ ਨਹੀਂ। 2-3 ਵਾਰੀ ਮੈਂ ਦਵਾਈ ਵੀ ਦਵਾ ਲਿਆਂਦੀ, ਨਾ ਤਾਂ ਖਾਂਦੀ ਐ ਚੱਜ ਨਾਲ ਦਵਾਈ, ਨਾ ਤਾਂ ਗਤਵੀਤ ਵੀ, ਮੈਨੂੰ ਤਾਂ ਲੱਗਦਾ ਕਿਹੜਾ ਪਾਇਆ ਹੋਣਾ ਇਹਨੇ, ਲਿਆ ਕੇ ਤਾਂ ਮੈਂ ਜਰੂਰ ਦਿੱਤਾ। ਇੱਕ ਗੱਲ ਹੋਰ ਦੱਸਾਂ ਤੈਨੂੰ, ਅੱਜ ਕੱਲ ਦੀਆਂ ਤਾਂ ਨਾ ਤਾਂ ਜੇ ਦਵਾਈ ਲਿਆ ਦੇ ਛੱਡ ਦਿੰਦੀਆਂ ਲੈਂਦੀਆਂ ਨੇ, ਕਹਿ ਦਿੰਦੇ ਐਡੀ ਛੇਤੀ ਕੀ ਹੈ ਜਵਾਕ ਨੂੰ, ਕੀ ਹੈ ਜਵਾਕ ਨੂੰ। ਨਹੀਂ, ਪਹਿਲਾਂ ਆਪਣੇ ਟਾਈਮ ਸੀ ਸੱਸਾਂ ਨੂੰ ਐਂ ਹੋ ਜਾਂਦਾ, ਨਾ ਭਾਈ ਛੇਤੀ ਪੋਤਾ ਪੋਤੀ ਦਾ ਮੂੰਹ ਦੇਖੀਏ, ਅੱਜ ਕੱਲ ਦੀਆਂ ਨਹੀਂ ਬੱਚਾ ਛੇਤੀ ਲੈਂਦੇ। ਨਹੀਂ, ਉਦੋਂ ਭੈਣੇ ਆਏ ਸੀ ਜੇ ਜਵਾਕ ਹੁੰਦਾ ਫਿਰ ਕਹਿੰਦੇ ਬੁੜੀ ਦੇ ਪੈਰ ਲੱਗ ਗਏ। ਹੁਣ ਨਹੀਂ, ਹੁਣ ਤਾਂ ਆ ਕੇ ਤਾਂ ਚੌਧਰ ਭਾਲਦੀਆਂ ਨੇ, ਕਿੱਥੋਂ ਜਵਾਕਾਂ ਦਾ ਇਹਨਾਂ ਨੂੰ ਚੜ੍ਹੀ ਲੱਥੀ ਦੀ ਆ। ਨਹੀਂ ਭੈਣੇ, ਬੰਦ ਤੋਂ ਪਹਿਲਾਂ ਤਾਂ ਜੇ ਜਵਾਕ ਨਹੀਂ ਹੁੰਦਾ ਸੀ ਉਹਦੇ ਸੱਸਾਂ ਕਹਿ ਦਿੰਦੀਆਂ ਸੀ ਵੀ ਇਹ ਤੋਂ ਕੀ ਕਰਾਉਣਾ, ਕੱਢੋ ਇਹਨੂੰ ਘਰੋਂ, ਹੋਰ ਵਿਆਹ ਲਾਂਗੇ ਆਪਾਂ ਮੁੰਡੇ ਨੂੰ। ਨਹੀਂ, ਗੱਲ ਤਾਂ ਭੈਣੇ ਤੇਰੀ ਠੀਕ ਹੈ, ਹੁਣ ਨਹੀਂ ਜਾਣਦੀਆਂ ਇਹੋ ਜਿਹੀਆਂ ਹੁੰਦੀਆਂ,
ਹੁਣ ਤਾਂ ਆ ਸਾਡੀ ਜਾਂਦੀਆਂ ਦੀ ਚੌਧਰ ਹੋਵੇ ਤੇ ਟੌਰ ਕੱਢਣ ਨੂੰ ਹੋਵੇ ਲੀੜਾ ਕੱਪੜਾ, ਜਵਾਕਾਂ ਜਵੂਕਾਂ ਦਾ ਹੈ ਨੀ ਹੁਣ ਦੀਆਂ ਨੂੰ। ਨਹੀਂ ਹੋਰ ਭੈਣੇ, ਪਹਿਲਾਂ ਤਾਂ ਪਤਾ ਕੀ ਕਹਿ ਦਿੰਦੇ ਆ, ਇਹ ਧੋਤੇ ਖੁਰਾਂ ਵਾਲੀ ਹੈ, ਬਾਂਝ ਹੈ, ਇਹ ਤੋਂ ਕੀ ਕਰਾਉਣਾ, ਕੱਢੋ ਪਰੇ ਬਾਂਝ ਨੂੰ। ਨਹੀਂ ਆਹੀ ਤਾਂ ਮੇਰੇ ਦਿਮਾਗ ਤੇ ਹੁਣ ਕਦੇ ਕਦੇ ਰੀਝ ਚੜ ਜਾਂਦੀ ਹੈ, ਮੈਨੂੰ ਤਾਂ ਆਪ ਐਂ ਲੱਗਦਾ ਵੀ ਛੇਤੀ ਛੇਤੀ ਕੋਈ ਬੱਚਾ ਹੋ ਜੇ ਤਾਂ ਚੱਲ ਆਪਦਾ ਬੀੜੀ ਅੱਗੇ ਵੱਧ ਜੇ, ਉਹਨਾਂ ਚਿਰ ਤਾਂ ਭੈਣੇ ਫਿਕਰੀ ਹੈ। ਆਈ ਤਾਂ ਮੈਂ ਤੈਨੂੰ ਕਹਿੰਦੀ ਆ ਵੀ ਹੁਣੀ ਗੌਰ ਕਰ ਲਾ, ਨਹੀਂ ਇਹ ਤੋਂ ਕੀ ਕਰਾਉਣਾ, ਜਦੋਂ ਆਪਦੇ ਘਰ ਦੀ ਨਿਉ ਜਾੜੀ ਨਾ ਕੋਈ ਵਧੀ ਫਿਰ ਇਹ ਤੂੰ ਕੱਲੀ ਦੇਖ, ਇਹਦਾ ਕੀ ਮੂੰਹ ਦੇਖਣਾ ਕੱਲੀ ਦਾ। ਨਹੀਂ ਚੱਲ ਭੈਣੇ ਦੇਖਦੇ ਆ ਦਵਾਈ ਬੂਟੀ ਹੋਰ ਦਵਾ ਕੇ, ਕੀ ਆ ਪਰਮਾਤਮਾ ਸੁਣੀ ਲਵੇ। ਸੁਣੋ ਕੀ ਜੇ ਤਾਂ ਤੇਰੀ ਗੱਲ ਮੰਨਦੀ ਹੈ, ਦੇਖ ਗੁੱਸਾ ਤਾਂ ਕਰੀ ਨਾ ਭੈਣੇ ਮੇਰੀ ਗੱਲ ਦਾ, ਮੈਂ ਤਾਂ ਤੈਨੂੰ ਤੇਰੇ ਫਾਇਦੇ ਵਾਸਤੇ ਕਹਿੰਦੀ ਹਾਂ ਵੀ ਜੇ ਤਾਂ ਤੇਰੀ ਗੱਲ ਮੰਨਦੀ ਹੈ ਕੋਈ ਦਵਾਈ ਬੂਟੀ ਲੈਂਦੀ ਹੈ ਤਾਂ ਤੂੰ ਦੇਖ ਦੋ ਚਾਰ ਮਹੀਨੇ ਹੋਰ, ਨਹੀਂ ਦੇ ਪਰੇ ਤਲਾਕ, ਆਪਾਂ ਕਾਲੇ ਤੇ ਲਾਡੀ ਨੂੰ ਇਕੱਠਿਆਂ ਨੂੰ ਵਿਆਹ ਲਾਂਗੇ। ਚੱਲ ਕੋਈ ਨਹੀਂ ਫਿਰ ਦੇਖਦੇ ਹਾਂ, ਜਿਹੜਾ ਕਰਮਾਂ 'ਚ ਲਿਖਿਆ ਉਹ ਤਾਂ ਫਿਰ ਹੋਊਗਾ। ਸਿਆਣਾ ਹੋ ਕੇ ਤਾਂ ਕਹਿੰਦੇ ਕੋਈ ਸਿਰ ਨਹੀਂ ਗੁੰਦ ਸਕਦਾ ਤੇ ਕਮਲਾ ਹੋ ਕੇ ਸਿੱਟ ਨਹੀਂ ਸਕਦਾ। ਉਹੀ ਤਾਂ ਗੱਲ ਹੈ, ਤਾਂ ਹੀ ਤਾਂ ਕਹਿੰਦੇ ਹੁਣ ਕਰਦੇ ਤਾਂ ਆਪਾਂ ਫਾਇਦੇ ਵਾਸਤੇ ਹੈ, ਲਿਆਂਦੀ ਤਾਂ ਤੂੰ ਆਏ ਸੀ ਵੀ ਚੱਲ ਭਾਈ ਕੋਈ ਮੇਰੇ ਪੋਤੀ ਪੋਤਾ ਹੋਊਗਾ ਘਰੇ, ਉਹੀ ਤਾਂ ਹੈ ਮੇਰੇ ਪੁੱਤ ਦੀ ਕੋਈ ਨਿਉਂ ਜੜ ਵਧੂਗੀ। ਕਦੇ ਵੇਖਲਾ ਨਾਂ ਨਹੀਂ ਲਿਆ ਜਵਾਕ ਦਾ, ਨਾ ਕੋਈ ਵੀ ਮੈਨੂੰ ਦਵਾਈ ਬੂਟੀ ਦਵਾ ਦਿਓ ਤੇ ਬਸ ਆ ਮੇਰੇ ਨਾਲ ਲੜ ਲਈ ਲਾਡੀ ਨਾਲ ਲੜ ਲਈ, ਆਹੀ ਕੰਮ ਚੱਲਦਾ। ਨਹੀਂ ਇਹ ਕਦੋਂ ਲੈਂਦੀਆਂ, ਇਹਨਾਂ ਨੂੰ ਤਾਂ ਐਂ ਜੇ ਕੋਈ ਜਵਾਕ ਹੋਊ ਚੱਕਣਾ ਪਊਗਾ, ਗੂੰਤ ਧੋਣਾ ਪਊ, ਆਪਦੀ ਸ਼ਕੀਨੀ ਦਾ ਨਹਾ ਲਈਆਂ, ਸੋਹਣੇ ਕੱਪੜੇ ਪਾ ਲਏ, ਚੱਕਿਆ ਫੋਨ ਜੇ ਬਹਿ ਜਾਂਦੀਆਂ ਸਾਰਾ ਦਿਨ। ਹਾਂ ਚੱਲ ਠੀਕ ਆ, ਐਂ ਕਰ ਜਾ ਬਣਾਉਣੀ ਆ ਮੈਂ ਚਾਹ, ਫੋਨ ਜਾ ਲਿਆ ਚਾਹ ਕੇ ਹੁਣ ਮੈਂ ਜਾਣੀ ਆ। ਚਾਹ ਪੀ ਕੇ ਜਾਈ ਤੂੰ? ਨਹੀਂ ਚਾਹ ਤਾਂ ਮੈਂ ਪੀ ਕੇ ਆਈ ਸੀਗੀ, ਮੈਂ ਪੀ ਜਾਂਦੀ ਘੁੱਟ ਬਣਾ ਲੈਂਦੀ ਮੈਂ। ਨਾ ਨਾ ਬਸ ਚਾਹ ਤਾਂ ਬਸ ਆ ਗੱਲਾਂ ਬਾਤਾਂ ਕਰ ਲਈਆਂ ਚਾਹ ਵਰਗੀ। ਹੋਰ ਮੈਂ ਵੀ ਹੁਣੀ ਬੇਲੀ ਜੇ ਹੋ ਕੇ ਬੈਠੀ ਸੀ, ਮੇਰੀ ਯਾਦ ਆ ਗਿਆ ਅੱਜ ਮਹਾਂ ਚੱਲ ਫੜ ਕੇ ਲਿਆਉਣੀ ਹੈਗੀ। ਆ ਸੌ ਸੌ ਕੁਛ ਸੁਣਨ ਨੂੰ ਲੋਕਾਂ ਤੋਂ ਮਿਲਦਾਗਾ। ਉਹ ਕੀ ਹੋ ਗਿਆ ਬੇਬੇ? ਇੱਧਰ ਹੋ। ਕੀ ਸੁਣਿਆ ਤੂੰ ਅੱਜ? ਸੁਣਿਆ ਈ ਆ ਤੂੰ ਓਟਕਾ ਖਾ ਕੇ ਡੱਬਾ ਖੇਤ ਹੀ ਸਿੱਟਿਆ ਕਰ, ਦੋ ਮਹੀਨੇ ਹੋ ਗਏ ਉਹਨਾਂ ਨੇ ਘਰੋਂ, ਹੁਣ ਫੜ ਕੇ ਲਿਆਈ ਆ। ਉਹ ਫਿਰ ਤਾਏ ਕੇ ਘਰੀ ਸੀ ਕਿਹੜਾ, ਕਿਤੇ ਬਗਾਨਿਆਂ ਦੇ ਸੀ, ਫਿਰ ਦੁਬਾਰੇ ਲੋੜ ਨਹੀਂ ਪੈਂਦੀ ਚੀਜ਼ ਦੀ, ਫੇਰ ਨਹੀਂ ਰੋਟੀ ਪਾਉਣੀ ਇਹਦੇ ਚ। ਚੱਲ ਠੀਕ ਆ, ਹੁਣ ਮੈਨੂੰ ਐਂ ਦੱਸ ਕੀ ਸੁਣ ਕੇ ਆਈ? ਬਥੇਰਾ ਕੁਛ ਸੁਣਾਇਆ ਤੇਰੀ ਤਾਈ ਨੇ ਤਾਂ ਮੈਨੂੰ, ਮੈਨੂੰ ਕਹਿੰਦੀ ਜਿੱਥੋਂ ਤੁਸੀਂ ਬਹੂ ਮੁੱਲ ਲਿਆਂਦੀ ਆ ਕਹਿੰਦੀ ਸਾਨੂੰ ਵੀ ਲਿਆ ਦਿਓ। ਕਿਉਂ ਮੁੱਲ ਲਿਆ ਉਹਨੂੰ ਕਹਿ, ਦੱਸ ਵੀ ਐਂ ਬਹੂਆਂ ਮਿਲਦੀਆਂ ਨੇ ਕਿਤੇ? ਨਾ ਮੈਂ ਤਾਂ ਕਹਿਤਾ ਫਿਰ ਵੀ ਮੁੱਲ ਵੇਚਣ ਨੂੰ ਕਿਹੜਾ ਮੰਡੀ ਲੱਗੀ ਆ ਵੀ ਅਸੀਂ ਮੰਡੀ ਤੋਂ ਲਿਆਂਦੀ ਆ। ਨਾ ਬੇਬੇ ਉਹਨੇ ਐਂ ਕਾਹਤੋਂ ਕਿਹਾ, ਗੱਲ ਕੀ ਹੈ ਇਹ? ਗੱਲ ਤਾਂ ਐਂ ਹੈ, ਕਹਿੰਦੀ ਨਾ ਤਾਂ ਤੇਰੀ ਨੂੰਹ ਦੇ ਪੇਕੇ ਕਦੇ ਲੋਹੜੀ ਨਾ ਦਿਵਾਲੀ ਨਾ ਕਹਿੰਦੀ ਕਦੇ ਮਿਲਣਾ ਆ ਨਾ ਕਦੇ ਉਹਦੀ ਮਾਂ ਆ ਕੇ ਖੜੀ ਆ, ਕਹਿੰਦੀ ਕਹਿੰਦੀ ਫਿਰ ਲੋਕ ਤਾਂ ਹੀ ਕਹਿੰਦੇ ਆ ਵੀ ਮੁੱਲ ਲਿਆਂਦੀ ਆ ਪੈਸੇ ਦੇ ਕੇ ਤੇ ਤਾਂਹੀਓ ਕੋਈ ਮਗਰ ਆ ਕੇ ਨਹੀਂ ਖੜਦਾ। ਉਹ ਦੇਣਾ ਸੀ ਫਿਰ ਜਵਾਬ ਉੱਥੇ, ਕਹਿੰਦਾ ਲੋਕ ਦਾ ਕੁੱਤੇ ਆ ਭੌਂਕ ਜਾਣਦੇ ਨੇ। ਜਵਾਬ ਤਾਂ ਮੈਂ ਦਿੱਤਾ ਹੀ ਆ, ਹੁਣ ਹੋਰ ਕੀ ਕਰਾਂ। ਕਹਿੰਦੀ ਆ ਕਿ ਜਾਂ ਫਿਰ ਭਾਈ ਕੋਈ ਕਾਰਨਾਮਾ ਕਰਿਆ ਹੋਊ। ਮੈਂ ਕਾਰਨਾਮਾ ਕੀ ਕਰਿਆ, ਤਾਂ ਐਡੀ ਸਿਆਣੀ ਆ ਮਾਂ ਬਹੂ ਸਾਡੀ ਤੇ ਮੈਂ ਬੜੀ ਲਿਖੀ ਆ, ਇਹੋ ਜਿਹੀ ਗੱਲ ਨਹੀਂ ਮੈਂ ਕਿਹਾ ਹੈਗੀ। ਬੇਸ਼ੱਕ ਭਾਵੇਂ ਲੱਖ ਲੜਦੇ ਪੜਦੇ ਆ ਅਸੀਂ, ਅੱਜ ਤਾਂ ਮੈਂ ਬਥੇਰੀਆਂ ਸੁਣਾ ਕੇ ਆਈ ਉਹਨੂੰ। ਨਾ ਫਿਰ ਉਹਨੂੰ ਕੀ ਅੰਦਰਲੀ ਗੱਲ ਦੱਸਦੀ ਆ ਬੰਦਿਆਂ ਨੂੰ ਵੀ ਹਾਂ ਪਤਾ ਨਹੀਂ ਫੋਨ ਨਹੀਂ ਚੱਕਦੇ ਇਹਦਾ, ਪਤਾ ਨਹੀਂ ਇਹ ਹੁਣ ਗੱਲਾਂ ਜਾਂਦੀਆਂ ਜੀ ਬੇਬੇ, ਸਹੀ ਗੱਲ ਆ ਸਾਰਾ ਕੁਛ ਜਿਹੜਾ ਗਲਤੀ ਹੋਈ ਹੈ ਨਾ ਇਹਦੇ ਪੈਰੋਂ ਹੋਈ ਹੈ। ਪੂਰੀਆਂ ਇਹਦੇ ਪੈਰੋਂ ਗੱਲਾਂ ਜਾਂਦੀਆਂ ਨੇ, ਉੱਤੋਂ ਤੇਰੇ ਸਹੁਰੇ ਨਹੀਂ ਕਦੇ ਆ ਕੇ ਖੜੇ, ਲੋਕਾਂ ਨੂੰ ਮੌਕਾ ਮਿਲ ਗਿਆ ਬੋਲਣ ਦਾ, ਉੱਤੋਂ ਇਹ ਕਾਲ ਮੂਹੀ ਆ ਗਈ, ਨਾ ਕੋਈ ਜਵਾਕ ਨਾ ਜੱਲਾ ਡੂਢ ਸਾਲ ਹੋ ਗਏ ਮੂੰਹ ਕਰ ਨਹੀਂ ਚਾਹਦਿਆਂ ਨੂੰ ਵੀ ਕੋਈ ਜਵਾਕ ਵਿਹੜੇ 'ਚ ਖੇਡੂਗਾ, ਇਹਨੂੰ ਤਾਂ ਕੋਈ ਚੜ੍ਹੀ ਲੱਥੀ ਦੀ ਹੈ ਹੀ ਨਹੀਂ ਗੀ। ਮੈਨੂੰ ਤਾਂ ਉਹ ਵੀ ਸੁਣਨ ਨੂੰ ਤੀਵੀਆਂ ਸੁਣਾਉਂਦੀਆਂ ਨੇ ਹੁਣ ਕਿ ਡੂਢ ਸਾਲ ਹੋ ਗਿਆ ਤੁਹਾਡੇ ਵਿਆਹ ਨੂੰ ਕੋਈ ਜਵਾਕ ਹੈ ਨਹੀਂ ਬਹੂ ਕੋਲ, ਲੈ ਮੈਂ ਕਿੱਥੋਂ ਚੱਕ ਲਿਆ ਮੈਂ ਜਵਾਕ? ਉਹ ਬੇਬੇ ਫਿਰ ਤਾਈ ਨੂੰ ਕੀ ਸਾਂਸਾ ਮੇਰੇ ਜਵਾਕ ਦਾ, ਜਦੋਂ ਹੋਣਾ ਹੋਊਗਾ ਹੋ ਜੂਗਾ, ਉਹ ਤਾਂ ਫਿਰ ਰੱਬ ਦੇ ਹੱਥ ਵੱਸ ਆ, ਆਪਾਂ ਹੀ ਕਰ ਸਕਦੇ ਹਾਂ ਇਹ 'ਚ। ਚੱਲ ਕੋਈ ਨਹੀਂ ਉਹ ਤਾਂ ਹੈਗਾ, ਹੁਣ ਮੈਂ ਤੈਨੂੰ ਐਂ ਕਹਿੰਦੀ ਹਾਂ ਵੀ ਆਪਾਂ ਕਿਤੋਂ ਤਾਂ ਤਾਗਾ ਤਵੀਤ ਪਵਾ ਲਈਏ, ਨਾਲੇ ਭਾਈ ਕੋਈ ਦਵਾਈ ਬੂਟੀ ਦਵਾ ਲਿਆ ਇਹਨੂੰ। ਉਹ ਫਿਰ ਜੇ ਮੰਨਦੀ ਆ ਤਾਂ ਮੈਂ ਤਾਂ ਨਾਲ ਲੈ ਜਾਊਗਾ, ਬਸ ਮੈਂ ਤਾਂ ਲਿਜਾਈ ਸਕਦਾ। ਮੰਨੂਗੀ ਮੰਨੂ ਕਹਿਣਾ, ਹੁਣ ਦਵਾਈ ਤਾਂ ਲੈਣੀ ਹੈਗੀ, ਮੰਨੂ ਕੇ ਬਿਨਾ ਆਪਦੇ ਹਿਸਾਬ ਨਾਲ ਗੱਲ ਕਹਿ ਉਹਨੂੰ ਕਿ ਚੱਲ ਮੇਰੇ ਨਾਲ। ਕੋਈ ਨਹੀਂ ਕਹਿ ਦੂੰਗੀ ਮੈਂ ਬਥੇਰਾ, ਬਸ ਤੂੰ ਬਗ ਜੀ ਨਾਲ ਲੈ ਜੀ। ਬਸ ਠੀਕ ਆ ਫਿਰ ਤੂੰ ਕਹਿ ਜਾ ਕੇ, ਹੁਣ ਆ ਲੜਾਈ ਕਲੇ ਛੱਡ ਦਿਓ, ਇਹ ਨਾ ਵਿੱਢਣਾ ਵਿੱਢ ਕੇ ਬਹਿ ਜਾ ਕਰੋ ਤੜਕੀ, ਮੁੜ ਕੇ ਜਿਹੜੀਆਂ ਗੱਲਾਂ ਯਾਦ ਆਉਂਦੀਆਂ ਸਾਰੀਆਂ ਭੁੱਲ ਜਾਂਦੇ ਆ। ਲੜਾਈ ਕਲੇਸ ਨੂੰ ਫਿਰ ਮੈਂ ਕਿਹੜਾ ਜਾਣ ਕੇ ਕਰਦਾ, ਜੇ ਉਹ ਕੰਮ ਕਰਦੀ ਇਹ ਜੇ ਫੇਰ ਹੀ ਕੁੱਟਦਾ ਉਹਨੂੰ ਮੈਂ। ਚੱਲ ਕੋਈ ਨਹੀਂ ਤੂੰ ਵੀ ਮਾੜੀ ਟਿਕਾਈ ਰੱਖਿਆ ਕਰ।
ਕੀ ਟਿਕਾਈ ਰੱਖਿਆ ਕਰਾਂ, ਦਾਰੂ ਦੇਖਦੇ ਸੁਣਦਾ ਬਸ ਵੀ ਇਹ ਦਾਰੂ ਪੀਂਦਾ ਦਾਰੂ ਪੀਂਦਾ, ਉਹ ਜੇ ਕੰਮ ਨਾ ਕਰੇ ਇਹ ਜਾਂ ਜੋ ਦਾਰੂ ਪੀ ਕੇ ਮੈਂ ਘਰੇ ਆ ਗਿਆ ਰੋਟੀ ਪਾਣੀ ਮੈਨੂੰ ਖਰਾ ਦੇ ਲਿਆ ਕੇ। ਮੇਰੀ ਗੱਲ ਸੁਣ, ਨਾਲੇ ਤਾਂ ਤੂੰ ਰੋਜ਼ ਕਾਲੇ ਨਾਲ ਪੀਂਦਾ, ਨਾਲੇ ਤਾਂ ਤੇਰੀ ਤਾਈ ਨੂੰ ਪਤਾ ਵੀ ਸਾਡਾ ਮੁੰਡਾ ਨਾਲ ਬਹਿ ਕੇ ਪੀਂਦਾ, ਨਾਲੇ ਮੈਨੂੰ ਕਹਿੰਦੀ ਲਾਡੀ ਹਟ ਨਹੀਂ ਸੀ ਕਿਹਾ ਦਾਰੂ ਪੀਣੋ। ਉਹ ਫਿਰ ਚੌਵੀਆਂ ਗੱਲਾਂ ਜਾਣ ਕੇ ਸ਼ਰੀਕ ਤਾਂ ਹੀ ਕਰਦੇ ਹੁੰਦੇ ਬੇਬੇ, ਪਰ ਜਿਹੜੀ ਗੱਲ ਹੈ ਨਾ ਆਪਦੀ ਗੱਲ ਆਪਾਂ ਨੂੰ ਆਪ ਰੋਕਣੀ ਚਾਹੀਦੀ ਹੁੰਦੀ ਹੈ। ਇਹ ਸਮਝ ਜੇ ਗੱਲ ਵੀ ਇਹ ਦਾਰੂ ਪੀ ਕੇ ਆਇਆ, ਮੈਂ ਉੱਥੇ ਕੰਮ ਸਹੀ ਕਰ ਲਾਂ, ਰੋਟੀ ਪਾਣੀ ਟਾਈਮ ਨਾਲ ਫੜਾ ਦੇ ਮੈਨੂੰ, ਮੈਂ ਚੁੱਪ ਚਾਪ ਖਾ ਕੇ ਪੈ ਜਾਂ, ਇਹ ਨਾ ਮੇਰੇ ਮੂਹਰੇ ਬੋਲੇ ਤੇ ਨਾ ਕੁੱਟ ਖਾਵੇ ਮੈਥੋਂ, ਬਸ ਸਿੱਧੀ ਜੀ ਗੱਲ ਮੇਰੇ ਕੋਲ ਤਾਂ ਇਹ ਆ। ਚੱਲ ਕੋਈ ਨੀ ਮੈਂ ਕਰਦੀ ਹਾਂ ਹਰਪ੍ਰੀਤ ਨਾਲ ਗੱਲ ਤੇ ਦਵਾਈ ਦਵਾ ਲਿਆਈ ਤੂੰ ਤੇ ਧਾਗਾ ਧੁੱਗਾ ਮੈਂ ਆਪੇ ਲਿਆ ਦੂੰਗੀ। ਚੰਗਾ ਬਸ ਠੀਕ ਆ, ਤੂੰ ਕਰ ਲਾ ਗੱਲ, ਮੈਂ ਲੈ ਜੂੰਗਾ ਨਾਲ ਉਹਨੂੰ, ਜੇ ਮੰਨਦੀ ਆ ਤਾਂ ਠੀਕ ਆ, ਨਹੀਂ ਫਿਰ ਉਹਨੂੰ ਕਹਾਂ ਬੈਠੀ ਰਹਿ ਜਾ। ਤੂੰ ਇੱਥੇ ਬੈਠਾ ਹੀ ਕਹੀ, ਚੱਲ ਮੰਨਦੀ ਆ ਨਾ ਮੰਨਦੀ ਆ, ਜਦੋਂ ਮੈਂ ਤੈਨੂੰ ਕਹਿਦਾ ਵੀ ਮੈਂ ਆਪੇ ਕਹਿ ਦੂੰਗੀ ਉਹਨੂੰ, ਆਪੇ ਤੁਰੂਗੀ ਨਾਲ। ਉਹ 20 ਵਾਰੀ ਪਹਿਲਾਂ ਗੱਲ ਕਰ ਲਈ, ਕਿਹੜਾ ਇੱਕ ਵਾਰੀ ਗੱਲ ਕੀਤੀ ਆ। ਚੱਲ ਕੋਈ ਨੀ, ਤੂੰ ਵੀ ਨਹੀਂ ਮੰਨਦਾ, ਇੱਕੋ ਜਿਹੀ ਆ ਦੋਨੇ ਤੁਸੀਂ, ਦੋਨਾਂ ਨਾਲ ਹੀ ਮੱਥਾ ਪਕਾਈ ਕਰਨੀ ਪੈਂਦੀ ਆ। ਚੱਲ ਫਿਰ ਕਰ ਲਾ ਗੱਲ, ਮੈਂ ਮਾਰਦਾ ਗੱਡੀ ਤੇ ਕੱਪੜਾ, ਫਿਰ ਮੈਂ ਲੈ ਜਾਂਦਾ ਨਾਲ ਉਹਨੂੰ। ਭੱਗ ਜਾ, ਇਹ ਉਹ ਦੁੱਧ ਦਿਮਾਗ ਖਾਂਦਾ ਗਾ, ਪਹਿਲਾਂ ਇਹਦੇ ਦਿਮਾਗ 'ਚ ਗੱਲਾਂ ਪਾਉਣੀਆਂ ਪੈਂਦੀਆਂ ਫਿਰ ਉਹਦੇ 'ਚ ਪਾਉਣੀਆਂ ਪੈਂਦੀਆਂ, ਇੱਕੋ ਜਿਹੇ ਆ ਦੋਨੇ। ਹਰਪ੍ਰੀਤ, ਹਾਂਜੀ ਮੰਮੀ, ਚੱਲ ਪੁੱਤ ਤਿਆਰ ਹੋ, ਦਵਾਈ ਲੈਣ ਜਾਣਾ ਗਾ। ਮੈਂ ਤਾਂ ਤਿਆਰ ਹੀ ਮੰਮੀ, ਦਵਾਈ ਕਾਹਦੀ? ਦਵਾਈ ਆਹੀ ਬੱਚਾ ਹੋ ਜੂ ਪੁੱਤ, ਕੋਈ ਆਪਣੀ ਨਿਆਂ ਜਾਣ ਲੱਗ ਜੂਗੀ। ਮੰਮੀ ਮੈਂ ਨਹੀਂ ਦਵਾਈ ਲੈ ਕੇ ਆਉਣੀ। ਕਿਉਂ, ਕੀ ਗੱਲ, ਕਿਉਂ ਨਹੀਂ ਲੈ ਕੇ ਆਉਣੀ? ਜੇ ਜਵਾਕ ਹੋਣਾ ਮੰਮੀ, ਰੱਬ ਦੀ ਦੇਣ ਹੈ, ਆਪੇ ਰੱਬ ਦਊਗਾ, ਦਵਾਈਆਂ ਨਾਲ ਕੀ ਹੋ ਜੂਗਾ। ਪੁੱਤ ਦਵਾਈ ਬੂਟੀ ਤਾਂ ਲੈਣੀ ਪਊਗੀ ਫਿਰ। ਕੀ ਮੰਮੀ ਤੁਸੀਂ ਸਾਰਾ ਦਿਨ ਜਵਾਕ ਜਵਾਕ ਲਾਈ ਰੱਖਦੇ, ਕੀ ਆ ਹਜੇ ਜਵਾਕ ਨੂੰ? ਤੈਨੂੰ ਲੱਗਦਾ ਕੀ ਆ ਕੇ ਜਵਾਕਾਂ ਨੂੰ, ਹੁਣ ਜਵਾਕ ਤਾਂ ਹੋਵੇ ਹੀ ਸਾਡਾ ਪੋਤਾ ਖੇਡਣ ਨੂੰ। ਚੱਲ ਜੇ ਮੰਮੀ ਤੁਸੀਂ ਬਾਹਲਾ ਕਹੀਏ ਨਾ, ਮੈਂ ਜਾ ਆਉਂਦੇ, ਪਰ ਮੈਨੂੰ ਨਹੀਂ ਲੱਗਦਾ ਐਂ ਡਾਕਟਰਾਂ ਦੇ ਹੱਥ ਹੁੰਦਾ ਕੁਛ ਵੀ, ਉਹੀ ਪੈਸੇ ਖਰਾਬ ਕਰੀ ਜਾਂਦੇ ਤੁਸੀਂ ਤਾਂ। ਕੋਈ ਨਹੀਂ ਤੂੰ ਵਗ ਜਾ, ਜਾ ਦਵਾਈ ਲੈਣ, ਮੈਂ ਜਾਂਦੀ ਹਾਂ ਕੋਈ ਧਾਗਾ ਤਵੀਤ ਕਰਾਉਣੀ ਆ, ਓਹੜ ਪੋਹੜ ਦਾ ਪੁੱਤ ਜ਼ਰੂਰੀ ਹੁੰਦਾ ਗਾ। ਹੁਣ ਤੁਸੀਂ ਬਾਬਿਆਂ ਕੋਲ ਪੈਸੇ ਪੱਟ ਦਿਓ, ਪਹਿਲਾਂ ਡਾਕਟਰ ਦੇ ਭੇਜੀ ਜਾਣੇ, ਬਾਹਲੇ ਪੈਸੇ ਹੈਗੇ ਤੁਹਾਡੇ ਕੋਲ। ਚੱਲ ਕੋਈ ਨਹੀਂ ਤੂੰ ਵਗ ਜਾ, ਤੂੰ ਸਾਡੇ ਪੈਸਿਆਂ ਤੋਂ ਕੀ ਲੈਣਾ, ਥੋੜੇ ਹੁਣ ਬਾਹਲੇ ਹੁਣ ਅਸੀਂ ਚੰਗਾ ਯਾਦ ਕਰਤਾ ਤਾਂ ਲਾਉਣੇ ਆ। ਹੋਰ ਕੁੜੇ ਸਾਰਾ ਦਿਨ ਹੀ ਫੁੱਟ ਗਿਆ, 5 ਵੱਜ ਗਏ ਹਾਏ ਤੱਕ ਨਹੀਂ ਬੋੜੇ ਆ ਗਏ ਪੁੱਤ। ਬੇ ਕੀ ਗੱਲ ਹੋ ਗਈ ਕਿ ਫੇਰ ਲੜ ਪਏ? ਲੜਨਾ ਕੀ ਹੈ ਬੇਬੇ, ਡਾਕਟਰ ਕੋਲ ਗਏ ਸੀ, ਚੈੱਕਅਪ ਕਰਿਆ ਤਾਂ, ਇਹਦੇ ਨਹੀਂ ਹੁੰਦਾ ਜਵਾਕ ਜਵੂਕ। ਕਿਉਂ ਐਂ ਕਾਹ ਤੂੰ ਕਹਿੰਦਾ ਵੀ ਸੁੱਖੀ ਸਾਂਦੀ? ਉਹ ਮੈਂ ਕਿਹੜਾ ਆਪ ਬਣਾ ਕੇ ਗੱਲ ਕਹਿਣਾ, ਡਾਕਟਰ ਨੇ ਦੱਸਿਆ ਮੈਨੂੰ, ਉਹ ਕਹਿੰਦਾ ਜਵਾਕ ਜਵੂਕ ਨਹੀਂ ਹੁੰਦਾ ਕਿਤੇ ਫਿਰਦਿਆਂ ਮੈਂ ਲਾਲ ਖੇਡੂਗਾ ਤੁਹਾਡੇ ਘਰੇ। ਬੂਹੇ ਮਰ ਜਾ, ਉਹੀ ਗੱਲ ਹੋਈ, ਮੈਂ ਤਾਂ ਤੇਰੇ ਤਾਈ ਪਹਿਲਾਂ ਕਹਿੰਦੀ ਸੀ ਆਹੀ ਗੱਲ, ਕਹਿੰਦੀ ਮੂੰਹ ਚੱਕ ਕੇ ਨਾ ਬੈਠੀ ਰਿਹਾ, ਕੋਈ ਗੌਰ ਕਰ ਲਾ, ਕੋਈ ਧਾਗਾ ਤਵੀਤ ਪਵਾ ਲਾ। ਉਹ ਮੈਂ ਤੈਨੂੰ ਕਹੀ ਤਾਂ ਗਿਆ ਬੇਬੇ, ਐਵੇਂ ਉਹ ਵਿਚੋਲੇ ਮਗਰ ਲਾ ਕੇ ਮੇਰਾ ਰਿਸ਼ਤਾ ਕਰਾਤਾ, ਇਹ ਤਾਂ ਮੈਂ ਚੰਗਾ ਹੀ ਸੀ, ਕਾਲਾ ਫਿਰਦਾ ਵਧੀਆ, ਹੱਸਦਾ ਖੇਡਦਾ ਤਾਂ ਹੈਗਾ, ਹੁਣ ਲੈ ਵਿਆਹ ਕਰਾ ਕੇ ਦੱਸ ਕੀ ਕਰਤਾ ਆਪਾਂ। ਬੇ ਪੁੱਤ ਕਰਮਾਂ ਦੇ ਕੜਛੇ ਆ, ਹੁਣ ਜੇ ਆਪਣੇ ਕਰਮਾਂ 'ਚ ਹੀ ਨਹੀਂ ਕੋਈ ਜਵਾਕ ਲਿਖਿਆ ਤਾਂ ਫਿਰ ਕਿੱਥੋਂ ਆਊਗਾ? ਉਹ ਆਪਣੇ ਕਰਮਾਂ 'ਚ ਨਹੀਂ ਲਿਖਿਆ, ਆਪਣੇ ਕਰਮਾਂ 'ਚ ਤਾਂ ਲਿਖੀ ਗਈ ਮਾੜੇ ਕਰਮਾਂ ਵਾਲੀ। ਕਿੱਥੋਂ ਪੁੱਠੇ ਪੈਰਾਂ ਵਾਲੀ ਆ ਗਈ ਮੇਰੇ ਘਰੇ, ਮੇਰੀ ਤਾਂ ਦੇਹੜੀ ਉੱਥੇ ਹੀ ਖੜ ਗਈ। ਉਹੀ ਤਾਂ ਗੱਲ ਆ ਬੇਬੇ, ਹੁਣ ਮੈਂ ਦੱਸ ਕੀ ਕਰਾਂ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੈਂ ਨਹੀਂ ਆਉਂਦਾ ਇਹਦੇ ਨਾਲ ਦਵਾਈ ਲੈਣ ਵਾਸਤੇ, ਅਦੇਲਾ ਹੋ ਗਿਆ ਨਾ ਚਿੱਤ ਖਰਾਬ, ਮਨ ਦੁਖੀ ਹੋ ਗਿਆ ਮੇਰਾ ਤਾਂ। ਫਿਰ ਹੁਣ ਭਾਈ ਕਿਸੇ ਦੇ ਕੀ ਸਾਰੇ ਆ, ਸਾਰੇ ਤਾਂ ਇਹਦੇ ਵੀ ਨਹੀਂ ਕੋਈ, ਜਿਹੜੇ ਕਰਮਾਂ ਦੇ ਕੜਛੇ ਉਹੀ ਮਿਲਣਗੇ। ਪਰ ਮੈਨੂੰ ਨਹੀਂ ਪਤਾ, ਹੁਣ ਜਿਹੜਾ ਕੁਛ ਕਰਨਾ ਨਾ ਤੂੰ ਆਪੇ ਕਰ, ਮੈਨੂੰ ਕਿਸੇ ਗੱਲ ਦੇ ਵਿੱਚ ਨਹੀਂ ਲੈ ਕੇ ਆਉਣਾ ਤੇ ਨਾ ਮੇਰਾ ਹੁਣ ਇਹਦੇ ਨਾਲ ਦਿਲ ਮਿਲੇ। ਲੈ ਵੇਖ ਲਾ ਮੈਂ ਕੀ ਕਰਾਂ ਇਹਨੂੰ, ਹੁਣ ਲੱਛਣ ਕਰਦਾ ਗਾ ਕੀ, ਮਿਰਚਾਂ ਤੋੜ ਲਾ ਦੋ ਕੁ, ਮਹਾਂ ਚੱਲ ਇਹ ਹਰੀਆਂ ਜਿਹੀਆਂ ਮਿਰਚਾਂ ਪਾਲ ਕਰੇ ਐ ਨਹੀਂ, ਆ ਜਾ ਘਰੇ ਆ ਬੰਤੋ, ਐ ਕਰਾ ਮੰਜਾ ਡਾ ਲਾ, ਰਗੜ ਕੇ ਖਾਈ ਚੱਲਿਆ ਕਰ, ਆ ਜਾ ਦਉਂ ਨਹੀਂ ਮਿਰਚਾਂ ਜੀਆਂ ਤੋੜਦੀ ਸੀ ਦੋ ਕੁ ਮਖਾਂ ਨਾ ਉਹ ਕਰ ਲਾ, ਚੱਲ ਆ ਗਈ ਆ ਗਈ, ਆ ਜਾ ਕਿਰਾ ਹੁਣ ਫੇਰ ਕਰੀ, ਚੱਲ ਫੇਰ ਹੀ ਤੋੜੂੰਗੀ, ਆ ਜਾ ਨੀ ਭੈਣੇ। ਲੈ ਨੀ ਕੁੜੇ ਆ ਗਈ, ਕੀ ਗੱਲ ਆ ਏ ਮੂੰਹ ਜਿਹਾ ਸਿੱਟਿਆ, ਸੁੱਖ ਤਾਂ ਹੈ? ਕਾਹਦੀ ਸੁੱਖ ਹੈ ਨੀ ਭੈਣੇ, ਕੀ ਗੱਲ ਤੇਰੇ ਵਾਲੀ ਗੱਲ। ਹਾਂ ਬਾਬਾ ਤੂੰ ਮੈਨੂੰ ਕਹਿਤਾ ਕਿ ਦਵਾਈ ਦਵਾ ਲਿਆ, ਉਹ ਤੇ ਉਹ ਤੇ ਡਾਕਟਰ ਨੇ ਭੈਣੇ ਜਵਾਬ ਦਿੱਤਾ, ਕਹਿੰਦਾ ਬੱਚਾ ਨਹੀਂ ਹੁੰਦਾ। ਬੂ ਕੁੜੇ ਆ ਤਾਂ ਬਾਲੀ ਮਾੜੀ ਗੱਲ ਹੋਈ ਫਿਰ, ਮਾੜਿਆ ਦੀ ਮਾੜੀ
ਹਜੇ ਤਾਂ ਤੈਨੂੰ ਮੈਂ ਕਹਿਤਾ, ਤੂੰ ਤਾਂ ਸੁੱਤੀ ਪਈ ਸੀ ਸਾਰਾ ਦਿਨ, ਬਹੂ 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 ਕਰਦੀ ਸੀ। ਇਹ ਤਾਂ ਚੰਗੇ ਭਲੇ ਵੇਲੇ ਨੂੰ ਮੈਂ ਕਹਿਤਾ ਤੂੰ ਟੈਸਟ ਕਰਾ ਲਈ। ਹੁਣ ਦੱਸ ਕੀ ਕਰੀਏ, ਕੱਲਾ ਨਾ ਤਾਂ ਨਹੀਂ ਥੱਪੀ ਜਾਊਗੀ ਹੁਣ ਭਾਈ। ਡਾਕਟਰ ਕਹਿੰਦਾ ਅੱਛਾ ਇਹ ਮਾਂ ਹੀ ਨਹੀਂ ਬਣ ਸਕਦੀ। ਹਾਂ ਹੁਣ ਆਪਦੀ ਨਿਆਂ ਜੜ ਵੀ ਚਾਹੀਦੀ ਹੈ। ਨਹੀਂ ਆਪਾਂ ਵਿਆਹ ਆਈ ਕਰਦੇ ਆ ਵੀ ਆਪਦੇ ਪੁੱਤ ਦਾ ਗਾਹਾਂ ਕੋਈ ਅਣਸ ਵਧੂਗੀ। ਹੈ ਉਹੀ ਤਾਂ ਹੈ। ਦੱਸ ਭਾਈ ਇਹ ਤਾਂ ਬਾਲੀ ਮਾੜੀ ਗੱਲ ਹੋਈ, ਪਤਾ ਨਹੀਂ ਕਿਉਂ ਦਿਮਾਗ ਆਈ ਸੁਣ ਹੋਇਆ ਪਿਆਗਾ। ਕੁੜੇ ਸੁਣ ਤਾਂ ਹੋਣਾ ਹੀ ਹੈ, ਐਡੀ ਵੱਡੀ ਗੱਲ ਸੁਣ ਕੇ ਦਿਮਾਗ ਕਿੱਥੋਂ ਹੋਊਗਾ। 10,000 ਰੁਪਇਆ ਪੱਟਿਆਂ ਦਾ ਟੈਸਟਾਂ ਤੇ ਹੱਲ ਤੂੰ ਕੀ ਕਰਨਾ। ਮੇਰੀ ਗੱਲ ਸੁਣ, ਇਹਨੂੰ ਦੇ ਦੇ ਤਲਾਕ ਭਾਈ, ਮੁੰਡੇ ਦਾ ਕਿਤੇ ਹੋਰ ਕਰ ਲੈ। ਨਹੀਂ ਹੁਣ ਰੋਜ਼ ਰੋਜ਼ ਢਾਲ ਕੇ ਕਿੱਥੋਂ ਬਣਦੇ ਆ, ਤੈਨੂੰ ਆਪ ਦਾ ਪਹਿਲਾਂ ਮਸਾਂ ਹੋਇਆ ਰਿਸ਼ਤਾ। ਲੈ ਇਹਨੂੰ ਬਾਂਝ ਨੂੰ ਫਿਰ ਕੀ ਕਰੇਂਗੀ, ਇਹਨੂੰ ਲਈ ਫਿਰੀ ਫਿਰ ਕੱਲਾ ਇਹਦਾ ਮੂੰਹ ਦੇਖੀ ਜਾਈ, ਫਿਰ ਪੁੱਤ ਦਾ ਨਾ ਸੋਚੀ ਤੂੰ। ਹੁਣ ਕੀ ਕਰਾਂ ਕੀ ਨਾ ਕਰਾਂ, ਹੁਣ ਛੱਡਾਂ ਵੀ ਕਿੱਥੇ, ਜੇ ਤਾਂ ਹੁਣ ਕੱਢਦੀ ਐ ਤਾਂ ਵੀ ਮਰਦੀ ਐ, ਜੇ ਕੋਈ ਆਵੇ ਤਾਂ ਮੂਹਰੇ ਲਾ ਦਿਆਂ। ਤੂੰ ਮੇਰੀ ਗੱਲ ਸੁਣ, ਤੂੰ ਸੱਦ ਲੈ ਭਾਈ ਉਹਦੇ ਭਾਈ ਭਰਜਾਈ ਨੂੰ ਸੱਦ, ਨਾਲੇ ਨਾਲੇ ਬੁਲਾ ਉਹਦੀ ਮਾਂ ਨੂੰ, ਬੁਲਾ ਕੇ ਗੱਲ ਕਰ ਵੀ ਦੇਖ ਭਾਈ, ਹੁਣ ਤੁਹਾਡੇ ਵੀ ਦੇਖ ਲੈ ਤੇ ਉਹਦੀ ਵੀ ਭਰਜਾਈ ਐ, ਜੇ ਕੱਲ ਨੂੰ ਉਹਦੇ ਨਾਲ ਕੋਈ ਉਹ ਹੋਇਆ ਫਿਰ ਤੁਸੀਂ ਕੀ ਕਰੋਗੇ ਕਹਿ। ਹੁਣ ਹੱਲ ਤਾਂ ਕੋਈ ਕਰਨਾ ਪਊ ਭੈਣੇ ਫਿਰ। ਇਹ ਤਾਂ ਚਾਰ ਬੰਦਿਆਂ 'ਚ ਗੱਲ ਕਰਨੀ ਪਊ। ਦਾਦੇ ਪੁੱਤ ਨੂੰ ਫਿਰ ਦੂਰੀ ਯਾਰ ਵਿਆਹ ਨੂੰ ਹੋਰ ਕੀ ਐ। ਕੁਛ ਨਹੀਂ ਹੁੰਦਾ, ਬਥੇਰੇ ਰਿਸ਼ਤੇ ਹੋ ਜਾਣਗੇ, ਤੇਰੇ ਪੁੱਤ 'ਚ ਕਿਹੜਾ ਕਮੀ ਐ ਕੋਈ। ਉਹੀ ਤਾਂ ਹੈ, ਮੈਂ ਤਾਂ ਹੀ ਕਹਿੰਦੀ ਸੀ ਵੀ ਇਹਦੇ ਸਦਕੇ ਕੇਰਾ ਤੂੰ ਉਹ ਤਾਂ ਕਰ, ਇਹਨੂੰ ਕਹਿ ਵੀ ਦੇਖ ਭਾਈ ਮੈਂ ਤਾਂ ਹੁਣ ਅਸੀਂ ਤੇ ਰਾਏ ਕੇ ਰੱਖੇ ਤੋਂ ਕੀ ਕਰਾਂਗੇ। ਰੱਖ ਕੇ ਕਰਾਉਣਾ ਵੀ ਕੀ ਐ ਫਿਰ ਐਵੇਂ, ਤੈਨੂੰ ਪਤਾ ਵੀ ਕੰਮ ਤਾਂ ਮੈਂ ਹੀ ਕਰ ਲੈਣੀ ਆ ਹੁਣ, ਫਿਰ ਜਦੋਂ ਮੇਰੀ ਨਿਆਂ ਜੜ ਨਾ ਵਧੀ ਗਾਹਾਂ ਹੈ, ਮੈਨੂੰ ਪੋਤਾ ਨਾ ਕੋਈ ਉਹ ਖੇਡਣ ਨੂੰ ਮਿਲਿਆ। ਤੁਸੀਂ ਤਾਂ ਭਾਈ ਇਕਬਾਲੀ ਸਿਰੇ ਚੜਾ ਲਈ, ਆ ਟਿਊਸ਼ਨ ਤੇ ਜਵਾਕ ਪੜਾ ਲਾ, ਐਂ ਕਰ ਲਾ, ਨੌਕਰੀਆਂ ਲਵਾ ਦੋ। ਉਹ ਤਾਂ ਭਾਣੇ ਕਿੱਦੇ ਨੇ ਹਟਾਏ ਆ, ਉਹ ਤਾਂ ਸਾਲ ਦੀ ਗੱਲ ਐ, ਤੂੰ ਵੀ ਉਜੜੀਆਂ ਕੱਢਾਂ ਚ ਹੱਥ ਪਾਉਣ ਲੱਗ ਜਾਂਦੀ ਆ, ਭੁੱਲ ਜਾਂਦੀ ਆ ਗੱਲ ਕਰਦੀ ਕਰਦੀ। ਨਹੀਂ ਆਹੋ ਮੈਂ ਵੀ ਉਦੋਂ ਦੀ ਗੱਲ ਕਰਦੀ ਆ, ਮੈਂ ਕਿਹੜਾ ਹੁਣ ਦੀ ਕਰਦੀ ਆ, ਤੁਸੀਂ ਪਹਿਲੀ ਸਿਰੇ ਚੜਾ ਲਈ। ਨਹੀਂ ਕੀ ਕਰੀਏ, ਐਂ ਸੀ ਵੀ ਚੱਲ ਆਪਦਾ ਘਰ ਵੱਜ ਗਿਆ, ਕੋਈ ਦੋ ਭਰਾਵਾਂ ਨਾਲ ਰਲ ਜੂਗਾ, ਪਰ ਕੀ ਪਤਾ ਸੀ ਵੀ ਚੰਦਰੀ ਨੇ ਸਾਡੀ ਕੋਈ ਨਿਉਂ ਜਾੜੀ ਨਹੀਂ ਲਾਉਣੀ। ਆਹੀ ਤਾਂ ਆਪਾਂ ਕਰ ਲੈਣੇ ਆ ਵੀ ਚੱਲ ਕੋਈ ਨਾ ਪੁੱਤ ਦਾ ਘਰ ਵਸ ਗਿਆ, ਪੁੱਤ ਦਾ ਘਰ ਵਸ ਗਿਆ, ਇਹ ਜਦੋਂ ਆਪਾਂ ਇੰਨਾ ਕਰ ਲੈਣੇ ਫਿਰ ਤਾਂ ਹੀ ਸਿਰੇ ਚੜ ਜਾਂਦੀਆਂ ਇਹ। ਹੁਣ ਸੱਚੀ ਕੁਛ ਨਹੀਂ ਔੜਦਾ, ਦੇਖਦੀ ਐ ਮੈਂ ਰਾਜਪਾਲ ਨੂੰ ਨਾ ਆਖਾਂ ਵੀ ਸਾਦੇ ਦੇ ਮਾਂ ਪਿਓ ਨੂੰ। ਭਾਈ ਤੂੰ ਰਾਜਪਾਲ ਨੂੰ ਬੁਲਾ ਕੇ ਨਾ, ਰਾਜਪਾਲ ਨਾਲ ਗੱਲ ਕਰ, ਫਿਰ ਰਾਜਪਾਲ ਆਪ ਹੀ ਲਿਆਊਗਾ ਉਹਦੇ ਮਾਂ ਪਿਓ ਨੂੰ। ਉਹੀ ਤਾਂ ਹੈ, ਫਿਰ ਬਹਿ ਕੇ ਤੂੰ ਪਹਿਲਾਂ ਫੋਨ ਨਾ ਕਰ, ਜੇ ਬੈਠ ਕੇ ਕਮਲੀਏ ਹੁਣ ਗੱਲ ਕਰ ਲੇਗੀ ਕਰ ਲੇਗੀ, ਨਹੀਂ ਅਗਲੇ ਕਹਿਣਗੇ ਸਾਨੂੰ ਉਦੋਂ ਦਾ ਨਾ ਦੱਸਿਆ, ਤੁਸੀਂ ਉਦਾਂ ਹੀ ਗੱਲ ਕਰਦੇ ਜੇ ਸਾਡੀ ਕੁੜੀ 'ਚ ਨੁਕਸ ਸੀ। ਹੁਣ ਭਾਈ ਇੱਥੋਂ ਕੱਢਦੇ ਆ ਤਾਂ ਅਗਲਾ ਕਹਿੰਦਾ ਕੁੱਟ ਕੇ ਕੱਢਤੀ, ਅਗਲਾ ਐਂ ਬਣਾਊਗਾ ਗੱਲ। ਤੂੰ ਇੱਥੋਂ ਨਾ ਕੱਢ, ਤੂੰ ਇਹਦੇ ਭਾਈ ਭਰਜਾਈ ਨੂੰ ਬੁਲਾ, ਨਾਲੇ ਬੁਲਾ ਮਾਂ ਨੂੰ, ਉਹਨਾਂ ਦੇ ਨਾਲ ਤੋਰ ਤੂੰ ਗੱਲ ਕਰਕੇ, ਨਾਲੇ ਆਪਦਾ ਇੱਕ ਪਾਸਾ ਹੋ ਜਾਊਗਾ। ਜੇ ਐਂ ਕੁੱਟ ਕੇ ਕੱਢੇਂਗੀ ਐਂ ਤੋਰੇਂਗੀ ਤੇਰੀ ਗੱਲ ਲਮਕੀ ਜਾਊਗੀ, ਮੁੰਡੇ ਦਾ ਫਿਰ ਵਿੱਚ ਵਿਚਾਲਾ ਰਹਿ ਜਾਊਗਾ, ਉਹਦਾ ਦੁਬਾਰੇ ਕਿੱਥੋਂ ਕਰ ਲੇਂਗੀ ਫਿਰ ਤੂੰ। ਚੱਲ ਦੇਖਦੀ ਆ ਫਿਰ, ਕਰਦੀ ਆ ਤੇਰੀ ਗੱਲ, ਠੀਕ ਹੈ ਪਹਿਲਾਂ ਵੀ ਤੇਰੀ ਗੱਲ ਮੰਨੀ ਸੀ, ਆ ਹੁਣ ਇੱਕ ਵਾਰੀ ਹੋਰ ਮੰਨ ਕੇ ਦੇਖ। ਜੇ ਮੇਰੀ ਗੱਲ ਮੰਨੀ ਸੀ ਸੀਸਾ ਮੂਹਰੇ ਆ ਗਿਆ ਨਾ ਤੇਰੇ। ਉਹੀ ਤਾਂ ਹੈ, ਮੇਰੇ ਦਿਮਾਗ 'ਚ ਹੈ ਹੀ ਨਹੀਂ ਸੀ ਇਹੋ ਜਿਹੀ ਗੱਲ ਜਿਹੜੀ ਤੂੰ ਮੇਰੇ ਭਾਈ। ਲਾਡੀ ਕੀ ਕਹਿੰਦਾ ਫਿਰ? ਲਾਡੀ ਤਾਂ ਕੁਛ ਨਹੀਂ ਕਹਿੰਦਾ, ਲਾਡੀ ਦਾ ਤਾਪ ਤੜਕੇ ਹੱਥ ਨੇ ਕਲੇਸ਼ ਆ, ਉਹਦੇ ਨਾਲ ਕੁੱਤ ਕਲੇਸ਼ ਸਾਰਾ ਦਿਨ ਚੱਲਦਾ ਗਾ ਨਾ। ਰੱਖਣ ਰੁੱਖਣ ਵਾਸਤੇ ਕੁਛ ਤਾਂ ਕੋਈ ਗੱਲ ਹੋਊ ਵੀ, ਮਾਂ ਮੈਂ ਇਹਨੂੰ ਰੱਖੂ ਕਿ ਛੱਡੂ? ਉਹ ਤਾਂ ਕਰੂੰਗੀ ਗੱਲ, ਮੈਂ ਫਿਰ ਉਹਨੂੰ ਤਾਂ ਛੱਡਣੀ ਪਊਗੀ। ਤੂੰ ਪਹਿਲਾਂ ਮੁੰਡੇ ਦਾ ਤਾਂ ਮਨ ਜੋਲਾ, ਕਿਤੇ ਤੂੰ ਗੱਲ ਕਰੀ ਜਾਵੇਂ ਮੁੰਡਾ ਕਹੇ ਵੀ ਮੈਂ ਤਾਂ ਭੇਜਦਾ ਨਹੀਂ। ਮੈਂ ਕਿਹਾ ਤਾਂ ਉਹਦੇ ਮਾਪੇ ਪੇਕ ਸੱਦ ਕੇ ਗੱਲ ਕਰੂੰਗੀ, ਜਿੰਨਾ ਮੈਨੂੰ ਜ਼ੋਰ ਲੱਗਿਆ ਉਹਨਾਂ ਮੈਂ ਲਾਉਂਗੀ। ਤੂੰ ਪੂਰਾ ਜ਼ੋਰ ਲਾ ਕਮਲੀਏ, ਜੇ ਵਿਹੜੇ 'ਚ ਨਾ ਫਿਰਦਾ ਕੋਈ ਦਿਸਿਆ ਤੂੰ ਕੀ ਕਰੇਂਗੀ, ਕੱਲੀ ਬੈਠੀ ਕੰਧਾਂ ਕਨੀ ਝਾਕੀ ਜਾਈ। ਤੂੰ ਐਂ ਕਰੀ ਜਦੋਂ ਉਹ ਸੱਦੇ ਨਾ ਆਈ ਫਿਰ ਤੂੰ ਆ ਜੀ ਮਾੜਾ ਜਿਹਾ, ਹੁਣ ਆਪਾਂ ਦੋ ਜਣੀਆਂ ਹੋ ਜਾਂਦੀਆਂ। ਤੂੰ ਮੈਨੂੰ ਮਾੜੀ ਜੀ ਵਿੜਕ ਦੇ ਦੀ, ਮੈਂ ਤਾਂ ਫੱਟ ਦੇਣੇ ਆ ਜਾਊਂਗੀ, ਮੈਂ ਬੋਲੂੰਗੀ ਵੀ ਭਾਈ ਇਹ ਤੂੰ ਕਰਾਉਣਾ ਕੀ ਹੈ ਬਾਂਝ ਤੇ ਨੇ। ਉਹੀ ਤਾਂ ਹੈ, ਜਦੋਂ ਗਾਹਾਂ ਮੇਰੇ ਪੁੱਤ ਦੀ ਨਿਉਂ ਜੜਨਾ ਵਧੀ ਸਾਡੀ, ਫਿਰ ਅਸੀਂ ਕੀ ਕਰਾਉਣਾ।
ਮੈਨੂੰ ਬਾਲਾ ਦੁੱਖ ਖੜਾ ਹੋ ਗਿਆ ਲਾਡੀ ਦਾ। ਚੱਲ ਕੋਈ ਨੀ, ਕਰਦੇ ਆ ਗੱਲ ਫੇਰ, ਹੁਣ ਹੁਣ ਬਾਲਾ ਟਾਈਮ ਨੀ ਪੈਣ ਜਾਂਦੀ। ਮੈਂ ਦੱਸ, ਤੂੰ ਤਾਂ ਮੈਨੂੰ ਫਿਕਰਾਂ ਚ ਪਾਤਾ ਲੈ, ਕੀ ਬਣੂ ਦੱਸ ਜਵਾਕ ਦਾ ਲੈ। ਹੈਂ, ਛੋਟਾ ਜਿਹਾ ਚੱਲ ਐਂ ਵਿਆਹ ਲਿਆ ਸੀ ਵੀ ਚੱਲ ਕੋਈ ਨਾ ਵਿਆਹ ਲਿਆ, ਚੱਲ ਭਾਈ ਜਵਾਕ ਜੱਲਾ ਹੋ ਜੂਗਾ, ਚੱਲ ਘਰੇ ਰੌਣਕ ਲੱਗ ਜੂ, ਨਾਲੇ ਇੱਕ ਨਾਲ ਦੋ ਭਲੇ, ਕੋਈ ਰੱਬ ਜੇ ਜਵਾਕ ਦੇ ਦੂਗਾ ਤਾਂ। ਆ ਤਾਂ ਬਾਲਾ ਦੁੱਖ ਖੜਾ ਹੋ ਗਿਆ। ਚੱਲ ਕੋਈ ਨੀ, ਫਿਰ ਦੇਖਦੇ ਆ, ਮੈਂ ਤੈਨੂੰ ਦੱਸੂਗੀ। ਬੈ ਜਾ, ਚਾਹ ਦੀ ਘੁੱਟ ਕਰ ਲੈਣੀ ਐ, ਤੇ ਮੈਂ ਤੈਨੂੰ ਦੱਸੂਗੀ। ਚੰਗਾ, ਤੂੰ ਮੈਨੂੰ ਦੱਸਦੀ ਫਿਰ, ਆਉਂਗੀ ਮੈਂ ਜ਼ਰੂਰ, ਛੇਤੀ ਸੱਦੂ। ਹਾਂ ਚੰਗਾ, ਤੂੰ ਭਾਈ ਇਸ ਤਰ੍ਹਾਂ ਮੇਰੀ ਤਾਈ ਗੱਲ ਕਰੂਗੀ। ਲੈ ਦੇਖ ਲੈ, ਲੈ ਦੱਸ ਕੀ ਐ, ਲੈ ਇੱਥੋਂ, ਹੋਰ ਹੀ ਦਿਮਾਗ ਤੇ ਚੜੀ ਉਤਰੀ ਜਾਂਦੀਆਂ ਨੇ। ਲੈ ਪੁੱਤ ਚਾਹ ਪੀ ਲਾ। ਚਾਹ ਤਾਂ ਪੀ ਲੈਣਾ ਬੇਬੇ, ਬੈਠ ਮੈਂ ਗੱਲ ਕਰਨੀ ਆ ਤੈਨੂੰ। ਹਾਂ ਦੱਸ। ਮੈਂ ਤੈਨੂੰ ਐਂ ਕਹਿੰਦਾ ਸੀ ਵੀ ਇਹਨੂੰ ਆਪਾਂ ਕੱਢ ਦੇ ਨਿਆ ਘਰੋਂ, ਇਹ ਤੋਂ ਕੀ ਕਰਾਉਣਾ, ਜਦੋਂ ਇਹਦੇ ਜਵਾਕ ਹੀ ਨਹੀਂ ਹੁੰਦਾ। ਡਾਕਟਰਾਂ ਨੇ ਸਾਫ਼ ਤਾਂ ਜਵਾਬ ਦਿੱਤਾ। ਬੇ ਪੁੱਤ, ਮਸਾਂ ਤਾਂ ਤੇਰਾ ਘਰ ਵੱਜਿਆ, ਮਸਾਂ ਤੈਨੂੰ ਰਿਸ਼ਤਾ ਹੋ ਗਿਆ, ਨਾ ਐਂ ਕਿਵੇਂ ਕੱਢੀ ਜਾਊਗੀ ਘਰੋਂ ਇਹ। ਓਹੋ, ਘਰ ਤਾਂ ਦੁਬਾਰੇ ਫਿਰ ਵੱਜ ਜੂਗਾ। ਉਹ ਕਾਲਾ ਕਹਿੰਦਾ ਸੀ, ਕਹਿੰਦਾ ਕਰਾ ਦੂੰਗਾ ਮੈਂ ਤੈਨੂੰ ਰਿਸ਼ਤਾ। ਕਾਲਾ ਤਾਂ ਤੈਨੂੰ ਉਂਗਲਾਂ ਲਾਉਂਦਾ, ਨਾ ਕਾਲੇ ਨੇ ਆਪਦਾ ਤਾਂ ਕਰਾਇਆ, ਨਾ ਤੈਨੂੰ ਕਿੱਥੋਂ ਕਰਾ ਦੂਗਾ। ਉਹ ਬੇਬੇ ਫਿਰ ਤੂੰ ਸਮਝ ਵੀ, ਆਪਾਂ ਇਹ ਤਾਂ ਕਰਾਉਣਾ ਕੀ ਆ ਜਦੋਂ ਜਵਾਕ ਹੀ ਨਾ ਹੋਇਆ ਆਪਣੀ ਘਰ। ਕੋਈ ਨੀ, ਤੂੰ ਚੁੱਪ ਕਰ, ਡਾਕਟਰਾਂ ਨੇ ਜਵਾਬ ਦਿੱਤਾ ਨਾ, ਮੈਨੂੰ ਆਪਦੀ ਬਾਹ ਤਾਂ ਲਾਉਣ ਦੇ, ਮੈਂ ਤਾਂ ਗਤਵੀਤ ਕਰਾਉਣੀ ਆ, ਕੋਈ ਸਿਆਣੇ ਸੱਪੇ ਕੋਲੇ ਜਾਂਦੀ ਆ, ਇਲਾਜ ਕਰਾਉਣੇ ਆਪਾਂ ਆਪਦੇ ਘਰ ਦਾ। ਸਿਆਣੇ ਸੱਪਿਆਂ ਕੋਲੇ ਜਾ ਕੇ ਕੀ ਕਰ ਦੇਂਗੇ ਬੇਬੇ, ਜਦੋਂ ਡਾਕਟਰਾਂ ਨੇ ਜਵਾਬ ਦਿੱਤਾ, ਸਿਆਣੇ ਸੱਪੇ ਡਾਕਟਰਾਂ ਤੋਂ ਉੱਤੋਂ ਦੀ ਹੋ ਗਏ। ਜੇ ਪੁੱਤ ਕੇ ਫਰਕ ਪੈਣਾ ਹੁੰਦਾ ਨਾ, ਸਵਾਦ ਹੀ ਚੁੰਡੀ ਨੇ ਪਾ ਜਾਂਦਾ ਹੁੰਦਾ, ਉੱਥੇ ਡਾਕਟਰਾਂ ਦੀ ਵੀ ਡਾਕਟਰੀ ਕੰਮ ਨਹੀਂ ਕਰਦੀ। ਮੈਂ ਤੈਨੂੰ ਦੱਸਾਂ, ਕੇਰਾ ਮੈਨੂੰ ਜਾਇਆ ਆਉਂਦੇ, ਆਪਾਂ ਕੋਈ ਆਪਦੇ ਘਰ ਦਾ ਇਲਾਜ ਕਰਾਉਣੇ ਆ, ਫਿਰ ਦੇਖਦੇ ਆ, ਐਡੇ ਛੇਤੀ ਨਹੀਂ ਫੈਸਲੇ ਲੈਂਦੇ। ਆਹੀ ਜਿਹੜੇ 4 ਪੈਸੇ ਤੋਂ ਇਹਦੇ ਤੇ ਲਾਏਂਗੇ ਸਿਆਣਿਆਂ ਸੱਪਿਆਂ ਤੇ, ਉਹੀ 4 ਪੈਸੇ ਨਾਲ ਆਪਾਂ ਦੁਬਾਰੇ ਵਿਆਹ ਕਰਾ ਲਾਂਗੇ। ਮੈਂ ਕਹਿੰਦਾ ਛੱਡਦੇ ਆ, ਚੰਗਾ ਭਲਾ ਆਪਣੇ ਕੋਲੇ ਬਹਾਨਾ ਹੈਗਾ ਵੀ ਇਹਦੇ ਜਵਾਕ ਨਹੀਂ ਹੁੰਦਾ, ਇਹਨਾਂ ਦੇ ਘਰੇ ਜਾ ਕੇ ਕਹਿ ਆਉਣੇ ਆ ਬੇਬੇ। ਮੇਰੀ ਗੱਲ ਸੁਣ, ਕਿੱਥੋਂ ਹੋ ਜੂਗਾ ਦੁਬਾਰੇ, ਪਹਿਲਾਂ ਤਾਂ ਮਸਾਂ ਹੋਇਆ ਰਿਸ਼ਤਾ, ਤੈਨੂੰ ਆਪ ਨੂੰ ਵੀ ਪਤਾ ਇਸ ਗੱਲ ਦਾ। ਓਏ ਹੋ ਜੂਗਾ ਫਿਰ, ਤੂੰ ਆਪ ਵੀ ਦੇਖ ਗਲਤੀਆਂ ਕਿੰਨੀਆਂ ਇਹਦੇ 'ਚ, ਕੋਈ ਕੰਮ ਨਹੀਂ ਇਹਨੂੰ ਚੱਜ ਦਾ ਢੰਗ ਦਾ ਆਉਂਦਾ। ਹੈ ਕੋਈ ਨਹੀਂ, ਤੂੰ ਕੇਰਾ ਟਕਾ ਰੱਖ, ਕੇਰਾ ਮੈਨੂੰ ਆਪਦੀ ਬਾਤਾਂ ਲਾਉਣ ਦੇ, ਮੈਂ ਜਾਣੀ ਆ, ਤੇ ਚਾਚੀ ਕਹਿੰਦੀ ਸੀਗੀ ਉਹਨੇ ਦੱਸ ਪਾਈ ਆ, ਮੈਂ ਲੈ ਕੇ ਜਾਣੀ ਆ। ਮੈਂ ਨਹੀਂ ਜਾਣ ਦਿੰਦਾ ਇਹਨੂੰ ਕਿਤੇ ਵੀ, ਘਰ ਤੋਂ ਬਾਹਰ ਜਾਊਗੀ ਨਾ ਲੋਕ ਗੱਲਾਂ ਕਰਨਗੇ, ਤੇ ਮੈਂ ਉਹ ਗੱਲਾਂ ਸੁਣਨੀਆਂ ਨਹੀਂ ਚਾਹੁੰਦਾ। ਲੋਕ ਤਾਂ ਹੁਣ ਵੀ ਕਰਨਗੇ ਵੀ ਜਵਾਕ ਹੈ ਨਹੀਂ, ਲੋਕਾਂ ਦਾ ਕੀ ਹੈ, ਲੋਕ ਤਾਂ ਕਰਦੇ ਹੀ ਰਹਿੰਦੇ ਆ ਗੱਲਾਂ। ਤਾਂ ਹੀ ਕਹਿੰਦਾ ਗਾ ਵੀ ਮਾਂ ਤੂੰ ਗੱਲ ਖਾਨੇ ਦੇ ਵਿੱਚ ਪਾਲਾ, ਇਹਨੂੰ ਆਪਾਂ ਛੱਡੇ ਆਉਂਦੇ ਹਾਂ, ਜਾ ਕੇ ਆਪਣੇ ਕੋਲੇ ਮੁੱਦਾ ਹੈਗਾ ਵੀ ਇਹਦੇ ਜਵਾਕ ਨਹੀਂ ਹੁੰਦਾ, ਉਹਨਾਂ ਨੂੰ ਸਮਝਾ ਆਵਾਂਗੇ, ਤੇ ਬਸ ਆਉਂਦਾ ਤਲਾਕ ਚਾਹੀਦਾ ਕਹਾਂਗੇ। ਚੱਲ ਕੋਈ ਨਹੀਂ, ਤੈਨੂੰ ਜਿਵੇਂ ਲੋਕ ਉਂਗਲਾਂ ਬਾਹਰੋਂ ਲਾ ਦਿੰਦੇ ਉਵੇਂ ਗੱਲ ਸੁਣ ਲੈਣਾ। ਮੈਨੂੰ ਕਿਸੇ ਨੇ ਨਹੀਂ ਉਂਗਲ ਲਾਈ, ਮੈਨੂੰ ਆਪਦਾ ਘਰ ਦੀ ਨਾ, ਹੁਣ ਘਰ ਪੱਟਿਆ ਜਾਊਗਾ ਜੇ, ਮਗਰ ਕਦੇ ਡਾਕਟਰਾਂ ਕੋਲੇ ਪੈਸੇ ਲਾਈ ਚੱਲੋ, ਕਦੇ ਸਿਆਣੇ ਸੱਪਿਆਂ ਕੋਲੇ ਪੈਸੇ ਲਾਈ ਚੱਲੋ। ਕੋਈ ਨਹੀਂ, ਫਿਰ ਆਪਾਂ ਪੈਸੇ ਕੀ ਕਰਨੇ ਆ, ਜਦੋਂ ਆਪਣੇ ਲਾਦ ਨਾ ਹੋਈ, ਲਾਦ ਦਾ ਮਾਰਾ ਅਗਲਾ 100 ਖੂਹੀ ਟੋਬੀ ਪੈਂਦਾ। ਉਹ ਬੇਬੇ ਮੈਨੂੰ ਚੰਗੀ ਨਹੀਂ ਲੱਗਦੀ ਇਹ, ਮੈਂ ਤੈਨੂੰ ਸਹੀ ਗੱਲ ਦੱਸਾਂ ਨਾ, ਮੈਨੂੰ ਨਹੀਂ ਚੰਗੀ ਲੱਗਦੀ। ਨਾ ਤੈਨੂੰ ਕਿਉਂ ਨਹੀਂ ਚੰਗੀ ਲੱਗਦੀ? ਬਸ ਜਦੋਂ ਆਪਣੇ ਘਰ ਨੂੰ ਇਹ ਅੱਗੇ ਨਹੀਂ ਵਧਾ ਸਕੀ, ਆਪਾਂ ਕਿਉਂ, ਮੈਨੂੰ ਤਾਂ ਨਫ਼ਰਤ ਪੈ ਗਈ ਇਹਦੇ ਨਾਲ ਬੇਬੇ। ਚੱਲ ਚੰਗਾ, ਚਾਹ ਦੀ ਘੁੱਟ ਪੀ ਲਾ, ਕੋਈ ਨਹੀਂ ਮੈਂ ਜਾਂਦੀ ਹਾਂ ਤਾਂ ਗਤਵੀਤ ਕਰਾਉਣੀ, ਅੱਜ ਤੂੰ ਬਹਿ ਜਾ ਟਿਕ ਕੇ, ਨਾ ਜਾ ਤੂੰ ਕਿਸੇ ਪਾਸੇ, ਆਪੇ ਲਈ ਜੂੰਗੀ ਮੈਂ। ਮੈਂ ਨਹੀਂ ਜਾਂਦਾ ਕਿਤੇ, ਨਾ ਜਾ, ਬਸ ਕੋਈ ਲੋੜ ਨਹੀਂ, ਅਸੀਂ ਆਪੇ ਵਗ ਜਾਂਗੀਆਂ। ਦੇਖੂੰਗਾ ਮੈਂ ਕਿਹੜੇ ਸਿਆਣੇ ਫਲ ਪਾ ਕੇ ਦੇ ਦੇਣਗੇ ਤੁਹਾਨੂੰ ਜਵਾਕ ਦਾ, ਹੁੰਦਾ ਹੀ ਨਹੀਂ ਇਹਦੇ। ਲੈ ਕਰਦਾ ਸੇਵਾ ਦਾ ਵਿਚਾਰਨਾ, ਕਿਹੜੇ ਧੰਦੇ ਮੁੱਕਦੇ ਆ, ਸਾਰਾ ਦਿਨ ਆਹੀ ਨਹੀਂ ਲੋਟ ਆਉਂਦੇ। ਅਸੀਂ ਤਾਂ ਸੋਚਦੀ ਹਾਂ ਜਿਹਦਾ ਵਿਆਹ ਹੋ ਜੇ, ਚੱਲ ਸੁੱਖ ਤਾਂ ਹੋ ਜੇ ਮੈਨੂੰ। ਆਹੋ, ਅੱਗੇ ਮੈਂ ਸੁਖੀ ਤੁਰੀ ਫਿਰਦੀ ਹਾਂ, ਫਿਰ ਤੂੰ ਤੁਰੀ ਫਿਰੇਂਗੀ। ਨਹੀਂ ਆ ਜਾ, ਨਹੀਂ ਕਿਵੇਂ ਆਈ ਆ, ਚੱਲ ਆ ਕੂੜਾ ਕੱਠਾ ਮੈਂ ਫੇਰ ਹੀ ਕਰ ਦੂੰਗੀ। ਮੈਂ ਤਾਂ ਬਾਹਲਾ ਵੱਡਾ ਕੰਮ ਆਈ ਅੱਜ। ਅੱਛਾ, ਸੁੱਖ ਤਾਂ ਹੈ? ਨਹੀਂ ਸੁੱਖੀ ਆ ਬਸ, ਤੈਨੂੰ ਪਤਾ ਹੀ ਆ ਸੁੱਖਾਂ ਸਾਖਾਂ ਤਾਂ ਇਹੋ ਜਿਹਾ ਹੀ ਆ। ਆ ਜਾ ਨਹੀਂ, ਚੱਲ ਕੋਈ ਨਾ, ਤੈਨੂੰ ਤਾਂ ਐਂ ਆ ਵੀ ਮੇਰਾ ਪੁੱਤ ਵਿਆਹ ਜਾਵੇ, ਮੈਂ ਵਿਆਹ ਕੇ ਵੀ ਫਿਰਦੀ ਹਾਂ ਠੇਬੇ ਲੈਂਦੀ। ਨਹੀਂ ਉਹੀ ਤਾਂ ਗੱਲ ਹੈ, ਤੇਰੇ ਤਾਂ ਕਿਸਮਤ ਬਾਹਲੀ ਮਾੜੀ ਨਿਕਲੀ, ਠੀਕ ਹੋ ਕੇ ਬਹਿ ਜਾ। ਨਹੀਂ ਹੋਰ ਕੀ ਆ ਭੈਣੇ, ਤਰ ਲੈ ਕੀ ਦੱਸ,
ਹੁਣ ਉਦੋਂ ਵੀ ਸਮਾਂ ਬਾਣੀ ਪੈਣ ਵਾਲਾ ਕੰਮ ਹੋਇਆ ਪਿਆ ਤੇ ਹੁਣ ਕੀ ਬਣਿਆ ਮੈਨੂੰ ਐਂ ਤਾਂ ਦੱਸ। ਕੁਛ ਨਹੀਂ ਬਣਿਆ ਭਾਈ, ਦਾਦੀ ਤਾਂ ਕਹਿੰਦਾ ਵੀ ਤੋਰ ਇਹਨੂੰ। ਅੱਛਾ, ਪੇਕਿਆਂ ਨੂੰ? ਆਹੋ, ਪੇਕਿਆਂ ਨੂੰ ਤੋਰ। ਤੇ ਹੁਣ ਐਂ ਪੇਕਿਆਂ ਨੂੰ ਮੈਂ ਕਿਵੇਂ ਤੋਰ ਦਿਆਂ? ਤੂੰ ਐਂ ਦੱਸ ਮੈਨੂੰ ਹੁਣ ਤੂੰ ਕੀ ਚਾਹੁੰਦੀ ਆ ਫਿਰ? ਮੈਂ ਤਾਂ ਐਂ ਕਹਿੰਦੀ ਹਾਂ ਹੁਣ ਵੀ ਕੋਈ ਧਾਗਾ ਤਵੀਤ ਪਵਾ ਕੇ ਦੇਖ ਲਾਂ, ਕੋਈ ਸਵਾਦੀ ਚੁੰਡੀ ਤੋਂ ਆਰਾਮ ਆ ਜਾਂਦਾ ਹੁੰਦਾ। ਨਹੀਂ, ਤੂੰ ਤਾਂ ਕਮਲੀ ਹੋਈ ਹੈ ਨਾ, ਮੇਰੀ ਗੱਲ ਸੁਣ। ਜਦੋਂ ਡਾਕਟਰਾਂ ਨਾਲ ਨਹੀਂ ਹੋਇਆ, ਇੰਨੀਆਂ ਦਵਾਈਆਂ ਨਾਲ ਸਿਆਣੇ ਦੱਸ ਕੇ ਅੱਡੀ ਲਾਲ ਦੇ ਦੇਣਗੇ? ਨਹੀਂ, ਆਏ ਹੈ ਫਰਕ ਪੈਣ ਨੂੰ ਕੀ ਹੁੰਦਾ, ਪੈ ਜਾਂਦਾ ਹੁੰਦਾ। ਆਹ ਮੇਰੀ ਭੂਆ ਦੀ ਨੂੰਹ ਕੋਲੇ 12 ਸਾਲਾਂ ਬਾਅਦ ਮੁੰਡਾ ਹੋਇਆ ਤੇ ਉਹ ਵੀ ਧਾਗੇ ਤਵੀਤਾਂ ਨਾਲ। ਮੈਨੂੰ ਤਾਂ ਨਹੀਂ ਭਾਈ ਜੱਚਦੀ ਇਹ ਗੱਲ ਜਿਹੜੀ ਤੂੰ ਕਰਦੀ ਹੈ ਬੰਦ ਤੋਂ। ਕਿਹੜੇ ਧਾਗੇ ਤਵੀਤ ਹੈ, ਸਿਆਣਿਆਂ ਨੇ ਤਾਂ ਰੁਪਈਏ ਲੁੱਟਣੇ ਹੁੰਦੇ ਆ, ਦੇਈ ਚੱਲ ਜੇ ਤੇਰੇ ਕੋਲੇ ਵਾਧੂ ਹੈ ਤਾਂ। ਤੂੰ ਤਾਂ ਆਪ ਲਾਡੀ ਵਾਲੀਆਂ ਗੱਲਾਂ ਕਰਦੀ ਆ, ਪਹਿਲਾਂ ਤਾਂ ਉਹ ਨਹੀਂ ਮੇਰੇ ਪੈਰ ਲੱਗਣ ਦਿੰਦਾ, ਹੁਣ ਮੈਂ ਤੇਰੇ ਕੋਲੇ ਆਈ ਹਾਂ, ਤੂੰ ਨਹੀਂ ਮੇਰੀ ਗੱਲ ਸੁਣਦੀ। ਮੈਨੂੰ ਬਾਹ ਤਾਂ ਲਾ ਕੇ ਦੇਖ ਲੈਣ ਦਿਓ ਵੀ, ਕੇਰਾਂ ਧਾਗਾ ਤਵੀਤ ਪਵਾ ਕੇ ਤਾਂ ਦੇਖ ਲੈਣ ਦਿਓ। ਮੈਂ ਤਾਂ ਤੈਨੂੰ ਐਂ ਪੁੱਛਣ ਆਈ ਹਾਂ ਵੀ ਜੇ ਕੋਈ ਹੈਗਾ ਨਹੀਂ ਗੱਲ ਤਾਂ ਮੈਨੂੰ ਦੱਸ ਪਾ। ਆਹੋ, ਹੁਣ ਪੁੱਛਣ ਆਈ ਹਾਂ ਨਾ, ਭਲਾ ਜੇ ਤੂੰ ਮੈਨੂੰ ਕਰਨ ਵੇਲੇ ਹੀ ਪੁੱਛ ਲੈਂਦੀ, ਸੋ ਆਪਾਂ ਪੁੱਛ ਪੜਤਾਲ ਕਰਕੇ ਰਿਸ਼ਤਾ ਲੈਣਾ ਸੀ, ਉਦੋਂ ਤਾਂ ਚੋਰੀ ਚੋਰੀ ਕਰ ਲਿਆ ਵੀ ਕਿਤੇ ਤਾਈ ਭਾਨੀ ਨਾ ਮਾਰ ਦੇ। ਨੀ, ਕਾਹਨੂੰ ਚੋਰੀਆਂ ਕਰਿਆ, ਉਦੋਂ ਸੰਜੋਗ ਹੀ ਵਾਲੇ ਕਾਲੇ ਹੋ ਗਏ, ਤੈਨੂੰ ਪਤਾ ਝੱਟ ਪੱਟ ਹੋ ਗਿਆ। ਚੱਲ ਉਹ ਤਾਂ ਚੰਗਾ ਹੋਇਆ, ਐਂ ਤਾਂ ਮੈਂ ਬਥੇਰੀ ਖੁਸ਼ ਹੈ ਵੀ ਚੱਲ ਭਾਈ, ਕਹਿੰਦੇ ਹੁੰਦੇ ਆਪਦੇ ਸਰੀਕੇ ਦਾ ਆਪਦਾ ਹੀ ਪੁੱਤ ਹੈ। ਗੱਲ ਕਰ ਤਾਂ ਆਹ ਹੋ ਗਈ ਵੱਡੀ, ਜਿਹੜੀ ਗਾਹ ਨਿਉ ਜੜਨ ਦੀ ਵੱਧਦੀ। ਤੇ ਫਿਰ ਹੁਣ ਤੈਨੂੰ ਮੂਹਰੇ ਲਾਉਣੀ ਆ, ਹੁਣ ਤੂੰ ਲੱਗਦੀ ਨਹੀਂ, ਉਦੋਂ ਕਹਿੰਦੀ ਆ ਮੈਨੂੰ ਮੂਹਰੇ ਨਹੀਂ ਲਾਇਆ, ਹੁਣ ਤੂੰ ਹਟਦੀ ਨਹੀਂ, ਜਾਵੇਂਗੀ ਸਿਆਣੇ ਕੋਲੇ। ਮੈਂ ਤਾਂ ਕੇਰਾ ਆਉਂਦਾ ਵਹਿਮ ਭਰਮ ਕੱਢ ਕੇ ਛੱਡੂ, ਮੈਨੂੰ ਤਾਂ ਐਂ ਆ ਵੀ ਧਾਗੇ ਤਵੀਤਾਂ ਨਾਲ ਵੀ ਮੇਰਾ ਕੰਮ ਰਾਸ ਆ ਜਾਊਗਾ। ਮੈਨੂੰ ਤਾਂ ਨਹੀਂ ਲੱਗਦਾ, ਕਿੰਨੇ ਮਰਜ਼ੀ ਧਾਗੇ ਤਵੀਤ ਪਵਾ ਲਾ, ਜੇ ਬੱਚਾ ਹੋਣਾ ਹੁੰਦਾ ਆਉਂਦੀਆਂ ਦੀ ਹੋ ਜਾਂਦਾ, ਹੁਣ ਨਹੀਂ ਹੋਣਾ ਹੋਣਾ। ਚੱਲ ਕੋਈ ਨਹੀਂ, ਖੂਹੀ ਟੋਭੇ ਪੈਣਾ ਪਊਗਾ ਤੇ ਮੈਂ ਜ਼ਰੂਰ ਪਾਉਂਗੀ ਆਪਦੇ ਪੋਤੇ ਦੀ ਮਾਰੀ। ਤੂੰ ਮੇਰਾ ਸਾਥ ਦੇ, ਤੂੰ ਮੈਨੂੰ ਹਾਂ ਜਾਂ ਨਾ ਕਰ ਦੇ ਬਸ। ਨਹੀਂ, ਹਾਂ ਤਾਂ ਮੈਂ ਤੈਨੂੰ ਕਰਦਾ ਨਹੀਂ ਹੈ, ਐਂ ਤੈਨੂੰ ਮੈਂ ਥੋੜ੍ਹਾ ਕਹਿੰਦੀ ਹਾਂ ਵੀ ਚੱਲ ਤੇਰੀ ਗੱਲ ਮੈਂ ਕਹਿਣਾ ਨਹੀਂ ਮੋੜਦੀ, ਹੈਗਾ ਮੰਡੀ 'ਚ ਉੱਥੇ ਬਾਬਾ, ਉਹਦੇ ਕੋਲ ਜਾਂਦੀ ਹੁੰਦੀ ਆ, ਮਹਿੰਦਰੋਂ ਵੀ ਗਈ ਸੀ। ਅੱਛਾ, ਇਹਦੀ ਨੂੰਹ ਦੇ ਵੀ ਬੱਚਾ ਨਹੀਂ ਸੀ ਹੋਇਆ ਤੇ ਸੁੱਖ ਨਾਲ ਮੁੰਡਾ ਹੋਇਆ, ਤੇ ਫਿਰ ਤਾਂ ਹੀ ਤਾਂ ਤੈਨੂੰ ਕਹਿੰਦੀ ਹਾਂ ਵੀ ਫਰਕ ਪੈ ਜਾਂਦਾ ਹੁੰਦਾ। ਚੱਲ ਭਾਈ, ਫਿਰ ਤੂੰ ਵੀ ਜਾਇਆ ਉਹਦੇ ਕੋਲੇ। ਤੇ ਕੀ ਪੈਸੇ ਪੂਸੇ ਲੈਂਦਾ ਗਾ, ਕੀ ਮੱਥਾ ਟਕਾਈ ਕੀ ਕੁਛ ਹੈ? ਪੈਸੇ ਤਾਂ ਮੱਥਾ ਟਕਾਈ ਤਾਂ ਤੂੰ ਆਪਦੀ ਖੁਸ਼ੀ ਨਾਲ ਕੁਛ ਹੀ ਕਰਦੀ। ਜਦੋਂ ਭਾਈ ਫਿਰ ਤੈਨੂੰ ਪਤਾ, ਪਹਿਲਾਂ ਤਾਂ ਅਗਲੇ ਸੁੱਖ ਸ੍ਰੀਣੀਆਂ ਦੇ ਕਹਿੰਦੇ ਅਸੀਂ ਆਹ ਦੇਣੀਆਂ ਲੈਂਦੇ ਹੀ ਅਗਲੇ। ਨਹੀਂ ਚੱਲ ਕੋਈ ਨਹੀਂ, ਮੇਰੇ ਘਰੇ ਪੋਤਾ ਹੋ ਜੇ, ਸੁੱਖ ਸੀਰਨੀ ਦਾ ਕੀ ਆ, ਆਹ ਡਾਕਟਰਾਂ ਦੇ ਘਰ ਬਥੇਰੇ ਭਰਤੇ, ਜੇ ਇਹਨਾਂ ਨੂੰ ਕੋਈ 10-20 ਹਜ਼ਾਰ ਦੇ ਦਾਂਗੇ ਫਿਰ ਕਿੱਡੀ ਕੁ ਗੱਲ ਹੈਗੀ। ਹਾਂ ਚੱਲ ਕੋਈ ਨਾ, ਐਂ ਤਾਂ ਕੋਈ ਨਹੀਂ ਕਹਿੰਦਾ ਸੀ ਭਾਈ, ਕੋਈ ਗੱਲ ਨਹੀਂ, ਇਹਨਾਂ ਨੂੰ ਵੀ ਐਂ ਕਿਹਾ ਸੀ ਵੀ ਤੁਹਾਡੇ ਘਰ ਰੌਣਕ ਲੱਗ ਜੇ, ਬੂਟਾ ਲੱਗ ਜੇ ਭਾਈ, ਉਦੋਂ ਬਾਅਦ ਮੈਂ ਉਹ ਕਰਾਊਂਗਾ, ਭੰਡਾਰਾ ਕਰਾਊਂਗਾ। ਹਾਂ ਹਾਂ, ਚੱਲ ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ। ਤੇ ਤੂੰ ਜਾਇ ਆਈ, ਉਹ ਤਾਂ ਅਗਲਾ ਖੁਸ਼ ਹੋ ਕੇ ਆਪ ਹੀ ਕਰਦਾ ਦਾਨ ਫਿਰ ਜਦੋਂ ਰੰਗ ਭਾਗ ਲੱਗ ਜਾਣ ਘਰੇ। ਹੈ ਨਾ, ਨਾਲੇ ਇੱਕ ਗੱਲ ਮੈਨੂੰ ਹੋਰ ਦੱਸ, ਲਾਡੀ ਮੰਨਦਾ ਇਹ ਗੱਲ ਨੂੰ ਵੀ? ਨਹੀਂ, ਲਾਡੀ ਨਹੀਂ ਮੰਨਦਾ, ਤੇ ਲਾਡੀ ਕੋਲ ਤਾਂ ਤੂੰ ਸ਼ੋ ਵੀ ਨਾ ਕੱਢੀ। ਮੈਂ ਤੈਨੂੰ ਦੱਸਾਂ, ਮੈਂ ਊਂ ਤਾਂ ਉਹਨੂੰ ਕਿਹਾ ਵੀ ਮੈਂ ਲੈ ਕੇ ਜਾਊਂਗੀ, ਪਰ ਜਾਊਂ ਉਹ ਤਾਂ ਚੋਰ ਹੋ, ਮੈਂ ਜਦੋਂ ਕਿਤੇ ਖੇਤ ਖੂਤ ਪਾਣੀ ਦੀ ਵਾਰੀ ਹੋਈ ਨਾ ਦਿਨੇ ਸਾਡੀ, ਉਦੋਂ ਲੈ ਕੇ ਜਾਊਂਗੀ। ਨਾ ਨਾ, ਮੈਂ ਤਾਂ ਕਾਹਨੂੰ ਕਹਿਣਾ ਸੁੱਖ ਨਾਲ, ਚੱਲ ਤੇਰਾ ਭਲਾ ਹੁੰਦਾ ਹੋਵੇ, ਮੈਂ ਐਡੀ ਥੋੜਾ ਵੀ ਭਾਨੀ ਮਾਰੂੰਗੀ। ਤੇ ਤੂੰ ਕਾਲੇ ਕੋਲੇ ਵੀ ਗੱਲ ਨਾ ਕਰੀ, ਚੰਗਾ? ਫਿਰ ਆਇਆ ਵੀ ਜਵਾਕ ਉਧਰੋਂ ਉਧਰ ਹੀ ਦੱਸ ਦਿੰਦੇ ਆ। ਨਾ ਨਾ, ਮੈਂ ਕਾਲੇ ਕੋਲੇ ਵੀ ਹੁੰਦਾ ਜੀ, ਮੈਂ ਤਾਂ ਕਿਸੇ ਕੋਲੇ ਮੁਸ਼ਕ ਨਹੀਂ ਕੱਢਦੀ, ਤੇਰਾ ਭਲਾ ਹੋਣਾ ਚਾਹੀਦਾ। ਉਹੀ ਤਾਂ ਹੈ, ਫਿਰ ਸੱਸ ਨੂੰ ਦੋਨੇ ਜਾਊਂਗੀਆਂ, ਦੋਨੇ ਜਾਵਾਂਗੀਆਂ ਫਿਰ। ਹਾਂ, ਤੇ ਉਹ ਤੋਂ ਐਂ ਕਰੀ, ਤੂੰ ਡਰੈਸ ਲੈ ਕੇ ਸਾਨੂੰ ਦੇ ਦੀ, ਚੰਗਾ? ਉਹ ਤਾਂ ਮੈਂ ਅੱਜ ਹੀ ਜਾਊਂਗੀ ਮਿੰਦਰੋ ਕੋਲੋਂ, ਸਾਰਾ ਪਤਾ ਟਿਕਾਣਾ ਲਿਆਉਂਗੀ, ਲਿਖਾ ਕੇ ਤੈਨੂੰ ਦੇ ਦੂੰਗੀ, ਤੂੰ ਜਾਇਆ ਹੀ। ਨੰਬਰ ਵੀ ਲਿਆਈ ਬਾਬੇ ਦਾ? ਨੰਬਰ ਵੀ ਲਿਆ ਦੂੰਗੀ ਤੈਨੂੰ, ਫੋਨ ਕਰਕੇ ਪੁੱਛ ਲਾਂਗੇ ਵੀ ਕਿਹੜੇ ਦਿਨ ਬੈਂਦਾ ਹੈਗਾ। ਨਹੀਂ ਹੋਰ, ਚੱਲ ਕੋਈ ਪਰਮਾਤਮਾ, ਚੱਲ ਉਹ ਕਰ ਦੇ, ਹੁਣ ਆਪਾਂ ਇਸੇ ਕਰਕੇ ਧੀ ਪੁੱਤ ਨੂੰ ਵਿਆਹੁਣੇ ਆ ਵੀ ਚੱਲ ਗਾਹਾਂ ਕੋਈ ਨਿਉ ਜੜ ਵੱਜ ਜੇ। ਕਰਮਾਂ ਦਾ ਹੁੰਦਾ, ਆਹ ਹੀ ਤਾਂ ਚਿੱਤ ਖਰਾਬ ਹੋਇਆ ਪਿਆ, ਕਿਸੇ ਪਾਸੇ ਜੀ ਨਹੀਂ ਲੱਗਦਾ, ਨਾ ਕੋਈ ਚੰਗਾ ਲੱਗਦਾ ਗਾ। ਹੈ ਵੀ ਉਹ ਦੇਣੀ ਤਾਂ ਉੱਥੇ ਦੀ ਉੱਥੇ ਖੜੀ ਹੈ, ਨਾ ਉਹਦੀ ਮਾਂ ਦਾ ਨੀ ਕੋਈ ਫੋਨ ਫੂਨ ਆਇਆ? ਨਾ ਆਇਆ ਨੀ ਮਾਂ ਦਾ ਫੋਨ, ਤਾਂ ਆਈ ਵੀ ਨਹੀਂ? ਨਾ ਨਾ, ਕੋਈ ਨਹੀਂ ਆਇਆ। ਹੱਦ ਹੋਈ ਪਈ ਆ ਉਹਨਾਂ ਦੀ ਤਾਂ, ਗੇੜਾ ਵੀ ਨਹੀਂ ਮਾਰਦੇ, ਕੀ ਗੱਲ ਇਹ ਜੀ ਹੋ ਗਈ? ਬਾਲੇ ਰੁੱਖੇ ਬੰਦੇ ਐ, ਜਮਾ ਨਹੀਂ ਗੱਲ ਨੂੰ ਗੌਲਦੇ,
ਤੇਰਾ ਜਿੱਦਿਆਂ ਦੀ ਵਿਆਹ ਕੇ ਤੋਰਤੀ ਪਾਸਾ ਥੱਲਿਆ ਕਿਸੇ ਨੇ। ਨਹੀਂ ਹੁਣ ਤਾਂ ਦੇਖਣਾ ਵੀ ਭਾਈ ਮੇਰੀ ਧੀ ਨੂੰ ਇੰਨਾ ਚਿਰ ਹੋ ਗਿਆ ਵਿਆਹੀ ਨੂੰ, ਚੱਲ ਮੈਂ ਜਾਵਾਂ ਆਵਾਂ। ਸੌ ਮਾਵਾਂ ਧੀਆਂ ਦਾ ਦੁੱਖ ਸੁੱਖ ਹੁੰਦਾ। ਨਹੀਂ ਬੇਰੜੀਆਂ ਨੇ ਮਾਵਾਂ, ਕਿਹੜੀਆਂ ਮਾਵਾਂ ਨੇ। ਚੱਲ ਚੰਗਾ ਫਿਰ ਮੈਂ ਤਾਂ ਜਾਂਦੀ ਹਾਂ। ਚੰਗਾ ਨਹੀਂ ਚਾਹ ਦੀ ਕੁੱਟ ਬਣਾ ਲੈਣੀ ਹੈ। ਚਾਹ ਨੂੰ ਕੀ ਆ ਫਿਰ ਮੈਂ ਦੇਖਦੀ ਹਾਂ, ਤੂੰ ਮੈਨੂੰ ਡਰੈਸ ਲਿਆ ਕੇ ਦੇ। ਚਾਹ ਨੂੰ ਕੀ ਆ, ਚਾਹ ਨਹੀਂ ਦੁੱਧ 'ਚ ਪੱਤੀ ਪਾ ਲੈਣੀ ਹੈ, ਕੱਢਿਆ ਪਿਆ ਹਜੇ ਮੈਂ ਤੌੜੀ 'ਚ ਪਾਇਆ ਨਹੀਂ ਦੁੱਧ। ਚੱਲ ਚਾਹ ਪਾ ਲਿਆ ਦੋ ਦਾਣੇ, ਪੀ ਜੂ ਮੈਂ ਕੁੱਟ ਛੱਡ ਖੈੜਾ। ਫਿਰ ਤੇਰਾ ਵੀ ਰੋਜ਼ ਦਾ ਕੰਮ ਹੈ, ਕਹਿ ਦਿੰਦੀ ਹਾਂ ਚਾਹ ਕਰ ਲੈ। ਜਦੋਂ ਆਉਣੀ ਆਈ ਮੁੜ ਜਾਣੀ ਹੈ। ਚੰਗਾ ਜਾ ਉੱਠ ਕੱਢ ਫਿਰ ਲਿਆ ਬਣਾ ਕੇ। ਚੱਲ ਮੈਂ ਲਿਆ ਕੇ ਆਉਂਦੀ ਹਾਂ। ਕਿ ਜਾਉਂਗੀ ਹੋਰ ਪੀਜੀ ਨਹੀਂ ਕੁੱਟ, ਘਰਾਂ ਦੇ ਤਾਂ ਜਬ ਇਹੀ ਮੁੱਕਦੇ ਹੀ ਨਹੀਂ। ਨਹੀਂ ਕਲਪਣਾ ਖੜੀ ਹੋਈ ਪਈ ਆ ਭੈਣੇ, ਕਿੱਥੇ ਕੁਝ ਚੰਗਾ ਲੱਗਦਾ ਗਾ ਜੇ ਰੰਗ ਭਾਗ ਮਹਾਰਾਜ ਆਉਂਦੀ ਨੂੰ ਲਾ ਆਉਂਦਾ। ਕੀ ਲੋੜ ਸੀ ਖੂਹੀ ਟੋਬੀ ਪੈਣ ਦੀ। ਮਨਿੰਦਰ ਕੁਲਦੀਪ ਕਿੱਥੇ ਆ? ਮੰਮੀ ਉਹ ਤਾਂ ਖੇਤ ਗਏ ਆ। ਕਿਵੇਂ ਸੀ ਹੋਣਾ ਤਾਂ ਕਿਵੇਂ ਸੀਗਾ? ਮੈਂ ਤੁਹਾਨੂੰ ਐਂ ਦੱਸਣਾ ਸੀ ਭਾਈ ਮੈਂ ਹਰਪ੍ਰੀਤ ਕੋਲ ਜਾਊਂਗੀ ਅੱਜ। ਕਿਉਂ ਕੀ ਹੋ ਗਿਆ? ਲੈ ਕੇ ਕੀ ਹੋ ਗਿਆ, ਕਿੰਨਾ ਚਿਰ ਹੋ ਗਿਆ ਤਾਂ ਵਿਆਹ ਹੋਏ ਨੂੰ, ਨਾ ਤਾਂ ਤੁਸੀਂ ਗਏ ਹੋ ਨਾ ਤੁਸੀਂ ਮੈਨੂੰ ਜਾਣ ਦਿੰਦੇ ਹੋ ਭਾਈ। ਤੂੰ ਆਪ ਆ ਜਾਂਦੀ, ਆਪ ਆਈ ਇੱਕ ਵਾਰੀ ਮਿਲਣ, ਨਾ ਆਪ ਨੂੰ ਫੋਨ ਕੀਤਾ ਉਹਨੇ। ਮੰਮੀ ਤੁਹਾਨੂੰ ਕਿੰਨੇ ਵਾਰੀ ਇੱਕ ਹੀ ਗੱਲ ਕਹਿਤੀ ਵੀ ਆਪਾਂ ਉਹਦੇ ਕੋਲ ਨਹੀਂ ਜਾਣਾ, ਤੁਹਾਨੂੰ ਕੁਲਦੀਪ ਨੇ ਵੀ ਰੋਕਿਆ ਨਾ ਵੀ ਨਹੀਂ ਜਾਣਾ ਉੱਥੇ, ਫਿਰ ਤੁਸੀਂ ਕੀ ਲੈਣ ਜਾਓਗੇ? ਮੈਂ ਬਥੇਰਾ ਚਿਰ ਤੁਹਾਡੇ ਕਹੇ 'ਚ ਰਹਿ ਲਈ, ਠੀਕ ਹੈ ਨਾ, ਹੁਣ ਤਾਂ ਮੈਂ ਜਾਊਂਗੀ ਤਾਂ ਜਾਊਂਗੀ ਜੋ ਮਰਜ਼ੀ ਹੋ ਜੇ। ਨਾ ਮੰਮੀ ਸਾਡੇ ਦੋਤੋਂ ਦੀ ਹੋ ਕੇ ਜਾਏਂਗੀ ਹੁਣ, ਇਹ ਨਾ ਭੁੱਲ ਤੈਨੂੰ ਰੋਟੀ ਮੈਂ ਹੀ ਦੇਣੀ ਆ, ਆ ਤੇਰੀ ਧੀ ਨਹੀਂ ਦਿੰਦੇ। ਨਹੀਂ ਰੋਟੀ ਦਿਓ ਚਾਹੇ ਨਾ ਦਿਓ ਮੈਨੂੰ ਇਸ ਦਾ ਕੋਈ ਮਤਲਬ ਨਹੀਂ, ਮੈਂ ਤੁਹਾਨੂੰ ਨਾਲੇ ਪੁੱਛ ਨਹੀਂ ਰਹੀ, ਮੈਂ ਦੱਸਦੀ ਪਈ ਆ ਵੀ ਮੈਂ ਜਾ ਰਹੀ ਹਾਂ ਉੱਥੇ। ਮੰਮੀ ਸੋਚ ਲੈ ਫਿਰ ਕੁਲਦੀਪ ਨਾਲ ਲੜਾਈ ਹੋ ਜੂਗੀ ਤੇਰੀ ਐਵੇਂ ਬਿਨਾਂ ਗੱਲੋਂ। ਕੋਈ ਨਹੀਂ ਵੇਖ ਲੂੰਗੀ ਕੁਲਦੀਪ ਵੀ ਮੈਨੂੰ ਕੀ ਕਹਿੰਦਾ ਗਾ। ਹੱਦ ਹੀ ਹੋਈ ਪਈ ਆ ਮੰਮੀ, ਤੈਨੂੰ ਐਂ ਦੱਸ ਤੈਨੂੰ ਹਰਪ੍ਰੀਤ ਨੇ ਇੱਕ ਵਾਰੀ ਫੋਨ ਲਾਇਆ ਵੀ ਮਾਂ ਆ ਕੇ ਮਿਲ ਜਾ, ਚੱਲ ਫਿਰ ਤਾਂ ਜਾਂਦੀ ਵੀ ਸੋਹਣੀ ਲੱਗਦੀ ਆ ਭਾਈ। ਧੀ ਫੋਨ ਕਰਦੀ ਆ, ਚੱਲ ਬਰਾਗ ਕਰਦੀ ਆ, ਉਹਨੇ ਤੈਨੂੰ ਪੁੱਛਿਆ ਵੀ ਨਹੀਂ ਭਾਈ ਮਾਂ ਕਿਵੇਂ ਆ ਕਿਵੇਂ ਨਹੀਂ। ਲੈ ਆ ਕਿ ਉਹਨੇ ਪੁੱਛਿਆ ਨਹੀਂ, ਹੁਣ ਮੈਨੂੰ ਕੀ ਪਤਾ ਉਹਨੂੰ ਕੀ ਕਿਹਾ ਹੋਇਆ। ਤੂੰ ਇੱਥੋਂ ਕੁਛ ਕਿਹਾ ਜਾਂ ਉਹਦੇ ਸਹੁਰੇ ਕੁਛ ਕਹਿੰਦੇ ਆ, ਇਹ ਤਾਂ ਜਾਏ ਤੋਂ ਪਤਾ ਲੱਗੂਗਾ ਨਾ। ਮੈਂ ਉਹਨੂੰ ਕੀ ਕਹਿਤਾ, ਮੇਰੇ ਨਾਲ ਤਾਂ ਆਪ ਨਹੀਂ ਉਹਦੀ ਗੱਲ ਹੁੰਦੀ, ਜੇ ਗੱਲ ਹੋਊਗੀ ਫੇਰ ਹੀ ਕੁਛ ਕਹੂੰਗੀ। ਤੁਸੀਂ ਬਿਨਾਂ ਗੱਲ ਤੋਂ ਨਾ ਮੇਰੇ ਤੇ ਇਲਜ਼ਾਮ ਲਾਇਆ ਕਰੋ। ਮਨਿੰਦਰ ਮੈਨੂੰ ਪਤਾ ਹੀ ਹੈ ਵੀ ਤੂੰ ਕਿੰਨਾ ਕੁਛ ਕਹਿ ਸਕਦੀ ਤੇ ਕਿੰਨਾ ਕੁ ਨਹੀਂ ਕਹਿ ਸਕਦੀ। ਮੰਮੀ ਫਿਰ ਤੂੰ ਜਾਏਂਗੀ? ਹਾਂ ਮੈਂ ਜਾਊਂਗੀ। ਮੰਮੀ ਇੱਕ ਵਾਰੀ ਹੋਰ ਸੋਚ ਲਾ। ਮੈਂ ਤਾਂ ਸੋਚ ਲਿਆ, ਆਪਣੇ ਘਰੇ ਵੱਡਾ ਕਲੇਸ਼ ਪੈ ਜੂਗਾ ਇਸ ਗੱਲ ਕਰਕੇ। ਕੋਈ ਗੱਲ ਨਹੀਂ, ਜਿੱਡਾ ਮਰਜ਼ੀ ਕਲੇਸ਼ ਪੈ ਜੇ। ਮੰਮੀ ਮੈਂ ਇਹਨਾਂ ਨੂੰ ਫੋਨ ਕਰਦੀ ਹਾਂ, ਉਹੀ ਗੱਲ ਕਰਨਗੇ ਤੁਹਾਡੇ ਨਾਲ ਹੁਣ। ਜਿਹਨੂੰ ਫੋਨ ਕਰਨਾ ਕਰਦੇ, ਮੈਂ ਤੈਨੂੰ ਇੱਕ ਵਾਰੀ ਕਹਿਤਾ ਨਾ ਵੀ ਮੈਂ ਤਾਂ ਜਾਊਂਗੀ ਤਾਂ ਜਾਊਂਗੀ। ਕਮਾਲ ਹੀ ਹੋਈ ਪਈ ਆ, ਜੇ ਉੱਥੇ ਵੱਗ ਗਈ, ਜੇ ਉਹਨਾਂ ਨੇ ਕੋਈ ਗੱਲ ਕਰਤੀ ਜਾਂ ਹਰਪ੍ਰੀਤ ਨੇ ਦੱਸਤਾ ਵੀ ਇਹ ਮੇਰੇ ਨਾਲ ਕੁੱਟ ਮਾਰ ਕਰਦੇ ਆ, ਤਾਂ ਮੰਮੀ ਦਾ ਐਂ ਨਹੀਂ ਪਤਾ ਵੀ ਹਰਪ੍ਰੀਤ ਨੂੰ ਇੱਥੇ ਹੀ ਲਿਆਵੇ। ਜਿਹੜੀ ਗੱਲ ਤੋਂ ਡਰਦੀ ਹਾਂ ਕਿਤੇ ਉਹੀ ਹੋ ਜਾਏ। ਇੱਕ ਵਾਰੀ ਮੈਂ ਹਰਪ੍ਰੀਤ ਨੂੰ ਸੁਨੇਹਾ ਲਾ ਦਿਆਂ ਵੀ ਮੈਂ ਆਉਣੀ ਹਾਂ ਤੇਰੇ ਕੋਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਕਿਵੇਂ ਆਕਾਸ਼? ਠੀਕ ਹੈ ਵਧੀਆ ਪੁੱਤ। ਅਤੇ ਉਹ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀਗੀ, ਮੈਂ ਕਿਹਾ ਮੈਂ ਆਉਣਾ ਸੀਗਾ ਅੱਜ ਤੁਹਾਡੇ ਕੋਲ। ਲੈ ਕੀ ਗੱਲ ਪੁੱਤ, ਮੈਂ ਆਪਦੀ ਧੀ ਨੂੰ ਮਿਲ ਨਹੀਂ ਆ ਸਕਦੀ? ਚੱਲ ਕੋਈ ਨਹੀਂ ਪੁੱਤ, ਕੁਛ ਗੱਲਾਂ ਇਹੋ ਜਿਹੀਆਂ ਹੋ ਗਈਆਂ ਸੀਗੀਆਂ ਜਿਹੜੀਆਂ ਮੈਂ ਆ ਨਹੀਂ ਸਕੀ, ਹੈ ਨਾ, ਮੈਂ ਵੀ ਮਜਬੂਰ ਸੀਗੀ, ਪਰ ਮੈਂ ਅੱਜ ਆਉਣੀ ਹੈ ਅਤੇ ਆਪਦੀ ਧੀ ਨਾਲ ਗੱਲਾਂ ਬਾਤਾਂ ਕਰਕੇ ਜਾਊਂਗੀ। ਠੀਕ ਹੈ ਠੀਕ ਹੈ ਪੁੱਤ, ਚੱਲ ਹਰਪ੍ਰੀਤ ਨੂੰ ਦੱਸ ਦੀ। ਚੰਗਾ ਚੰਗਾ, ਲੈ ਵੇਖ ਲਾ ਅਗਲੇ ਨੇ ਇੱਕ ਮਿੰਟ 'ਚ ਕਹਿਤਾ ਵੀ 2 ਸਾਲ ਹੋ ਗਏ ਵਿਆਹ ਨੂੰ, ਉਹ ਤੱਕ ਤਾਂ ਤੁਸੀਂ ਮਿਲਣ ਨਹੀਂ ਆਏਗੇ। ਕੀ ਪਤਾ ਮੇਰੀ ਧੀ ਨੂੰ ਕਿੰਨਾ ਕੁਛ ਸੁਣਨਾ ਪੈਂਦਾ ਹੋਊ ਉਹਨਾਂ ਤੋਂ। ਕੀ ਹੋ ਗਿਆ ਮਾਂ, ਤੂੰ ਕੱਲੀ ਲੱਗੀ ਪਈ ਆ, ਉਹ ਕਿੱਥੇ ਆ? ਸਬਜ਼ੀ ਤੜਕਾ ਲਾਈ ਜਾਂਦੀ ਹੈ।
ਲਾ ਲਿਆ ਕਰ ਉਹਨੂੰ ਵੀ ਕੰਮ ਦੇ ਨਾਲ, ਕਾਹਦੇ ਵਾਸਤੇ ਰੱਖੀ ਆ ਘਰੇ? ਲੱਗੂਗੀ, ਪਕਾਵਾਂਗੇ ਰੋਟੀ, ਇੱਥੇ ਸਬਜ਼ੀ ਬਣਾਈ ਜਾਂਦੀ ਆ ਲੱਗੂਗੀ। ਮੈਂ ਕਿਹਾ ਚੱਲ ਮੈਂ ਪੇੜੇ ਪੂੜੇ ਕਰਕੇ ਰੱਖ ਲਿਆ। ਤੂੰ ਕਿੱਧਰ ਭੱਜ ਗਿਆ ਸੀ? ਕਿਤੇ ਨੀ, ਇੱਥੇ ਬਾਹਰ ਖੜਾ ਸੀਗਾ, ਇਹਦੀ ਮਾਂ ਦਾ ਫੋਨ ਆਇਆ ਸੀਗਾ ਮੈਨੂੰ। ਅੱਛਾ, ਹਾਂ ਮੈਂ ਕਿਹਾ ਬੜਾ ਤੁਸੀਂ ਟਾਈਮ ਤੇ ਫੋਨ ਲਾਇਆ ਹੈ, 2 ਸਾਲ ਹੋ ਗਏ। ਮੈਂ ਕਿਹਾ ਤੁਹਾਨੂੰ ਉਹ ਤਾਂ ਯਾਦ ਨਹੀਂ ਆਈ, ਅੱਜ ਤੁਹਾਨੂੰ ਯਾਦ ਆ ਗਈ। ਨਾ ਅੱਜ ਉਹਨੇ ਕਿਵੇਂ ਫੋਨ ਲਾ ਲਿਆ? ਕਹਿੰਦੀ ਆਉਣੀ ਆ ਮੈਂ, ਮਿਲ ਕੇ ਜਾਣੇ ਆਪਦੀ, ਤੈਨੂੰ ਗੱਲਾਂ ਬਾਤਾਂ ਕਰਨੀਆਂ ਨੇ। ਮੈਂ ਕਿਹਾ 2 ਸਾਲ ਬਾਅਦ ਦੇਖ ਲੈ ਬਰਾਕ ਉੱਠ ਖੜਾ। ਤੇ ਉਦੋਂ ਤਾਂ ਸੁਣਤੀ ਨਹੀਂ ਦਿਸੀਗਾ, ਦਿਸੀ ਨਹੀਂ ਹੈ, ਕੇਰਾ ਰਸਾ ਫੜਾਦਾ ਸਾਨੂੰ, ਮੁੜ ਕੇ ਨਹੀਂ ਆਏ ਤੁਸੀਂ। ਮੈਂ ਤਾਂ ਆਪ ਕਹਿੰਦਾ ਵਧੀਆ ਆ ਜਾਂਦੇ, ਕੋਈ ਨਹੀਂ ਨਾਲ ਹੀ ਧੋਰੂੰਗਾ ਇਹਨੂੰ ਵੀ, ਲੈ ਜਾਓ। ਇਹ ਤੋਂ ਕੀ ਕਰਾਉਣਾ, ਜੋ ਜਵਾਕ ਹੀ ਨਹੀਂ ਹੁੰਦਾ। ਹਾਏ ਵੇ, ਤੇਰੇ ਤਾਂ ਹਾਜ਼ਰੀ ਚੜੀ ਪਈ, ਆਈ ਨਹੀਂ ਨਾਲ ਤੋਰਦੇ ਹੁੰਦੇ, ਸ਼ਰਾਬ ਪੀਂਦਾ। ਉਦੋਂ ਫਿਰ ਆਪਾਂ ਮੇਨ ਗੱਲ ਇਹੀ ਮੂਹਰੇ ਰੱਖਣੀ ਹੈ ਵੀ ਭਾਈ ਆਪਾਂ ਤਾਂ ਰੱਖਣੀ ਨੀ, ਇਹ ਤਾਂ ਜਵਾਕ ਹੁੰਦਾ ਨੀ, ਤਾਂ ਅਸੀਂ ਕੁੱਟਦੇ ਮਾਰਦੇ ਆ, ਆਪਾਂ ਸਾਰੀ ਗੱਲ ਇਹਤੇ ਵਰਾ ਦੇਣੀ ਹੈ। ਆਪਾਂ ਇਹਨੂੰ ਸਿਖਾ ਦਿੰਦੇ ਆ, ਆਪਾਂ ਦੱਸਣ ਦਿੰਦੇ ਹੀ ਨੀ, ਐਡੀ ਗੱਲ ਆਪਾਂ ਜਾਣ ਹੀ ਨੀ ਦਿੰਦੇ। ਗਾਹ ਮਾਂ ਆਊਗੀ, ਮਿਲ ਕੇ ਮੁੜ ਜੂਗੀ, ਦੱਸੂਗੀ ਬੇਬੇ ਇਹ ਕਿੱਥੇ ਰਹਿੰਦੀ ਹੈ, ਤੈਨੂੰ ਪਤਾ ਤਾਂ ਹੈ। ਕੋਈ ਨੀ, ਮੈਂ ਸੱਦ ਕੇ ਕਹਿ ਦਿੰਦੀ ਹਾਂ ਇਹਨੂੰ। ਇਹਦਾ ਕਰ ਫਿਰ ਗੱਲ ਉਰੇ, ਹਰਪ੍ਰੀਤ ਆਏ ਨੀ ਦੱਸਦੀ ਗੀ ਹੈਂ? ਹਰਪ੍ਰੀਤ ਉਰੇ ਆ ਪੁੱਤ, ਤੂੰ ਆਪਦੇ ਹਿਸਾਬ ਨਾਲ ਕਹਿ ਦੇ ਬਸ। ਕੋਈ ਨੀ ਕੋਈ ਨੀ, ਤੇਰੀ ਨਾ ਮੰਮੀ ਆਉਂਦੀ ਅੱਜ ਮੇਰੇ ਨਾਲ। ਹਾਂ, ਤੇ ਕੋਈ ਵੀ ਗੱਲ ਘਰ ਦੀ, ਕੋਈ ਵੀ ਲਾਡੀ ਦੀ, ਕੋਈ ਵੀ ਘਰ ਦੀ ਗੱਲ ਉਹਦੇ ਕੋਲ ਕਰਨੀ ਨੀ ਗੀ। ਬੜਾ ਖੁਸ਼ ਹੋਣ ਦੀ ਕੋਈ ਲੋੜ ਨੀ, ਮੈਂ ਤੈਨੂੰ ਸਿੱਧੀ ਗੱਲ ਦੱਸਤੀ, ਠੀਕ ਆ? ਆਊਗੀ ਗੱਲਾਂ ਬਾਤਾਂ ਕਰੀ, ਆਪਦੀ ਮਾਂ ਕੋਲੇ ਐਂ ਜੇ ਗੱਲਾਂ ਕੀਤੀਆਂ ਵੀ ਮੈਨੂੰ ਕੁੱਟਦਾ ਮਾਰਦਾ ਇਹ, ਠੀਕ ਆ, ਸ਼ਰਾਬਾਂ ਪੀਂਦਾ, ਇੱਕ ਵੀ ਗੱਲ ਮੇਰੀ ਗਲਤ ਕਰਤੀ ਨਾ, ਤੇਰਾ ਹਿਸਾਬ ਲਾ ਲਈ, ਤੇਰਾ ਮੈਂ ਜੁੱਲੀ ਬਿਸਤਰਾ ਨਾਲ ਹੀ ਬੰਨ ਕੇ ਤੇਰੀ ਮਾਂ ਦੇ ਧੋਰੂੰਗਾ, ਮੈਨੂੰ ਦੱਸਦਾ, ਠੀਕ ਆ ਨਾ? ਤੇਰੀ ਮਾਂ ਨੂੰ ਮੈਂ ਸਿੱਧੀ ਗੱਲ ਦੱਸ ਦਿੰਦੀ ਹਾਂ ਵੀ ਜਵਾਕ ਨਹੀਂ ਹੁੰਦਾ ਇਹ ਤੁਸੀਂ ਕੀ ਕਰਾਉਣਾ ਵੀ ਤਲਾਕ ਲੈਣਾ ਮੈਂ ਤਾਂ, ਠੀਕ ਆ ਨਾ? ਆਪਦੇ ਹਿਸਾਬ ਨਾਲ ਹੁਣ ਆਪ ਜਿਵੇਂ ਵੀ ਤੇਰੀ ਮਾਂ ਆਊਗੀ, ਜਿਵੇਂ ਗੱਲਾਂ ਬਾਤਾਂ ਕਰੂਗੀ, ਹਾਲ ਚਾਲ ਪੁੱਛ ਲਈ, ਠੀਕ ਆ, ਬਾਹਲੀਆਂ ਗੱਲਾਂ ਕਰਨ ਦੀ ਲੋੜ ਨਹੀਂ। ਗੱਲ ਸੁਣ ਪੁੱਤ, ਆਪਣੇ ਘਰ ਦੇਖ ਆਪਾਂ ਤਾਂ ਗਤਵੀਤ ਪਵਾਵਾਂਗੇ, ਕੋਈ ਕੋਈ ਆਪਦੀ ਕਿ ਹੱਥ ਪੈਰ ਮਾਰਾਂਗੇ, ਕੋਈ ਪਰਮਾਤਮਾ ਨੇ ਕੋਈ ਸੁਣ ਲਿਆ ਆਪਣੀ, ਅਤੇ ਉਦੋਂ ਪਹਿਲਾਂ ਆਪਾਂ ਕੋਈ ਕਲੇਸ਼ ਨਹੀਂ ਪਾਉਣਾ ਘਰ 'ਚ। ਤੇਰੀ ਮਾਂ ਆਊ, ਗੱਲਾਂ ਬਾਤਾਂ ਕਰੀ, ਖੁਸ਼ੀ ਖੁਸ਼ੀ ਤੋਰੀ ਉਹਨੂੰ। ਆਪਣੇ ਘਰ ਦੀ ਸਿੱਧੀ ਜੀ ਗੱਲ ਤਾਂ ਇਹ ਹੈ ਵੀ ਆਪਣੇ ਘਰ ਦੀ ਕੋਈ ਵੀ ਗੱਲ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ। ਜੇ ਪੁੱਛਣਗੇ ਵੀ ਤੂੰ ਕਿਉਂ ਨਹੀਂ ਫੋਨ ਕੀਤਾ, ਕਹਦੀ ਕਿ ਬਸ ਮੈਂ ਕੰਮਾਂ ਕਾਰਾਂ ਦੇ ਵਿੱਚ ਵੀ ਸੀ ਮੰਮੀ, ਮੈਥੋਂ ਤਾਂ ਟਾਈਮ ਲੱਗਦਾ ਨਹੀਂ ਸੀਗਾ, ਤੁਸੀਂ ਕਿਹੜਾ ਫਿਰ ਮੈਨੂੰ ਫੋਨ ਕਰ ਲਿਆ? ਸਾਰੀਆਂ ਗੱਲਾਂ ਉਹਨਾਂ ਨੂੰ ਕਹਿਣੀਆਂ। ਦੁੱਖ ਸੁੱਖ ਕਰੀ ਬਸ ਆਪਦੀ ਮਾਂ ਨਾਲ ਆਪਦਾ ਸਿੱਧਾ, ਤੇ ਖੁਸ਼ੀ ਖੁਸ਼ੀ ਮੁੜ ਜੂਗੀ। ਚੱਲ ਉਹਨੂੰ ਵੀ ਐਂ ਹੋ ਜੂ, ਮੇਰੀ ਧੀ ਸੌਖੀ ਆ, ਸਾਰਾ ਨਹੀਂ ਘਰ ਦਾ ਭੇਤ ਦੇਈ ਦਾ ਹੁੰਦਾ ਅਗਲੇ ਨੂੰ। ਮੰਮੀ ਮੈਂ ਕਿਉਂ ਕਲੇਸ਼ ਪਵਾਉਂਗੀ, ਮੇਰੇ ਵਾਸਤੇ ਤਾਂ ਇਹੀ ਬਹੁਤ ਹੈ, ਮੇਰੀ ਮਾਂ ਮੈਨੂੰ ਮਿਲਣ ਆਉਂਦੀ ਆ, ਨਾਲੇ ਮੈਂ ਉਹਨਾਂ ਨੂੰ ਦੁਖੀ ਕਰਕੇ ਥੋੜੀ ਭੇਜਣਾ ਘਰੋਂ। ਹਾਂ ਲੱਗ ਗਈ ਨਾ ਗੱਲ ਸਮਝ ਵਾਸਤੇ, ਬਸ ਐਂ ਕਰਨਾ ਜਿਵੇਂ ਤੇਰੇ ਦਿਮਾਗ ਦੇ ਵਿੱਚ ਗੱਲ ਪਈ ਆ ਹੁਣ। ਠੀਕ ਹੈ ਜੀ, ਚੱਲ ਬਣਾ ਲਾ ਸਬਜ਼ੀ ਸੁਬਜ਼ੀ, ਰੋਟੀ ਲਾ ਲਈਏ ਫਿਰ। ਠੀਕ ਹੈ, ਚੰਗਾ। ਤੇ ਪਾਣੀ ਪੂਣੀ ਭਾਈ ਪਿਆਇਆ ਤੂੰ ਪਸ਼ੂਆਂ ਨੂੰ ਉੱਧਰ? ਪਾਣੀ ਪੂਣੀ ਤਾਂ ਪਿਆਇਆ, ਬਸ ਮੈਨੂੰ ਤਾਂ ਆਹੀ ਡਰ ਸੀਗਾ ਵੀ ਇਹ ਆਪਣੇ ਘਰ ਦੀ ਗੱਲ ਕੋਈ ਨਾ ਕਰਦੇ ਉਹਦੇ ਕੋਲ। ਤੂੰ ਸੰਸਾ ਨਾ ਕਰ, ਆਪਾਂ ਐਂ ਕਰਾਂਗੇ, ਜਦੋਂ ਇਹਦੀ ਮਾਂ ਆ ਗਈ ਨਾ, ਜੇ ਤਾਂ ਮਾਏ ਪਰੇ ਭਾਗ ਗਈ ਤਾਂ ਤੂੰ ਬਹਿ ਜੀ, ਜੇ ਤੂੰ ਪਰੇ ਭਾਗ ਗਿਆ ਤਾਂ ਮਾਏ ਬਹਿ ਜੂ। ਆਪਾਂ ਦੋਨੇ ਮਾਵਾਂ ਧੀਆਂ ਨੂੰ ਇਕੱਲੀਆਂ ਬੈਠਣੀ ਨਹੀਂ ਦਿੰਦੇ, ਫਿਰ ਕਿਵੇਂ ਗੱਲ ਕਰ ਹੀ ਨਹੀਂ ਸਕਦੀਆਂ। ਹਾਂ ਬਸ ਠੀਕ ਹੈ, ਠੀਕ ਹੈ, ਚੱਲ ਕੋਈ ਨਾ, ਮੈਂ ਲੈ ਆਵਾਂ ਕੋਈ ਚੀਜ਼ ਉਹਨਾਂ ਵਾਸਤੇ ਖਾਣ ਪੀਣ ਨੂੰ, ਰੋਟੀ ਪਾਣੀ ਦਾ ਚੱਲ ਬਣੂਗਾ ਹੀ ਬਣੂਗਾ। ਆਹੋ ਕੋਈ ਬਿਸਕੁਟ ਕੋਈ ਲਿਆ, ਠੰਡਾ ਠੁੰਡਾ ਲਿਆ। ਹਾਂ ਇਹ ਤਾਂ ਅੱਗੂਆ ਵੀ ਵਧੀਆ ਆਦਰਮਾਨ ਕੀਤਾ ਗਿਆ, ਖਾਣਾ ਤਾਂ ਪਊਗਾ ਹੀ। ਆਹੋ ਚੱਲ ਠੀਕ ਹੈ, ਬਸ ਮੈਂ ਪਕਾਉਣੀ ਆ ਰੋਟੀ, ਫਿਰ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਇਹਨੂੰ ਕੱਲੇ ਨੂੰ, ਮਾੜਾ ਸਮਝਾ ਦੇ। ਬਸ ਬਸ ਤੂੰ ਬਾਹਲਾ ਗਰਮ ਨਾ ਹੋਇਆ ਕਰ, ਮਾੜੀ ਜੀ ਗੱਲ ਤੋਂ ਭੱਖ ਜਾਣਾਗਾ। ਚੱਲ ਮਿਲ ਜੂਗੀ ਮਾਂ, ਇਹਨੇ ਨਾ ਇਹਨੂੰ ਵੀ ਐਂ ਹੋ ਜੂ, ਨਾਲੇ ਸਾਰਾ ਦਿਨ ਇਹਦੀ ਤਾਈ ਸੁਣਾਉਂਦੀ ਰਹਿੰਦੀ ਆ, ਤੁਹਾਡਾ ਕੋਈ ਆਇਆ ਨਹੀਂ, ਤੁਹਾਡਾ ਕੋਈ ਆਇਆ ਨਹੀਂ। ਚੱਲ ਉਹਨੂੰ ਵੀ ਸੱਦ ਲੂੰਗੀ ਹੁਣ ਮੈਂ ਵੀ, ਆ ਜਾ ਤੂੰ ਵੀ ਮਿਲ ਲਾ ਕੁੜਮਣੀ ਨੂੰ। ਪਤਾ ਕਿੱਧਰ ਟੱਪੀ ਆ ਲੈ, ਜਿੰਦੇ ਕੁੰਡੇ ਲਾ ਕੇ ਲੈ ਮਾਇਆ ਆਈ ਤੇਰੇ, ਤੂੰ ਚੜ ਬੈਠੀ ਬਨੇਰੇ, ਉਹ ਗੱਲ ਹੈ ਨਾ। ਕਿੱਧਰ ਗਈ ਸੀ ਜਿੰਦੇ ਕੁੰਡੇ ਲਾ ਛੱਡੇ ਆ? ਨੀ ਮੈਂ ਕਿੱਧਰ ਜਾਣਾ, ਤੇਰੇ ਕੰਮ ਹੀ ਗਈ ਸੀ ਮਿੰਦਰੋ ਕੇ, ਆਹ ਦੇਖਾ ਡਰੈਸ ਲਿਖਾ ਕੇ ਲਿਆਈ। ਅੱਛਾ, ਨੰਬਰ ਲੈ ਕੇ ਆਈ ਆ ਬਾਬੇ ਦਾ? ਨੰਬਰ ਵੀ ਲੈ ਆਈ, ਸਾਰਾ ਡਰੈਸ ਲਿਖਾ ਲਈ ਮੈਂ। ਚੱਲ ਠੀਕ ਆ, ਤਾਂ ਵਧੀਆ ਕੀਤਾ।
ਤੇ ਮੈਂ ਤਾਂ ਆਏ ਆਈ ਸੀ ਤੇਰੇ ਕੰਨੀ, ਮੈਂ ਕਿਹਾ ਅੱਜ ਹਰਪ੍ਰੀਤ ਦੀ ਮਾਂ ਆਉਂਦੀ ਆ, ਫੋਨ ਕਰਿਆ ਸੀ ਉਹਨੇ। ਅੱਛਾ, ਤੇ ਤੂੰ ਵੀ ਆ ਜੀ, ਚੰਗਾ ਗੱਲਾਂ ਬਾਤਾਂ ਕਰਾਂਗੇ। ਅੱਜ ਹਰਪ੍ਰੀਤ ਦੀ ਮਾਂ ਨੂੰ ਦਿਸ ਗਿਆ ਉਹਦਾ ਘਰ ਨੀ? ਚੱਲ ਹੋ ਕੋਈ ਦਿਮਾਗ ਚ ਆਈ ਗੱਲ, ਯਾਦ ਆ ਗਈ ਹੋਣੀ ਆ ਸੁੱਤੇ ਪਿਆਂ ਨੂੰ ਵੀ ਸਾਡੇ ਧੀ ਹੈਗੀ ਆ। ਹਾਂ ਦੇਖ ਲੈ, ਨਹੀਂ ਧੀਆਂ ਨੂੰ ਉਹੀ ਉਬਲਾ ਜੁਬਲੀ ਲੱਗ ਜਾਂਦੀ ਮਾਵਾਂ ਨੂੰ ਵੀ ਕਦੋਂ ਧੀ ਕੋਲੇ ਜਾਈਏ ਆਪਾਂ। ਨੀ ਚੱਲ, ਇਹਦਾ ਤਾਂ ਸਬਰ ਵੱਡਾ ਸੀ, ਦੇਖ ਲੈ ਕਦੇ ਨੀ ਕਿਹਾ ਵੀ ਮੈਂ ਜਾਣਾ ਚਾਹੇ ਆਏ ਨੀ। ਨੀ ਮੈਨੂੰ ਤਾਂ ਐਂ ਲੱਗਦੀ ਕਿ ਤੇ ਮਤੇਰ ਮਤੂਰ ਤਾਂ ਨਹੀਂ ਇਹ? ਨਾ ਮਤੇਰ ਤਾਂ ਕਾਹਨੂੰ, ਹਾਏ ਤਾਂ ਸਕੀ ਸਕੀ ਮਾਂ ਤਾਂ ਭੈਣੇ ਐਂ ਕਰਦੀ ਨਹੀਂ। ਦੇਖ ਲੈ ਹੁਣ ਆਪਣੇ ਵੀ ਕੁੜੀਆਂ ਆਪਣੇ ਤਾਂ ਮਹੀਨੇ ਤੋਂ ਡਾਂ ਉੱਠਣ ਲੱਗ ਜਾਂਦੇ ਨੇ। ਨੀ ਚੱਲ ਅੱਜ ਖੋਜ ਕਰਦੇ ਆ ਸਕੀ ਆ ਕਿ ਮਤੇਰ ਆ ਜੀ, ਤੂੰ ਚੰਗਾ ਗੱਲਾਂ ਬਾਤਾਂ ਕਰਾਂਗੇ। ਚੰਗਾ ਚੱਲ ਮੈਂ ਆ ਜਾਊਂਗੀ। ਠੀਕ ਹੈ, ਤੇ ਆ ਤੂੰ ਮੇਰੀ ਗੱਲ ਸੁਣ, ਜਾਇਆ ਹੀ ਬਾਬੇ ਕੋਲੇ ਫਿਰ ਹੁਣ। ਕੋਈ ਨਹੀਂ ਕੋਈ ਨਹੀਂ, ਤਾਂ ਫਿਰ ਉਹਨੂੰ ਆ ਕੇ ਮੁੜ ਜਾਣ ਦੇ, ਫਿਰ ਜਾਊਂਗੀ। ਆਹੋ ਜਦੋਂ ਆ ਕੇ ਮੁੜ ਗਈ ਉਦੋਂ ਬਾਗ ਉਹਦੇ ਕੋਲ ਤਾਂ ਕੋਈ ਗੱਲ ਨਹੀਂ ਕਰਨੀ ਆਪਾਂ, ਇਹ ਨਾ ਜਵਾਕ ਵਾਲੀ ਤੇ ਨਾ ਬਾਬੇ ਬੂਬੇ ਵਾਲੀ। ਚੰਗਾ, ਮੈਂ ਕਾਹਨੂੰ ਕਰਦੀ ਆ, ਮੈਂ ਹਰਪ੍ਰੀਤ ਨੂੰ ਵੀ ਕਿਹਾਗਾ। ਨਹੀਂ ਨਹੀਂ ਮੈਂ ਨਹੀਂ ਕਰਦੀ, ਫਿਰ ਆਪਾਂ ਆਪਦਾ ਤਾਕਤ ਵੀ ਨਾ। ਕੋਈ ਗੱਲ ਨਹੀਂ, ਹਾਂ ਚੰਗਾ ਫਿਰ। ਚੱਲ ਠੀਕ ਆ, ਆ ਜਾ ਫਿਰ। ਠੀਕ ਹੈ ਫਿਰ, ਤੇਰੇ ਨਾਲ ਹੀ ਚੱਲਣਾ ਫਿਰ ਹੁਣ ਮੈਂ। ਨਾ ਚੱਲ ਵੜ ਪਾ, ਮੈਂ ਠਹਿਰ ਕੇ ਆ ਜੀ, ਆਉਣਾ ਮੈਂ ਠਹਿਰ ਕੇ ਹੁਣੀ, ਮੈਂ ਘਰੇ ਜਾਇਆ ਮਾਂ। ਰੋਂਦੀ ਦੱਸ ਕਿਉਂ ਤੂੰ? ਹੈ ਮਾਂ, ਤੂੰ ਇੰਨਾ ਟਾਈਮ ਬਾਅਦ ਆਈ ਆ ਮੈਨੂੰ ਮਿਲਣ, ਨਾ ਤੂੰ ਕੋਈ ਗੱਲ ਕੀਤੀ ਮੇਰੇ ਨਾਲ ਫੋਨ ਤੇ। ਲੈ ਫੋਨ ਤਾਂ ਤੈਨੂੰ ਅਸੀਂ ਕਿੰਨੇ ਵਾਰੀ ਲਾਇਆ ਗਾ, ਤੁਸੀਂ ਚੱਕਦੇ ਨੀ ਫੋਨ। ਚੱਲ ਮਾਂ ਆ ਜਾ ਅੰਦਰ, ਅੰਦਰ ਜਾ ਕੇ ਗੱਲਾਂ ਕਰਦੇ ਆਪਾਂ। ਚੁੱਪ ਕਰ, ਰੋਂਦੇ ਨੀ ਹੁੰਦੇ। ਦੇਖ ਕਿਵੇਂ ਚੜੀ ਕਸੀ ਆਉਂਦੀ ਹੈ, ਭੋਰੇ ਨੀ ਸ਼ਰਮ ਆਉਂਦੀ ਵੀ ਧੀ ਦੇ ਘਰੇ ਜਾਣਾ। ਨੀ ਚੱਲ ਕੋਈ ਨੀ, ਹੌਲੀ ਬੋਲ ਸੁਣ ਜੂ, ਆਪਾਂ ਕੀ ਲੈਣਾ, ਚੜੀ ਕਸੀ ਆਵੇ ਕੁਛ ਆਵੇ, ਇਹਨੂੰ ਸੁਭਾਅ ਹੀ ਆ ਲੀੜਾ ਕੱਪੜਾ ਪਾਉਣ ਦਾ ਗੂੜਾ, ਵਿਆਹ ਵੇਲੇ ਬਥੇਰਾ ਨਾਭੀ ਨਾਭੀ ਸੂਟ ਪਾਇਆ ਸੀ ਇਹਦੇ। ਨਹੀਂ ਆਪਾਂ ਤਾਂ ਕੀ ਕਹਿੰਦੇ, ਪਾਵੇ ਗੂੜਾ ਕੱਪੜਾ ਲੀੜਾ, ਪਰ ਧੀ ਦਾ ਖਿਆਲ ਰੱਖ ਲੇ। ਸਤਿ ਸ੍ਰੀ ਅਕਾਲ ਭੈਣ ਜੀ। ਬਹਿ ਜਾਓ ਮੰਮੀ, ਮੈਂ ਪਾਣੀ ਲੈ ਕੇ। ਬਹਿ ਜਾਓ ਇੱਧਰ ਹੋ ਜਾਓ। ਹੋਰ ਭੈਣ ਜੀ ਠੀਕ ਜੀ ਸਾਰਾ ਪਰਿਵਾਰ? ਹਾਂ ਠੀਕ ਜੀ, ਤੁਸੀਂ ਦੱਸੋ ਕਿਵੇਂ? ਠੀਕ ਹੈ ਬਸ ਵਧੀਆ। ਹੋਰ ਤੁਸੀਂ ਠੀਕ ਰਹਿੰਦੇ ਹੋ? ਹਾਂਜੀ ਹਾਂਜੀ ਠੀਕ ਠਾਕ ਵਧੀਆ। ਬੜੇ ਚਿਰ ਤੋਂ ਗੇੜਾ ਮਾਰਿਆ ਭੈਣ ਜੀ? ਹੋਰ ਭੈਣ ਜੀ ਬਸ ਟਾਈਮ ਲੱਗ ਹੀ ਜਾਂਦਾ, ਤੁਹਾਨੂੰ ਪਤਾ ਹੈ ਸਾਡੇ ਕੰਮਾਂ ਕਾਰਾਂ 'ਚ ਫਿਹੜਾ ਨਿਕਲ ਜਾਂਦਾ। ਇਹਨਾਂ ਨੇ ਤਾਂ ਗੱਲ ਪੱਖ ਨੂੰ ਦਿਖਾਈ ਦਿੱਤੀ ਹੈ, ਹੋਰ ਹੋ ਜਾਏ ਦਿਨ ਬਾਈ ਭੈਣ ਜੀ ਲੋਟ ਹੋ ਕੇ। ਸਹੀ ਗੱਲ ਹੈ ਤੁਹਾਡੀ। ਹਾਂ ਜਿਵੇਂ ਉਹ ਆ ਕੇ ਦਿੰਦਾ ਹੁੰਦਾ ਕਿ ਦੁਸਹਿਰੇ ਵਾਲੇ ਦਿਨ, ਉਹ ਕੰਮ ਇਹਨਾਂ ਦਾ। ਚਲੋ ਕੋਈ ਨਹੀਂ, ਸੁਣਾਓ ਸਾਰਾ ਪਰਿਵਾਰ ਠੀਕ ਸੀ? ਹਾਂ ਠੀਕ ਸੀ ਵਧੀਆ। ਚਲੋ ਵਧੀਆ ਚਾਹੀਦੇ ਆ। ਬਹਿ ਜਾ ਪੁੱਤ। ਨਹੀਂ ਭੈਣੇ ਕਦੇ ਫੋਨ ਫਾਨ ਵੀ ਨਹੀਂ ਕਰਿਆ ਤੁਸੀਂ ਤਾਂ ਜਮੀ, ਨਾ ਕਦੇ ਗੇੜਾ ਮਾਰਿਆ, ਕੀ ਗੱਲ? ਨਹੀਂ ਬਸ ਭੈਣੇ ਇਹਦਾ ਤੂੰ ਨਾ ਹੀ ਪੁੱਛ, ਕਰਦਿਆਂ ਗੱਲਾਂ ਤੈਨੂੰ ਪਤਾ ਹੀ ਆ ਕੀ ਕੁਛ ਚੱਲਦਾ ਘਰਾਂ ਦੇ ਵਿੱਚ, ਨਾਲੇ ਫਿਰ ਤੁਸੀਂ ਕਿਹੜਾ ਗੇੜਾ ਮਾਰਿਆ, ਨਾ ਕਦੇ ਹਰਪ੍ਰੀਤ ਨੇ ਮੈਨੂੰ ਫੋਨ ਕੀਤਾ। ਫੋਨ ਤਾਂ ਤੁਹਾਡਾ ਲੱਗਿਆ ਹੀ ਨਹੀਂ, ਪਤਾ ਨਹੀਂ ਕੀ ਕਰ ਰੱਖਿਆ ਤੁਸੀਂ ਨੰਬਰ ਨੂੰ, ਤੇ ਇਹਦੇ ਭਾਈ ਆਏ ਨਹੀਂ ਗਈ ਇਹ ਵੀ, ਉਹ ਨਹੀਂ ਆਏ ਮੇਰਾ, ਨਾ ਮਾਂ ਆਈ ਆ ਅਤੇ ਨਾ ਮੇਰਾ ਭਰਾ ਭਰਜਾਈ ਆਇਆ ਕਦੇ, ਇਹ ਆਪ ਹਰਖ 'ਚ ਨਹੀਂ ਫਿਰ ਗਈ, ਤੈਨੂੰ ਪਤਾ ਜਵਾਕਾਂ ਨੂੰ ਹੋ ਹੀ ਜਾਂਦਾ ਉੱਧਰ ਉੱਧਰ। ਭਰਾ ਭਰਜਾਈ ਦਾ ਤਾਂ ਪਤਾ ਹੀ ਹੈ ਤੈਨੂੰ ਕਿਹੋ ਜਿਹੇ ਹੈਗੇ ਨੇ, ਹੈਂ ਜੋ ਚੱਜਦੇ ਹੁਣ ਤਾਂ ਗੱਲਾਂ ਨੂੰ ਪਹੁੰਚਦੇ ਨਹੀਂ ਸੀ। ਨਹੀਂ ਭੈਣੇ ਚੱਲ ਉਹ ਤਾਂ ਨਾ ਆਉਣ, ਤੂੰ ਤਾਂ ਸਾਲ ਕੋਈ ਸਾਲ ਸੀ ਮਹੀਨਿਆਂ ਤੋਂ ਗੇੜਾ ਮਾਰ ਸਕਦੀ ਹੈ। ਮੰਮੀ ਛੱਡੋ ਇਹ ਗੱਲਾਂ, ਹੋਰ ਮੰਮੀ ਸਰਗੁਣ ਨੂੰ ਲਿਆਂ ਦੇ ਨਾਲ ਕਿਵੇਂ ਸੀ ਉਹ? ਉਹ ਤਾਂ ਠੀਕ ਆ ਪੁੱਤ, ਸਰਗੁਣ ਤਾਂ ਸਕੂਲ ਗਈ ਅੱਜ। ਤੇ ਵੀਰਾ ਭਾਬੀ ਠੀਕ ਨੇ? ਠੀਕ ਹੀ ਆ, ਵਧੀਆ ਸਾਰੇ। ਤੇ ਭਾਬੀ ਨੂੰ ਲਿਆਂ ਦੇ ਨਾਲ? ਲੈ ਜੇ ਉਹ ਆਉਣ ਵਾਲੀ ਹੁੰਦੀ ਤਾਂ ਪਹਿਲਾਂ ਹੀ ਗੇੜਾ ਮਾਰ ਜਾਂਦੀ ਤੇਰੇ ਕੋਲੇ, ਤੈਨੂੰ ਪਤਾ ਤਾਂ ਹੈ ਉਹ ਕਿਹੋ ਜਿਹੀ ਹੈਗੀ ਆ। ਉਹ ਨਹੀਂ ਨਹੀਂ ਮੰਮੀ, ਬਸ ਕੰਮਾਂ 'ਚ ਉਲਝ ਜਾਂਦੇ ਹੁਣ ਸਰਗੁਣ ਦੇ ਪੇਪਰ ਆ ਨਾ ਤਾਂ ਕਰਕੇ। ਚੱਲ ਕੋਈ ਨਹੀਂ ਆ ਜਾਓ, ਸਤਿ ਸ਼੍ਰੀ ਅਕਾਲ। ਤੋ ਬਣਾਉਂਦੀ ਆ।
ਤੂੰ ਦੱਸ ਕਿਵੇਂ ਠੀਕ ਆ? ਹਾਂ ਹਾਂ ਠੀਕ ਹੈ ਵਧੀਆ। ਕੁਲਦੀਪ ਵਰਗੇ ਠੀਕ ਸੀ ਹੋਣੀ ਇਹ ਨਾਲ? ਹਾਂ ਸਾਰੇ ਠੀਕ ਆ ਵਧੀਆ। ਕੁਲਦੀਪ ਕੰਮ ਤੇ ਗਿਆ ਹੋਇਆ ਸੀਗਾ। ਅੱਛਾ ਹਾਂ। ਮੈਂ ਕਿਹਾ ਵਾਹਵਾ ਦਿਨਾਂ ਤੋਂ ਗੇੜਾ ਮਾਰਿਆ ਨਾਲ ਆ ਜਾਂਦੇ ਹੁਣ ਤਾਂ ਕਿ ਕੋਈ ਗੁੱਸਾ ਗਾਸਾ ਉਹਨਾਂ ਨੂੰ? ਪਤਾ ਨਹੀਂ ਭਾਈ, ਉਹ ਤਾਂ ਰੱਬ ਜਾਣਦਾ ਗੁੱਸੇ ਗਾਸੇ ਕਾਹਦੀ ਪਿੱਛੇ ਆ ਕਿਵੇਂ ਗੁੱਸਾ ਗਾ। ਲੈ ਭੈਣਾਂ ਨਾਲ ਕਾਹਦੇ ਗੁੱਸੇ ਹੁੰਦੇ ਆ ਪੁੱਤ? ਸਮਝ ਨਹੀਂ ਲੱਗਦੀ ਆਪਾਂ ਨੂੰ ਤਾਂ ਜੀ ਕਿ ਕਾਹਦੇ ਗੁੱਸੇ ਆ। ਭੈਣੇ ਗੁੱਸਾ ਤਾਂ ਕਿ ਚੱਲ ਉਹਦੇ ਢਿੱਡ 'ਚ ਹੋਊ ਜਾਂ ਇਹਦੇ ਹੋਊ, ਆਪਾਂ ਨੂੰ ਨਹੀਂ ਪਤਾ ਭੈਣ ਭਰਾਵਾਂ ਦਾ ਵੀ ਕੀ ਗੱਲ ਹੈ। ਪਰ ਲੋਕ ਤਾਂ ਸਾਨੂੰ ਬਥੇਰਾ ਕੁਛ ਸੁਣਾਉਂਦੇ ਆ। ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਕਹਿੰਦੇ ਮੁੱਲ ਦੀ ਲਿਆਂਦੀ ਹੈ ਇਹਨਾਂ ਨੇ, ਤੇ ਤਾਂ ਕਰਕੇ ਇਹਦਾ ਕੋਈ ਅੱਗਾ ਪਿੱਛਾ ਨਹੀਂ ਕੋਈ ਆਉਂਦਾ। ਗੱਲਾਂ ਸੁਣਨੀਆਂ ਪੈਂਦੀਆਂ ਲੋਕਾਂ ਦੀਆਂ, ਇਹੋ ਜਿਹੇ ਕੁਛ ਸੁਣਾਉਂਦੇ ਆ ਗੱਲਾਂ ਲੋਕ ਤਾਂ। ਇਹ ਤਾਂ ਫਿਰ ਲੋਕ ਤਾਂ ਗੱਲਾਂ ਕਰਦੇ ਹੀ ਹੁੰਦੇ ਹੈਗੇ, ਜਦੋਂ ਕੋਈ ਆਇਆ ਨਹੀਂ ਗਾ ਫਿਰ ਭਾਈ ਉਹੀ ਗੱਲ। ਆਪਾਂ ਗੱਲਾਂ ਕਰਵਾਈਏ ਇਹਨਾਂ ਨੇ, ਤਾਂ ਹੀ ਤਾਂ ਤੁਹਾਡੇ ਕੋਲ ਹੁਣ ਗੱਲ ਕੀਤੀ ਹੈ। ਤੁਸੀਂ ਘਰੇ ਜਾ ਕੇ ਗੱਲ ਕਰਿਓ ਵੀ ਗੇੜਾ ਮਾਰਿਆ ਕਰੋ ਤੁਸੀਂ ਬਈ, ਦੋ ਚਾਰ ਮਹੀਨਿਆਂ ਬਾਅਦ ਹੈ ਮਿਲ ਕੇ ਜਾਇਆ ਕਰੋ। ਵੀ ਆਪਾਂ ਕਿਹੜਾ ਕਹਿੰਦੇ ਵੀ ਕੋਈ ਆਪਦਾ ਸਮਾਨ ਲਿਆ ਦੇ ਕੇ ਜਾਓ ਆਪਦੀ ਕੁੜੀ ਨੂੰ ਕੁਛ, ਬਸ ਉਹਨੂੰ ਮਿਲ ਜਾਇਆ ਕਰੋ, ਇਹੀ ਬਹੁਤ ਆ ਗੱਲਾਂ। ਕੋਈ ਨਹੀਂ ਪੁੱਤ, ਮੈਂ ਕਹੂੰਗੀ ਕੁਲਜੀਤ ਨੂੰ, ਹੋਰ ਕਰੂੰਗੀ ਇਹਦੇ ਨਾਲ ਗੱਲ ਜਾ ਕੇ। ਹੋਰ ਪਿੰਡ 'ਚ ਤਾਂ ਇੰਨੀ ਥੂ ਥੂ ਹੋਈ ਪਈ ਆ, ਹਰੇਕ ਕਹਿੰਦਾ ਕੁੜੇ ਇਹਨਾਂ ਦੀ ਨੂੰਹ ਦੇ ਆਏ ਨਹੀਂ ਮਾਂ ਪਿਓ। ਮੈਨੂੰ ਤਾਂ ਲੱਗਦਾ ਊਂ ਹੀ ਲਿਆਂਦੀ ਆ ਮੁੱਲ ਵਿਕਦੀ, ਐਂ ਕਰਦੇ ਆ ਭੈਣ ਜੀ ਗੱਲਾਂ। ਹਾਂ ਤੇ ਹੋਰ ਇਹਦੇ ਕੋਲ ਗੱਲਾਂ ਕਰਦੀਆਂ, ਇਹਦੇ ਮੂੰਹ 'ਤੇ ਤਾਂ ਅਗਲਾ ਕਹਿੰਦਾ ਨਹੀਂ, ਤੇ ਪਿੱਠ ਪਿੱਛੇ ਤਾਂ ਬਥੇਰੀਆਂ ਗੱਲਾਂ ਕਰਦੇ ਆ ਲੋਕ। ਉਹ ਭੈਣੇ ਲੋਕਾਂ ਦਾ ਕੰਮ ਹੀ ਆ ਗੱਲਾਂ ਕਰਨੀਆਂ, ਚਾਰ ਬੰਦ ਲਾ ਲਾ ਕੇ ਗੱਲਾਂ ਕਰਦੇ ਆ। ਅਗਲਾ ਐ ਕਹਿੰਦਾ ਨਾ ਕਿ ਜੇ ਹੋਣ ਤਾਂ ਕਿ ਆਉਣ ਨਾ, ਆ ਕਿ ਹੈ ਹੀ ਨਹੀਂ ਕੋਈ ਭੈਣ ਭਰਾ ਇਹਦਾ, ਲੈ ਹੁਣ ਕੀ ਕਹੀਏ ਕਿਸੇ ਨੂੰ? ਹੈ ਕਿਉਂ ਨਹੀਂ, ਹੈ ਤਾਂ ਸਾਰਾ ਕੁਛ ਹੀ ਹੈਗਾ। ਨਹੀਂ ਤੁਹਾਡੀ ਵੀ ਮਜਬੂਰੀਆਂ ਹੋ ਜਾਂਦੀਆਂ ਨੇ, ਤੁਹਾਡੀ ਵੀ ਗੱਲ ਗਲਤ ਹੈ। 50 ਵਾਰੀ ਤਾਂ ਹਰਪ੍ਰੀਤ ਨੇ ਮੇਰੇ ਕੋਲੇ ਬਹਿ ਕੇ ਤੁਹਾਨੂੰ ਫੋਨ ਲਾਇਆ, ਨਾ ਤਾਂ ਤੁਸੀਂ ਫੋਨ ਚੱਕਿਆ, ਨਾ ਕੁਲਦੀਪ ਨੇ ਚੱਕਿਆ, ਨਾ ਹੀ ਚੱਕਿਆ ਉਹਦੀ ਭਾਬੀ ਨੇ। ਕੀ ਗੱਲ ਭਾਈ, ਕੁਝ ਮੇਰੇ ਕੋਲ ਤਾਂ ਫੋਨ ਇਹਦਾ ਆਉਂਦਾ ਹੀ ਨਹੀਂ, ਮੈਂ ਤਾਂ ਬਥੇਰਾ ਦੇਖਦੀ ਆ ਫੋਨ, ਜੇ ਮੈਂ ਲਾਉਣੀ ਆ ਉਧਰੋਂ ਤਾਂ ਨਹੀਂ ਲੱਗਦਾਗਾ ਫੋਨ। ਕੀ ਤਾਂ ਫੋਨਾਂ ਨੂੰ ਕੀ ਨਹੀਂ ਸਾਰੇ, ਮੈਂ ਮੇਰੇ ਵਾਲੇ ਫੋਨ ਤੋਂ ਵੀ ਲਾਉਂਦੀ ਰਹੀ ਆ ਉਹ, ਠੀਕ ਹੈ, ਆਪਦੇ ਫੋਨ ਤੋਂ ਵੀ ਲਾਉਂਦੀ ਰਹੀ ਹੈ। ਕੀ ਪਤਾ ਪੁੱਤ ਹੁਣ ਕੀ ਕੀਤਾ ਫੋਨਾਂ ਨੂੰ, ਉਹਨਾਂ ਨੇ ਕੁਛ ਕਰਤਾ ਹੋਣਾ, ਫਿਰ ਹੋਰ ਕੀ ਹੈਗਾ। ਐਂ ਕਰੀ ਸਾਰੇ ਪਿੰਡ ਵਿੱਚ ਦੀ ਗੇੜਾ ਘੁਮਾ ਦੀ ਅੱਜ ਭੈਣ ਜੀ ਦਾ, ਜਿਹੜਾ ਲੋਕਾਂ ਨੂੰ ਪਤਾ ਲੱਗ ਜਾਏ ਵੀ ਹਾਂ ਹਰਪ੍ਰੀਤ ਦੀ ਮਾਂ ਆਈ ਹੈ। ਨੀ ਕਾਹਤੋਂ ਮਖੌਲ ਕਰਦੀ ਆ, ਆਪਾਂ ਲੋਕਾਂ ਤੋਂ ਕੀ ਲੈਣਾ, ਭੌਂਕਦੇ ਆ ਭੌਂਕੀ ਜਾਣਦੇ, ਆਪਣੇ ਘਰੇ ਰਿਸ਼ਤੇਦਾਰ ਆ ਗਏ ਨਾ, ਬਸ ਠੀਕ ਆ ਆਪਾਂ ਨੂੰ ਵਧੀਆ। ਹਾਂ ਚਲੋ, ਤੇ ਹੋਰ ਭੈਣ ਜੀ ਮੈਂ ਤਾਂ ਐਂ ਕਹਿੰਦੀ ਸੀ ਕੋਈ ਤੁਹਾਡੇ ਹੋਰ ਕੋਈ ਕੁੜੀ ਹੈਗੀ ਤੇ ਮੇਰੇ ਕਾਲੇ ਨੂੰ ਕਰਾ ਦਿਓ। ਕੋਈ ਨੀ ਭੈਣ ਜੀ, ਕਰਾ ਦਾਂਗੇ ਰਿਸ਼ਤੇ ਦਾ, ਕੋਈ ਗੱਲ ਨੀ। ਪਰ ਇਹੋ ਜਿਹੇ ਤਾਂ ਕਰਾਇਓ ਨਾ ਜਿਹੜੇ ਮਾਂ ਪਿਓ ਆ ਕੇ ਨਾ ਖੜਨ ਤੁਹਾਡੇ ਵਾਂਗੂ। ਚਲ ਕੋਈ ਨੀ ਭੈਣੇ, ਸਾਡੀਆਂ ਤਾਂ ਸਭ ਮਜਬੂਰੀਆਂ ਸੀਗੀਆਂ, ਤਾਂ ਨੀ ਸਾਥੋਂ ਆਇਆ ਗਿਆ। ਕੋਈ ਨੀ, ਤੁਹਾਡੇ ਰਿਸ਼ਤਾ ਵਧੀਆ ਕਰਾ ਦਿਆਂਗੇ। ਆਏ ਆ ਭੈਣ ਜੀ, ਹੁਣ ਇਹਨੇ ਤਾਂ ਲੋਕਾਂ ਦੀਆਂ ਗੱਲਾਂ ਸੁਣ ਲਈਆਂ, ਮੈਂ ਇੱਥੋਂ ਤਾਂ ਨਹੀਂ ਸੁਣੀਆਂ ਜਾਂਦੀਆਂ, ਮੇਰਾ ਥੋੜਾ ਜਿਹਾ ਗਰਮ ਸੁਭਾਅ ਹੈ, ਫਿਰ ਐਵੇਂ ਲੜਨ ਦਾ ਉਹ ਥਾਂ ਹੋ ਜਾਂਦਾ ਲੋਕਾਂ ਨਾਲ। ਸਾਥੋਂ ਕਿਹੜਾ ਜਾਂਦੀਆਂ ਨੇ, ਇਹਦਾ ਬਸ ਚੁੱਪ ਕਰਨਾ ਪੈਂਦਾ ਵੀ ਕਿਸੇ ਨਾਲ ਲੜ ਨਹੀਂ ਸਕਦੇ ਹੈ, ਨਾ ਇਹਨੂੰ ਕਹਿ ਸਕਦੇ ਕੁਛ। ਮੇਰੇ ਸਾਹਮਣੇ ਤਾਂ ਇਹ 50 ਫੋਨ ਲਾ ਦਿੰਦੀ ਹੈ, ਜਦੋਂ ਮੂਹਰੋਂ ਚੱਕਦੇ ਨੀ ਗੇ ਕੀ ਕਰੀਏ। ਲਾਡੀ ਕਿਹਦੀ ਕਿਹਦੀ ਬਰਾਬਰੀ ਕਰਾਂਗੇ ਆਪਾਂ, ਕਿਹਦੇ ਕਿਹਦੇ ਨਾਲ ਲੜਾਂਗੇ ਪੁੱਤ, ਕਹਿੰਦੇ ਆ ਤਾਂ ਕਹੀ ਜਾਣਦੇ। ਕੋਈ ਨੀ, ਨਹੀਂ ਭੈਣ ਜੀ ਐਂ ਹੁੰਦਾ, ਮਾਵਾਂ ਧੀਆਂ ਨੇ ਜਿਹੜੇ 100 ਗੱਲਾਂ ਹੁੰਦੀਆਂ ਨੇ ਉਹ ਮਾਵਾਂ ਧੀਆਂ ਨਹੀਂ ਹੁੰਦੀਆਂ। ਚਲੋ ਕੋਈ ਨੀ, ਆ ਗਏ ਹੁਣ ਬਸ। ਚਲ ਬੈਠੋ ਤੁਸੀਂ ਕਰੋ ਗੱਲਾਂ, ਮੈਂ ਲਿਆਉਣਾ ਕੁਝ ਖਾਣ ਪੀਣ ਨੂੰ। ਚਲ ਚੰਗਾ, ਮੈਂ ਵੀ ਚੱਲਦੀ ਆ। ਚੰਗਾ ਕੋਈ ਨੀ, ਤੇ ਠੀਕ ਹੈ ਭੈਣ ਜੀ, ਜਿਹੜੀ ਗੱਲ ਮੈਂ ਕੀਤੀ ਹੈ ਨਾ ਉਹਦਾ ਮਾੜਾ ਜਿਹਾ ਖਿਆਲ ਰੱਖਿਓ। ਕੋਈ ਨੀ ਕੋਈ ਨੀ ਭੈਣ ਜੀ, ਰੱਖਾਂਗੇ। ਤੇ ਪਰ ਦੂਜੀ ਗੱਲ ਦਾ ਵੀ ਖਿਆਲ ਰੱਖਿਓ ਜਿਹੜੀ ਦੂਜੀ ਕਹੀ ਹੈ। ਠੀਕ ਹੈ ਕੋਈ ਨੀ।
ਲੈ ਵੇਖ ਲੈ ਪੁੱਤ ਆ ਤੇਰੀ ਤਾਈ ਕਿੰਨੀਆਂ ਗੱਲਾਂ ਮਾਰਦੀ ਹੈ। ਮੰਮੀ ਇਹਦੀ ਤਾਂ ਆਦਤ ਹੀ ਹੈ ਲੋਕਾਂ ਦੇ ਘਰਾਂ ਜਾ ਜਾ ਕੇ ਵਿੜਕਾ ਲੈਣ ਦੀ, ਐਂ ਗੱਲਾਂ ਬਣਾਉਂਦੀ ਫਿਰ ਬਾਹਰ ਜਾ ਕੇ ਤੇ ਕਰਦੀ ਆ ਉਹੀ ਗੱਲਾਂ। ਚੱਲ ਛੱਡ ਆਪਾਂ ਇਹ ਤੋਂ ਕੀ ਲੈਣਾ, ਤੂੰ ਮੈਨੂੰ ਐਂ ਦੱਸ ਵੀ ਤੂੰ ਖੁਸ਼ ਤਾਂ ਹੈ ਇੱਥੇ। ਮੰਮੀ ਕੀ ਦੱਸਾਂ, ਹਾਂ ਹਾਂ ਮੰਮੀ ਮੈਂ ਬਹੁਤ ਖੁਸ਼ ਹਾਂ। ਲੈ ਖੁਸ਼ ਨੂੰ ਭੈਣ ਜੇ ਨੂੰ ਕੀ ਦੁੱਖ ਹੈ ਇੱਥੇ, ਸੁੱਖ ਨਾਲ ਜੇ ਖੁਸ਼ ਹੈ ਤਾਂ ਹੀ ਤੁਹਾਨੂੰ ਯਾਦ ਨਹੀਂ ਕੀਤਾ, ਨਹੀਂ ਤੁਹਾਨੂੰ ਫੋਨ ਕਰਦੀ, ਕੋਈ ਮਿਲ ਕੇ ਆਉਂਦੀ, ਕੋਈ ਸੁਨੇਹਾ ਲਾਉਂਦੀ ਹੈ। ਹਾਂਜੀ ਭਾਈ ਮੈਨੂੰ ਤਾਂ ਔਖ ਹੈ, ਮੈਂ ਉਹੀ ਗੱਲਾਂ ਕਰੀ ਜਾਂਦੀ ਸੀ ਮੰਮੀ ਨੂੰ, ਮੈਂ ਕਹੀ ਜਾਂਦੀ ਸੀ ਮੈਂ ਬਹੁਤ ਖੁਸ਼ ਹੈ ਇੱਥੇ। ਹਾਂ ਅਸੀਂ ਤਾਂ ਕੰਡੇ ਜਿੰਨੀ ਪੀੜ ਨਹੀਂ ਦਿੰਦੇ ਇਹਨੂੰ, ਪੁੱਛ ਲਾ ਭਲਾ। ਉਹ ਤਾਂ ਠੀਕ ਹੈ ਭੈਣ ਜੀ, ਚਲੋ ਫਿਰ ਵੀ ਮੇਰਾ ਐਂ ਜੇ ਮਨ ਜਾ ਹੁੰਦਾ ਸੀਗਾ, ਕਈ ਵਾਰੀ ਨਾ ਮਨ ਜਾ ਉੱਛਲਦਾ ਸੀ ਵੀ ਪਤਾ ਕਰਾਂ ਵੀ ਕਿਵੇਂ ਆ ਹਰਪ੍ਰੀਤ, ਕਿਵੇਂ ਉੱਥੇ ਰਹਿੰਦੀ ਹੈਗੀ, ਕੋਈ ਤਕਲੀਫ ਤਾਂ ਨਹੀਂ ਉਹਨੂੰ। ਲੈ ਸੋਨੂੰ ਆਉਣ ਨੂੰ ਕਿਹੜਾ ਕੰਧ ਕੱਢੀ ਸੀ, ਤੁਸੀਂ ਜਦੋਂ ਮਰਜ਼ੀ ਆਓ, ਸਮਾਂ ਮਹੀਨੇ ਤੋਂ ਗੇੜਾ ਮਾਰਿਆ ਕਰਨ ਵਾਲੇ ਸਮਾਂ ਇਹਦਾ ਜੀ ਲੱਗਿਆ ਰਹੇ। ਨਾ ਕੋਈ ਨਹੀਂ ਭੈਣ ਜੀ, ਹੁਣ ਮੈਂ ਜ਼ਰੂਰ ਆਇਆ ਕਰੂੰਗੀ। ਮੰਮੀ ਤੂੰ ਤਾਂ ਇੱਕ ਵਾਰ ਵੀ ਨਹੀਂ ਆਈ ਜਦੋਂ ਦੀ ਮੈਂ ਉੱਥੋਂ ਆਈ ਹਾਂ। ਕੋਈ ਨਹੀਂ ਪੁੱਤ, ਮੇਰੀ ਵੀ ਮਜਬੂਰੀ ਸੀਗੀ। ਦੇਖ ਭੈਣ ਜੀ ਤੈਨੂੰ ਧੀ ਵੀ ਉਹੋ ਜਿਹੀ ਅਤੇ ਪੁੱਤ ਵੀ ਉਹੋ ਜਿਹਾ, ਹੁਣ ਜੇ ਪੁੱਤ ਦੀ ਬਣ ਕੇ ਬਹਿ ਜਾਏਗੀ ਤਾਂ ਧੀ ਨੂੰ ਵੀ ਨਹੀਂ ਸਿੱਟ ਸਕਦੀ ਹੈ, ਤੈਨੂੰ ਤਾਂ ਦੋਨੇ ਇੱਕੋ ਜਿਹਾ ਅਤੇ ਦੋਨਾਂ ਨੂੰ ਬਰਾਬਰ ਰੱਖ, ਉਹਨਾਂ ਦਾ ਵੀ ਕਰ ਅਤੇ ਇਹਨੂੰ ਵੀ ਮਿਲ ਵਰਤ ਆ ਕੇ। ਉਹਨਾਂ ਦਾ ਤਾਂ ਕਰੀ ਜਾਂਦੇ ਆ ਹੁਣ ਸਾਰਾ ਕੁਛ, ਕੀ ਨਹੀਂ ਕਰਦੇ ਗੇ, ਪਰ ਫਿਰ ਵੀ ਉਹੀ ਗੱਲ ਕਹਿ ਦਿੰਦੇ ਹੈਗੇ, ਹਾਂ ਕਿ ਤੂੰ ਧੀ ਦਾ ਜ਼ਿਆਦਾ ਕਰਦੀ ਹੈ, ਧੀ ਦਾ ਜ਼ਿਆਦਾ ਕਰਦੀ, ਇਹਦਾ ਵਿਚਾਰੀ ਦਾ ਮੈਂ ਕੀ ਇੱਕ ਵਾਰੀ ਜਦੋਂ ਤੋਰੀ ਅੱਧ ਮੁੜ ਕੇ ਗੇੜਾ ਤਾਂ ਕਰਵਾ ਰਿਹਾ। ਇਹਦਾ ਕੀ ਕਰਤਾ ਤੂੰ, ਹੈਂ ਕੋਈ ਲੋਹੜੀ ਨਹੀਂ ਆਏ, ਕੋਈ ਦੀਵਾਲੀ ਨਹੀਂ ਆਏ, ਤੁਸੀਂ ਸਮਾਂ ਅਸੀਂ ਇੱਥੇ ਤਾਨੇ ਮਿਹਣੇ ਲੋਕਾਂ ਤੋਂ ਸੁਣੀ ਜਾਂਦੇ ਹਾਂ, ਜੇ ਤੂੰ ਆਪਦੀ ਨੂੰਹ ਦੀ ਅਤੇ ਪੁੱਤ ਦੀ ਸੁਣਦੀ ਆ ਤਾਂ ਇਹਨੂੰ ਤੂੰ ਜਵਾਕੜੀ ਨੂੰ ਪਿੱਛੇ ਕਰੀ ਬੈਠੀ ਆ। ਇਹ ਤਾਂ ਗੱਲ ਸਹੀ ਹੈ ਤੁਹਾਡੀ, ਕੋਈ ਨਹੀਂ ਹੁਣ ਮੈਂ ਅੱਗੇ ਤੋਂ ਨਾ ਧਿਆਨ ਰੱਖੂੰਗੀ, ਹੁਣ ਮੈਂ ਬਸ ਮਹੀਨੇ ਵੀਹ ਦਿਨਾਂ ਤੋਂ ਗੇੜਾ ਆਪ ਮਾਰ ਕੇ ਜਾਇਆ ਕਰ, ਉਹ ਆਉਣ ਨਾ ਆਉਣ ਐਵੇਂ ਨਾ ਨੂੰਹ ਪੁੱਤ ਨੂੰ ਬਾਹਲਾ ਸਿਰ ਚੜਾਇਆ ਕਰ, ਆਪਦੀ ਧੀ ਬਾਰੇ ਵੀ ਸੋਚਿਆ ਕਰ, ਕੋਈ ਇਹਦੇ ਕੰਨੀ ਵੀ ਮਾੜਾ ਮੋਟਾ ਹੱਥ ਝਾੜਿਆ ਕਰ। ਸਹੀ ਗੱਲ ਹੈ ਜੀ, ਕੋਈ ਗੱਲ ਨਹੀਂ ਹੁਣ ਤਾਂ ਮੈਂ ਧਿਆਨ ਰੱਖੂੰਗੀ ਪੁੱਤ, ਹੁਣ ਤਾਂ ਮੈਂ ਨਾ ਮਹੀਨੇ ਵੀਹ ਦਿਨਾਂ ਤੋਂ ਤੇਰੇ ਕੋਲ ਗੇੜਾ ਮਾਰ ਕੇ ਜਾਊਂ, ਕੁਛ ਮਰਜ਼ੀ ਹੋ ਜਾਏ ਬਸ। ਠੀਕ ਹੈ ਮੰਮੀ। ਲਾ ਪਿਆ ਕਿੱਥੇ ਗਿਆ ਸੀ ਤੂੰ ਸਵੇਰ ਦਾ? ਮੈਂ ਤਾਂ ਕਿੱਥੇ ਜਾਣਾ ਜੀ, ਇੱਥੇ ਸੀ, ਮੈਂ ਤਾਂ ਤਾਸ਼ ਖੇਡੀ ਜਾਂਦਾ ਸੀ, ਜਾਂਦਾ ਮੈਂ, ਮੈਨੂੰ ਤੂੰ ਨਹੀਂ ਦਿਸੀ ਘਰੇ। ਬੇ ਮੈਂ ਕੀ ਨਹੀਂ ਦਿਸੀ, ਮੈਂ ਤਾਂ ਤੇਰੀ ਚਾਚੀ ਕੇ ਘਰੇ ਗਈ ਸੀ। ਕਿਉਂ, ਉਧਰ ਕੀ ਅੰਬ ਲਾਏ ਸੀ? ਉਹ ਦੇਖ ਲੈ ਹਰਪ੍ਰੀਤ ਦੀ ਮਾਂ ਆਈ ਬੈਠੀ ਹੈ। ਹਾਂ ਲੈਣ ਆਈ ਹੂ ਉਹਨੂੰ? ਲੈਣ ਕੀ ਆਊ, ਮੈਂ ਤਾਂ ਵਿੱਚ ਦੀ ਗੱਲਾਂ ਤਾਂ ਬਥੇਰੀਆਂ ਸੁਣਾ ਕੇ ਆਈ ਆ, ਮੈਂ ਕਿਹਾ ਇੰਨੇ ਚਿਰ ਤੋਂ ਹੁਣ ਤੁਹਾਨੂੰ ਘਰ ਦਿਸ ਗਿਆ। ਅੱਛਾ, ਤੇ ਉਹ ਦੇਖ ਲੈ ਤੇਰੀ ਚਾਚੀ ਭੋਰੇ ਹੀ ਨਹੀਂ ਬੋਲੀ, ਚੁਸਕੀ ਨਹੀਂ ਉਹਨੂੰ, ਇੱਕ ਨਾ ਕਹੀ ਦੋ ਨਾ ਕਹੀ। ਓਏ ਹੁਣੇ ਕੀ ਕਹਿਣਾ, ਨਾ ਲਾਡੀ ਹੈਗੀ ਸੀ ਘਰੇ? ਲਾਡੀ ਵੀ ਹੈਗਾ ਸੀ ਨਾ, ਉਹਦੇ ਲਾਡੀ ਮੈਨੂੰ ਤਾਂ ਕਹਿੰਦਾ ਸੀ ਮੈਂ ਭਜਾਉਂਗਾ ਕੁੱਟ ਕੇ, ਫਿਰ ਭਜਾਈ ਨਹੀਂ, ਲੈਣ ਆਈ ਹੋਵੇ ਉਹਦੀ ਮਾਂ ਫਿਰ। ਪਤਾ ਨਹੀਂ ਲੈਣ ਆਈ ਹੋਊਗੀ, ਵਿੱਚ ਦੀ ਤਾਂ ਬਥੇਰਾ ਕਹਿੰਦਾ ਸੀ ਲਾਡੀ, ਕਹਿੰਦਾ ਸਾਨੂੰ ਪਿੰਡ ਦੇ ਮਿਹਣੇ, ਮੈਂ ਤਾਂ ਮੈਂ ਕਿਹਾ ਭਾਈ ਇਹਨਾਂ ਦੇ ਮੂੰਹ 'ਤੇ ਤਾਂ ਕੀ ਕਹੇ, ਮੈਨੂੰ ਬਥੇਰੇ ਕਹਿੰਦੇ ਆ ਵੀ ਇਹ ਮੁੱਲ ਦੀ ਲਿਆਂਦੀ ਹੋਊ ਜਿਹੜਾ ਕੋਈ ਉਹਦਾ ਆਉਂਦਾ ਨਹੀਂ। ਹਾਂ ਇਹ ਤਾਂ ਹੈਗਾ ਹੀ ਆ। ਲਾਡੀ ਕਹਿੰਦਾ ਸਾਡਾ ਤਾਂ ਮੰਮੀ ਮਰਨ ਹੋ ਰਿਹਾ ਸੀ, ਕਹਿੰਦਾ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ, ਕਹਿੰਦੀ ਭਾਈ ਕੀ ਕਰੀਏ, ਬਸ ਘਰ ਦੇ ਕੰਮਾਂ ਕਾਰਾਂ ਵਾਸਤੇ ਆਏ ਹਾਂ। ਅਤੇ ਇੱਕ ਗੱਲ ਤੈਨੂੰ ਮੈਂ ਹੋਰ ਦੱਸਦੀ ਹਾਂ, ਲਾਡੀ ਤਾਂ ਮੰਨ ਗਿਆ ਉਹਨੂੰ ਘਰੋਂ ਕੱਢਣ ਵਾਸਤੇ। ਆਹੋ ਤਾਂ ਕਹਿੰਦਾ ਹੀ ਸੀ ਉਹਦੇ, ਕਹਿੰਦਾ ਮੈਂ ਰੱਖਣੀ ਨਹੀਂ, ਰੱਖਣੀ ਤੇਰੀ ਚਾਚੀ ਨਹੀਂ ਮੰਨਦੀ। ਹੁਣ ਉਹ ਕੀ ਲੱਤਾਂ ਡਾਉਂਦੀ ਆ, ਉਹ ਕੀ ਕਹਿੰਦੀ ਆ? ਲੱਤਾਂ ਡਾਉਂਦੀ ਆ, ਉਹ ਕਹਿੰਦੀ ਹਜੇ ਮੈਂ ਭੇਜਦੀ ਨਹੀਂ। ਲੈ ਭੇਜਣ ਨੂੰ ਹੁਣ ਕਹੇ ਹੋਰ ਮੂੰਹ ਕਾਲਸ ਲੈ ਕੇ ਫਿਰ ਭੇਜੋਗੇ? ਹਾਂ ਤੇ ਮੈਂ ਤੈਨੂੰ ਇਹ ਐਂ ਕਹਿੰਦੀ ਵੀ ਕੋਈ ਇਹੋ ਜਿਹੀ ਸਕੀਮ ਤੂੰ ਲੜਾ ਨਾ। ਉਹ ਸਕੀਮ ਹੁਣ ਮੈਂ ਤਾਂ ਉਹਨੂੰ ਦਾਰੂ ਪਿਆ ਸਕਦਾ, ਹੋਰ ਪਿਆ ਦੂੰਗਾ, ਕਲੇਸ਼ ਕਰਾ ਦੂੰ, ਉਹਨਾਂ ਦਾ ਕੁੱਟਮਾਰ ਕਰਾ ਦੂੰ, ਦੋ ਚਾਰ ਵਾਰੀ ਉਹਨੇ ਹੋਰ ਕੁੱਟੀ ਆਪੇ ਭਾਜੂ। ਉਹ ਤਾਂ ਕੁੱਟੂਗਾ, ਤੈਨੂੰ ਮੈਂ ਗੱਲ ਦੱਸਦੀ ਹਾਂ, ਤੇਰੀ ਚਾਚੀ ਆਈ ਸੀ ਮੇਰੇ ਕੋਲੇ, ਜਿਹੜੀ ਦੀ ਅਮਿੰਦਰੋ ਜਾਂਦੀ ਹੁੰਦੀ ਸੀ ਬਾਬੇ ਦਾ, ਉਹਦਾ ਨੰਬਰ ਲੈ ਕੇ ਗਈ ਹੈ ਮੈਥੋਂ। ਅੱਛਾ, ਕਹਿੰਦੀ ਵੀ ਅਸੀਂ ਚੱਲ ਡਾਕਟਰਾਂ ਨੇ ਤਾਂ ਜਵਾਬ ਦਿੱਤਾ, ਤਾਂ ਗਤਵੀ ਤੇ ਪਵਾ ਕੇ ਦੇਖ ਲਈਏ ਵੀ ਕੀ ਹੈ ਸਾਡੀ, ਕੋਈ ਰੱਬ ਸੁਣ ਲਏ। ਲਾਡੀ ਨਾਲ ਹੈਗਾ ਨਾਲ ਕਿ ਹੈ ਨਹੀਂ ਇਹ ਗੱਲ? ਲਾਡੀ ਕਿੱਥੇ ਹੈ, ਲਾਡੀ ਤੋਂ ਤਾਂ ਚੋਰੀਆਂ ਜਾਣਗੇ। ਮੈਨੂੰ ਕਹਿੰਦੀ ਨਾ ਤਾਂ ਲਾਡੀ ਨੂੰ ਦੱਸੀ, ਨਾ ਦੱਸੀ ਕਾਲੇ ਨੂੰ, ਕਹਿੰਦੀ ਫਿਰ ਕਾਲਾ ਲਾਡੀ ਕੋਲੇ ਗੱਲ ਕਰ ਦੂ। ਮੈਂ ਆਖਾਂ ਨਾ ਨਾ, ਮੈਨੂੰ ਕੀ ਲੋੜ ਹੈ ਗੱਲ ਕਰਨ ਦੀ, ਮੈਂ ਤੁਹਾਡੀ ਗੱਲ ਥੋੜਾ ਦੱਸੂਗੀ। ਉਹ ਲਾਡੀ ਦਾ ਖਿਲਾਫ ਹੈ ਕੰਮਾਂ ਦੇ, ਪਹਿਲੇ ਦਿਨ ਹੀ ਮੈਨੂੰ ਪਤਾ, ਉਹਦਾ ਮੇਰੇ ਨਾਲ ਨਹੀਂ ਜਾਂਦਾ ਹੁੰਦਾ ਜੀ। ਤੇਰੇ ਨਾਲ ਜਾਂਦਾ ਨਹੀਂ,
ਤੇ ਬਾਕੀ ਗੱਲ ਰਹੀ ਇੱਕ ਹੋਰ, ਬਾਬੇ ਨੂੰ ਤਾਂ ਮੈਂ ਕਹਿਤਾ ਵੀ ਜਿੰਨੇ ਤੈਨੂੰ ਪੈਸਿਆਂ ਦੀ ਲੋੜ ਹੈ ਤੇ ਮੈਂ ਇੱਥੋਂ ਲੈ ਲਈ, ਪਰ ਇਹਨਾਂ ਦਾ ਇਹੋ ਜਿਹਾ ਨਾ ਕਰੀ ਵੀ ਜਿਹੜੇ ਇਹਨਾਂ ਦਾ ਕੋਈ ਰੱਬ ਸੁਣ ਲਏ। ਉਹ ਬਸ ਫਿਰ ਤਾਂ ਕਲੇਸ਼ ਹੀ ਕਰਾ ਦਾਂਗੇ ਇਹਨਾਂ ਦਾ, ਲਾਡੀ ਨੂੰ ਭਰ ਦੂ ਮੈਂ ਵੀ ਬਾਬਿਆਂ ਕੋਲੇ ਲੈ ਕੇ ਚੱਲ ਰਿਸ਼ਤਾ ਕਰਨ ਵੇਲੇ ਤਾਂ ਤਾਈ ਤੋਂ ਓਲਾ ਰੱਖਿਆ ਵੀ ਕਿਤੇ ਭਾਨੀ ਨਾ ਮਾਰ ਦੇ, ਹੁਣ ਮੈਂ ਕਿਹਾ ਇੱਕ ਗੱਲ ਤਾਈ ਨੂੰ ਦੱਸਦੀ ਆ, ਮੈਂ ਤਾਂ ਸੁਣਾਤਾ ਅੱਜ ਤੇਰੀ ਚਾਚੀ ਨੂੰ, ਪਹਿਲਾਂ ਹੀ ਇਨਮੇਕ ਸੀ ਕੋਈ ਗੱਲ ਦੀ, ਤਾਂ ਹੀ ਅਗਲੇ ਨੇ ਮੈਂਟੋ ਮੈਂਟੀ ਬਲੇਟਾ ਸਾਰਾ ਕੁਝ ਵੀ ਚੱਲ ਪਾ ਮਾਰਤਾ ਉਹਦੇ ਸਿਰ, ਇਹ ਆ ਦੇਣੇ ਬਾਲੇ ਸਾੜੇ ਬੰਦੇ ਸੀ ਵੀ ਅਸੀਂ ਰਿਸ਼ਤਾ ਲੈ ਲਿਆ ਹਨਾ। ਆਈ ਤਾਂ ਮੈਂ ਸੁਣਾਇਆ, ਮੈਂ ਕਿਹਾ ਉਹਦਾ ਜੇ ਕਿਸੇ ਨੂੰ ਦੱਸਿਆ ਹੁੰਦਾ ਸੌ ਕੋਈ ਪੁੱਛ ਕਿਸੇ ਆਉਂਦੀ ਹੈ ਵੀ ਭਾਈ ਕਿਵੇਂ ਆ ਕਿਵੇਂ ਨਾ, ਤੂੰ ਤਾਂ ਮੈਂ ਕਿਹਾ ਕਿ ਚੱਟ ਮੰਗਣੀ ਪੱਟ ਵਿਆਹ ਉਹ ਗੱਲ ਕਰੀ, ਉਹੀ ਗੱਲ ਆ ਇਹਨੂੰ ਕਹਿੰਦੇ ਤਾਂ ਅੱਖਾਂ ਵੇਖ ਕੇ ਬੰਦੇ ਦਾ ਦੱਸ ਦਿੰਦੇ ਆ ਵੀ ਕਿੱਥੋਂ ਬੋਲੂਗਾ ਇਹ। ਤੇ ਹੁਣ ਤੂੰ ਸਕੀਮ ਲੜਾਵੇਂਗਾ ਫਿਰ? ਹਾਂ ਹਾਂ ਕੋਈ ਨੀ, ਮੈਂ ਲਾਡੀ ਨੂੰ ਵੇਖਦਾ ਕਰਦਾ ਫੋਨ, ਸੱਦੂਗਾ ਉਹਨੂੰ, ਤੂੰ ਸੱਦੀ ਉਹਨੂੰ ਭਰੂਗਾ, ਫੇਰ ਹੀ ਕਲੇਸ਼ ਪਊ, ਜੇ ਕਲੇਸ਼ ਪਿਆ ਰਿਹਾ ਫਿਰ ਤਾਂ ਅੱਕ ਕੇ ਜਾਊ ਜਾਊ ਉਹ, ਹੁਣ ਰੋਜ਼ ਛਿੱਤਰ ਕਿੱਥੇ ਖਾਦੇ ਹੁੰਦੇ ਆ, ਠੰਡ ਦਾ ਟਾਈਮ ਆ, ਹੱਡ ਦੁਖੀ ਜਾਣਗੇ। ਪਹਿਲਾਂ ਤਾਂ ਤੂੰ ਬਰਿਆ ਕੇ ਐਂ ਪੁੱਛੀ ਵੀ ਤੇਰੀ ਸੱਸ ਕਿਵੇਂ ਆਈ ਸੀ, ਵੀ ਗਈ ਹੈ ਕਿ ਇੱਥੇ ਹੀ ਹੈ ਹਜੇ ਕਿ ਲੈ ਕੇ ਜਾਊਗੀ ਹਰਪ੍ਰੀਤ ਨੂੰ, ਉਹ ਤਾਂ ਦੱਸ ਹੀ ਦੇਊਗਾ ਜੇ ਲਏਗੀ ਤਾਂ, ਉਹ ਤਾਂ ਵੀ ਦੱਸ ਦੂ। ਹਾਂ ਹੈ ਜੇ ਨਾ ਲੈ ਕੇ ਗਈ ਫਿਰ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਊ ਵੀ ਗਈ ਹੈ ਕਿ ਨਹੀਂ। ਮੈਨੂੰ ਤਾਂ ਲੱਗਦਾ ਨਹੀਂ ਲੈਣ ਆਈ ਹੋਊਗੀ, ਜੇ ਲੈਣ ਆਈ ਹੁੰਦੀ ਮਾਮਾ ਧੀਆਂ ਦਾ ਸੌ ਕੇ ਮਾਮਾ ਮਰ ਮਰ ਜਾਂਦੀਆਂ ਧੀਆਂ ਪਿੱਛੇ, ਸਾਲ 6 ਮਹੀਨੇ ਤੋਂ ਉਹਦੀ ਆਪਾਂ ਨੂੰ 2-4 ਮਹੀਨੇ ਤੀ ਹੋ ਜਾਂਦੇ ਵੀ ਚੱਲ ਕੁੜੀ ਨੂੰ ਲੈ ਆਈਏ ਮਿਲ ਜੇ ਜਾਂ ਆਪ ਮਿਲ ਆਈਏ, ਇਹ ਜੀ ਨੂੰ ਕੀ ਇਹਨਾਂ ਤਾਂ ਫਾਹਾ ਵੱਢਿਆ। ਉਹ ਐ ਨਹੀਂ ਪਤਾ, ਇਹੀ ਬਲੇਟੀ ਬੈਠੇ ਹੁਣ ਗੱਲ ਨੂੰ ਜਾਣ ਕੇ ਨਾ ਤੋਰਦੇ ਹੁਣ ਵੀ ਸਾਡਾ ਨਾ ਕੋਈ ਪਤਾ ਲੱਗ ਜੇ। ਵੀ ਇਹ ਤਾਂ ਗੱਲਾਂ ਉਹਨਾਂ ਨੇ ਪਹਿਲੀ ਸਿਖਾਤੀਆਂ ਹੋਣੀਆਂ ਵੀ ਇੱਥੋਂ ਦੀ ਗੱਲ ਕੋਈ ਮਾਂ ਕੋਲੇ ਕਰੀ ਨਾ, ਇਹ ਬਹੁਤ ਚਤਰ ਚਲਾਕ ਨੇ ਦੋਨੇ ਮਾਂ ਪੁੱਤ ਤੇਰੀ ਚਾਚੀ ਵਰਗੀਆਂ। ਚਾਚੀ ਵਾਲੀ ਤੇਜ਼ ਆ ਇਹ ਤਾਂ ਹੁੰਦਾ ਹੀ ਆ, ਲਾਡੀ ਦਾ ਇਹਦਾ ਮਗਰ ਲੱਗ ਜਾਂਦਾ, ਇਹਦਾ ਆਪਣੇ ਮਗਰ ਲੱਗ ਜਾਂਦਾ। ਉਹ ਤਾਂ ਲੈ ਵਿਚਾਰੀ ਕਹਿੰਦੀ ਹਰਪ੍ਰੀਤ ਮਾਂ ਨੂੰ, ਕਹਿੰਦੀ ਆ ਜਾ ਮਾਂ ਅੰਦਰ ਬੈਠੀ ਆਪਾਂ, ਤੇ ਤੇਰੀ ਚਾਚੀ ਬੋਲਦੀ ਅੰਦਰ ਕੀ ਬੈਠਣਾ ਉਹੀ ਗੱਲਾਂ ਕਰ ਲੋ, ਤੇ ਜੇ ਉਹ ਅੰਦਰ ਵਾਗੀ ਉੱਠ ਕੇ, ਹਾਂ ਜੇ ਉਹ ਅੰਦਰ ਵਾਗੀ ਉੱਠ ਕੇ ਤੇ ਨਾਲ ਦੀ ਨਾਲ ਪੜਕ ਦੇਣੇ ਅੰਦਰ ਜਾਵੜੀ, ਮੈਂ ਕਿਹਾ ਲੈ ਦੇਖ ਲੈ। ਚੱਲ ਕੋਈ ਨੀ ਤੂੰ ਐਂ ਕਰ ਜਾਂ ਕਰ ਲਾ ਕੰਮ ਧੰਦਾ। ਚੰਗਾ ਆਹੋ ਕੋਈ ਨੀ ਮੈਂ ਦੇਖਦਾ ਕਰੂੰਗਾ ਲਾਡੀ ਨਾਲ ਗੱਲ। ਹਾਂ ਤੇ ਮੈਂ ਤਾਂ ਅੱਜੀ ਭੱਜੀ ਸੱਚ ਇੱਕ ਹੋਰ ਗੱਲ ਦੱਸਾਂ ਤੈਨੂੰ, ਅੱਜੀ ਭੱਜੀ ਮੈਂ ਤਾਂ ਹੋਰ ਕੱਢਤੀ, ਮੈਂ ਕਿਹਾ ਭੈਣ ਜੀ ਜੇ ਤੁਹਾਡੇ ਕੋਈ ਪਿੰਡ ਹੈ ਤਾਂ ਮੇਰੇ ਕਾਲੇ ਨੂੰ ਕਰਾ ਦਿਓ, ਮੈਂ ਕਿਹਾ ਤੇ ਹੋਵੇ ਭਾਈ ਵਧੀਆ, ਮੈਂ ਕਿਹਾ ਇਹ ਜੀ ਤਾਂ ਹੋਵੇ ਨਾ ਜਿਵੇਂ ਤੁਹਾਡੇ ਵਾਂਗੂ ਗੇੜਾ ਹੀ ਨਾ ਮਾਰਨਾ, ਮੈਂ ਤਾਂ ਇਹ ਵੀ ਕੰਨਾਂ ਵਿੱਚ ਦੀ ਕੱਢਤੀ ਉਹਦੇ। ਹਾਂ ਇਹ ਤਾਂ ਮੈਨੂੰ ਪਤਾ ਕਿੱਥੇ ਗੁੱਜੀ ਰਹਿੰਦੀ ਆ। ਹਾਂ ਕੱਢਾਈ ਮੈਂ ਤਾਂ, ਚੱਲ ਚੰਗਾ ਕਰ ਲਾ ਮੈਂ ਕੰਮ ਤੇ ਧਿਆਨ ਰੱਖੀ ਤੂੰ। ਨਾਲੇ ਮੇਰੀ ਗੱਲ ਸੁਣ ਲਾ, ਹੁਣ ਉਹਨਾਂ ਪਿੱਛੇ ਆ ਦੇਣਾ ਘਰ ਖਵਾ ਕੇ ਬਹਿ ਗਏ, ਕਿਤੇ ਬਾਬੇ ਜੀ ਨੂੰ ਦੇ ਦੇਵੀਂ ਚੱਕ ਕੇ 20-50 ਹਜ਼ਾਰ ਰੁਪਇਆ ਉਹ ਕੁੱਟ ਖਾਲੇ। ਵੇ ਕਾਹਨੂੰ ਦਿੰਨੀ ਹੈ, ਮੈਂ ਤਾਂ 13 ਬਾਬੇ ਨੂੰ ਉਹ ਕਰਤਾ, ਮੁੜ ਕੇ ਆਪਾਂ ਕੀ ਦਿਵਾਲਾ ਬਾਬੇ ਨੂੰ? ਆਹੋ ਉਹਨੂੰ ਕਹਿੰਦਾ 500-700 ਰੁਪਇਆ ਦੇ ਜਾਾਂਗੇ ਅਸੀਂ, ਤੂੰ 13 ਇਹਨਾਂ ਦੇ ਇੱਕ ਭਰ ਦੇਗਾ ਪੁੱਠੀਆਂ ਸਿੱਧੀਆਂ ਗੱਲਾਂ ਨਾਲ। ਹਾਂ ਤਾਂ ਮੈਂ ਕਹਿਤਾ, ਨਾਲੇ ਆਪਾਂ ਕਿਹੜਾ ਬਾਬਿਆਂ ਕੋਲ ਜਾਣਾ, ਆਪਾਂ ਕਾਸ ਨੂੰ ਜਾਵਾਂਗੇ, ਸੁੱਖ ਨਾਲ ਆਪਣੇ ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ। ਘਾਟਾ ਤਾਂ ਕਾਹਦਾ, ਬਹੂ ਦਾ ਘਾਟਾ, ਹੁਣ ਮੇਰੀ ਤਾਂ ਉਹ ਲਿਆਵਾਂਗੇ ਕਿਤੋਂ? ਵੇ ਬਹੂ ਤੇਰਾ ਵਿਆਹ ਬਥੇਰਾ ਹੋ ਜੂ, ਤੂੰ ਦੇਖੀ ਜਾਈ ਇਹਨੂੰ ਭਜਾਉਣ ਦੇ ਕਿਹੜਾ, ਆ ਜਿਹੜਾ 2 ਰੇ ਆਪਾਂ ਉਹਦੀ ਟਾਂ ਚਲਾਂਗੇ, ਤੂੰ ਫਿਕਰ ਨਾ ਕਰ। ਕੋਈ ਨਹੀਂ ਹੋ ਗਿਆ, ਪਤਾ ਨਹੀਂ ਕੀ ਬਣੂਗਾ, ਜੇ ਕੁਛ ਉਹਨਾਂ ਨੇ ਦੱਸਤਾ ਨਾ ਸਾਰੀ ਗੱਲ ਮੇਰੇ 'ਤੇ ਆ ਜੂਗੀ। ਆ ਗਈ ਮੰਮੀ? ਆਹੋ ਆ ਗਈ, ਨਾ ਰੱਖਿਆ ਨਹੀਂ ਧੀ ਨੇ ਫਿਰ ਅੱਜ, ਬੜੀ ਛੇਤੀ ਤੋਰਤਾ। ਨਾ ਕੀ ਗੱਲ, ਹੁਣ ਮੈਂ ਉੱਥੇ ਬੈਠੀ ਰਹਿੰਦੀ, ਤੂੰ ਤਾਂ ਕਹਿਤਾ ਰੱਖਿਆ ਨਹੀਂ ਧੀ ਨੇ, ਮੇਰੀ ਧੀ ਫੋਨ ਕਰਦੀ ਸੀ ਤੁਹਾਨੂੰ, ਦਿਨ 'ਚ 50-50 ਫੋਨ ਲਾਉਂਦੀ ਹੈ, ਕੀ ਪਤਾ ਤੂੰ ਕੀ ਫੋਨਾਂ ਨੂੰ ਕੀਤਾ ਹੋਇਆ ਗਾ। ਕਮਾਲ ਹੋ ਗਈ, ਮਿੰਟਾਂ 'ਚ ਉੱਧਰ ਦੀ ਹੋ ਗਈ, ਉੱਧਰ ਜਾਏ ਤੇ ਉਹਨੇ ਜਿਹੜੇ ਕੋਲ ਸਿਖਾਤਾ ਉਹਦੇ ਵੱਲ ਦੀ ਹੋ ਗਈ, ਆਪਾਂ ਨੂੰ ਇੱਕ ਵੀ ਫੋਨ ਨਹੀਂ ਆਉਂਦਾ ਸੀਗਾ, ਫੋਨ ਤੇਰੇ ਕੋਲ ਵੀ ਤਾਂ ਪਿਆ ਹੀ ਹੁੰਦਾ ਸੀ, ਮੈਂ ਕਰਤਾ ਫੋਨਾਂ ਨੂੰ। ਲੈ ਮੈਨੂੰ ਆਕਾਸ਼ ਨੇ ਵੀ ਦੱਸਿਆ ਹੈਗਾ, ਕਹਿੰਦਾ ਮਾਂ ਇਹ ਕਿੰਨੇ ਵਾਰੀ ਫੋਨ ਲਾਉਂਦੀ ਹੈਗੀ ਤੇ ਤੁਸੀਂ ਇੱਕ ਵਾਰੀ ਵੀ ਨਹੀਂ ਫੋਨ ਦਾ ਜਵਾਬ ਦਿੰਦੇ ਗੇ। ਚੱਲ ਕੋਈ ਨਾ ਭਾਈ, ਮੇਰੀ ਗਲਤੀ ਹੋ ਗਈ, ਤੇਰੀ ਧੀ ਸੱਚੀ ਹੋ ਗਈ, ਮੈਂ ਹੀ ਮਾੜੀ ਹੋ ਗਈ, ਫਿਰ ਨੌਹਾਂ ਤਾਂ ਮਾੜੀਆਂ ਹੀ ਲੱਗਦੀਆਂ ਹੁੰਦੀਆਂ ਸੱਸਾਂ ਨੂੰ।
ਨੋਹਾਂ ਚੰਗੀਆਂ ਵੀ ਬਣ ਸਕਦੀਆਂ ਹੁੰਦੀਆਂ ਗੀਆਂ ਜੇ ਧੀਆਂ ਬਣ ਕੇ ਰਹਿਣ ਤਾਂ। ਮੰਮੀ ਮੈਂ ਤਾਂ ਧੀ ਬਣ ਕੇ ਰਹਿੰਦੀ ਹਾਂ, ਤੂੰ ਨਹੀਂ ਬਣਾਉਂਦੀ ਮੈਨੂੰ ਧੀ ਆਪਦੀ, ਤੈਨੂੰ ਤਾਂ ਆਪਦੀ ਧੀ ਪਿਆਰੀ ਆ ਬਸ। ਮੈਨੂੰ ਤਾਂ ਮੇਰੀ ਧੀ ਪਿਆਰੀ ਹੋਣੀ ਸੀ ਜਿਹਦੀ ਜਾ ਕੇ ਤੁਸੀਂ ਬਾਤ ਨਹੀਂ ਪੁੱਛੀ ਗੀ, ਪਤਾ ਉੱਥੇ ਕਿੰਨਾ ਕੁਛ ਸੁਣਨਾ ਪਿਆ। ਉਹਦੀ ਗਾਹਾਂ ਤਾਈ ਸੱਸ ਨੇ ਵੀ ਮੈਨੂੰ ਮਿਲਣੇ ਦਿੱਤੇ ਇਸ ਗੱਲ ਦੇ ਵੀ ਤੁਸੀਂ ਕੁੜੀ ਨੂੰ ਤੋਰ ਕੇ ਇੱਕ ਵਾਰੀ ਇੱਥੇ ਅਤੇ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ। ਫਿਰ ਤੂੰ ਕਹਿ ਦਿੰਦੀ ਭਾਈ ਕੁੜੀ ਸਾਡੀ ਉੱਤੋਂ ਦੀ ਹੋ ਕੇ ਗਈ ਸੀ ਤਾਂ ਨਹੀਂ ਸਾਰ ਪੁੱਛੀ, ਤੂੰ ਦੇ ਦਿੰਦੀ ਜਵਾਬ ਅੱਗੋਂ। ਨਾ ਉਹਨੇ ਕੀ ਮਾੜਾ ਕਰਤਾ, ਉਹਦਾ ਜਿੱਥੇ ਤੁਸੀਂ ਤੋਰਿਆ ਉੱਥੇ ਹੀ ਗਈ ਆ, ਕਿਹੜਾ ਕਿਤੇ ਹੋਰ ਵਾਗੀ ਉਹ। ਨਾ ਜਦੋਂ ਕਹਿੰਦੀ ਸੀ ਵੀ ਮੈਨੂੰ ਤਾਂ ਤੰਗ ਕਰਦੇ ਆ ਅਤੇ ਉਹਦੇ ਭਰਾ ਨੇ ਕਿਹਾ ਸੀ ਭਾਈ ਮੈਂ ਗੱਲ ਕਰਕੇ ਤੁਰੂ, ਕਿਉਂ ਗਈ? ਕਹਿੰਦੀ ਤੂੰ ਕਹਿ ਦਿੰਦੀ ਉਹਨੂੰ। ਮੈਨੂੰ ਕੀ ਪਤਾ ਸੀ ਵੀ ਤੂੰ ਉਹਨੂੰ ਕੀ ਕਿਹਾਗਾ, ਜੇ ਮੈਨੂੰ ਪਤਾ ਹੋਵੇ ਨਾ ਵੀ ਤੂੰ ਆਹ ਗੱਲਾਂ ਗਈਆਂ ਤੇ ਜਾਂ ਮੈਨੂੰ ਉਹ ਦੱਸ ਦੇ ਤੇ ਫਿਰ ਮੈਂ ਤੇਰੇ ਨਾਲ ਗੱਲ ਕਰਾਂ। ਨਾ ਫਿਰ ਤੈਨੂੰ ਹਰਪ੍ਰੀਤ ਨੇ ਦੱਸਿਆ ਹੀ ਹੋਵੇ, ਭਾਬੀ ਨੇ ਮੈਨੂੰ ਐਂ ਕਿਹਾ? ਦੱਸਿਆ ਨਹੀਂ ਉਹਨੇ, ਮੇਰੇ ਕੋਲ ਹਜੇ ਕੋਈ ਗੱਲ ਨਹੀਂ ਕੀਤੀ ਗੀ। ਗੱਲ ਤਾਂ ਹੀ ਕਰੂ ਮਾਂ ਜੇ ਗੱਲ ਕੋਈ ਹੋਊਗੀ, ਤੂੰ ਕਿਉਂ ਨਹੀਂ ਸਮਝਦੀ ਹੁੰਦੀ? ਆਹੋ ਮੈਂ ਨਹੀਂ ਸਮਝਦੀ, ਸਮਝਦਾਰ ਤਾਂ ਕੱਲੇ ਤੂੰ ਹੀ ਆ ਗਈ ਸਾਡੇ ਘਰ ਦੇ ਵਿੱਚ, ਹੋਰ ਤਾਂ ਕੋਈ ਸਮਝਦਾਰ ਹੈ ਹੀ ਨਹੀਂ ਗਾ। ਤੂੰ ਜਾ ਤਾਂ ਵੜੀ ਅੱਜ, ਪਰ ਤੂੰ ਬਹੁਤ ਵੱਡੀ ਗਲਤੀ ਕਰਤੀ, ਮੈਂ ਇਹਨਾਂ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਕੋਈ ਗੱਲ ਨਹੀਂ ਮੰਮੀ ਨੂੰ ਆਉਣ ਦੇ, ਮੈਂ ਗੱਲ ਕਰੂੰ। ਕੋਈ ਨਹੀਂ ਕਰ ਲੈ ਜਿਹੜਾ ਮੇਰੇ ਨਾਲ ਗੱਲ ਕਰਦਾ ਗਾ। ਸਹੀ ਗੱਲ ਅਮਾ, ਤੈਨੂੰ ਕਿਹੜਾ ਡਰ ਆ, ਤੈਨੂੰ ਆਪਦੇ ਪੁੱਤ ਦਾ ਡਰ ਵੀ ਨਹੀਂ ਰਿਹਾ ਹੁਣ ਤਾਂ, ਤੈਨੂੰ ਤਾਂ ਆਪਦੀ ਧੀ ਦਿਸਦੀ ਆ, ਪੁੱਤ ਦਾ ਕੋਈ ਨਹੀਂ ਵੀ ਉਹਨੇ ਕੀ ਕਿਹਾ ਤੇ ਉਹਦੇ ਕਹਿਣ ਤੇ ਚੱਲਣਾ ਮੈਂ। ਕੋਈ ਨਹੀਂ ਮੈਨੂੰ ਪੁੱਤ ਦਾ ਕੋਈ ਡਰ ਨਹੀਂ ਹੈਗਾ, ਨਾਲੇ ਗੱਲ ਸੁਣ ਲਾ, ਮੈਨੂੰ ਪੁੱਤ ਵੀ ਉਹੋ ਜਿਹਾ ਤੇ ਮੇਰੀ ਧੀ ਵੀ ਉਹੋ ਜਿਹੀ, ਆ ਜਾਂਦੇ ਉਹਨੂੰ ਮੈਂ ਤੇਰੀਆਂ ਸਾਰੀਆਂ ਕਰਤੂਤਾਂ ਦੱਸੂ ਵੀ ਤੂੰ ਫੋਨਾਂ ਨੂੰ ਕੀ ਕੀਤਾ ਗਾ। ਆਹੋ ਬਿਨਾਂ ਗੱਲੋਂ ਹੀ ਸਾਡੇ 'ਚ ਕਲੇਸ਼ ਪਵਾ ਦੇ ਤੂੰ, ਕੋਈ ਗੱਲ ਨਹੀਂ ਬਾਤ ਨਹੀਂ, ਨਾ ਹੁਣ ਤਾਂ ਜਾਈ, ਮਿਲ ਗਈ ਮਨ ਨੂੰ ਤਸੱਲੀ ਵੀ ਤੇਰੀ ਧੀ ਖੁਸ਼ ਆ? ਕੋਈ ਨਹੀਂ ਉਹ ਤਾਂ ਮੈਨੂੰ ਹਜੇ ਬਾਅਦ 'ਚ ਪਤਾ ਲੱਗੂ ਵੀ ਉਹ ਖੁਸ਼ ਹੈ ਜਾਂ ਕਿਵੇਂ ਆ ਉੱਥੇ, ਹਜੇ ਮੈਨੂੰ ਕਿਹੜੀਆਂ ਤਸੱਲੀਆਂ ਮਿਲਣੀਆਂ ਸੀਗੀਆਂ, ਨਾਲੇ ਮੈਂ ਤੁਹਾਡੇ 'ਚ ਕਲੇਸ਼ ਨਹੀਂ ਪਾਉਂਦੀ, ਕਲੇਸ਼ ਤੂੰ ਆਪ ਖੜਾ ਕੀਤਾ ਇਹ। ਕਿਹੜਾ ਕਲੇਸ਼ ਕੀਤਾ, ਖੜਾ ਕੀਤਾ, ਕਮਾਲ ਕਰਦੀ ਮੈਂ ਧੀ ਕੋਲ ਜਾ ਕੇ ਉਹਨੇ ਭਰ ਕੇ ਭੇਜਤੀ, ਆ ਤਾਂ ਹੀ ਮੈਂ ਹਰਪ੍ਰੀਤ ਤੇ ਮੱਚਦੀ ਹਾਂ, ਤਾਂ ਹੀ ਨਹੀਂ ਉਹਨੂੰ ਇੱਥੇ ਆਉਣ ਦਿੰਦੀ। ਔਰ ਮੈਨੂੰ ਪਤਾ ਜੇ ਉਹ ਇੱਥੇ ਆ ਗਈ ਨਾ ਤਾਂ ਉਹਨੇ ਸਾਡੇ 'ਚ ਕਲੇਸ਼ ਪਵਾ ਹੀ ਦੇਣਾ। ਪਵਾ ਤਾਂ ਨਾ ਸੱਚ 'ਚ ਕਲੇਸ਼ ਆ ਆਈ ਆ, ਉਹਦੇ ਪਹਿਲਾਂ ਤਾਂ ਇਹ ਕੰਮ ਰਹੇ ਆ, ਬਸ ਤੈਨੂੰ ਨਹੀਂ ਪਤਾ ਲੱਗਦਾ। ਕਲੇਸ਼ ਨਾ ਹਰਪ੍ਰੀਤ ਨਹੀਂ ਪਾਉਂਦੀ, ਤੂੰ ਹੀ ਕਲੇਸ਼ ਪਾਉਣੀ ਹੈਗੀ, ਤੇਰੇ ਮਨ 'ਚ ਇਹ ਬੇਈਮਾਨੀ ਹੈ ਵੀ ਹਰਪ੍ਰੀਤ ਇੱਥੇ ਆਵੇ ਨਾ ਤੇ ਉਹ ਉੱਥੇ ਵੀ ਨਾ ਕੋਈ ਜਾਵੇ। ਕੋਈ ਨਹੀਂ ਆ ਜਾਂਦੇ ਮੁੰਡੇ ਨੂੰ, ਕਰੂੰ ਗੱਲ ਉਹਦੇ ਨਾਲ ਮੈਂ। ਕੋਈ ਨਾ ਆਉਣ ਦੇ, ਗੱਲ ਤਾਂ ਮੈਂ ਵੀ ਕਰੂੰਗੀ, ਅੱਜ ਤਾਂ ਇੱਕ ਪਾਸਾ ਕਰਕੇ ਰਹੂੰਗੀ, ਦੇਖੀ ਜਾਊ ਕੀ ਹੁੰਦਾ। ਕਰ ਲਾ ਤੂੰ ਕਰੇਂਗੀ ਇੱਕ ਪਾਸਾ, ਮੈਨੂੰ ਮਾੜੀ ਜਿਹੀ ਪਤਾ ਲੱਗ ਜਾਂਦੇ ਗੱਲ ਦਾ, ਫਿਰ ਦੇਖੀ ਤੇਰੇ ਨਾਲ ਕੀ ਹੁੰਦਾ। ਕਿਹੜੇ ਵੇਲੇ ਹੋ ਗਏ ਭੈਣ ਦਾ ਫੋਨ ਕਰੇ ਨੂੰ ਆ ਗਿਆ ਓਏ। ਉਹ ਕਿਵੇਂ ਆ ਯਾਰਾ? ਠੀਕ ਆ ਵਧੀਆ, ਤੂੰ ਦੱਸ ਕਿਵੇਂ ਫੋਨ ਤਾਂ ਕਰ ਲਿਆ ਸੀ? ਉਹ ਫੋਨ ਤਾਂ ਮੈਂ ਹੀ ਕਰਿਆ ਸੀ। ਹੈਂ, ਮੈਂ ਕਿਹਾ ਅੱਜ ਕਰਾ ਦਈਏ ਫਿਰ ਕੰਮ ਰਾਜਪਾਲ ਦਾ। ਹਾਂ ਯਾਰ, ਮੈਂ ਤਾਂ ਤੈਨੂੰ ਕਿੱਦਾਂ ਦਾ ਹੀ ਕਿਹਾ ਗਾ। ਉਹ ਯਾਰ ਮੈਂ ਉਲਝਿਆ ਪਿਆ ਸੀ ਮਿਸਤਰੀਆਂ, ਤੈਨੂੰ ਪਤਾ ਤਾਂ ਸੀ ਅੱਜ ਮੈਂ ਵਿਹਲਾ ਸੀ, ਮਹਾ ਚੱਲ ਅੱਜ ਪੁੱਛਦੇ ਆ ਉਹਨੂੰ ਵੀ ਜੇ ਅੱਜ ਮਰਾ ਦਿੰਦੇ ਚਾਰ ਮੁੱਕੀਆਂ ਉਹਦੇ। ਨਾ ਨਾ ਬਈ, ਇਹ ਕੰਮ ਤਾਂ ਕਰਵਾ, ਠੀਕ ਹੈ? ਜਦੋਂ ਆਹ ਕੰਮ ਹੋ ਗਿਆ ਤੇ ਨਾਲ ਦੀ ਨਾਲ ਜਿਹੜਾ ਕੰਮ ਤੈਨੂੰ ਮੈਂ ਕਿਹਾ ਸੀਗਾ ਆਪਾਂ ਉਹ ਕਰ ਦਾਂਗੇ ਦੂਜਾ। ਉਹ ਤੇਰੀਆਂ ਗੱਲਾਂ 'ਚੋਂ ਯਾਰ ਕਿਹੜਾ ਨਿਬੜਦਾ ਕੁਛ, ਤੂੰ ਤਾਂ ਉੱਥੇ ਮੇਰੇ ਕੋਲ ਇੱਥੇ ਪੀ ਕੇ ਦੋ ਵਾਟੀਆਂ ਦਾਰੂ ਦੀਆਂ ਜਾ ਕੇ ਕੁੱਟੂ, ਮੈਂ ਤਾਂ ਜਾ ਕੇ ਭਜਾਉਂ ਭਜਾਤੀ। ਤੈਨੂੰ ਕੀ ਪਤਾ ਸੀ ਕੁੱਟੀ ਆ ਕਿ ਨਹੀਂ ਕੁੱਟੀ? ਜਾ ਕੇ ਦੇਖੀ ਨੀਲ ਪਾਇਆ ਪਿਆ ਉਹਦੇ, ਇੰਨੀ ਕੁੱਟੀ ਮੈਂ ਉਹ ਤਾਂ ਬੇਬੇ ਵਿੱਚ ਆ ਜਾਂਦੀ ਹੈ ਯਾਰ, ਤਾਂ ਕਰਕੇ ਹੁਣ ਵਿੱਚ ਚੁੱਪ ਕਰਨਾ ਪੈਂਦਾ। ਉਹ ਵਿੱਚੀ ਚਾਰ ਲੀਲ ਬੇਬੇ ਦੇ ਪਾ ਦੇ, ਫਿਰ ਬੇਬੇ ਕੀ ਗਾਹਾਂ ਦੀ ਨੇੜਿਓਂ ਲੱਗਦੀ ਆ ਜਦੋਂ ਵਿੱਚ ਅੜਦੀ ਆ। ਉਹ ਕਾਹਨੂੰ ਯਾਰ ਐਵੇਂ ਬੇਬੇ ਨਾਲ ਕਾਹਤੋਂ ਲੜਨਾ? ਉਹ ਯਾਰ ਹੁੰਦਾ ਨਹੀਂ ਬਾਈ, ਹੱਲ ਨਹੀਂ ਹੁੰਦਾ ਤੇਥੋਂ। ਨਾ ਤੂੰ ਮੈਨੂੰ ਐਂ ਦੱਸ ਹੁਣ ਫੋਨ ਕਾਹਦੇ ਵਾਸਤੇ ਕੀਤਾ ਸੀ? ਫੋਨ ਤਾਂ ਮੈਂ ਤੈਨੂੰ ਐਂ ਹੀ ਕਰਿਆ ਸੀ। ਮੈਂ ਕਿਹਾ ਉਹ ਬੇਬੇ ਦੱਸਦੀ ਸੀ ਨਾ ਜਦੋਂ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਵੀ ਆ ਜਾ ਥੌਲਾ ਪਵਾ ਕੇ ਲੈ ਕੇ, ਉਦੋਂ ਤਾਂ ਤੂੰ ਕਹਿ ਦਿੰਦਾ ਸੀ ਨਾ ਨਾ ਬਾਈ ਮੈਂ ਨਹੀਂ ਬਾਬੇ ਬੂਬਿਆਂ ਯਕੀਨ ਕਰਦਾ। ਮੈਨੂੰ ਮੇਰੀ ਮਾਂ ਦੱਸਦੀ ਸੀ ਕਹਿੰਦੀ ਆਹ ਚਾਚੀ ਤੇ ਘਰ ਵਾਲੀ ਤੇਰੀ ਬਾਬਿਆਂ ਕੋਲੇ ਗਈਆਂ ਹੈ, ਹੁਣ ਕਿੱਧਰ ਗਿਆ ਤੇਰਾ ਉਹ ਦਲੇਰੀ ਪੁਣਾ ਜਾਂ ਬਾਬਿਆਂ ਦੇ ਖਿਲਾਫ ਹੋਣ ਵਾਲਾ? ਉਹ ਕਿੱਥੋਂ ਯਾਰ, ਐਵੇਂ ਕਿਵੇਂ ਜਾ ਵੜਨਗੀਆਂ? ਮੈਂ ਤਾਂ ਮਨਾ ਕੀਤਾ ਉਹਨੂੰ, ਮੈਂ ਬੇਬੇ ਪੁੱਛ ਦੀ ਸਵੇਰੇ ਜਾਣ ਨੂੰ। ਨਾ ਫਿਰ ਕਿੱਥੇ ਗਈਆਂ ਅੱਜ ਪਤਾ ਤੈਨੂੰ? ਕਿੱਥੇ ਗਈਆਂ? ਬਾਬਿਆਂ ਕੋਲੇ ਗਈਆਂ ਤਵੀਤ ਪਵਾਉਣ। ਅੱਛਾ, ਹਾਂ ਮਾਰੀ ਜਾਂਦਾ ਮੈਨੂੰ ਤਾਂ ਹੀ ਫੋਨ ਕਰਿਆ ਮੈਂ ਹੁਣ ਸੱਦਾਂ ਦੇ ਮੈਨੂੰ, ਉਦੋਂ ਤਾਂ ਮੈਂ ਕਿਹਾ ਚੱਲ ਮੈਂ ਕਹਿ ਦਿੰਦਾ ਸੀ ਚੱਲ ਮੰਨਦਾ ਨੀ ਬਈ ਇਹ ਗੱਲ ਨੂੰ ਹੈਂ।
ਉਹ ਨਹੀਂ ਯਾਰ ਐਂ ਨਹੀਂ ਹੋ ਸਕਦਾ, ਜਦੋਂ ਬੇਬੇ ਨੂੰ ਮੈਂ ਇੱਕ ਵਾਰੀ ਮਨਾ ਹੀ ਕਰਤਾ ਵੀ ਯਾਰ ਨਹੀਂ ਜਾਣਾ ਨਹੀਂ ਜਾਣਾ, ਬੇਬੇ ਕਿਵੇਂ ਉੱਤੋਂ ਦੀ ਹੋ ਕੇ ਲੈ ਜੂਗੀ ਉਹਨੂੰ? ਉਹ ਤਾਂ ਬਾਈ ਹੁਣ ਤੁਹਾਡੇ ਘਰ ਦੀ ਗੱਲ ਆ ਯਾਰ, ਅਸਲ ਤਾਂ ਨਾ ਮੈਨੂੰ ਐਂ ਲੱਗਦਾ ਵੀ ਤੇਰੇ ਘਰ ਵਾਲੀ ਭਰਦੀ ਆ, ਤੇਰੀ ਮਾਂ ਨੂੰ ਮਗਰ ਲਾ ਲੈਂਦੀ ਆ, ਠੀਕ ਆ, ਉਹ ਜਿਵੇਂ ਜੀ ਕਰਦਾ ਉਵੇਂ ਆਦੀਆਂ ਮਨਾ ਦੀਆਂ ਕਰੀ ਜਾਂਦੀ, ਤੁਹਾਡੇ ਉੱਤੋਂ ਦੀ ਆ ਬਾਈ ਦੋਨੇ ਉਹ। ਉਹ ਯਾਰ ਗੱਲ ਪਤਾ ਕੀ ਆ, ਠੀਕ ਆ, ਮੈਂ ਤਾਂ ਤੜਕੇ ਕਹਿਤਾ ਸੀ ਬੇਬੇ ਨੂੰ, ਬੇਬੇ ਆਪਾਂ ਇਹਨੂੰ ਭਜਾ ਦਿੰਦੇ ਆ, ਇਹਦੀ ਮਾਂ ਨੂੰ ਕਰਦੇ ਫੋਨ, ਠੀਕ ਆ, ਬੇਸਤਾ ਇਹਨੂੰ ਛੱਡ ਦੇਵਾਂਗੇ ਤੇ ਆਪਦੀ ਨੂੰ ਘਰੇ ਵਾੜ ਦਾ ਬੇ, ਤਾਂ ਕੀ ਜਵਾਕ ਤਾਂ ਹੁੰਦਾ ਨਹੀਂ ਉਹ ਤੋਂ ਕਰਾਉਣਾ ਕੀ ਆਪਾਂ ਇੱਥੇ ਹੈ? ਉਹ ਮੈਂ ਤਾਂ ਪਹਿਲਾਂ ਹੀ ਐਂ ਲੱਗਦਾ ਸੀ ਯਾਰ ਕੋਈ ਨੁਕਸ ਹੋਊ ਜਿਹੜਾ ਇੱਕੇ ਦਮ ਤੁੱਥ ਮੁੱਥ ਕਰਤਾ ਅਗਲੇ ਨੇ, ਤੁਸੀਂ ਅੱਡ ਤੁਹਾਨੂੰ ਆਏ ਸੀ ਪਤਾ ਨਹੀਂ ਸਾਡਾ ਵਿਆਹ ਹੋਜੂ, ਤੁਸੀਂ ਬਾਲੇ ਕਾਲੇ ਸੀ। ਉਹ ਬੇਬੇ ਨੂੰ ਤਾਂ ਮੈਂ ਕਿਹਾ ਸੀ ਵੀ ਕੋਈ ਨਾ ਕਾਲਾ ਕਹਿੰਦਾ ਗਾ ਵੀ ਮੈਂ ਤੇਰਾ ਆਪੇ ਵਿਆਹ ਕਰਵਾ ਦੂੰਗਾ, ਹੈ ਜਾਂ ਤਾਂ ਤੂੰ ਐਂ ਕਰ ਮਾੜੀ ਜੀ ਹਾਮੀ ਓਟ ਲਾ ਇਸ ਗੱਲ ਦੀ। ਓਏ ਓਟੀ ਦਾ ਜਾਨਾ ਯਾਰ ਹੁਣ ਦੱਸ, ਹੈ ਤੂੰ ਕਿਰਾਉਂ ਦਾ 50 ਹੁਣ ਉਹਦੇ ਬੈਠੀ ਤਾਂ ਦੂਜੀ ਕਿੱਥੋਂ ਲਿਆ ਕੇ ਭਾਦਿਆ ਯਾਰ? ਨਾ ਕੋਈ ਗੱਲ ਨਹੀਂ ਹੁਣ ਆ ਜਾਂਦੇ ਘਰੇ ਤਾਂ ਆ ਜਾਣਦੇ, ਹੁਣ ਜੇ ਬਾਬੇ ਕੋਲ ਗਈਆਂ ਕੋਈ ਨਹੀਂ ਮੈਂ ਦੇਖਦਾ ਗੱਲ ਕੀ ਬਣਦੀ ਆ। ਆਏਗਾ ਕਿੱਦਾਂ ਦੀ ਕੱਲ ਨਾ ਫੇਰ ਨਹੀਂ ਨਾ ਪੱਕਦੇ ਹੁੰਦੇ ਵੀ ਜੇ ਤੁਸੀਂ ਐਂ ਕਹਿੰਦੇ ਨਾ ਬਾਬੇ ਮੁੰਡਾ ਦੇ ਦੇਣਗੇ। ਜੋ ਡਾਕਟਰਾਂ ਨੇ ਜਵਾਬ ਦਿੱਤਾ ਯਾਰ ਬਾਬੇ ਕੀ ਕਰ ਦੇਣਗੇ, ਇਹਦਾ ਘਰ ਲਟਾਉਣ ਹੋ ਗਿਆ, ਉੱਤੋਂ ਉਹ ਲੁੱਤੀਆਂ ਲਾਈ ਜਾਂਦੀ ਹੋਊਗੀ। ਮੈਨੂੰ ਇੱਕ ਗੱਲ ਭਾਲਦੀ ਆ, ਨਹੀਂ ਕਹਿੰਦੇ ਹੁੰਦੇ ਨਾ ਜਦੋਂ ਗਿੱਦੜ ਦੀ ਮੌਤ ਆਉਂਦੀ ਆ ਉਹ ਸ਼ਹਿਰ ਵੱਲ ਭਜਦਾ ਹੁੰਦਾ, ਹੁਣ ਉਹ ਕੰਮ ਆ ਬਈ, ਹੁਣ ਤੁਹਾਡੀਆਂ ਬਾਬਿਆਂ ਵੀ ਨਹੀਂ ਨੂੰ ਚੱਲ ਪਈਆਂ ਪਹਿਲਾਂ ਡਾਕਟਰਾਂ ਮੂਹੇ ਘਰ ਲਟਾਤਾ ਨਾ, ਕੋਈ ਨਹੀਂ ਜਾਂਦਾ ਤਾਂ ਤੇਰਾ ਹੀ ਖਰਾਬ ਹੋਈ ਜਾਂਦਾ। ਉਹ ਮੇਰਾ ਹੀ ਖਰਾਬ ਹੁੰਦਾ, ਬਿਨਾਂ ਬੇਬੇ ਨੂੰ ਦੇਖਦਾ ਐਵੇਂ ਇੰਨੀ ਹੋਈ ਫਿਰਦੀ ਆ ਜਵਾਕ ਦੀ ਭਾਲ, ਤੈਨੂੰ ਪਤਾ ਮਾਂ ਨੂੰ ਤਾਂ ਹੁੰਦਾ ਹੀ ਆ। 5-7 ਹਜ਼ਾਰ ਬਾਬਿਆਂ ਨੂੰ ਦੇ ਆਉਣਗੀਆਂ, 200 ਦਾਰੂ ਤੇ ਲਾਤਾ ਜੀ, ਉਹਦੇ ਤੁਹਾਡੇ ਬੜਾ ਚੱਚੂ ਪਈ ਜਾਂਦਾ ਜੀ, ਦਾਰੂ ਪੀ ਗਏ ਨਾਲ ਉਹ ਵੀ ਮੈਂ ਹੀ ਪਿਆਈ ਸੀ। ਉਹੀ ਤਾਂ ਮੈਨੂੰ ਗੱਲ ਨਹੀਂ ਸਮਝ ਲੱਗਦੀ ਵੀ ਇਹ ਗੱਲ ਕਿੱਥੇ ਗਈ ਆ, ਗੱਲ ਹੁਣ ਉੱਤੋਂ ਦੀ ਹੋਈ ਪਈ ਆ ਬਈ, ਸਮਝੋ ਬਾਹਰ ਹੋ ਗਈ। ਜਦੋਂ ਪਾ ਦੇ ਤਲਵਾਰ ਦੀ ਨੋਕ ਨਾਲ ਸ਼ਰਮਾ ਦੇਖੀ ਜਾਊ, ਆਈ ਕਰਨਾ ਪਊਗਾ ਫਿਰ ਹੁਣ, ਹੱਲ ਹੀ ਇਹ ਰਹਿ ਗਿਆ ਇੱਕ ਆਖਰੀ ਹਥਿਆਰ ਰਹਿ ਗਿਆ ਇਹ ਤਾਂ ਯਾਰ, ਹੈ ਜਾਂ ਤਾਂ ਹੁਣ ਮੈਨੂੰ ਘਰੋਂ ਕੱਢਣੀ ਪਊਗੀ ਗੱਲ ਆਰ ਪਾਰ ਦੀ ਆ। ਯਾਰ ਤੁਹਾਨੂੰ ਮੈਂ ਤੁਹਾਨੂੰ ਦੱਸਦਾ, ਦੋਨੇ ਭਰਾ ਇਕੱਠੀਆਂ ਲਿਆਵਾਂਗੇ, ਇੱਕ ਸਕੀਆਂ ਭੈਣਾਂ ਲਿਆਵਾਂਗੇ, ਇਹਨੂੰ ਦਰ ਲੱਗੇਗਾ। ਬਸ ਠੀਕ ਆ, ਅੱਗੇ ਤਾਂ ਮੈਨੂੰ ਆਇਆ ਕਹਿੰਦੇ ਸੀ ਨਾ ਵੀ ਦਾਰੂ ਪੀ ਕੇ ਕੁੱਟਦਾ ਤੂੰ ਆਇਆ ਹੀ ਹੈ, ਉਹ ਅੱਜ ਸੋਫੀ ਕੁੱਟੂਗਾ ਦੇਖੀ ਜਾਈ ਤੂੰ। ਗੋਲੀਆਂ ਹੀ ਖਾ ਜਾ। ਨਾ ਲੋੜ ਹੀ ਨਹੀਂ, ਲੋੜ ਹੀ ਨਹੀਂ, ਅੱਜ ਮੈਂ ਸੋਫੀ ਕੁੱਟੂਗਾ ਤੂੰ ਦੇਖੀ ਜਾਈ, ਦੇਖ ਲੈ ਜੇ ਖਾਣੀਆਂ ਤਾਂ ਬਾਕੀ ਗੱਲ ਇੱਥੇ ਅੱਗੇ ਬੇਬੇ ਨਾ ਗਲਤੀ ਮੇਰੀ ਕੱਢ ਦਿੰਦੀ ਆ ਵੀ ਤੂੰ ਡੱਕ ਕੇ ਆਇਆ ਨਾ, ਤੈਨੂੰ ਇਹਨੇ ਸਿਖਾਤਾ ਇਹ ਕਰਾਤਾ, ਅੱਜ ਦੇਖਦੇ ਆ ਕਿਹਦੀ ਗਲਤੀ ਨਿਕਲਦੀ ਆ। ਅੱਜ ਤਾਂ ਕੋਈ ਨਹੀਂ ਆ ਜਾਂਦੇ, ਮੈਂ ਜਾ ਕੇ ਲਾਉਣਾ ਡਾਂਗ ਨੂੰ ਤੇਲ। ਯਾਰ ਜੇ ਮੇਰੀ ਗੱਲ ਝੂਠੀ ਹੋਈ ਤਾਂ ਮੈਨੂੰ ਕਹੀਦੀ ਗੰਗਾ ਬਾਈ ਬਾਬਿਆਂ ਕੋਲੇ, ਤੈਨੂੰ ਕੁਛ ਹੀ ਝੂਠ ਮਾਰੀ ਜਾਣ, ਉਹ ਵੀ ਅਸੀਂ ਇੱਥੇ ਗੰਗਾ ਇੱਥੇ ਗੰਗਾ, ਉਹ ਤਾਂ ਪਤਾ ਹੀ ਲੱਗ ਜੂਗਾ। ਅੱਜ ਨਾਲੇ ਉਹ ਆਈ ਬੈਠੀ ਮਾਸੀ ਹੋਏ ਸੱਸ ਤੇਰੀ, ਉਹ ਤਾਂ ਉਹੀ ਆ ਗਈ ਯਾਰ, ਪਤਾ ਨਹੀਂ ਕਿਵੇਂ ਉਹਨੂੰ 2 ਸਾਲਾਂ ਬਾਅਦ ਯਾਦ ਆ। ਮਾਤਾ ਕਹਿ ਕਿਤੇ ਕਰਤਾ ਡਾਂਗ ਤੇ ਡੇਰਾ ਮਾਚ ਮਾਰੀਆਂ ਜੁਲੀਆਂ। ਮੈਨੂੰ ਫੋਨ ਜਾ ਆਇਆ ਸੀ, ਮੈਂ ਤਾਂ ਕਹਿਤਾ ਸੀ ਬੇਬੇ ਨੂੰ ਆ ਕੇ, ਮੈਂ ਕਿਹਾ ਬੇਬੇ ਆਪਾਂ ਅੱਜ ਭੇਜ ਦਿੰਦੇ ਆ ਉਹਨੂੰ ਜਦੋਂ ਤੇ ਜਵਾਕ, ਪਰ ਰੱਖਣੀ ਨਹੀਂ ਹੈ ਨਾ ਨਾ ਆਏ ਨਹੀਂ, ਮਸਾਂ ਤਾਂ ਆਉਂਦੇ ਆ ਉਹ ਕੀ ਪਤਾ ਆਪਣੇ ਨਾਲ ਵਧੀਆ ਬਰਤਨ ਲੱਗ ਜਾਣੇ, ਤੈਨੂੰ ਪਤਾ ਬੁੜੀਆਂ ਜਿਵੇਂ ਪਰਦੇ ਪਾਉਂਦੀਆਂ ਹੁੰਦੀਆਂ ਉਵੇਂ ਪਰਦੇ ਪਾਉਣ ਲੱਗ ਗਈ ਬੇਬੇ ਤਾਂ ਅੱਜ। ਮਾਣ ਲੱਗਦੀ ਆ ਚਾਚੀ ਯਾਰ, ਹਰਪ੍ਰੀਤ ਨੂੰ ਵੀ ਕਿਤੇ ਆਏ ਨਾ ਗੱਲ ਕਰਦੀ ਆਪਦੀ ਮਾਂ ਕੋਲੇ ਵੀ ਮੈਨੂੰ ਕੁੱਟਦੇ ਆ ਮਾਰਦੇ ਆ, ਠੀਕ ਆ, ਵੀ ਕਿਤੇ ਆਪਣੇ ਤੇ ਕੇਸ ਪਵਾ ਦੇਣ ਉਹ, ਹੈ ਤਾਂ ਕਰਕੇ ਉਹ ਟਕੇ ਦਿੱਤੀ ਕੀ ਰਹੀ ਉਹਨੇ ਗੱਲ ਨੀ ਕਰੀ ਕੋਈ ਜਾਵੜੀ ਉਹ, ਪਰ ਹੁਣ ਮੈਨੂੰ ਨੀ ਪਤਾ ਸੀ ਉਹਦੇ ਜਾਣ ਤੋਂ ਬਾਅਦ ਹੀ ਡੂੰਕਣਾ ਚੱਕ ਲੈਣੀਆਂ ਇਹ ਬਾਬਿਆਂ ਦਾ। ਪਤਾ ਨੀ ਭਰਾ, ਮੈਂ ਤਾਂ ਮੇਰੀ ਮਾਂ ਦੱਸਦੀ ਕਹਿੰਦੀ ਅੱਜ ਕੇ ਬਾਬਿਆਂ ਕੋਲੇ ਗਈਆਂ ਉਹ, ਤਾਈ ਬੈਠੀ ਸੀ ਘਰੇ, ਕੋਈ ਨਾ ਤਾਈ ਨੂੰ ਸਾਰੀ ਗੱਲ ਦਾ ਪਤਾ ਹੁੰਦਾ, ਉਹਦੀ ਮੈਨੂੰ ਦੱਸ ਦਿੰਦੀ ਉੱਥੇ ਹੀ ਗੱਲ ਕਲੀਅਰ ਹੋ ਜਾਂਦੀ ਸਾਫ, ਮੈਂ ਉੱਥੇ ਇਹਨੂੰ ਭੇਜ ਦਿੰਦਾ ਨਾਲ ਉਹਦੇ। ਬੁੜੀਆਂ ਐਂ ਡਰਦੀਆਂ, ਐਂ ਕਹਿਣਗੇ ਚੁਗਲੀ ਕਰਦੇ ਸਾਡੀ, ਤੈਨੂੰ ਪਤਾ ਆਪਾਂ ਯਾਰ ਚੰਗਾ ਸੋਚਦੇ ਹਾਂ। ਯਾਰ ਚੁਗਲੀ ਵਾਲੀ ਕਿਹੜੀ ਗੱਲ ਆ ਯਾਰ, ਜੋ ਬਾਬੇ ਹੁਣ ਤੈਨੂੰ ਪਤਾ ਬਾਬੇ ਕਰ ਕੀ ਦੇਣਗੇ, ਅੱਗੇ ਤਾਂ ਕਿਸੇ ਨਾਲ ਭਲਾ ਕਰਿਆ ਨੀ ਬਾਬਿਆਂ ਨੇ। ਇੰਨਾ ਇਹਨਾਂ ਦੇ ਪੱਲੇ ਹੋਵੇ ਯਾਰ, ਆਪ ਕਿਉਂ ਬੈਠਣ ਜਾ ਕੇ ਬਣਾ ਜਾ। ਚੱਲ ਕੋਈ ਨਾ, ਮੈਂ ਜਾਣਾ ਹੈ, ਤੂੰ ਅੱਜ ਧਿਆਨ ਰੱਖੀ ਫਿਰ, ਤਾਈ ਨੂੰ ਵੀ ਦੱਸ ਦੀ, ਤੇ ਤੂੰ ਐਂ ਗੱਲ ਕਰ ਤਾਈ ਨੂੰ ਕਹਿ ਵੀ ਐਂ ਕਰ, 2 ਭਾਲ ਲੈ ਹੁਣ, ਆ ਤੇਰੇ ਵਾਸਤੇ ਵੀ ਭਾਲ ਲੈ ਤੇ ਇੱਕ ਮੇਰੇ ਵਾਸਤੇ ਵੀ ਭਾਲ ਲੈ, ਇਕੱਠੇ ਵਿਆਹ ਕੇ ਲੈ ਕੇ ਆਵਾਂਗੇ, ਸਕੀਆਂ ਭੈਣਾਂ ਨਾਲ ਕਰਾਵਾਂਗੇ, ਵਧੀਆ ਇਕੱਠੇ ਸਹੁਰੀ ਜੱਲਿਆ ਕਰਾਂਗੇ, ਬਸ ਠੀਕ ਆ, ਦਾਰੂ ਪੀਆ ਕਰਾਂਗੇ। ਹਾਂ ਬਸ ਠੀਕ ਆ, ਬਸ ਠੀਕ ਹੈ, ਮੁੱਕਰੀ ਨਾ ਇਸ ਗੱਲ ਤੋਂ ਕਿ ਤੂੰ ਵੀ ਮੁੱਕਰ ਦੇ, ਬਾਅਦ ਮੈਂ ਉਹਨੂੰ ਵੀ ਭਜਾ ਦਿਆਂ। ਨਹੀਂ ਮੁੱਕਰਦਾ, ਤੂੰ ਐਂ ਕਰ, ਹਾਂ ਕਿਹਨਾਂ ਦਵਾਲ ਫਿਰ ਹੱਥਰੇ ਪਾਰਟੀ ਕਰਾਂਗੇ। ਚੱਲ ਠੀਕ ਆ, ਮਿਲਦਾ ਫਿਰ ਮੈਂ ਤੈਨੂੰ ਮੋਟਰ ਤੇ, ਚੰਗਾ ਚੰਗਾ ਚੰਗਾ, ਦਾਰੂ ਇੱਥੋਂ ਲੈ ਕੇ ਚੱਲਾਂਗੇ, ਝੁੰਬੇ ਜੇ ਜੀ ਚੱਲਾਂਗੇ। ਨਾ ਕੋਈ ਗੱਲ ਨਹੀਂ, ਉੱਥੇ ਚੱਲਾਂਗੇ, ਤੇਰੇ ਨਾਲ ਗੱਲ ਹੋਈ ਤਾਂ ਬਈ ਆ ਮੇਰੀ ਯਾਰ, ਠੀਕ ਆ, ਹੈ ਲਗਿਆੜ ਦੇਖੀ ਪੈਂਦਾ ਅੱਜ ਤੂੰ, ਫੇਰ ਆਊ ਨਜ਼ਾਰਾ ਅੱਜ।
ਇਹਦਾ ਨਹੀਂ ਪਸੰਦ ਹੁੰਦਾ ਮੈਂ ਕਰਾਊਂ ਤੈਨੂੰ ਡੋਲੇ ਵੱਡਾ ਆਇਆ ਮੇਰੇ ਨਾਲ ਜਾਣ ਵਾਲਾ ਸੋਰੀ ਹਲਿਆ ਮੇਰਾ ਤੇਰੀ ਜ਼ਮੀਨ 'ਤੇ ਤਾਂ ਮੇਰਾ ਰਿਸ਼ਤਾ ਆ ਗਏ ਤੁਸੀਂ ਓਏ ਆ ਗਿਆ ਯਾਰ ਬਸ ਐਵੇਂ ਕੀ ਦੱਸਾਂ ਤੈਨੂੰ ਹੁਣ ਕੱਲ੍ਹ ਸਵੇਰ ਦੇ ਗਏ ਹੋ ਉਹ ਮੈਂ ਤਾਂ ਟੂਰਨਾਮੈਂਟ ਦੇਖਣ ਵਗ ਗਿਆ ਜੀ ਉੱਥੇ ਲੇਟ ਹੋ ਗਏ ਯਾਰ ਫਾਈਨਲ ਲੇਟ ਹੋਇਆ ਅਤੇ ਫੋਨ ਮੇਰਾ ਬੰਦ ਹੋ ਗਿਆ ਮੈਂ ਤਾਂ ਫਿਰ ਜਸਪ੍ਰੀਤ ਦੇ ਘਰ ਹੀ ਰਹਿ ਪਿਆ ਫਿਰ ਉਹਦੇ ਫੋਨ ਤੋਂ ਫੋਨ ਤਾਂ ਲਾ ਦਿੰਦੇ ਸਾਰੀ ਰਾਤ ਟੈਨਸ਼ਨ ਹੋਈ ਗਈ ਆ ਉਹ ਮੈਨੂੰ ਤਾਂ ਇਹ ਸੀ ਤੈਨੂੰ ਮੈਂ 12-1 ਵਜੇ ਤੱਕ ਕਹਿ ਕੇ ਗਿਆ ਸੀ ਮੈਂ ਚੱਲ ਸੌਂ ਗਈ ਹੋਊਗੀ ਤੜਕੇ ਵੱਜ ਜੂ ਸੁਨੇਹਾ ਟਾਈਮ ਨਾਲ ਅੱਛਾ ਚਾਹ ਚੂ ਲੈ ਕੇ ਮੈਂ ਬਣਾ ਕੇ ਬਸ ਚਾਹ ਨੂੰ ਤਾਂ ਕੀ ਪੀ ਕੇ ਆਇਆ ਤੇ ਤੂੰ ਹਾਂ ਕਿਉਂ ਕਰਿਆ ਬਥਾੜਾ ਉਹਦਾ ਬਸ ਪੁੱਛ ਹੀ ਨਾ ਤੈਨੂੰ ਪਤਾ ਕੱਲ੍ਹ ਮੰਮੀ ਹਰਪ੍ਰੀਤ ਕੋਲ ਜਾ ਕੇ ਆਈ ਆ ਮੈਂ ਬਥੇਰਾ ਰੋਕਿਆ ਮੇਰੇ ਅੱਖ ਹੀ ਨਹੀਂ ਲੱਗੀ ਜਮੀ ਅੱਛਾ ਹਾਂ ਉੱਥੇ ਹੀ ਕਰਨ ਬਾਕੀ ਉਹ ਕੀ ਪਤਾ ਹੁਣ ਕਿਉਂ ਗਈ ਨਾਲੇ ਮੈਂ ਤਾਂ ਬਥੇਰਾ ਰੋਕਿਆ ਸੀ ਮੰਮੀ ਨੂੰ ਵੀ ਮੰਮੀ ਰਹਿਣ ਦੇ ਜਦੋਂ ਉਹਨਾਂ ਨੇ ਆਪਾਂ ਨੂੰ ਫੋਨ ਨਹੀਂ ਕੀਤਾ ਇੱਕ ਵਾਰੀ ਵੀ ਇੱਕ ਵਾਰੀ ਕਿਹਾ ਵੀ ਮੰਮੀ ਆ ਕੇ ਮੈਨੂੰ ਮਿਲ ਜਾ ਵੀ ਤੈਨੂੰ ਬਾਲਾ ਬਰਾਗ ਆਉਂਦਾ ਕਹਿੰਦੀ ਨਾ ਨਾ ਭਾਈ ਮੈਂ ਤਾਂ ਜਾਊਂਗੀ ਉਹ ਇੱਕ ਵਾਰੀ ਤੂੰ ਮੰਮੀ ਨੂੰ ਕਹਿ ਤਾਂ ਦਿੰਦੀ ਵੀ ਕੁਲਦੀਪ ਨਾਲ ਗੱਲ ਕਰ ਲਾ ਐਂ ਕਿਵੇਂ ਬਾਕੀ ਉਹ ਬਿਨ ਦੱਸੀ ਮੈਂ ਤਾਂ ਬਥੇਰਾ ਲੜੀ ਸੀ ਪਰ ਪੈਰ ਤੇ ਪਾਣੀ ਪੈਣ ਵੀ ਦੇਵੇ ਜਮੀ ਨਹੀਂ ਆਖੇ ਲੱਗੀ ਮੇਰੇ ਨਾਲ ਸਗੋਂ ਲੜ ਕੇ ਗਈ ਆ ਨਾਲੇ ਮੈਂ ਕਿਹਾ ਸੀ ਵੀ ਤੂੰ ਇੱਕ ਵਾਰੀ ਕੁਲਦੀਪ ਨੂੰ ਪੁੱਛ ਲਾ ਵੀ ਨਾ ਜਾ ਨਾ ਜਾ ਕਹਿੰਦੀ ਨਾ ਨਾ ਮੈਂ ਤਾਂ ਆਪਦੀ ਧੀ ਕੋਲ ਜਾਊਂਗੀ ਤੁਸੀਂ ਨਹੀਂ ਜਦੋਂ ਜਾਂਦੇ ਕਹਿੰਦੀ ਮੈਂ ਤਾਂ ਜਾਣਾ ਹੀ ਆ ਚੱਲ ਕੋਈ ਨਹੀਂ ਫਿਰ ਤੂੰ ਇੰਨਾ ਕਿਉਂ ਕਰੀ ਜਾਂਦੀ ਆ ਆਪਦੀ ਕੁੜੀ ਕੋਲ ਹੀ ਗਈ ਆ ਉਹ ਕਿਹੜਾ ਹੋਰ ਕਿਤੇ ਬਾਗੀ ਜਾਣਾ ਹੀ ਹੁੰਦਾ ਫਿਰ ਕੁਛ ਨਹੀਂ ਐਂ ਕਿਵੇਂ ਜਾਣਾ ਹੁੰਦਾ ਜਦੋਂ ਆਪਾਂ ਉਹਨਾਂ ਨੂੰ ਕਿਹਾ ਮੰਮੀ ਨੂੰ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਫਿਰ ਉੱਤੋਂ ਦੀ ਹੋ ਕੇ ਕਿਉਂ ਗਈ ਅੱਗੋਂ ਮੈਨੂੰ ਕਹਿੰਦੀ ਹਾਂ ਹਾਂ ਮੈਂ ਤਾਂ ਧੀ ਨਾਲ ਵਰਤੂੰਗੀ ਜੇ ਤੁਸੀਂ ਰੋਟੀ ਦੇਣੀ ਆ ਤਾਂ ਦਿਓ ਨਹੀਂ ਨਾ ਦਿਓ ਕਹਿੰਦੀ ਲੈ ਉਹ ਰੋਟੀ ਦਾ ਤਾਂ ਕੀ ਮੁੱਦਾ ਯਾਰ ਇਹ ਗੱਲ ਦੇ ਵਿੱਚ ਵਰਤੂਗੀ ਤਾਂ ਹੁਣ ਹੈਗੀ ਐਂ ਹੁਣ ਢਿੱਡੋਂ ਗੱਡੀ ਨੂੰ ਕਿਵੇਂ ਛੱਡਦੇ ਉਹ ਫਿਰ ਆਪੇ ਵਰਤੀ ਜਾਏਗੀ ਨਾ ਉਹਨੂੰ ਹੀ ਨਹੀਂ ਪਤਾ ਮੈਂ ਆਪਦੇ ਭਰਾ ਨਾਲ ਵਰਤਣਾ ਹੈਗਾ ਉਹ ਚੱਲ ਕੋਈ ਨਹੀਂ ਨਿਆਣੀ ਆ ਉਹ ਕਈ ਵਾਰੀ ਮਜਬੂਰੀ ਹੋ ਜਾਂਦੀ ਆ ਤੇਰੇ ਵੀ ਗਿੱਠ ਦੀ ਲੁਤਰੋ ਲੱਗੀ ਆ ਤੂੰ ਮੈਨੂੰ ਉਂਗਲਾਂ ਲਾਉਣ ਤੇ ਅਮਲਦਾ ਸਾਰਾ ਦਿਨ ਆਹੋ ਮੈਂ ਤਾਂ ਆਪੇ ਉਂਗਲਾਂ ਲਾਉਣੀ ਆ ਜੇ ਸੱਚੀ ਗੱਲ ਕਹਿ ਦੇ ਨਾ ਤੁਹਾਨੂੰ ਮਿਰਚਾਂ ਲੱਗਦੀਆਂ ਮਾਂ ਪੁੱਤਾਂ ਨੂੰ ਉਹ ਮਿਰਚਾਂ ਵਾਲੀ ਗੱਲ ਨਹੀਂ ਹੈਗੀ ਚੱਲ ਕੋਈ ਨਾ ਫਿਰ ਆਪਣੀ ਮਾਂ ਵੱਡੀ ਆ ਹੁਣ ਉਹਦੇ ਕੀ ਆਪਾਂ ਰੱਸਾ ਪਲ ਗਏ ਪਰ ਆਪਣੇ ਆਖੇ ਤਾਂ ਲੱਗੇ ਨਾ ਰਹਿਣਾ ਤਾਂ ਆਪਣੇ ਨਾਲ ਹੀ ਆ ਧੀ ਨੇ ਤਾਂ ਰੋਟੀ ਦੇਣੀ ਰੋਟੀ ਤਾਂ ਆਪਾਂ ਹੀ ਦੇਵਾਂਗੇ ਉਹ ਯਾਰ ਮਾਂ ਪਿਓ ਨੂੰ ਦੇ ਆਪਾਂ ਆਖੇ ਲੱਗਦੇ ਹੁੰਦੇ ਆ ਉਹ ਆਪਣੇ ਆਖੇ ਕਿਵੇਂ ਲੱਗਣਗੇ ਮੈਂ ਤਾਂ ਤੈਨੂੰ ਸਮਝਾਈ ਜਾਂਦੇ ਤੂੰ ਉਲਟਾ ਮੈਨੂੰ ਹੀ ਲੜੀ ਆ ਨਾ ਸਗੋਂ ਤੈਨੂੰ ਮਾਂ ਨੂੰ ਕਹਿਣਾ ਚਾਹੀਦਾ ਵੀ ਕਿਉਂ ਗਈ ਵੀ ਇਦੋਂ ਮੁੜ ਕੇ ਜਾਈ ਨਾ ਜਦੋਂ ਆਊਗੀ ਮੈਂ ਇੱਥੇ ਮੈਨੂੰ ਮਿਲੀ ਮੈਂ ਕਹਿ ਦੂੰਗਾ ਉਦੋਂ ਪਰਦੇ ਨਾਲ ਗੱਲ ਹੋਣਾ ਇਹ ਸਿੱਧਾ ਹੀ ਕਿਵੇਂ ਸਿਰ 'ਚ ਸੋਟੀ ਮਾਰਾਂ ਜਾ ਕੇ ਉਹਦੇ ਤੂੰ ਤਾਂ ਮੇਰੇ ਸਾਹਮਣੇ ਉਹਨੂੰ ਕੁਝ ਕਹਿੰਦਾ ਉਹਨੂੰ ਮੂੰਹ ਤੇ ਕੀ ਕਹਿ ਦੇਗਾ ਤੂੰ ਉਹ ਮੈਂ ਨਹੀਂ ਕਹਿੰਦਾ ਹੁੰਦਾ ਐਂ ਕਿਸੇ ਨੂੰ ਕੁਛ ਤੂੰ ਤਾਂ ਮੇਰੇ ਉੱਤੋਂ ਦੀ ਹੁਣ ਕੀ ਕਹਾਂ ਤੈਨੂੰ ਵੀ ਨਾ ਕੀ ਉੱਤੋਂ ਦੀ ਹੋਈ ਪਈ ਆ ਮੈਂ ਤਾਂ ਸਗੋਂ ਤੁਹਾਡੇ ਮਾਰੀ ਨੇ ਕਿਹਾ ਸੀ ਵੀ ਜਦੋਂ ਉਹ ਆਪ ਤੋਂ ਬਿਨਾਂ ਪੁੱਛੇ ਵੱਗ ਗਈ ਸੀ ਤਾਂ ਹੀ ਆਪਾਂ ਤਾਂ ਲੜਦੇ ਆ ਉਹਨੂੰ ਹੋਰ ਦੱਸ ਆਪਾਂ ਨੂੰ ਕੋਈ ਵੈਰ ਆ ਉਹਦੇ ਨਾਲ ਉੱਤੋਂ ਨਾ ਪਤਾ ਮੰਮੀ ਆ ਕੇ ਕੀ ਕਹਿੰਦੀ ਪੂਰੀਆਂ ਲੁੱਤੀਆਂ ਲਾ ਕੇ ਭੇਜੀਏ ਮੰਮੀ ਨੂੰ ਕਹਿੰਦੀ ਹਾਂ ਹਾਂ ਇਹਨਾਂ ਨੇ ਤਾਂ ਮੇਰਾ ਨੰਬਰ ਬਲੌਕ ਕਰਤੇ ਤਾਂ ਹੀ ਨਹੀਂ ਮੇਰਾ ਫੋਨ ਲੱਗਦਾ ਪੁੱਛਣ ਨਾਲ ਵੀ ਮੈਂ ਨੰਬਰ ਕਿਉਂ ਬਲੌਕ ਕਰੂੰਗੀ ਤੁਹਾਡੇ ਕੋਲ ਤੁਹਾਡਾ ਫੋਨ ਹੈਗਾ ਹੀ ਆ ਤੁਹਾਨੂੰ ਆਇਆ ਫੋਨ ਉਹਦਾ ਇੱਕ ਵਾਰੀ ਵੀ ਉਹ ਬਲੌਕ ਵਾਲੀ ਤਾਂ ਕੀ ਗੱਲ ਆ ਉਹ ਬੁੜਾ ਹੋ ਗਿਆ ਸਰੀਰ ਉਹਦਾ ਕਈ ਗੱਲਾਂ ਮਨੋ ਮਣੀ ਆਪ ਹੀ ਬਣਾ ਲੈਂਦੀ ਇੱਕ ਦੀਆਂ ਦੋ ਆਉੜੀ ਜਾਂਦੀਆਂ ਰਹਿੰਦੀਆਂ ਉਹਨੂੰ ਬੈਠੀ ਨੂੰ ਪੁੱਠੀਆਂ ਸਿੱਧੀਆਂ ਉਹ ਗੱਲਾਂ ਦਾ ਮੈਨੂੰ ਨਹੀਂ ਪਤਾ ਪਰ ਤੂੰ ਮੰਮੀ ਨੂੰ ਇੱਕ ਵਾਰੀ ਗੱਲ ਜ਼ਰੂਰ ਕਰੀ ਵੀ ਇਦੋਂ ਮੁੜ ਕੇ ਨਹੀਂ ਜਾਣਾ ਹਰਪ੍ਰੀਤ ਕੋਲ ਉਹ ਚਲੋ ਜਾਂਦੀ ਆ ਜਾਣ ਦੇ ਆਪਾਂ ਨਹੀਂ ਜਾਂਦੇ ਫਿਰ ਮੈਂ ਤੇਰੇ ਹੱਕ 'ਚ ਆਏ ਗੱਲ ਦੇ ਵਿੱਚ ਤਾਂ ਮੇਰੀ ਵੀ ਬੇਇੱਜ਼ਤੀ ਹੋਈ ਆ ਆਹੋ ਮਾਂ ਨੂੰ ਨਾ ਕੁਛ ਕਹੀਂ ਬਸ ਉਹ ਚੱਲ ਕੋਈ ਨਹੀਂ ਮਾਂ ਨੂੰ ਵੀ ਕਹਿ ਦੂੰਗਾ ਮੈਂ ਐਂ ਤਾਂ ਹੁਣ ਕਹਿਣਾ ਤਾਂ ਪਊਗਾ ਹੁਣ ਐਂ ਤਾਂ ਜਮਾਂ ਬੇਇੱਜ਼ਤੀ ਹੁੰਦੀ ਆਪਣੀ ਚੱਲ ਤੂੰ ਐਂ ਕਰ ਮੈਂ ਗੀਜ਼ਰ ਛੱਡ ਦੇ ਤੇ ਮੈਂ ਰੈਸਟ ਕਰ ਲਾਂ 2 ਮਿੰਟ ਜਰਾ ਤੂੰ ਹੀ ਆਕੜੀ ਪਈ ਆ ਨੀਂਦ ਨਹੀਂ ਆਈ ਮੈਨੂੰ ਬਗਾਨੇ ਘਰੇ ਤੈਨੂੰ ਪਤਾ ਨੀਂਦ ਨਹੀਂ ਆਉਂਦੀ ਪੈਣਾ ਪੈ ਗਿਆ ਇੱਕ ਜਰਾ ਚਾਹ ਬਣਾ ਦਾਂ ਚਾਹ ਬਣਾ ਦੇ ਥੋੜੀ ਜਵੈਣ ਪਾ ਦੀ ਠੀਕ ਹੈ ਹਰਪ੍ਰੀਤ ਹਾਂਜੀ ਮੰਮੀ ਆ ਤਾਂ ਪੁੱਤ ਆ ਕੇ ਲਾ ਲਾਂਗੇ ਚਾੜੂ ਚੁੜੂ ਤੇ ਤੂੰ ਚੱਲ ਤੇ ਧਾਗਾ ਪਵਾ ਕੇ ਲਿਆਉਣਾ ਬਾਬੇ ਦਿਓ ਤੇਰੀ ਤਾਈ ਨੰਬਰ ਦੇ ਕੇ ਗਈ ਸੀਗੀ ਕਾਲਾ ਧਾਗਾ ਮੰਮੀ ਲੈ ਪੁੱਤ ਕੇ ਕਾਲਾ ਧਾਗਾ ਆਪਣੇ ਬੱਚਾ ਹੈ ਨਹੀਂ ਪੁੱਤ ਕੋਈ ਆਪਣੀ ਨਿਉਜੜ ਲੱਗ ਜੂਗੀ 100 ਬੰਦਾ ਖੂਹੀ ਟੋਬੀ ਪੈਂਦਾ ਲਾਦਾ ਮਾਰਾ ਫੇਰ ਕੀ ਹੋਗਾ ਜੇ ਡਾਕਟਰਾਂ ਨੇ ਜਵਾਬ ਦੇਤਾ ਆਪਾਂ ਕੋਈ ਧਾਗਾ ਤਵੀਤ ਕਰਾਉਣੇ ਆ ਨਹੀਂ ਮੰਮੀ ਮੈਂ ਨਹੀਂ ਜਾਣਾ ਕੋਈ ਬਾਬੇ ਦੇ ਤੂੰ ਨਾ ਨੰਨਾ ਪਾਇਆ ਕਰ ਜਿੱਦਣ ਨੂੰ ਤੈਨੂੰ ਕਿਹਾ ਨਾ ਚੁੱਪ ਕਰਕੇ ਤਿਆਰ ਹੋ ਜਾ ਆ ਕੇ ਲਾ ਲਈ ਝਾੜੂ ਝੁੜੂ ਨਹੀਂ ਨਹੀਂ ਮੰਮੀ ਜਦ ਮੈਂ ਤੁਹਾਨੂੰ ਕਹਿ ਦਿੱਤਾ ਮੈਂ ਨਹੀਂ ਜਾਣ ਦੇ ਲਈ ਆਕਾਸ਼ ਵੀ ਮੈਨੂੰ ਬੋਲਣਗੇ
ਤੂੰ ਆਕਾਸ਼ ਤੋਂ ਤੂੰ ਕੀ ਲੈਣਾ ਜਦੋਂ ਤੈਨੂੰ ਮੈਂ ਆਖੀ ਜਾਂਦੀ ਆ, ਚੁੱਪ ਕਰਕੇ ਨਾ ਆਪਦਾ ਚੱਕ ਲਾ ਪਾਲਾ ਜੋੜਾ ਤੇ ਮੈਂ ਵੀ ਲਿਆਉਣੀ ਅੰਦਰੋਂ ਚੱਕ ਕੇ ਲਿਫਾਫਾ ਜਾ ਤੇ ਚੱਲ ਤੁਰਦੀ ਜਾ, ਰੱਬ ਨੇ ਦੇਣਾ ਆਪੇ ਦੇ ਦੂਗਾ, ਬਾਬੇ ਕੀ ਕਰ ਦੇਣਗੇ ਇਹਦੇ ਵਿੱਚ। ਤੂੰ ਬਾਲਾ ਨਾ ਮੇਰੇ ਨਾਲ ਕਚੀਰਾ ਕਰ, ਚੁੱਪ ਕਰਕੇ ਤੁਰ ਪਾ, ਆ ਛੱਡ ਝਾੜੂ ਜਾ। ਪਹਿਲਾਂ ਡਾਕਟਰਾਂ ਦੇ ਪੈਸੇ ਪੱਟਦੇ, ਹੁਣ ਬਾਬਿਆਂ ਦੇ ਕਰੀ ਜਾਓ ਖਰਾਬ ਪੈਸੇ। ਪੈਸੇ ਤੇਰੇ ਤਾਂ ਨੀ ਹੁੰਦੇ, ਪੈਸੇ ਸਾਡੇ ਖਰਾਬ ਹੁੰਦੇ ਆ, ਤੂੰ ਕੀ ਲੈਣਾ ਪੈਸਿਆਂ ਤੋਂ, ਨਾਲੇ ਅਸੀਂ ਪੈਸੇ ਕੀ ਕਰਨੇ ਆ ਜੇ ਸਾਡੇ ਕੋਈ ਲਾਦ ਹੀ ਨਾ ਹੋਈ। ਤੈਨੂੰ ਹੋਇਆ ਕੀ ਆ, ਬਾਬੇ ਵੀ ਐਵੇਂ ਵਹਿਮਾਂ ਭਰਮਾਂ ਚ ਪਾਉਂਦੇ ਨੇ, ਐਵੇਂ ਨਾ ਕਿਸੇ ਦੇ ਪਿੱਛੇ ਲੱਗ। ਵਹਿਮਾਂ ਭਰਮਾਂ ਚ ਨੀ ਪਾਉਂਦੇ ਪੁੱਤ, ਜੇ ਫਾਇਦਾ ਹੋਣਾ ਹੋਵੇ ਨਾ, ਕਹਿੰਦੇ ਨੇ ਸਵਾਹ ਦੀ ਚੁੰਡੀ ਤੇ ਫਾਇਦਾ ਹੋ ਜਾਂਦਾ, ਨਾਲੇ ਫਿਰ ਕੀ ਆ ਜੇ 2 ਰੁਪਇਆ ਲੱਗ ਜਾਣਗੇ ਤੇ ਘਰੋਂ ਹੀ ਲੱਗਣੇ ਆ ਤੇ ਘਰ ਵੀ ਤੇਰਾ ਹੀ ਆ। ਐਵੇਂ ਮੰਮੀ ਤੂੰ ਤਾਂ ਲੋਕਾਂ ਦੇ ਪਿੱਛੇ ਲੱਗ ਕੇ ਜਾਈਏ ਨੇ ਬਾਬਿਆਂ ਕੋਲ। ਹਾਂ ਲੋਕਾਂ ਦੇ ਪਿੱਛੇ ਨੀ ਪੁੱਤ, ਕਾਇ ਘਰਾਂ ਦੇ ਪੁੱਤ ਹੋਏ ਧਾਗੇ ਤਵੀਜ ਨਾਲ, ਤਾਂ ਤੈਨੂੰ ਮੈਂ ਕਹਿਣੀ ਆ ਵੀ ਫੇਰ ਕੀ ਹੁੰਦਾ ਜੇ ਜਾ ਆਵਾਂਗੀਆਂ, ਕੀ ਘਸਦਾ ਉੱਥੇ ਜਾਣ ਨਾਲ ਆਪਣਾ। ਚੱਲ ਮੰਮੀ ਜੇ ਤੁਸੀਂ ਬਾਲਾ ਕਹਿੰਦੇ ਤਾਂ ਚੱਲੇ ਆਉਂਦੇ ਆ। ਆਹੋ ਜਾ ਜਾ ਤਿਆਰ, ਨਾਤੀ ਤਾਂ ਹੈਗੀ ਆ, ਤੂੰ ਬਸ ਤਿਆਰ ਹੀ ਆ। ਮੈਂ ਆ ਪਰਸ ਚੱਕ ਲਿਆ ਆਪਦਾ। ਚੰਗਾ ਆ ਕਰ ਦਗੇ ਇੱਕ ਦੋ ਕੰਮ ਜੇ ਜਿਹੜੇ ਰਹਿੰਦੇ ਆ ਯਾਰ, ਮੈਂ ਠੰਡ ਹੋਣ ਲੱਗ ਜਾਂ ਤਾਂ ਦੇਣੀ ਨਹੀਂ ਖੁੱਲ ਰਹੇ ਕੀ ਕਰੀਏ, ਕਿਉਂਕਿ ਮੈਂ ਕਹਿ ਲਿਆ ਓਏ ਆ ਜਾਣਾ ਬਸੰਤ ਕੀ ਬਸੰਗੂ। ਕਿਵੇਂ ਆ? ਠੀਕ ਆ ਹੋਰ? ਠੀਕ ਆ, ਉਹ ਸੱਚ ਤੇਰੇ ਨਾਲ ਵੀ ਗੱਲ ਕਰਨੀ ਸੀ, ਮੈਂ ਟੱਕਰੇ ਹੀ ਅੱਜ ਆ ਬਾਬਾ, ਤੂੰ ਬੁਲਾ ਲਿਆ, ਮੈਂ ਤਾਂ ਧਿਆਨ 'ਚ ਨਹੀਂ ਸੀ ਨਾ, ਉਹ ਲਾਡੀ ਦੇ ਕੀ ਹਵਾਈ ਕਰਦਾ ਸੀ ਯਾਰ ਤੂੰ। ਓਏ ਹਵਾਲੀ ਤਾਂ ਕਿਹੜੀ ਗੱਲਾਂ ਕਹਲੇ, ਸਿਆਣਾ ਮੈਣਾ ਤੂੰ ਵੀ ਉਹਦੇ ਨਾਲ ਹੀ ਰਲ ਗਿਆ, ਮੈਂ ਤਾਂ ਰਿਸ਼ਤਾ ਕਰਾ ਕੇ ਪੰਗਾ ਲੈ ਲਿਆ ਯਾਰ। ਉਹ ਯਾਰ ਰਿਸ਼ਤੇ ਦਾ ਜੱਗ ਜਹਾਨ ਹੀ ਕਰਾਉਂਦਾ, ਤੂੰ ਲਹਿਦਾ ਕਰਾਤਾ ਯਾਰ, ਐਵੇਂ ਤੂੰ ਉਹਨਾਂ ਦੇ ਘਰੇ ਪਾ ਗਿਆ, ਤੈਨੂੰ ਐਂ ਤਾਂ ਪਤਾ ਨਹੀਂ ਵੀ ਉਹਨਾਂ ਦੇ ਘਰੇ ਹੀ ਨਹੀਂ ਕੋਈ, ਐਂ ਕੱਲੀ ਹਰਪ੍ਰੀਤ ਆ ਤੂੰ ਮੂੰਹ ਚੱਕ ਕੇ ਘਰੇ ਪਾ ਗਿਆ, ਰਿਸ਼ਤਾ ਕਰਾਇਆ ਫਿਰ ਐਂ ਤਾਂ ਨਹੀਂ ਵੀ ਤੂੰ ਚੌਂਤਰੇ ਤੇ ਜਾ ਚੜੇਗਾ। ਓਏ ਭੈਣ ਜੇ ਰਿਸ਼ਤਾ ਕਰਾਤਾ ਐਂ ਤਾਂ ਨਹੀਂ ਹੁੰਦੀ ਗੱਲ, ਵੀ ਮੈਂ ਗਲਤੀ ਤੁਰਿਆ ਫਿਰਦਾਗਾ, ਦੱਸ ਜੇ ਨਹੀਂ ਫਿਰ ਤਾਂ ਕਰਾਉਂਦੇ ਨਾ ਜਿਹੇ ਜੇ ਦਿਲ 'ਚ ਗੱਲ ਹੁੰਦੀ ਮੇਰੇ ਕੋਈ। ਓਏ ਉਹ ਤਾਂ ਬਾ ਮੈਂ ਹੀ ਕੰਮ ਧੰਦੇ 'ਚ ਉਲਝਿਆ ਹੋਇਆ ਨਹੀਂ, ਕਿੱਦੇ ਦਾ ਕਲੇਸ਼ ਹੋ ਜਾਂਦਾ ਤੇਰੇ ਨਾਲ। ਉਹ ਚੱਲ ਉਹ ਤਾਂ ਛੱਡ ਦੇ ਤੂੰ ਗੱਲ ਜਿਹੜੀ, ਮੈਂ ਕਰਦਾ ਤੂੰ ਮੁੱਦੇ ਤੇ ਆ ਜਾ, ਵੀ ਉਹ ਗੱਲ ਮਾੜੀ ਆ ਤੂੰ ਸਮਝਿਆ ਦੇ, ਮੈਂ ਤਾਂ ਬਥੇਰਾ ਮੱਥਾ ਮਾਰ ਕੇ ਦੇਖਿਆ। ਉਹ ਯਾਰ ਕੀ ਸਮਝਿਆ ਕੇ ਬਈ, ਹੈਂ ਜਵਾਕ ਉਹਦੇ ਨਹੀਂ ਹੁੰਦਾ, ਕੋਈ 4 ਬੰਦਿਆਂ 'ਚ ਭਾਉਣ ਕੱਟਣ ਵਾਲੀ ਉਹ ਨਹੀਂ ਹੈ, ਅਸੀਂ ਕੀ ਕਰਾਉਣਾ ਯਾਰ, ਤੂੰ ਤਾਂ ਪੰਗਾ ਦਵਾਤਾ ਸਾਨੂੰ ਯਾਰ। ਉਹ ਐਂ ਨਹੀਂ ਹੁੰਦੀ ਗੱਲ, ਜਵਾਕ ਤਾਂ ਹੁਣ ਰੱਬ ਦੀ ਮਰਜ਼ੀ ਆ, ਜੇ ਹੋਇਆ ਤਾਂ ਕਰਮਾਂ 'ਚ ਮਿਲ ਜੂਗਾ ਯਾਰ, ਬਾਕੀ ਦੂਜੀ ਗੱਲ ਸੋਨੂੰ ਕਿਹੜਾ ਦਿੰਦਾ ਸੀ ਡੋਲੇ, ਉਹ ਤਾਂ ਚੱਲ ਮੈਂ ਮੂਹਰੇ ਲਾ ਕੇ ਕਰਾਤਾ, ਮਹਾਂ ਚੱਲ ਯਾਰ ਘਰ ਵੱਜੇ। ਉਹ ਯਾਰ ਸਾਨੂੰ ਡੋਲੇ ਦੇਣ ਨੂੰ ਕੋਰਟ ਚੱਲਿਆ ਯਾਰ, ਅਸੀਂ ਤਾਂ ਆਪਦੀ ਮਰਜ਼ੀ ਨਾਲ ਨਹੀਂ ਕਰਾਉਂਦੇ ਸੀ, ਤੂੰ ਕਰਾ ਕੇ ਕਿਹੜਾ ਕਹਾਂ ਦੀ ਤਾਰ ਤੇ ਯਾਰ। ਨਾ ਮਰਜ਼ੀ ਵਾਲੀ ਤਾਂ ਕਿਹੜੀ ਗੱਲ ਆ, ਉਹਦਾ ਨਹੀਂ ਸੀ ਕੋਈ ਯਾਰ, ਤੇ ਨਾ ਆਵੇ ਯਾਰ, ਅਸੀਂ ਕਿਸੇ ਦੇ ਧੱਕੇ ਨਾ ਜਾ ਕੇ ਲਿਆਉਂਦੇ ਵੀ ਹਾਂ ਭਾਈ ਸਾਨੂੰ ਕਰਦੇ ਸਵਾ ਸੇ ਤੁਹਾਡੇ, ਚੱਲ ਕੋਈ ਨਹੀਂ ਗਾਹ ਨੂੰ ਸਿਆਣਾ ਹੋ ਗਿਆ, ਮੈਂ ਵੀ ਇੰਨੀ ਕੁ ਅਕਲ ਆ ਗਈ ਮੈਨੂੰ ਵੀ। ਬਾ ਯਾਰ ਮੈਂ ਤੈਨੂੰ ਬੰਦਿਆਂ ਨੂੰ ਕਹਿਣਾ ਅੱਜ ਵੀ ਹੁਣ ਭਾਵੇਂ ਭਾਈ ਭਲੀ ਮਾਰਸੀ ਨਾਲ ਸਮਝ ਲਾ, ਭਾਵੇਂ ਭਾਈਚਾਰੇ ਨਾਲ ਸਮਝ ਲਾ, ਵੀ ਬਾਈ ਉਹਨਾਂ ਦੇ ਘਰੇ ਜਾਣ ਦੀ ਲੋੜ ਨਹੀਂ, ਠੀਕ ਆ? ਸਾਡੀ ਤਾਂ ਮਰਜ਼ੀ ਹੋਈ ਰੱਖਾਂਗੇ ਯਾਰ, ਨਹੀਂ ਤਾਂ ਦਵਲਾਂਗੇ। ਉਹ ਯਾਰ ਜਦੋਂ ਹਰਪ੍ਰੀਤ ਨੇ ਮੈਨੂੰ ਫੋਨ ਕਰਤਾ ਮੈਨੂੰ ਤਾਂ ਜਾਣਾ ਪਊਣਾ। ਉਹ ਯਾਰ ਕੋਈ ਤੂੰ ਸਿਆਣਾ ਬੁੜੀ ਨੂੰ ਲੈ ਕੇ ਜਾ, ਨਾਲ ਕੇ ਬੰਦੇ ਨੂੰ ਲੈ ਕੇ ਜਾ, ਸਾਨੂੰ ਯਾਰ ਤੂੰ ਕੀ ਕਿਰਾਇਆ ਦੇ ਦੇਗਾ ਮੈਨੂੰ, ਐਦਾਂ ਦੱਸ ਦੇ ਨਾ। ਮੈਂ ਪਾਗਲ ਹਾਂ? ਤੇ ਯਾਰ ਤੂੰ ਮੇਰੀ ਗੱਲ ਸੁਣ, ਮਟਿਆਰ ਹੈਗੀ ਆ ਉਹ, ਤੂੰ ਕੱਲਾ ਜਾ ਕੇ ਘਰੇ ਵੜ ਗਿਆ, 100 ਗੱਲਬਾਤ ਬਣ ਗਈ ਸਾਡੀ ਯਾਰ, ਪਿੰਡ 'ਚ ਪੱਟੀ ਮੇਸ ਹੋਜੂ। ਉਹ ਨਹੀਂ ਨਹੀਂ ਇਹ ਤਾਂ ਸੋਚਣ ਦੀਆਂ ਗੱਲਾਂ ਆਉਂਦੀਆਂ ਅੱਡ ਵੱਡ, ਜਿਵੇਂ ਮਰਜ਼ੀ ਸੋਚੀ ਚੱਲ, ਉਹ ਤਾਂ ਜਿੱਧਰ ਮਰਜ਼ੀ ਲੈ ਜਾ ਗੱਲ, ਮੈਂ ਤਾਂ ਫਾਇਦ੾ ਨੂੰ ਗਿਆ ਸੀ ਵੀ ਪੁੱਛਿਆ ਵਾਂ ਕੀ ਗੱਲਬਾਤ ਆ, ਉਹ ਕਹਿੰਦੀ ਬਾਈ ਮੈਨੂੰ ਕੁੜਦਾ ਮਾਰਦਾ, ਨਸ਼ਾ ਪੱਤਾ ਕਰਦਾ, ਪਹਿਲਾਂ ਮੈਂ ਪੜਦਾ ਰੱਖ ਕੇ ਗਲਤੀ ਕਰ ਗਿਆ। ਕਿੰਨੇ ਕੁ ਨਸ਼ੇ ਪੱਤੇ ਕੌਣ ਚੱਕ ਕੇ ਲਿਆਉਂਦਾ ਸਾਨੂੰ, ਹੈ ਕਿੰਨੇ ਕੁ ਅੱਗੇ ਸਾਡੇ ਪਿੰਡ 'ਚ ਤੂੰ ਸੁਣ ਲਿਆ ਬਾਈ ਇਹ ਨਸ਼ੇ ਪੱਤੇ ਕਰਦੇ, ਤਾਂ ਯਾਰ ਐਵੇਂ ਭਕਾਈ ਮਰੀ ਜਾਂਦੀ ਆ, ਬਸੰਦਾਰਾ ਦਾ ਉਹਦਾ ਆਪਦਾ ਨਹੀਂ, ਗਲਤ ਤਾਂ ਉਹ ਆਪ ਆ ਯਾਰ। ਉਹ ਯਾਰ ਐਂ ਨਹੀਂ ਬਿਨਾਂ ਦੇਖੇ ਨਹੀਂ ਕਿਸੇ ਨੂੰ ਕੁਛ ਕਹੀਦਾ ਹੁੰਦਾ, ਐਵੇਂ ਬਿਨਾਂ ਗੱਲ ਤੋਂ ਨਾ ਤਾਂ ਤੂੰ ਨਹੀਂ ਲਾਈਦੀ ਹੁੰਦੀ, ਤੇ ਜਿਹੜੀ ਗੱਲ ਆ ਹੁਣ ਮੁੱਦੇ ਦੀ ਉਹ ਗੱਲ ਤੇ ਆ ਜਾ ਵੀ ਸਮਝਾ ਦੇ ਤੂੰ ਸਿਆਣਾ ਉਹਨਾਂ ਨੂੰ ਵੱਡਾਂਗਾ। ਉਹ ਬਾਈ ਮੈਂ ਤਾਂ ਸਮਝਾਤਾ ਉਹਨੂੰ, ਠੀਕ ਆ, ਅਸੀਂ ਤਾਂ ਰੱਖਣੀ ਨਹੀਂ ਯਾਰ ਵਾ ਗੱਲ ਮੁੱਕੀ, ਤੂੰ ਭਾਵੇਂ ਉਹਨਾਂ ਨਾਲ ਗੱਲ ਕਰ ਲਈ, ਭਾਵੇਂ ਆਪਦਾ ਕੁਛ ਮਰਜ਼ੀ ਕਰ। ਓਏ ਆਪਦੀਆਂ ਨਹੀਂ ਹੁੰਦੀਆਂ ਗੱਲਾਂ, ਆਪਾਂ ਜਿਵੇਂ ਕਰ ਗਏ ਮਰਜ਼ੀ ਨਾਲ ਉਵੇਂ ਪਗਾਵਾਂਗੇ, ਉਹ ਗੱਲ ਨਹੀਂ ਹੁੰਦੀ। ਸੋਨੂੰ ਕਿੱਥੇ ਹੁੰਦਾ ਸੀਗਾ ਯਾਰ, ਨਾਲੇ ਘੋੜੀ ਨਾਲ ਗੇੜਾ ਆਉਂਦਾ ਤੁਹਾਡੇ ਗਾਂ, ਰੱਖਣੀ ਨਹੀਂ। ਉਹ ਸਾਡੇ ਤਾਂ ਨਹੀਂ ਆਉਂਦਾ ਘੋੜੀ ਨਾਲ ਗੇੜਾ, ਤੇਰੇ ਤਾਂ ਆਉਂਦਾ ਹੂੰ, ਤੂੰ ਰੱਖ ਲਾ ਨਾਲੇ ਗੇੜਾ, ਦਿਨਾ ਜਾ ਵੜਦਾ ਚੌਂਤਰੇ ਤੇ ਚੜਦਾ ਤੂੰ ਜਾ ਜਾ। ਉਹ ਬਾਲੀ ਨਾ ਪਕਾਈ ਮਾਰ, ਮੇਰੇ ਭੈਣ ਆਰ ਗਿਆ ਠੀਕ ਆ ਨਾ, ਮੈਂ ਬੰਦਾ ਗੱਲ ਕਰੀ ਨਾ, ਤੇਰੇ ਨਾਲ ਤੂੰ ਸਰੀ ਸਿਰ ਚੜੀ ਜਾਂਦਾ ਯਾਰ, ਤੂੰ ਐਂ ਹਿਸਾਬ ਲਾ ਲਾ ਜੇ ਤੂੰ ਬਾਅਦ ਚੌਂਤਰੇ ਚੜ ਗਿਆ ਮੁਰਗਾ ਬਣਾ ਕੇ ਕੁੱਟਾਂਗੇ। ਟਰਨ ਵਾਲਾ ਤਾਂ ਤੂੰ ਭੁਲੇਖਾ ਕੱਢਦੇ, ਮੈਨੂੰ ਪਤਾ ਹੀ ਆ ਤੇਰਾ ਕਿੱਡਾ ਕਦਾਉਦਾ ਤੂੰ। ਜਿਹੜੀ ਗੱਲ ਮੈਂ ਕਰਦਾ ਤੇਰੇ ਨਾਲ ਵੀ ਅਸੀਂ ਰਿਸ਼ਤਾ ਕਰਾਇਆ, ਮੈਂ ਉਹਨੂੰ ਭੈਣ ਆ ਮੇਰੀ, ਇਹੋ ਜਿਹੀ ਗੱਲ ਨਹੀਂ ਜੇ ਕੋਈ ਕੱਲ੍ਹ ਨੂੰ ਨੇਕੀ ਹੁੰਦੀ ਆ, ਮੈਂ ਦੋ ਬੰਦੇ ਲੈ ਕੇ ਨਾਲ ਵੀ ਜਲੂਸ ਕੱਢ ਕੇ ਆਉਂ ਘਰੇ, ਦੋਵਾਂ ਦੇ ਵੀ ਯਾਦ ਰੱਖਿਓ ਮੇਰੀ ਗੱਲ ਫਿਰ।
ਉਹ ਤੂੰ ਕੀ ਦੋ ਬੰਦੇ ਲਿਆ ਕੇ ਜਲੂਸ ਕੱਢੇਗਾ, ਜਲੂਸ ਤਾਂ ਅਸੀਂ ਕੱਢਾਂਗੇ ਠੱਗੀ ਮਰਾ ਕੇ ਧਰਤੀ, ਤੂੰ ਪਤਾ ਨਹੀਂ ਕਿੱਥੋਂ ਲਿਆਂਦੀ ਆ ਕਿੱਥੋਂ ਨਾ, ਹੈ ਨਹੀਂ ਉਹ ਬੰਦਾ ਜਭਾਉਣ ਵਾਲੀ ਯਾਰ। ਕਿਉਂ ਬੰਦਾ ਜਮਾਉਣ, ਉਹਦੇ ਕਿਦਾਂ ਕੋਹੜ ਚੱਲਿਆ ਵਾ, ਚੱਲਿਆ ਕੋਹੜ ਨਾਲੇ, ਨਾ ਉਹ ਅਕਲ ਨਹੀਂ ਮੌਤ ਨਹੀਂ ਯਾਰ, ਇੱਕੀ ਰੱਟਾ ਫੜੀ ਬੈਠੀ ਆ, ਪਹਿਲਾਂ ਉਹਨੇ ਟਿੰਡੀ ਦੇ ਵੀਜ਼ੇ ਚੱਕ ਰੱਖੇ ਤਾਂ ਯਾਰ ਕਿ ਮੈਂ ਪੜ੍ਹਨਾ ਪੜ੍ਹਨਾ, ਫਿਰ ਜਵਾਕ ਜੇ ਇਕੱਠੇ ਕਰਕੇ ਪੜ੍ਹਾਉਣ ਲੱਗ ਗਿਆ। ਉਹਦਾ ਜਿਹੜੀ ਗੱਲ ਹੋਈ ਸੀ ਨਾ ਮੌਕੇ ਤੇ ਰਿਸ਼ਤਾ ਲੈਣ ਵੇਲੇ ਕਰੀ ਸੀ ਤੁਸੀਂ, ਉਹ ਗੱਲ ਤੇ ਖੜੋ, ਹੁਣ ਖੜਨਾ ਪੈਂਦਾ ਯਾਰ ਪਾ ਜਾ। ਮੈਂ ਤੈਨੂੰ ਇਹ ਕਹਿੰਦਾ ਤੂੰ ਆ ਸਾਡੇ ਘਰੇ ਨਾ ਵੜ ਜੀ, ਉਧਰ ਕਿਤੇ ਹੋਰ ਆ, ਮੈਂ ਇਦੋਂ ਪੰਚਾਇਤ ਲੈ ਕੇ ਆਊਂਗਾ, ਤੂੰ ਕਹਿੰਦਾ ਘਰੇ ਨਾ ਵੜ ਜੀ ਯਾਰ, ਲਿਆਈ ਜਿਹਨੂੰ ਲੈ ਕੇ ਆਉਣਾ ਕੂਹਾਂ ਤੇ ਵੀ ਤੁਰਨ ਲਾ ਦੇਵਾਂਗੇ, ਕਿਤੇ ਭਲੇਖੇ ਕਰ ਦੇਵਾਂਗੇ ਹੁਣ ਆਸਾਂ, ਪਹਿਲਾਂ ਤਾਂ ਮੈਂ ਲਾਡੀ ਦਾ ਕਿਤੇ ਰਹਿਗਾ। ਚੱਲ ਜਿਹੋ ਜਿਹੀਆਂ ਗੱਲਾਂ ਸੀ ਉਹੀਆਂ ਮੁੜੇ ਆਈਆਂ, ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਸੀ ਵੀ ਆਪਾਂ ਨਹੀਂ ਜਾਂਦੇ, ਤੁਸੀਂ ਨਹੀਂ ਗੱਲ ਸੁਣੀ, ਤੂੰ ਤਾਂ ਬਹੁਤ ਕੁਝ ਕਹਿਣੀ ਆ, ਜਿੱਧਰ ਨੂੰ ਜਾਂਦੇ ਆ ਉਧਰੋਂ ਖਾਲੀ ਮੁੜੇ ਆਉਣੇ ਆ, ਪਤਾ ਨਹੀਂ ਕੀ ਕਰਮਾਂ ਦੇ ਕੜਛੇ ਪੁੱਠੇ ਹੋਏ ਵੇ ਆ। ਆਹੋ ਫੇਰ ਤਾਂ ਕਿਹੜਾ ਤੁਹਾਡੀ ਗੱਲ ਸੁਣ ਲਈ ਉਹਨੇ। ਚੱਲ ਕੋਈ ਨਹੀਂ, ਚੱਲ ਉਹਦੇ ਕੋਲ ਨਾ ਹੁਣ ਬੋਲੀ ਜਾਈ, ਮੈਂ ਤੈਨੂੰ ਦੱਸਾਂ ਕਿਤੇ ਉਹਦੇ ਕੋਲ ਲੱਗ ਜੇ, ਬਾਬੇ ਦੇ ਗਏ ਸੀ, ਫਲਾਨਾ ਗਏ ਸੀ, ਮੈਂ ਆਪੇ ਭੱਜ ਮਾਰ ਦੂੰਗੀ ਕੋਈ। ਨਹੀਂ ਨਹੀਂ ਮੈਂ ਤਾਂ ਕੀ, ਆਹੋ ਪਹਿਲਾਂ ਮੁੜੇ ਆਈਆਂ ਉਧਰੋਂ ਜਿਹੋ ਜਿਹੀਆਂ ਗੱਲਾਂ ਸੀਗੀਆਂ, ਮਾੜੇ ਕਰਮ ਹੈਗੇ, ਪਤਾ ਨਹੀਂ ਕਿੱਥੇ ਗਈਆਂ ਕਿੱਥੇ ਨਹੀਂ, ਸਾਰਾ ਘਰ ਸ਼ਾਨ ਮਾਰਿਆ। ਕਿੱਥੇ ਗਏ ਸੀ? ਬੇਸਤਾ ਚੁੱਪ ਕਰ ਜਾ, ਮਾਂ ਮੈਂ ਤੋਂ ਪੁੱਛਿਆ ਨਾ ਕਿੱਥੇ ਗਈ ਸੀ ਤੂੰ, ਕਿੱਧਰ ਕੰਮ ਗਏ ਸੀਗੇ, ਕੀ ਕਰਨ ਗਏ ਸੀ? ਮੈਨੂੰ ਬੁਖਾਰ ਚੜ ਗਿਆ ਸੀ, ਦਵਾਈ ਦਵਾਉਣ ਗਈ ਸੀ, ਤਾਂ ਮੈਨੂੰ ਮੈਨੂੰ ਆਖਿਆ ਮੈਂ ਚੱਲ ਮੇਰੇ ਨਾਲ ਚੱਲ ਵੜ, ਮੈਂ ਇਕੱਲੀ ਆ, ਬਹਿ ਜਾ ਪੁੱਤ। ਉਹ ਦਵਾਈ ਦਵਾਉਣ ਗਈ ਸੀ, ਮੈਨੂੰ ਦੱਸ ਦਿੰਦੀ ਮੈਂ ਦਵਾ ਲਿਆਉਂਦਾ ਦਵਾਈ, ਦੱਸ ਮੈਨੂੰ ਕਿੱਥੇ ਗਈ ਸੀ, ਮੈਨੂੰ ਪਤਾ ਨਾ ਤੁਸੀਂ ਕਿੱਥੇ ਗਏ ਸੀ ਜਿਹੜਾ, ਨਾ ਅਸੀਂ ਕਿੱਥੇ ਗਈਆਂ ਸੀਗੀਆਂ, ਤੈਨੂੰ ਪਤਾ ਤਾਂ ਉਹ ਤੈਨੂੰ ਪੁੱਛਿਆ ਨਾ ਦੱਸ ਕਿੱਥੇ ਗਈ ਸੀ ਤੂੰ, ਦਵਾਈ ਲੈਣ ਗਏ ਸੀਗੇ। ਉਹ ਬੇਬੇ ਤੂੰ ਨਾ ਗੱਲਾਂ ਤੇ ਪੜਦੇ ਨਾ ਪਾ, ਮੈਨੂੰ ਸਾਰਾ ਪਤਾ ਤੁਸੀਂ ਕਿੱਥੇ, ਬਾਬੇ ਕੋਲੇ ਗਏ ਸੀ ਨਾ, ਮੈਂ ਕਿੰਨਾ ਵਾਰੀ ਕਿਹਾ ਤੈਨੂੰ ਬਾਬਿਆਂ ਕੋਲੇ ਨਹੀਂ ਜਾਣਾ, ਤੂੰ ਬੇਬੇ ਨੂੰ ਲੈ ਜਾਣੀ, ਮੇਰੀ ਗੱਲ ਸੁਣ ਲੈ ਤੂੰ, ਨਹੀਂ ਗਈਆਂ ਸੀ ਤਾਂ ਦਵਾਈ ਲੈਣ ਗੰਗਾ ਸੀ, ਉਹ ਮੈਨੂੰ ਸਾਰਾ ਪਤਾ, ਮੈਨੂੰ ਦੱਸਿਆ ਕਿਸੇ ਨੇ, ਠੀਕ ਆ ਨਾ, ਬਾਬੇ ਤੇ ਤੁਸੀਂ ਗਈਆਂ ਸੀਗੀਆਂ, ਕਿਸੇ ਨੇ ਦੇਖਿਆ, ਪੱਕੀ ਗੱਲ ਆਈ ਆ ਮੇਰੇ ਕੋਲੇ, ਨਾ ਜਿਹੜੇ ਨੇ ਫਿਰ ਤੈਨੂੰ ਲੈ ਕੇ ਗਈ ਆ ਬੇਬੇ, ਮੈਨੂੰ ਸਾਰਾ ਪਤਾ, ਤੈਨੂੰ ਇੱਕ ਵਾਰੀ ਕਹਿਤਾ ਨਾ ਤੇਰੇ ਜਵਾਕ ਨਹੀਂ ਹੁੰਦਾ ਤਾਂ ਨਹੀਂ ਹੁੰਦਾ, ਬੜਾ ਮੱਥਾ ਨਾ ਮਾਰ ਜੇ ਕਦੇ ਆਹੀ ਗੱਲ ਹੈ ਨਾ ਵੀ, ਕਦੇ ਇੱਧਰ ਜਾ ਵੜਾ, ਕਦੇ ਡਾਕਟਰ ਜਾ ਵੜਾ, ਕਦੇ ਬਾਬਾ ਜਾ ਵੜਾ, ਸਮਾਨ ਚੱਕਦੇ ਉਹਦਾ ਤੁਰਦੀ ਬਣ ਇੱਥੋਂ, ਮੈਂ ਕਿਤੇ ਨਹੀਂ ਲੈ ਕੇ ਗਈ ਮੰਮੀ ਨੂੰ, ਲੈ ਕੇ ਨਹੀਂ ਗਈ ਨਾਲੇ ਹੋਰ, ਨਾ ਤੂੰ ਕਿਵੇਂ ਭਖਿਆ ਪਖਾਇਆ ਬੈਠਾ, ਤੈਨੂੰ ਕਿਹਨੇ ਕਹਿਤਾ ਸੀ ਬਾਬਿਆਂ ਨੇ ਗਈਆਂ, 100 ਕੰਮ ਹੋਰ ਵੀ ਬੁੜੀਆਂ ਨੂੰ ਹੋ ਸਕਦਾ, ਕੋਈ ਲੀੜਾ ਕੱਪੜਾ ਸਮਾਉਣਾ, ਕੋਈ ਆਪਦਾ ਘਰ ਦਾ ਸਮਾਨ ਲਿਆਉਣਾ। ਉਹ ਬੇਬੇ 100 ਕੰਮ ਤੈਨੂੰ ਆ, ਇਹਨੂੰ ਕਿਉਂ ਨਾਲ ਖਿੱਚੀ ਫਿਰਦੀ ਆ, ਮੈਨੂੰ ਪਤਾ ਨਾ, ਨਾਲ ਤੂੰ ਇਹਦੀਆਂ ਗੱਲਾਂ ਤੇ ਬੜੇ ਪੜਦੇ ਪਾਉਣ ਲੱਗ ਗਈ, ਤੈਨੂੰ ਮੈਂ ਦੱਸਤਾ ਸਿੱਧੀ ਜੀ ਗੱਲ, ਆਪਾਂ ਇਹਨੂੰ ਨਹੀਂ ਰੱਖਣਾ, ਤੈਨੂੰ ਮੈਂ ਉਦੋਂ ਵੀ ਕਿਹਾ ਸੀਗਾ ਤੇ ਮੈਂ ਹੁਣ ਵੀ ਕਹਿਣਾ, ਚੱਲ ਤੁਰਦੀ ਬਣ ਇਥੋਂ। ਚੁੱਪ ਕਰ ਜਾ, ਐਵੇਂ ਮਾਂ ਦਾ ਨਾਂ ਲਾ, ਠੀਕ ਆ ਬੇਬੇ, ਮੈਂ ਤੈਨੂੰ ਇੱਕ ਗੱਲ ਦੱਸਤੀ, ਅੱਜ ਤੋਂ ਬਾਅਦ ਜਿਹਨੂੰ ਬਚਾਇਆ ਨਾ ਮੇਰੇ ਤੋਂ, ਤੂੰ ਵੀ ਹਿਸਾਬ ਲਾ ਲਈ, ਚੱਲ ਚੱਲ ਦੇਖ ਲਾ, ਗਈ ਬੇਬੇ, ਚੱਲ ਤੂੰ ਵੀ ਬਾਹਰ, ਇਹਨੂੰ ਰਹਿਣ ਦੇ ਇੱਥੇ, ਅੱਜ ਤੋਂ ਬਾਅਦ ਅੰਦਰੋਂ ਨਿਕਲੀ ਨਾ, ਹਿਸਾਬ ਲਾ ਲਈ ਤੂੰ, ਪਤਾ ਨਹੀਂ ਕਿਹਨੇ ਸਿਖਾ ਕੇ ਭੇਜਿਆ ਇਹਨੂੰ, ਉਹ ਸਿਖਾ ਕੇ ਨਹੀਂ ਬੇਬੇ, ਮੈਂ ਤੈਨੂੰ ਇੱਕ ਗੱਲ ਦੱਸਦੀ, ਅੱਜ ਤੋਂ ਬਾਅਦ ਇਹ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਨਹੀਂ ਮੈਥੋਂ ਬੁਰਾ ਕੋਈ ਇਹਦੇ ਨੁਕਸਾਨ ਹੋ ਜਾਊਗਾ ਘਰ, ਨਾ ਜਾਊਗੀ, ਤੂੰ ਤੁਰਿਆ ਫਿਰ, ਨਹੀਂ ਜਾਂਦਾ ਨਾ, ਤੁਰਿਆ ਫਿਰ, ਅਸੀਂ ਕੋਈ ਆਪਦਾ ਕੰਮ ਧੰਦੇ ਵੀ ਨਾ ਜਾਏਗੇ, ਦੇਖ ਲਾ ਲੈ ਬੂ, ਇਹਨੂੰ ਕਿਹਨੇ ਦੱਸਤਾ ਵੀ ਬਾਬਿਆਂ ਨੇ ਕਹੀਆਂ ਸੀ, ਇਕੱਲੀ ਉਹਨੂੰ ਭੈਣ ਨੂੰ ਪਤਾ ਸੀ, ਜਾਂ ਤਾਂ ਕਿਤੇ ਕਾਲੇ ਨੂੰ ਤਾਂ ਨਹੀਂ ਦੱਸਤਾ ਉਹਨੇ, ਕੀ ਪਤਾ ਭਾਈ ਇਹਨੂੰ ਕਿੱਥੋਂ ਸ਼ੋਅ ਕੱਢ ਲਈ, ਜਾਂ ਇਹਨੂੰ ਫਿਰ ਜਾਂਦਿਆਂ ਨੇ ਪਤਾ ਲੱਗ ਗਿਆ, ਮਗਰ ਮਗਰ ਤਾਂ ਨਹੀਂ ਜਾਪੜਿਆ ਕਿਤੇ, ਨਾ ਡੁੱਬੜੇ ਨੇ ਉਹਨੇ ਗੱਲ ਸੁਣੀ, ਨਾਲੇ ਗੰਗਾਂ ਅਕੇ, ਨਾਲੇ ਘਰੇ ਕਲੇਸ਼ ਪਾਇਆ, ਅਤੇ ਨਾਲੇ ਕੋਈ ਖੈਰ ਪੱਲੇ ਨਾ ਪਈ, ਪਰ ਭਾਈ ਜਦੋਂ ਆਪਦੇ ਕਰਮਾਂ 'ਚ ਹੀ ਹੈ ਨਹੀਂ ਲਾਦ, ਕਿੱਥੋਂ ਮਿਲੂਗੀ, ਇਹ ਕਿਹੜਾ ਕੋਈ ਮੁੱਲ ਵੇਖਣ ਵਾਲੀ ਚੀਜ਼ ਹੈ ਵੀ ਲੈ ਲਾਂਗੇ ਖਰੀਦ ਲਾਂਗੇ, ਹੈ ਇਹ ਤਾਂ ਪਰਮਾਤਮਾ ਦੇ ਹੱਥ ਹੈ ਸਭ ਕੁਛ, ਕਮਲੀ ਮੈਂ ਹਾਂ ਜਿਹੜੀ ਮਗਰ ਲੱਗ ਜਾਂਦੀ ਹਾਂ, ਜੇ ਰੱਬ ਨੇ ਦੇਣਾ ਤਾਂ ਘਰੇ ਬੈਠਿਆਂ ਨੂੰ ਦੇ ਦੂਗਾ, ਖੂਹੀ ਟੋਭੀ ਪਾਈ ਤੋਂ ਮੈਨੂੰ ਤਾਂ ਲੱਗਦਾ ਨਹੀਂ ਕੁਛ ਹੱਥ ਆਊਗਾ। ਜਾਏ ਖਾਣੇ 'ਤੇ ਕਿੰਨੀ ਠੰਡ ਕਰ ਰੱਖੀ ਹੈ, ਮਾੜੀ ਮੋਟੀ ਵੀ ਨਹੀਂ ਧੁੱਪ ਕੱਢਦਾ ਰੱਬ, ਆਉਂਦਾ ਕਾਲਾ, ਕਿੱਧਰੋਂ ਆਇਆ ਪੁੱਤ? ਓਏ ਆਉਣਾ ਕਿੱਧਰੋਂ ਆਇਆ, ਮੈਂ ਤਾਂ ਉੱਧਰ ਲਾਡੀ ਕੋਲੇ ਸੀਗਾ। ਅੱਛਾ, ਉਹਨੂੰ ਕਿਹਾ ਸੀ ਮੈਂ, ਹਾਂ ਭਰਤਾ ਉਹਨੂੰ ਤਾਂ ਅੱਜ ਮੈਂ ਬਾਹਲਾ ਭੈੜਾ ਭਰਿਆ। ਅੱਛਾ, ਅੱਜ ਤਾਂ ਮੈਨੂੰ ਲੱਗਦਾ ਇੱਕ ਤਾਂ ਮਰੂ ਉਹਨਾਂ ਦੇ।
ਮੇਰਾ ਭਲਾ ਹੋ ਜੇ ਉਹ ਐਵੇਂ ਫਿਰਦੇ ਆ ਸਵਾਹ ਚ ਫੂਕਾ ਮਾਰਦੇ ਜੇ ਬਾਬੇ ਹੱਥੋਂ ਮੁੰਡੇ ਹੁੰਦੇ ਹੁਣ ਫਿਰ ਤਾਂ ਸਾਰਾ ਜੱਗ ਹੀ ਮੁੰਡੇ ਜੰਮਦੇ ਕੁੜੀ ਕੌਣ ਜੰਮੇ ਬੇ ਉਹ ਤਾਂ ਗੱਲ ਠੀਕ ਹੈ ਤੇਰੀ ਪੁੱਤ ਪਰ ਹੋ ਵੀ ਜਾਂਦਾ ਭਲਾ ਕਹਿੰਦੇ ਹੁੰਦੇ ਚੱਲ ਕਰਨੀ ਤਾਂ ਰੱਬ ਨੇ ਹੁੰਦੀ ਹੈ ਹੀਲੇ ਨਾਲ ਵਸੀਲਾ ਹੋ ਜਾਂਦਾ ਪਰ ਜਿਹੜੀ ਗੱਲ ਤੂੰ ਕਹਿੰਦਾ ਨਾ ਬਾਬੇ ਨੂੰ ਮੈਂ ਸਾਰਾ ਕੁਝ ਪਹਿਲੀ ਸਿਖਾਤਾ ਸੀ ਜਾਈ ਜਾਣ ਦੇ ਕਿਤੇ ਮਰਜ਼ੀ ਜਾਈ ਜਾਣ ਉਹ ਤਾਂ ਗੱਲ ਠੀਕ ਆ ਪਰ ਲਾ ਦੂਜੀ ਗੱਲ ਹੋਰ ਦੇਖ ਲਾ ਐਵੇਂ ਇੱਥੇ ਆਉਂਦੇ ਨੇ ਰਾਜਪਾਲ ਨੇ ਖਾਲੇ ਹੀਲਾ ਪੜੇ ਮੈਥੋਂ ਕੀ ਕਹਿੰਦਾ ਤੇ ਉਹੀ ਬਣਾਇਆ ਫਿਰਦਾ ਸਰਪੰਚ ਉਹਨਾਂ ਦਾ ਉਹ ਕਹਿੰਦਾ ਕਿ ਮੈਨੂੰ ਹਰਪ੍ਰੀਤ ਨੇ ਸੱਦਿਆ ਸੀ ਅਕੇ ਬਾਈ ਅਕੇ ਲਾਡੀ ਨੂੰ ਕੋੜਦਾ ਮਾਰਦਾ ਮੈਨੂੰ ਕਹਿੰਦਾ ਤੂੰ ਸਮਝਾਈ ਮੈਂ ਆ ਦੇਖ ਲੈ ਨਾ ਮੈਂ ਸਰਪੰਚ ਉੱਠਣਾ ਵੀ ਮੈਂ ਸਮਝਾਵਾਂ ਨਹੀਂ ਮੇਰੀ ਗੱਲ ਸੁਣ ਕੇ ਚੱਲ ਅਸੀਂ ਸਮਝਾ ਵੀ ਦਿੰਦੇ ਉਦੋਂ ਤਾਂ ਸਾਨੂੰ ਪੁੱਛਿਆ ਨਹੀਂ ਕਿਸੇ ਨੇ ਵਿਆਹ ਵੇਲੇ ਤਾਂ ਚੋਰੀਆਂ ਚੋਰੀਆਂ ਕਰ ਲਿਆ ਵੀ ਕਿਤੇ ਭਾਨੀ ਨਾ ਮਾਰ ਦੇਣ ਹੁਣ ਸਾਨੂੰ ਕੀ ਹੈ ਨਾ ਮੈਂ ਕਿਹਾ ਹੁਣ ਅੱਖਾਂ ਖੁੱਲਦੀਆਂ ਸੁੱਟੀਆਂ ਐ ਉਹ ਤਾਂ ਤੈਨੂੰ ਐ ਨਹੀਂ ਦਿੰਦਾ ਸੀ ਵੀ ਇਹਨਾਂ ਦੇ ਕਰਾਉਣ ਵਾਲਾ ਹੈਗਾ ਕਿ ਹੈ ਨਹੀਂ ਕੰਮ ਉਦੋਂ ਤਾਂ ਰਾਜਪਾਲ ਨੇ ਵੀ ਕੋਈ ਗੱਲ ਕਰੀ ਤੇਰੇ ਕੋਲੇ ਦਿਮਾਗੋਂ ਨਿਕਲੀ ਪਈ ਸੀ ਗੱਲ ਉਹ ਮੈਨੂੰ ਕਹਿੰਦਾ ਬਾਈ ਮੈਂ ਤੇਰੇ ਨਾਲ ਰਾਏ ਕਰਨੀ ਸੀ ਅਕੇ ਯਾਰ ਤੂੰ ਸਮਝਾ ਦੇ ਤੂੰ ਵੱਡਾ ਗਾ ਮੈਂ ਕਿਹਾ ਯਾਰ ਮੈਂ ਇੱਥੋਂ ਨੀ ਬਾਈ ਮੱਥਾ ਵੱਜਦਾ ਕਿਸੇ ਦੇ ਅਗਲੇ ਦੇ ਘਰ ਦੀ ਗੱਲ ਆਪਾਂ ਲੈਣਾ ਨਹੀਂ ਸਾਨੂੰ ਕੀ ਲੋੜ ਹੈ ਅਸੀਂ ਤਾਂ ਜੇ ਗੱਲ ਹੋਊਗੀ ਸਮਾਂ ਵਧੀਆ ਤਾਂ ਮੱਚਦੀ ਤੇ ਫੂਸ ਪਾਉਣ ਵਾਲੇ ਹਾਂ ਤੂੰ ਕਹਿਣਾ ਸੀ ਇੱਕ ਪਾਸੇ ਅੱਗ ਲਾਈ ਜਾਂਦੇ ਅਸੀਂ ਦੂਜੇ ਪਾਸੇ ਅਸੀਂ ਪਾਣੀ ਛਿੜਕ ਕੇ ਫੇਰ ਅੱਗ ਮੱਚੂ ਕਿਵੇਂ ਮੱਚੂ ਕਿਵੇਂ ਅਸੀਂ ਨਹੀਂ ਛਿੜਕਦੇ ਪਾਣੀ ਅਸੀਂ ਤਾਂ ਤੀਲੀ ਸਵਾ ਹੋਰ ਲਾਵਾਂਗੇ ਕਹੇ ਉਹੀ ਤਾਂ ਗੱਲ ਆ ਉਹੀ ਰਾਜ ਹੀ ਸਰਪੰਚ ਬਣਿਆ ਬਈ ਮੈਂ ਚਾਰ ਬੰਦੇ ਲਿਆਉਂ ਕਹਿੰਦਾ ਇਕੱਠ ਕਰਕੇ ਮੈਂ ਐਂ ਕਰ ਦੂੰ ਜਾਊਗਾ ਤੂੰ ਮਹਾ ਤੂੰ ਕਦੇ ਹੋਰ ਨਾ ਲੱਤ ਬਾਂਹ ਤੜਾ ਕੇ ਬਈ ਜੀ ਸਿਆਲ ਆਉਂਦਾ ਭਰਾਵਾ ਕਰੀ ਜਾ ਚਾਹੇ ਚਾਰ ਲਿਆ ਚਾਹੇ ਲਿਆ 10 ਸਾਨੂੰ ਕੋਈ ਪਤਾ ਨਹੀਂ ਕਿਸ ਗੱਲ ਦਾ ਵਧੀਆ ਰੌਲਾ ਪਊ ਜਲੂਸ ਨਿਕਲੂ ਚਾਰ ਬੰਦੇ ਐਂ ਗੱਲ ਖਿਲਰੂ ਆਪੇ ਇਹ ਚੁਕਾ ਦੇਣਗੇ ਸਮਾਨ ਖਿਲਰੀ ਤਾਂ ਪਈ ਹੈ ਲੋਕ ਬਥੇਰਾ ਕਹਿੰਦੇ ਆ ਵੀ ਇਹਨਾਂ ਦੀ ਬਹੂ ਦੇ ਜਵਾਕ ਨਹੀਂ ਹੁੰਦਾ ਜਵਾਕ ਨਹੀਂ ਹੁੰਦਾ ਬਥੇਰਾ ਉਹ ਕਰਦਾ ਮੈਂ ਤਾਂ ਬਥੇਰੇ ਇਹਦੇ ਕੰਨ ਭਰਦੀ ਹਾਂ ਵੀ ਛੱਡ ਦੇ ਕੀ ਕਰਾਉਣਾ ਉਹੀ ਤਾਂ ਗੱਲ ਹੈਗੀ ਛੱਡ ਦੇ ਤਾਂ ਮੈਨੂੰ ਆਏ ਆ ਪੁੱਤ ਚੱਲ ਇਹਦਾ ਕਿਹੜਾ ਫੇਰ ਹੋਣਾ ਉਹੀ ਮੈਂ ਜ਼ਮੀਨ ਤੇ ਤੇਰਾ ਕਰਦਾ ਕੌਣ ਕਰਦਾ ਦੁਬਾਰੇ ਦੁਬਾਰੇ ਇੱਕ ਵਾਰ ਦਾਗ ਲੱਗ ਜੇ ਅਗਲਾ ਦਾਗ ਹੀ ਵੱਜਦਾ ਦਹਾਜੂ ਵੀ ਇਹਨੂੰ ਕੀ ਕਰਨਾ ਉਹ ਬਾਕੀ ਐ ਹੁੰਦਾ ਨਾ ਕੋਈ ਅਗਲੇ ਕੋਲੇ ਕੋਈ ਖੁੱਲੀ ਜ਼ਮੀਨ ਜਾਇਦਾਦ ਹੋਵੇ ਜਾਂ ਕੋਈ ਮੰਨਦਾ ਠਾਂਦਾ ਹੋਵੇ ਬੰਦਾ ਫੇਰ ਵੀ ਹੁੰਦਾ ਉਹੀ ਤਾਂ ਗੱਲ ਇਹਨੂੰ ਤਾਂ ਮੈਨੂੰ ਐ ਨਹੀਂ ਸਮਝ ਆਉਂਦੀ ਉਹਨਾਂ ਨੇ ਪਸੰਦ ਕਿਵੇਂ ਕਰ ਲਿਆ ਰਿਛ ਮੂਹੇ ਨੂੰ ਵੀ ਰਿਛ ਮੂਹੇ ਨੂੰ ਪਸੰਦ ਕੀ ਕਰ ਲਿਆ ਇਹਨਾਂ ਨੇ ਮਨ ਮਨ ਦਾਰੂ ਪੀਂਦਾ ਢਿੱਡ ਉਹਨਾਂ ਨੇ ਢਿੱਡ ਹੀ ਨਹੀਂ ਦੇਖਿਆ ਇਹਦਾ ਵੀ ਦਾਰੂ ਪੀ ਪੀ ਕਿਵੇਂ ਲੌਂਕਿਆ ਪਿਆ ਕਿਵੇਂ ਲੌਂਕਿਆ ਪਿਆ ਤੇ ਨਾਲੇ ਦੱਸਿਆ ਨਹੀਂ ਕਿਸੇ ਨੂੰ ਨਹੀਂ ਆਪਾਂ ਕੀ ਆਪਾਂ ਤਾਂ ਉੱਤੇ ਪਏ ਨੇ ਭਾਨੀ ਮਾਰਨ ਵਾਲੇ ਕੋਈ ਅਗਲਾ ਆਪ ਹੀ ਸਿਆਣਾ ਬੰਦਾ ਦੇਖ ਲੈਂਦਾ ਉਹਨਾਂ ਨੇ ਉਹ ਅੱਖਾਂ ਮੀਚ ਕੇ ਕਰਤਾ ਉਹਨਾਂ ਨੂੰ ਐਂ ਲਾਲਚ ਹੋ ਗਿਆ ਵੀ ਆਪੇ ਪੜਾ ਲਿਖਾ ਦੇਣਗੇ ਪੜਾ ਲਿਖਾ ਦੇ ਇਹਨਾਂ ਨੇ ਸਾਰੀ ਗੱਲ ਆਦਰ ਲਈ ਪਹਿਲਾਂ ਤਾਂ ਵੀ ਅਸੀਂ ਪੜਾਵਾਂਗੇ ਨੌਕਰੀ ਤੇ ਲਵਾਵਾਂਗੇ ਉਹਨਾਂ ਨੂੰ ਐਂ ਹੋਗਾ ਵੀ ਚੱਲ ਆਪਣੀ ਕੁੜੀ ਨੌਕਰੀ ਤੇ ਲੱਗ ਜੂ ਐਂ ਨਹੀਂ ਸੀ ਪਤਾ ਵੀ ਇਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਕੇਰਾਂ ਦਾ ਇਹਨਾਂ ਨੇ ਲੇਲੇ ਪੇਪੇ ਮਾਰੇ ਹੋਣਗੇ ਤੈਨੂੰ ਨਹੀਂ ਪਤਾ ਚਾਚੀ ਦਾ ਬਾਲੀ ਸਿਹਾਰਾ ਇਹਨੂੰ ਐਂ ਸੀ ਕੇਰਾਂ ਬਲੇਚਾ ਦੇ ਕੇ ਬਲੇਡ ਦਿਆਂ ਮੈਂ ਬੇ ਪੁੱਤ ਕਰੇ ਸੀ ਸਾਰਾ ਕੁਛ ਮੇਰੇ ਸਾਹਮਣੇ ਗੱਲਾਂ ਹੋਈਆਂ ਵੀ ਉਦੋਂ ਤਾਂ ਤੁਸੀਂ ਆਦਰਿਆ ਸੀ ਅਸੀਂ ਪੜਾਵਾਂਗੇ ਨੌਕਰੀ ਲਵਾਵਾਂਗੇ ਹੁਣ ਤੁਸੀਂ ਮੁੱਕਰ ਦਿਓ ਤਾਂ ਹੀ ਤਾਂ ਉਦੋਂ ਲੈ ਗਏ ਸੀ ਤੇ ਉੱਜੜ ਜਾਣਿਆਂ ਨੇ ਫੇਰ ਫੇਰ ਭੇਜ ਦਿੱਤੀ ਉਹ ਇਹੋ ਜਿਹੀ ਨੂੰ ਕੌਣ ਰੱਖਦਾ ਵਧੀਆ ਸਮਾਂ ਜਾਵੇ ਪਰੇ ਮੈਂ ਤਾਂ ਐਂ ਕਹਿਣਾ ਨਾਲ ਤਾਂ ਵਧੀਆ ਖਾਣ ਬਣੂਗਾ ਹੈ ਆ ਹੁਣ ਤਾਂ ਰੁਪਈਆ ਨਹੀਂ ਲਾ ਕੇ ਰਹਿ ਜੀ ਜੇ ਮੈਂ ਕਹਿ ਦੇਣਾ ਵੀ ਚਲ ਆ ਜਾ ਕੇ ਬਾਈ ਘੁੰਮਣ ਚੱਲਦੇ ਆ ਜਾਂ ਦਾਰੂ ਪੀ ਲੈਂਦੇ ਆ ਤੇ ਹੱਥ ਘੁੱਟਦਾ ਪਹਿਲਾਂ ਨਹੀਂ ਘੁੱਟਦਾ ਸਮਾਂ ਮੇਰਾ ਵੀ ਖਾਣ ਮਾਰਤਾ ਵਿਆਹ ਕਰਕੇ ਤਾਂ ਵਧੀਆ ਤੂੰ ਦੇਖੀ ਜਾਈ ਹੁਣ ਜਦੋਂ ਆਪਾਂ ਬਾਬੇ ਕੋਲ ਤੁਰੇ ਸੀ ਉਹ ਵੀ ਜਵਾਬ ਦੇ ਦੂਗਾ ਹੁਣ ਕੁਛ ਨਹੀਂ ਹੁਣ ਇਹਨੂੰ ਭਜਾਉਣਗੇ ਚਲ ਦੇਖਦੇ ਆ ਕੀ ਬਣਦਾ ਉਹ ਮੇਰੇ ਤਾਂ ਆਉਣਾ ਪਊਗਾ ਸਮਾਨ ਤਾਂ ਅੱਜ ਇੱਕਦਮ ਮਰੂ ਇਹਨਾਂ ਦੇ ਦੇਖ ਲਈ ਮੈਂ ਜਾਊਂਗੀ ਉੱਧਰ ਦੇਖ ਕੇ ਆਉਂਗੀ ਚਲ ਕੋਈ ਨਹੀਂ ਚੱਲ ਤੂੰ ਐਂ ਕਰ
ਮੈਂ ਮੜਾ ਜਿਹਾ ਜਾ ਕੇ ਆਉਣਾ ਤੇ ਆੜਤੀਆਂ ਦੇ ਉਦੋਂ ਤੇ ਪੈਸੇ ਫੜ ਕੇ ਲੈ ਕੇ ਜਾਣਾ ਮੈਂ 5-4 ਹਜ਼ਾਰ ਰੁਪਇਆ ਚਾਹੀਦਾ ਮੈਨੂੰ ਤੇ ਉਹ ਚਾਹ ਦੀ ਕੁੱਟ ਤਾਂ ਪੀ ਜਾ ਤਾਂ ਚਾਹ ਤਾਂ ਕੋਈ ਨਹੀਂ ਮੈਂ ਆ ਕੇ ਪੀ ਲੂੰਗਾ ਤੇ ਤੂੰ ਕਰ ਲੈ ਕੰਮ ਧੰਦਾ ਮੜਾ ਜਿਹਾ ਪੈਸੇ ਦੇਣੇ ਸੀ ਕਿਸੇ ਮੁੰਡੇ ਨੂੰ ਤੇ ਉਹਨੂੰ ਦੇ ਆਵਾਂ ਕਿਰਾਂ ਫੜ ਕੇ ਚੱਲ ਦੇ ਆ ਪੁੱਤ ਜਾਇ ਆੜਤੀਆਂ ਦੇ ਚੱਲ ਮੈਂ ਵੀ ਜਾਊਂਗੀ ਉਧਰ ਬਿੜਕ ਜੀ ਲੈ ਕੇ ਆਊਂਗੀ ਚੱਲ ਕੋਈ ਨਹੀਂ ਚੱਲ ਠੀਕ ਆ ਚੰਗਾ ਤੂੰ ਵੀ ਰੱਖੀ ਚੰਗਾ ਲੈ ਮੰਜਾ ਉਧਰ ਨੂੰ ਜੇ ਕਰਾਂ ਜਾਇ ਖਾਣੇ ਦੀ ਕਾਹਦੀ ਗੱਲ ਹੈ ਵਧੀਆ ਹੋ ਜੂ ਤੂੰ ਤੁਕੜਾ ਉੱਠੂ ਤਾਂ ਸਾਨੂੰ ਤਾਂ ਮੌਜ ਹੀ ਆ ਕਹਿੰਦੇ ਉਹਦੇ ਨਾਲੇ ਦੋ ਦੋ ਨਾਲੇ ਚੋਪੜੀਆਂ ਉਹ ਗੱਲ ਹੋ ਜੂਗੀ ਪੇਟਾਂ ਚ ਹੱਥ ਮਾਰਦੀ ਰਹਿੰਦੀ ਸਾਰਾ ਦਿਨ ਆ ਜਾ ਘਰੇ ਹੀ ਆ ਅੰਦਰੋਂ ਕੱਪੜਾ ਲੀੜਾ ਜਾ ਚੱਕੀ ਜਾਂਦੀ ਸੀ ਨੀ ਇੱਕ ਤਾਂ ਸਿਆਲ ਕਾਹਦਾ ਆ ਗਿਆ ਨਾ ਤਾਂ ਕੋਟਨ ਸਵੈਟਰਾਂ ਲੋਟ ਆਉਂਦੀਆਂ ਨਾ ਬਿਸਤਰੇ ਸਾਰਾ ਦਿਨ ਸਾਫ ਸਫਾਈ ਕਰਦਿਆਂ ਦਾ ਹੀ ਜਾਂਦਾ ਸੱਚੀ ਚੱਕਦਾ ਕਰਨ ਪੁੱਤੇ ਦਾ ਗਰਮੀ ਵਧੀਆ ਇੱਕ ਸੂਟ ਹੁੰਦਾ ਧੋਣ ਵਾਲਾ ਆ 3600 ਪਾ ਰੱਖਿਆ ਹੀ ਉਹ ਹੋ ਜਾਂਦੇ ਨੇ ਨਿਕਲ ਜਾਂਦਾਗਾ ਹੀ ਕਰਦਿਆਂ ਦਾ ਚੱਲ ਹੋਰ ਦੱਸ ਤੇਰਾ ਦੱਸ ਮੇਰਾ ਤਾਂ ਕੀ ਅੜ ਗਿਆ ਮੈਂ ਤਾਂ ਗਈ ਵੀ ਤੇ ਕੀ ਬਣਿਆ ਸੱਚ ਬਾਬੇ ਦਾ ਬਣਨਾ ਕੀ ਹੈ ਹੁਣ ਤਾਂ ਸਾਡੀ ਗੱਲ ਹੀ ਨਹੀਂ ਸੁਣੀ ਬਾਬੇ ਨੇ ਗੱਲ ਨਹੀਂ ਸੁਣੀ ਕਹਿੰਦਾ ਭਾਈ ਹੈ ਹੀ ਨਹੀਂ ਤੁਹਾਡੇ ਕਰਮਾਂ ਚ ਮੈਨੂੰ ਕਹਿੰਦਾ ਹੈ ਹੀ ਨਹੀਂ ਤੇਰੇ ਪੋਤਾ ਪਾਤਾ ਕਰਮਾਂ ਚ ਭੂ ਮੈਂ ਮਰ ਗਈ ਭਾਗ ਜੋ ਘਰ ਨੂੰ ਹਾਏ ਨਹੀਂ ਨਾਲੇ ਤਾਂ ਸਮਾਂ ਮੁੰਡੇ ਤੋਂ ਚੋਰ ਮੋ ਗਈਆਂ ਹੈ ਤੇ ਨਾਲੇ ਦਿਨ ਭਰਨੇ ਆਈਆਂ ਨਾਲੇ ਜਦੋਂ ਘਰੇ ਆਈਆਂ ਸਾਡੇ ਆਉਂਦਿਆਂ ਨੂੰ ਬੈਠਾ ਲਾਡੀ ਘਰੇ ਆਇਆ ਅੱਛਾ ਤੇ ਹੋਰ ਤੇ ਸਾਨੂੰ ਕਹਿੰਦਾ ਕਿੱਥੇ ਗਈਆਂ ਸੀ ਤੇ ਉਹਨੂੰ ਭਾਈ ਕੁੱਟਣ ਪੈ ਗਿਆ ਹਾਏ ਫਿਰ ਤਾਂ ਬਾਲਾ ਹੀ ਮਾੜਾ ਕੰਮ ਹੋਇਆ ਦੱਸਿਆ ਤਾਂ ਅਸੀਂ ਹੈ ਹੀ ਨਹੀਂ ਵੀ ਬਾਬੇ ਦੀ ਗੰਗਾ ਸੀ ਅੱਛਾ ਤੇ ਉਹਨੂੰ ਪਤਾ ਨਹੀਂ ਭੈਣ ਕਿਹਨੇ ਦੱਸਤਾ ਕਹਿੰਦਾ ਤੁਸੀਂ ਤਾਂ ਬਾਬੇ ਦੀ ਗੰਗਾ ਸੀ ਕਹਿੰਦਾ ਮੈਨੂੰ ਪਤਾ ਹੀ ਆ ਉਹਨੂੰ ਕਹਿੰਦਾ ਤੂੰ ਲੈ ਕੇ ਗਈ ਹੋਏਗੀ ਮੇਰੀ ਮਾਂ ਨੂੰ ਕਿਹਨੇ ਕੰਨ ਭਰਤੇ ਲੈ ਉਹਦੇ ਲੈ ਦੱਸ ਕੰਨ ਭਰਨ ਵਾਲੇ ਵੀ ਮਿੰਟ 'ਚ ਤਿਆਰ ਹੀ ਰਹਿੰਦੇ ਨੇ ਪੁੱਛਣਾ ਭੈਣ ਇਸ ਤਾਂ ਚੋਰ ਗੰਗਾ ਸੀ ਨਾਲੇ ਕਿਤੇ ਉੱਥੇ ਨਾ ਦੇਖ ਲਿਆ ਹੋਵੇ ਕਿਸੇ ਨੇ ਬੈਠਿਆ ਨੂੰ ਸੋਨੂੰ ਬਾਬੇ ਦੇ ਕੀ ਪਤਾ ਇਹੋ ਜਿਹਾ ਕਿਹੜਾ ਸਾਡੇ ਮਗਰ ਗਿਆ ਕਿਹੜਾ ਨਹੀਂ ਤੇ ਭੈਣੇ ਕਲੇਸ਼ ਪਏਗਾ ਸਮਾਂ ਘਰੇ ਉਹਨੂੰ ਬਾਹਰ ਜੜਤਾ ਅੰਦਰ ਉਹਨੂੰ ਕਹਿੰਦਾ ਜਾ ਭਾਜ ਆਪਦੇ ਪੇਖੀਆਂ ਤੇ ਮੈਂ ਨਹੀਂ ਰੱਖਦਾ ਤੈਨੂੰ ਉਹ ਤਾਂ ਬਾਹਰ ਨਹੀਂ ਭਾਲਦਾ ਹੈ ਇਹ ਤਾਂ ਮੈਂ ਕਹਿ ਦਿੰਦੀ ਹਾਂ ਵੀ ਚੱਲ ਕੋਈ ਨਹੀਂ ਕੀ ਹੈ ਪਰਮਾਤਮਾ ਕੋਈ ਬਾਹ ਫੜ ਲੇ ਆਪਣੀ ਚੱਲ ਹਾਂ ਆਪਾਂ ਤਾਂ ਹੀ ਸੋਚਦੇ ਹਾਂ ਵੀ ਰੱਬ ਸੁਣ ਲੇ ਚੱਲ ਚੱਲ ਧੀ ਹੈ ਪੁੱਤ ਉਹ ਆਪਣੇ ਕਰਮਾਂ ਦੀ ਹੈ ਚੱਲ ਉਹ ਰੱਬ ਦੀ ਦੇਣ ਹੈ ਸਮਾਂ ਐਡਾ ਚਿੱਤ ਪੈੜਾ ਹੋਇਆ ਪਿਆ ਵੀ ਨਾਲੇ ਗੰਗਾ ਪਕਾਈ ਕਰੀ ਨਾਲੇ ਚੋਰ ਗੰਗਾ ਨਾਲੇ ਉਹਨੂੰ ਫੇਰ ਪਤਾ ਲੱਗ ਗਿਆ ਹਜੇ ਹੱਥ ਨੇ ਪਤਾ ਨਹੀਂ ਕੀ ਕੁਛ ਕਰੂਗਾ ਆ ਕੇ ਹੱਥ ਨੇ ਕਲੇਸ਼ ਕੱਪਾ ਹੋ ਘੁੱਟ ਪੀ ਕੇ ਹੋਰ ਕਰੂਗਾ ਤੇ ਹੋਰ ਕਰੂਗਾ ਤਾਂ ਸਹੀ ਫਿਰ ਉਹ ਗੱਲ ਫੜ ਲੈਂਦਾਗਾ ਮੁੜ ਕੇ ਦੱਸ ਹੁਣ ਮੈਂ ਤਾਂ ਸਮਾਂ ਉਦੋਂ ਹੀ ਫਸ ਗਈ ਕੀ ਕਰਾਂ ਬਾਲੀ ਮਾੜੀ ਗੰਮ ਹੋਇਆ ਹਨਾ ਸੋਡਾ ਤਾਂ ਨਹੀਂ ਕਰਦੇ ਤਾਂ ਹੁਣ ਆਪਾਂ ਭੈਣੇ ਚੰਗੇ ਨੂੰ ਐਂ ਕੀ ਪਤਾ ਵੀ ਰੱਬ ਕਿਹੜੇ ਗੱਲਾਂ ਤੇ ਰਾਜੀ ਹੈ ਹੁਣ ਇਹ ਨਹੀਂ ਨਾ ਪਤਾ ਮੈਂ ਤਾਂ ਹੁਣ ਬੈਠੀ ਐਂ ਕਰੀ ਜਾਨੀ ਹੈ ਵੀ ਜੇ ਸਾਡੇ ਕਰਮਾਂ 'ਚ ਹੁੰਦਾ ਪਰਮਾਤਮਾ ਦੇ ਦਿੰਦਾ ਕਾਹਨੂੰ ਆ ਕੁੱਤੇ ਪਕਾਈ ਉੱਧਰ ਜਾ ਉੱਧਰ ਜਾ ਕਾਹਨੂੰ ਹੁੰਦਾ ਤੇ ਹੁਣ ਤੇਰਾ ਇਰਾਦਾ ਕਿਵੇਂ ਹੈ ਫਿਰ ਹੁਣ ਮੈਂ ਕੀ ਕਰਾਂ ਮੇਰਾ ਇਰਾਦਾ ਤਾਂ ਮੇਰਾ ਇਰਾਦਾ ਕੀ ਕਰੂਗਾ ਜਦੋਂ ਪੱਟੂ ਹੀ ਨਾ ਮੰਨੂ ਅਖੇ ਉਹ ਹੀ ਨਾ ਆਖੇ ਲੱਗੂਗਾ ਨਾ ਤਾਂ ਭੈਣੇ ਨਾਲ ਤੁਰਦਾ ਨਾ ਵੇਖ ਸਾਨੂੰ ਜਾਂਦੀਆਂ ਆਉਂਦੀਆਂ ਨੂੰ ਵੀ ਕਲੇਸ਼ ਕਰਿਆ ਅੱਛਾ ਹੁਣ ਉਹਦਾ ਐਂ ਨਹੀਂ ਪਤਾ ਉਹਨੂੰ ਕਹਿੰਦਾ ਤੂੰ ਜਾ ਪੇਖੀ ਆਈ ਨਹੀਂ ਪਤਾ ਉਹਨੂੰ ਕੁੱਟ ਕੇ ਕੱਢ ਦੇ ਤੇ ਸਾਰਾ ਕੁਛ ਸੱਨੇ ਹੀ ਰਹਿ ਜੇ ਸਾਡਾ ਤਾਂ ਹੁਣ ਮੈਂ ਤਾਂ ਚੋਰਾ ਵੜ ਵੜ ਖਾਈ ਜਾਂਦਾ ਲੈ ਔਖਾ ਹੀ ਹੋ ਗਿਆ ਹਨਾ ਫਿਰ ਮੈਂ ਤਾਂ ਭੈਣੇ ਤੈਨੂੰ ਆਏ ਕਹਿੰਦੀ ਸੀ ਗੁੱਸਾ ਤਾਂ ਕਰੀ ਨਾ ਚੱਲ ਤੂੰ ਵੀ ਕੀ ਕਹਿੰਦੀ ਹੈ ਵੀ ਉਹਦੇ ਮਾਂ ਪਿਓ ਨੂੰ ਸੱਦ ਕੇ ਫਿਰ ਇਹਨੂੰ ਤੋਰ ਦਿਓ ਕਰਨਾ ਕੀ ਹੈ ਤੁਸੀਂ ਇਹ ਤਾਂ ਹੁਣ ਨਹੀਂ ਤੋਰ ਤਾਂ ਦੇ ਗਈਏ ਭੈਣੇ ਤਰਲੇ ਤਾਂ ਮੈਂ ਆਏ ਮਾਰਦੀ ਹਾਂ ਵੀ ਮਸਾਂ ਘਰ ਵੱਜਿਆ ਸੀ ਮਸਾਂ ਰਿਸ਼ਤਾ ਹੋਇਆ ਸੀ ਤੈਨੂੰ ਪਤਾ ਅੱਗੇ ਕਾਲਾ ਫਿਰਦਾ ਫਿਰ ਇਹ ਫਿਰੂ ਡਿਪਕ ਡਿਪਕ ਕਰਦਾ ਵੀ ਚੱਲ ਆਏ ਸੀ ਬਾਰ ਖੁੱਲ੍ਹਾ ਆਪਦਾ ਤਾਂ ਕਰਕੇ ਗੱਲ ਹੈ ਕਾਲੇ ਦਾ ਤਾਂ ਚੱਲ ਮੈਂ ਕਰ ਲੂੰਗੀ ਕਾਲਾ ਤਾਂ ਚੱਲ ਕਿਹੜਾ ਆਇਆ ਵੀ ਹੁਣ ਇਹਦਾ ਜੇ ਉਹ ਦਹਾਜੂ ਵੱਜੂਗਾ ਇਹ ਕਿਹੜਾ ਦਹਾਜੂ ਵੱਜੂਗਾ ਆਏ ਹੈ ਜਿਹੜੀ ਗੱਲ ਨੂੰ ਤੂੰ ਕਰਦੀ ਆ ਵੀ ਨਿਉ ਜੜ ਵਧੇ ਆਪਣੀ ਜਦੋਂ ਉਹੀ ਨਾ ਵਧੀ ਫਿਰ ਇਹਦੇ ਬਾਂਝ ਤੋਂ ਰੁਕਾਉਣਾ ਕੀ ਹੈ ਤੂੰ ਨਿਹਾਈ ਤਾਂ ਦਿਮਾਗ 'ਚ ਗੱਲਾਂ ਘੁੰਮੀ ਜਾਂਦੀਆਂ ਵੀ ਮੈਂ ਤਾਂ ਦੋਨੇ ਪਾਸੇ ਮਾਰੀ ਗਈ ਹੁਣ ਮੈਂ ਕਰਾਂ ਤੇ ਕੀ ਕਰਾਂ
ਜੇ ਮੁੰਡੇ ਦੀ ਨਾ ਮੰਨੀ ਤੂੰ, ਨਾ ਜਾਣੇ ਮੁੰਡੇ ਨੇ ਕੋਈ ਹੀਮ ਖੀਮ ਕਰ ਲਈ। ਅੱਜ ਕੱਲ੍ਹ ਹਰਖ ਬਾਲੇ ਵਧੇ ਪਏ ਆ, ਕੁਛ ਨਾ ਜਾਣੇ ਭੈਣੇ ਕੁਛ ਖਾ ਖੂ ਗਿਆ, ਨਸ਼ਾ ਪੱਤਾ ਜਾ ਜਾਂਦੀ ਹੋ ਜੂਗੀ। ਕੱਲੀ ਇਹਨੂੰ ਕੀ ਕਰਕੇ ਬੈਠੇਗੀ, ਫਿਰ ਲਈ ਬੈਠੇਗੀ ਇਹਨੂੰ। ਨਿਹਾਈ ਤਾਂ ਮੈਂ ਹੁਣ ਸੋਚੀ ਜਾਂਦੀ ਹੈ ਵੀ ਜੇ ਤਾਂ ਮੈਂ ਕੱਲੀ ਭਾਈ ਦਾ ਪਾਉਣੀ ਆ ਤਾਂ ਜਵਾਕ ਮੇਰਾ ਹੱਥਾਂ ਚੋਂ ਨਿਕਲਦਾ ਜਾਂਦਾ ਹੈ। ਜੇ ਮੈਂ ਇਹਨੂੰ ਰੱਖਦੀ ਹਾਂ ਨਾ ਫਿਰ ਮੁੰਡਾ ਨਹੀਂ ਮੇਰੇ ਹੱਥ 'ਚ ਆਉਂਦਾ, ਜੇ ਭਾਈ ਮੁੰਡੇ ਨੂੰ ਆਪਦੇ ਵੱਸ 'ਚ ਕਰਦੀ ਹਾਂ ਤਾਂ ਫਿਰ ਉਹ ਬਹੂ ਨੂੰ ਘਰੋਂ ਕੱਢਦਾ ਗਾ। ਤੂੰ ਕੁਛ ਨਹੀਂ ਹੁੰਦਾ, ਆਪਾਂ ਨੂੰ ਆਪਦਾ ਪੁੱਤ ਪਿਆਰਾ, ਤੂੰ ਮੁੰਡੇ ਦੀ ਮੰਨ, ਜਿਵੇਂ ਮੁੰਡਾ ਕਹਿੰਦਾ ਨਾ ਤੂੰ ਉਵੇਂ ਕਰ। ਲੈ ਮੁੰਡਾ ਤਾਂ ਹੁਣ ਆਏ ਕਹਿੰਦਾ ਵੀ ਇਹਨੂੰ ਤੋੜ ਇਹਦੇ ਪੇਖੀ। ਲੈ ਫਿਰ ਦੱਸ, ਤੋੜ ਦੇ, ਬੁਲਾ ਲਾ ਉਹਨਾਂ ਨੂੰ, ਤੋੜ ਦੇ ਵੀ ਭਾਈ ਲਿਖ ਲਿਖਾ ਕਰਾ ਲਾ, ਊਂ ਤਾਂ ਤੋਰ ਹੀ ਨਾ, ਫਿਰ ਕੱਲ੍ਹ ਨੂੰ ਫਿਰ ਛੱਡ ਜਾਣਗੇ, ਪੱਕਾ ਕੰਮ ਕਰਕੇ ਤੋੜ ਦੇ। ਨਹੀਂ ਪੱਕਾ ਕੰਮ ਤਾਂ ਉਹੀ ਬਥੇਰਾ ਕਰਨ ਨੂੰ ਫਿਰਦਾ, ਮੈਨੂੰ ਤਾਂ ਇੰਨਾ ਬੋਲਣ ਹੀ ਨਹੀਂ ਦਿੰਦਾ, ਬਥੇਰਾ ਆਪ ਹੀ ਸਿੱਖਿਆ ਸਿਖਾਇਆ। ਉਸ ਭੈਣੇ ਲੋਕ ਪੰਪ ਦਿੰਦੇ ਆ ਬਾਹਰੋਂ, ਮੈਨੂੰ ਪਤਾ ਲੋਕ ਉਂਗਲਾਂ ਲਾਉਂਦੇ ਆ ਇਹਨੂੰ, ਉਹ ਉਹਨਾਂ ਦੇ ਮਗਰ ਲੱਗਦਾ ਲੋਕਾਂ ਦੇ। ਨਹੀਂ ਲੋਕ ਲੋਕਾਂ ਨੇ ਤਾਂ ਕੀ ਲੈਣਾ, ਤੈਨੂੰ ਪਤਾ ਲੋਕ ਤਾਂ ਉਹੀ ਨਹੀਂ ਰਾਜੀ ਹੁੰਦੇ, ਚੱਲ ਕੋਈ ਗੱਲ ਨਹੀਂ, ਕਹਿੰਦਾ ਕੋਈ ਕਹੀ ਜਾਣਦੇ, ਆਪਾਂ ਆਪਦੇ ਘਰ ਵੀ ਨਹੀਂ ਸੋਚਣਾ, ਤੂੰ ਤੇਰੇ ਪੁੱਤ ਬਣੀ ਸੋਚ, ਤੂੰ ਇਹ ਤੋਂ ਕੀ ਲੈਣਾ। ਚੱਲ ਫਿਰ ਮੈਂ ਵੀ ਹੁਣ ਭਾਈ, ਮੇਰੇ ਤਾਂ ਕੋਈ ਸਾਰੇ ਦੀ ਗੱਲ ਨਹੀਂ, ਮੈਂ ਤਾਂ ਚੁੱਪ ਕਰਕੇ ਬਹਿ ਜੂੰਗੀ ਬਸ, ਜੇ ਮੈਂ ਕਰਦਾ ਫਿਰ ਭਾਈ ਕਰੀ ਜਾਣ ਦੇ। ਮੈਂ ਤਾਂ ਕਹਿੰਦੀ ਹਾਂ ਤੂੰ ਉਹਨਾਂ ਦੇ ਸੱਦ ਕੇ ਮਾਂ ਪਿਓ ਨੂੰ, ਇਹਨੂੰ ਮੂਹਰੇ ਲਾ ਦੇ, ਚੰਗੀ ਰਹੇਗੀ ਤੂੰ। ਹੁਣ ਮੇਰੇ ਤਾਂ ਆਪ ਐਂ ਘਰੋਲੇ ਪੈਂਦੇ ਆ ਵੀ ਮੁੰਡਾ ਖਾਨੀ ਕਿੰਨਾ ਚਿੱਤ 'ਚ ਕਰਦਾ ਹੋਊ ਵੀ ਮੇਰੇ ਜਵਾਕ ਹੈ ਹੀ ਨਹੀਂ ਗਾ, ਹਨਾ। ਅਗੇ ਢਿੱਡ ਤਾਂ ਮੱਚਦਾ ਹੀ ਆ, ਲਾਦ ਨੂੰ ਤਾਂ ਹਰੇਕ ਦਾ ਜੀ ਕਰਦਾ ਵੀ ਲਾਦ ਹੋਵੇ, ਢਿੱਡ ਮੱਚਦਾ, ਔਖਾ ਹੁੰਦਾ ਹਰ ਖੋ ਤੇ ਢਾਲਦਾ ਉਹ। ਗੱਲ ਤਾਂ ਉਹੀ, ਉਹ ਲਾਭੋ ਦਾ ਮੁੰਡਾ ਇਹਦੇ ਨਾਲ ਨੂੰ ਵਿਆਹਿਆ ਸੀ, ਸੁੱਖ ਨਾਲ ਪੁੱਤ ਹੈ ਉਹਦੇ ਘਰੇ। ਨਹੀਂ ਪਰਮਾਤਮਾ ਭੈਣ ਜੀ ਨੂੰ ਬੁਧਾਵੇ, ਅੱਜ ਤਾਂ ਰੱਬ ਵੀ ਮਗਰ ਪੈ ਗਿਆ, ਪਹਿਲਾਂ ਤਾਂ ਮੁੰਡਾ ਫਿਰਦਾ ਰਿਹਾ, ਰਿਸ਼ਤਾ ਨਹੀਂ ਹੋਇਆ, ਜੇ ਹੋ ਗਿਆ ਤਾਂ ਹੁਣ ਗਾਹਾਂ ਤੂੰ ਦੇਖ ਲਾ ਕੰਮ। ਭੈਣੇ ਉਹ ਤਾਂ ਗੱਲ ਠੀਕ ਹੈ, ਰੱਬ ਨੇ ਮਗਰ ਬਸ ਕਰਮ ਹੁੰਦੇ ਆਪੋ ਆਪਦੇ, ਤੇ ਮੈਂ ਤਾਂ ਤੈਨੂੰ ਇੱਕੋ ਹੀ ਕਹਿੰਦੀ ਹਾਂ, 100 ਹੱਥ ਰੱਸਾ ਸਿਰੇ 'ਤੇ ਗੰਢ, ਤੂੰ ਜਾ ਦੇ ਪੁੱਤ ਨਾਲ ਧੱਕਾ ਨਾ ਕਰ, ਜੇ ਆਕਾਸ਼ ਨਾਲ ਧੱਕਾ ਕਰ ਲਿਆ ਨਾ ਜਾਣੇ ਕੁਛ ਖਾ ਪੀ ਗਿਆ ਫਿਰ ਜਾ ਜਾਂਦੀ ਹੋ ਜੂਗੀ, ਤੈਂ ਕੀ ਕਰਾਉਣਾ ਹੈ ਤੂੰ। ਮੈਂ ਤਾਂ ਕਹਿੰਦੀ ਹਾਂ ਛੱਡ ਦੇ ਪਰੇ। ਨਹੀਂ ਭੈਣੇ ਗੱਲ ਤਾਂ ਤੇਰੀ ਵੀ ਸਿਆਣੀ ਆ, ਮੈਂ ਹੁਣ ਤੇਰੀ ਗੱਲ ਹੀ ਮੰਨਦੀ ਹਾਂ, ਮੈਂ ਤਾਂ ਜਮਾਂ ਨਹੀਂ ਕੁਛ ਕਹਿੰਦੀ, ਨਾ ਮੈਂ ਦਵਾਈ ਨਾ ਮੈਂ ਬੂਟੀ ਨਾ ਕੋਈ ਤਾਕਤ ਵੀਤ, ਜਿਵੇਂ ਮੁੰਡਾ ਕਰੂ ਘਰੇ ਫਿਰ ਆਪੇ ਬੜੀਆਂ ਨਿਬੇੜਨਗੇ। ਤੂੰ ਬਸ, ਤੈਨੂੰ ਮੈਂ ਕਹਿੰਦੀ ਹਾਂ ਮੁੰਡਾ ਤਾਂ ਜਮਾਂ ਰਾਜੀ ਨਹੀਂ, ਮੁੰਡਾ ਕਹਿੰਦਾ ਜਦੋਂ ਮੇਰੇ ਘਰੇ ਕੋਈ ਜਵਾਕ ਹੀ ਨਹੀਂ ਹੁੰਦਾ ਕੀ ਕਰਾਉਣਾ ਹੈ, ਤੋਰ ਪਰੇ ਸਾਡੇ ਕੋਲ ਉਹਨਾਂ ਨੂੰ। ਠੀਕ ਹੈ, ਹੁਣ ਇਹ ਵੀ ਮੈਨੂੰ ਹੂਲਾ ਫੱਕਣਾ ਪਊਗਾ, ਔਖਾ ਤਾਂ ਬਥੇਰਾ ਗਾ ਕਿਸੇ ਦੇ ਧੀ ਪੁੱਤ ਨੂੰ ਘਰੋਂ ਕੱਢਣਾ, ਤੇ ਪਰ ਹੁਣ ਅਖੇ ਜਦੋਂ ਮੁੰਡਾ ਨਹੀਂ ਰੱਖਦਾ ਮੈਂ ਕੀ ਕਰੂੰਗੀ ਫਿਰ ਰੱਖ ਕੇ। ਗੱਲ ਤਾਂ ਉਹੀ ਹੈ ਨਾ, ਫਿਰ ਤੂੰ ਇਹਨੂੰ ਬਿਠਾ ਕੇ ਕੀ ਕਰੇਗੀ? ਉਹੀ ਤਾਂ ਗੱਲ ਹੈ, ਕਦੇ ਲੜ ਪਏ, ਕੋਈ ਵੱਢ ਕੇ ਮਰ ਗਏ, ਕੋਈ ਉਹਨੇ ਖਾ ਪੀ ਲਿਆ, ਮੁੰਡੇ ਨੂੰ ਤਾਂ ਛੱਡ ਮੇਰੇ ਨੂੰ, ਜੇ ਕੁੜੀ ਨੇ ਕੁਛ ਖਾ ਪੀ ਲਿਆ ਨੋਹ ਨੇ ਮੇਰੀ ਨੇ, ਜੇਲ੍ਹ 'ਚ ਬੈਠੇ ਰਹੋਗੇ, ਫਿਰ ਮੁਆਵਤ ਪਾ ਜਾਂਗੇ, ਫਿਰ ਔਖਾ ਹੋ ਜੂਗਾ। ਹਾਂ, ਕੰਮ ਤਾਂ ਇਹ ਭੈੜਾ ਗਾ। ਜੇ ਮੈਂ ਤੈਨੂੰ ਇੱਕ ਗੱਲ ਹੋਰ ਕਹਾਂ, ਤੂੰ ਅੱਜ ਹੀ ਰਾਜਪਾਲ ਨੂੰ ਸੱਦ ਕੇ ਜੇ ਸਮਝਾ ਦੇ ਗੱਲ। ਕੋਈ ਨਹੀਂ, ਕਰਦੀ ਆ ਫਿਰ ਮੈਂ ਗੱਲ, ਹਨਾ। ਰਾਜਪਾਲ ਨਹੀਂ ਕਰਾਇਆ ਸੀ? ਹਾਂ, ਬਸ ਫਿਰ ਤੂੰ ਰਾਜਪਾਲ ਨੂੰ ਸੱਦ ਭਾਈ ਵੀ ਇਹਨੂੰ ਕਿਵੇਂ ਨਾ ਕਿਵੇਂ ਮਰਜ਼ੀ ਕਰਕੇ ਭਈ ਇਸ ਤਰ੍ਹਾਂ ਰੱਖਦੇ ਨੇ। ਗੱਲ ਕਰੀਏ ਲਾਡੀ ਦੀ ਤਾਈ ਜੀ ਵੀ, ਠੀਕ ਹੈ ਵੀ ਜੇ ਮੈਂ ਇਕੱਲਾ ਲਾ ਦੇਵਾਂ ਫਿਰ ਪਈ ਹਾਂ, ਨੌਂ ਪੁੱਤ ਦੀ ਮੇਰੇ ਦੀ ਬਣ ਜੂ, ਕਾਟੋ ਕਲੇਸ ਰਹਿੰਦਾ ਰੋਜ਼, ਜੇ ਇਹ ਕੁਛ ਖਾ ਪੀ ਗਈ ਤਾਂ ਫਿਰ ਸਾਨੂੰ ਭਰਨੀ ਪਊ ਗੱਲ, ਹੋਰ ਨਾ ਕਿਤੇ ਜੇਲ੍ਹਾਂ ਦਿਖਾ ਦੇਗੀ ਇਹੋ ਜਿਹੇ ਜਵਾਕ ਦੇ ਲਾਲ ਵਿੱਚ, ਹਨਾ। ਸਾਡੇ ਤਾਂ ਜਿਵੇਂ ਕਹਿੰਦੇ ਹੁੰਦੇ ਪਿਓ ਸਾਡੇ ਵੀ ਚਲੇ ਗਏ ਥਾਣੇ, ਅਤੇ ਇਹ ਕਿਤੇ ਹੋਰ ਕੰਮਾਂ 'ਚ ਪਏ ਸੀ, ਅਸੀਂ ਆਪਣੀ ਗੱਲ ਗਲਤੀ ਕਰੀਏ ਇਹ ਤੋਂ ਪਹਿਲਾਂ। ਕੀ ਹੋ ਗਿਆ ਬੇਬੇ, ਕੱਲੀ ਜੀ ਕੰਮ ਬੋਲੀ ਜਾਂਦੀ ਹੈ? ਹਾਂ ਪੁੱਤ, ਕੀ ਗੱਲਾਂ ਕਰੀ ਜਾਂਦੀ? ਕੀ ਗੱਲਾਂ ਕਰੀ ਜਾਂਦੀ ਹੈ, ਮੈਂ ਤਾਂ ਨਾ ਹੁਣ ਬਹੁਤ ਸੰਸਥੇ 'ਚ ਹੋਈ ਬੈਠੀ ਹਾਂ। ਹਾਂ, ਕਾਹਦਾ ਸੰਸਥਾ ਤੈਨੂੰ? ਵੀ ਮੈਂ ਤਾਂ ਤੇਰੇ ਤਾਈ ਕੋਲ ਗਈ ਸੀਗੀ, ਉਹ ਮੈਨੂੰ ਉਹਨੇ ਮੈਨੂੰ ਸਲਾਹ ਦਿੱਤੀ ਆ ਭਾਈ, ਇੱਧਰਲੇ ਪਾਸੇ ਆ ਜਾ ਧੂੰਆਂ ਪੈ ਗਿਆ। ਕੀ ਸਲਾਹ ਦਿੱਤੀ ਹੈ ਉਹਨੇ ਮੈਨੂੰ? ਆਹ ਸਲਾਹ ਦਿੱਤੀ ਹੈ, ਕਹਿੰਦੀ ਭਾਈ ਜਿਵੇਂ ਤੇਰਾ ਪੁੱਤ ਕਰਦਾ ਤੂੰ ਉਹਦੇ ਮਗਰ ਲੱਗ ਜਾ। ਮਾਂ ਕਿੱਦੇ ਦਾ ਹੀ ਕਹੀਏ ਨਾ ਤੈਨੂੰ ਬੇਬੇ, ਕਰਾਉਣਾ ਕੀ ਆ ਜਦੋਂ ਆਪਾਂ ਜਵਾਕ ਕਿਸੇ ਨਹੀਂ ਆਪਾਂ ਨੂੰ ਜੰਮ ਕੇ ਦੇ ਸਕਦੀ ਹੈ। ਮੇਰੇ ਤਾਂ ਠੀਕ ਹੈ ਮੁੰਡਾ, ਐਂ ਦਿਮਾਗ 'ਤੇ ਵੱਜਿਆ ਸੀ ਚੱਲ ਉਹ ਜਾਣੇ ਜਵਾਕ ਹੋ ਜੂਗਾ,
ਜੇ ਭਾਈ ਤੁਸੀਂ ਤਾਂ ਰੋਜ਼ ਤੜਕੇ ਹੱਥ ਦਾ ਕਲੇਸ਼ ਹੈ, ਤੁਹਾਡਾ ਕੀ ਪਤਾ ਇੱਥੇ ਕੁਛ ਕਰਦੇ ਹੋ ਤੇ ਮੁੜ ਕੇ ਮੇਰੀ ਪੁੱਤਰੀ ਇੱਥੇ ਥਾਣਿਆਂ 'ਚ ਰੁਲਦੀ ਫਿਰੇ। ਉਹ ਮੈਂ ਤਾਂ ਹੀ ਕਹਿੰਦਾ ਤੈਨੂੰ ਤਾਈ ਨੇ ਕੀ ਗੱਲ ਕਹੀ ਹੈ ਮੈਨੂੰ ਗੱਲ ਦੱਸ। ਤਾਈ ਨੇ ਤਾਂ ਮੈਨੂੰ ਭਾਈ ਐਂ ਕਿਹਾ, ਕਹਿੰਦੀ ਜਿਵੇਂ ਤੇਰਾ ਪੁੱਤ ਕਰਦਾ ਨਾ ਉਵੇਂ ਤੂੰ ਗੱਲ ਸੁਣ ਲਾ, ਜੇ ਤੇਰਾ ਪੁੱਤ ਕਹਿੰਦਾ ਮੈਂ ਰੱਖਣੀ ਆ ਤਾਂ ਰੱਖ ਲਾ, ਜੇ ਉਹ ਕਹਿੰਦਾ ਵੀ ਵਗ ਜਾ ਤਾਂ ਭਾਈ ਤੋੜ ਦਿਓ ਉਹਨਾਂ ਦੇ ਮੂਹਰੇ ਲਾ ਦਿਓ। ਹਾਂ ਫਿਰ ਠੀਕ ਆ, ਬਸ ਤੋੜ ਦਿਓ, ਕਰਨਾ ਕੀ ਆਪਾਂ ਜਾ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਇਹਨੂੰ, ਇਹ ਕਿਹੜਾ ਆਪਣਾ ਕੁਛ ਕਰ ਲੂਗੀ। ਫਿਰ ਧੱਕੇ ਮਾਰਨ ਨੂੰ ਕਿਹੜਾ ਇਹਨੇ ਗਨਾਹ ਕੀਤਾ ਭਾਈ ਕੋਈ? ਉਹ ਗਨਾਹ ਵਾਲੀ ਗੱਲ ਹੀ ਹੈ ਬੇਬੇ, ਮੇਰੀ ਗੱਲ ਸੁਣ, ਜਦੋਂ ਕੋਈ ਅੱਗੇ ਨਹੀਂ ਪਿੱਛੇ ਨਹੀਂ, ਕੋਈ ਆ ਕੇ ਨਹੀਂ ਖੜਦਾ, ਹੈ ਕੋਈ ਫੋਨ ਨਹੀਂ ਕਰਦਾ, ਕੋਈ ਇਹਦੀ ਪੁੱਛ ਗਿੱਛ ਨਹੀਂ, ਕੀ ਪਤਾ ਉੱਥੇ ਕੀ ਬਣ ਖਿਲਾ ਕੇ ਆਈਏ। ਮੈਂ ਤਾਂ ਕਹਿੰਦਾ ਕੱਢਦੇ ਆਪਾਂ, ਮੈਂ ਤਾਂ ਚੰਗੀ ਨਹੀਂ ਲੱਗਦੀ ਸਿੱਧੀ ਜੀ ਗੱਲ ਹੈ। ਚੰਗੀ ਤੈਨੂੰ ਨਹੀਂ ਲੱਗਦੀ ਰਾਜਪਾਲ ਨੂੰ ਸੱਦ, ਆਪੇ ਰਾਜਪਾਲ ਉਹਨਾਂ ਨਾਲ ਗੱਲ ਕਰੂਗਾ ਤੇ ਆਪੇ ਉਹਦੇ ਭਰਾ ਭਰਜਾਈ ਨੂੰ ਤੇ ਮਾਂ ਤੇ ਸੁਨੇਹਾ ਲਾਊ ਵੀ ਭਾਈ ਆ ਜਾਓ ਤੇ ਆ ਕੇ ਲੈ ਜਾਓ, ਨਾ ਤਾਂ ਪੁੱਤ ਲੜਾਈਆਂ ਕਰਨ ਦੀ ਲੋੜ ਹੈ ਨਾ ਪੰਚਾਇਤਾਂ 'ਚ ਬੈਠਣ ਦੀ ਲੋੜ ਹੈ, ਆਪਦਾ ਅੰਦਰੇ ਅੰਦਰ ਗੱਲ ਨਿਬੇੜ ਲਓ। ਜਿਵੇਂ ਮੈਂ ਰਾਜਪਾਲ ਨੂੰ ਤਾਂ ਸੱਦਾ ਨਹੀਂ ਹੈ ਸਿੱਧੀ ਜੀ ਗੱਲ, ਉਹਨਾਂ ਦੇ ਘਰੇ ਫੋਨ ਕਰ ਦਿੰਦਾ, ਜੇ ਚੱਕ ਲਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਕੱਢ ਦਾਂਗੇ। ਰਾਜਪਾਲ ਨਾਲ ਅੱਗੇ ਮੇਰੀ ਬਹੁਤ ਅਣਬਣ ਹੋਈ ਹੈ, ਠੀਕ ਹੈ, ਐਂ ਨਹੀਂ ਪਤਾ ਹੋ ਮੇਰੇ ਸਾਹਮਣੇ ਅੱਜ ਤੇ ਸਾਡੀ ਲੜਾਈ ਹੋ ਜੀ। ਚੱਲ ਕੋਈ ਨਾ, ਤੂੰ ਲੜਾਈ ਤਾਂ ਆਪਾਂ ਕਾਹਦੇ ਵਾਸਤੇ ਕਰਨੀ ਹੈ, ਜਦੋਂ ਆਪਣਾ ਨਿਬੜ ਤਿਬੜੀ ਹੋ ਗਿਆ ਆਪਾਂ ਨਾ ਫੋਨ ਕਰਾਂਗੇ, ਅਗਲੇ ਤਾਂ ਲੈ ਕੇ ਹੀ ਆਉਣਗੇ ਉਹਨੂੰ, ਰਾਜਪਾਲ ਨੂੰ ਤਾਂ ਆਏ ਸਰੂ ਨਾਲ ਜਦੋਂ ਵਿਚੋਲਾ ਗਾ। ਉਹਦੀ ਮਾਂ ਅੱਜ ਰਾਜਪਾਲ ਦੀ, ਰਾਜਪਾਲ ਤੋਂ ਹੀ ਕਰਾਉਣਾ, ਐਵੇਂ ਵੱਧ ਘੱਟ ਬੋਲੂਗਾ, ਉਦਾਂ ਇੱਥੇ ਕਿੰਨਾ ਕੁਛ ਬੋਲ ਗਿਆ ਪਿੰਡ ਦੇ ਵਿੱਚ ਉਹ। ਵੀ ਮਾਂ ਕਿਹੜਾ ਉਹਦੀ ਹੁਣ ਗੱਲ 'ਚ ਹੈ ਭਾਈ, ਵਿਚੋਲਾ ਤਾਂ ਹੁਣ ਇਹੀ ਸੀ, ਆਪਾਂ ਤਾਂ ਇਸੇ ਨੂੰ ਮੰਨ ਕੇ ਚੱਲਾਂਗੇ। ਆਹ ਵਿਚੋਲਾ ਨਾਲ ਨਾ ਆਹ ਉੱਲਾ ਰੱਖਿਆ ਵਿਚੋਲੇ ਨੇ, ਆਹ ਕੰਮ ਹੋ ਗਿਆ, ਜੇ ਕੋਈ ਦੱਸਿਆ ਹੁੰਦਾ ਚੱਜ ਨਾਲ ਕੁਛ ਤਾਂ ਗੱਲਾਂ ਨਹੀਂ ਜਾਣੀਆਂ ਸੀ ਇਸ ਤੱਕ। ਹੁਣ ਮੈਂ ਤੈਨੂੰ ਕਹਿਤਾ ਵੀ ਜੇ ਮਾਂ ਦਾ ਮਰਜ਼ੀ ਨਿਬੇੜ ਲਾ, ਵੀ ਮੇਰੇ ਤਾਂ ਭਾਈ ਬੰਨੇ ਹੱਥ, ਮੈਂ ਤਾਂ ਬਹੁਤ ਤਰਲੇ ਕਰ ਕਰ ਦੇਖ ਲਏ, ਤਰਲੇ ਵੀ ਮਾਂ ਹੀ ਕਰਦੀ ਸੀ ਵੀ ਤੇਰਾ ਬੱਚਾ ਰਹੇ। ਚੱਲ ਜੇ ਤੇਰੇ ਕਰਮਾਂ 'ਚ ਲਿਖਿਆ ਨਹੀਂ ਇਹਦੇ ਨਾਲ ਤੇਰੇ ਸੰਯੋਗ ਅੱਗੇ, ਤਾਂ ਮੈਂ ਤਾਂ ਖਹਿੜਾ ਛੱਡਦੀ ਹਾਂ ਭਾਈ, ਜਿਵੇਂ ਮਰਜ਼ੀ ਕਰ ਲਓ ਜਾਂ ਫੋਨ ਕਰ ਦਿਓ। ਬੇਬੇ ਫੋਨ ਤਾਂ ਮੈਂ ਕਰ ਦੇਣਾ, ਸੰਯੋਗਾਂ 'ਚ ਕੀ ਗੱਲ ਆ, ਸੰਯੋਗ ਤਾਂ ਰੱਬ ਨੇ ਬਣਾ ਕੇ ਭੇਜਿਆ, ਇਹਦੇ ਨਾਲ ਨਹੀਂ ਮਿਲੇ ਕਿਸੇ ਹੋਰ ਨਾਲ ਮਿਲ ਜਾਣਗੇ, ਹੋਰ ਕਿਤੇ ਵਿਆਹ ਕਰਾ ਲਾਂਗੇ, ਹੁਣ ਆਪਣੇ ਕੋਲ ਜ਼ਮੀਨ ਜਾਇਦਾਦ ਹੈਗੀ ਆ ਵਾ, ਠੀਕ ਆ, ਇਹਦੇ ਸਿਰ 'ਤੇ ਬਥੇਰੇ ਰਿਸ਼ਤੇ ਹੋ ਜਾਣਗੇ, ਮੈਂ ਕਰਦਾ ਕੋਈ ਨਹੀਂ ਫੋਨ, ਉਹਦੇ ਕਰ ਉਹਦੀ ਭਰਜਾਈ ਨੂੰ ਫੋਨ ਕਰ, ਉਹਨੇ ਕਰ ਦੇਣਾ ਮੈਂ ਗੱਲ ਸੁਣਨੀ। ਕੁਲਦੀਪ ਨੇ ਨਹੀਂ ਬਹੁਤ ਗੱਲ ਸੁਣਨੀ, ਉਹ ਬੰਦਾ ਹਨ ਬੰਦਿਆਂ ਨਾਲ ਹੀ ਗੱਲ ਕਰੂਗਾ ਬੇਬੇ, ਕੀ ਉਹਦੇ ਨਾਲ ਮੈਂ ਗੱਲ ਕਰਾਂ ਕੀ ਨਾ ਕਰਾਂ, ਚੰਗਾ ਕਰ ਲੈ ਜੇ ਚੱਕ ਲੈਦਾ ਠੀਕ ਆ, ਤੇ ਨਹੀਂ ਉਹਨੂੰ ਲਾ ਲਾਂਗੇ, ਨਹੀਂ ਫਿਰ ਮੈਂ ਲਾ ਦੂੰ ਰਾਜਪਾਲ ਨੂੰ ਆਪੇ ਆਪੇ, ਰਾਜਪਾਲ ਨਾਲ ਹੀ ਗੱਲ ਕਰਨੀ ਚਾਹੀਦੀ। ਕਾਹਦੀ ਗੱਲ ਆ, ਤੇਰਾ ਸਾਰਾ ਦਿਨ ਖਲਾਰਾ ਪਿਆ ਰਹਿੰਦਾ, ਜਿੰਨਾ ਕਰਦੀ ਆ ਉਨਾ ਹੀ ਹੋ ਜਾਂਦਾ, ਕਿ ਕੁੜੀ ਵੀ ਜੀ ਨਾ ਟਿਕਦੀ ਨਹੀਂ ਸਾਰਾ ਦਿਨ, ਸ਼ੁਕਰ ਹੁਣ ਸਮਝ ਆਉਂਦੀ ਆ, ਟਿਊਸ਼ਨ ਲੱਗ ਗਈ ਨਾ, ਇਹਨੂੰ ਇਹਦਾ ਵੀ ਕੱਪੜਿਆਂ ਹੀ ਸਿੱਟ ਦਿੰਦਾ ਲਾ ਕੇ, ਸਾਰਾ ਦਿਨ ਕੰਮ ਕਰੀ ਜਾਓ, ਮੰਮੀ ਵੀ ਜਾ ਕੇ ਹੁਣ ਉੱਥੇ ਬਹਿ ਗਈ ਆਪਦੀ ਬੇਟੀ, ਦੂਜੇ ਦਿਨ ਜਾ ਕੇ ਬਹਿ ਜਾਂਦੀ ਹੈ, ਇਹਨੂੰ ਤਾਂ ਆਪ ਨੂੰ ਨਹੀਂ ਹੈਗਾ ਵੀ ਕੰਮ ਕੁੰਮ ਕਰਾ ਦਿਆ ਕਰਾਂ, ਮਾੜਾ ਮੋਟਾ ਸਾਰਾ ਮੇਰੇ ਸਿਰ 'ਤੇ ਹੀ ਹੈ। ਹੁਣ ਕਿਹਦਾ ਫੋਨ ਆ ਗਿਆ, ਆ ਤੁਹਾਡਾ ਫੋਨ ਆ ਜਾਂਦਾ ਜੀ, ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਰਾ ਦੋ ਜੀ, ਹੈਲੋ ਸਤਿ ਸ਼੍ਰੀ ਅਕਾਲ ਮਾਸੀ, ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਠੀਕ ਹੋ? ਠੀਕ ਤਾਂ ਵੀ ਭਾਈ, ਕਰਾ ਦੇ ਆਂਗੇ, ਸਾਡੇ ਘਰੇ ਤਾਂ ਗੁਲੀ ਦਾ ਕਲੇਸ਼ ਹੈ। ਕੀ ਗੱਲ ਹੋ ਗਈ? ਕੀ ਗੱਲ ਹੋਣੀ ਸੀ ਭਾਈ, ਨਾ ਤਾਂ ਅਸੀਂ ਸਾਰੇ ਡਾਕਟਰ ਕਰਾ ਦੇ, ਭਾਗੇ ਤੇ ਨੀਂਦ ਦੀ ਅਸੀਂ ਨਹੀਂ ਕਰ ਸਕਦੀ, ਗੱਲ ਕੀ ਹੋ ਗਈ ਮਾਸੀ? ਚੱਲ ਕੋਈ ਗੱਲ ਨੀ, ਤੁਸੀਂ ਡਾਕਟਰ ਨੂੰ ਦਿਖਾਓ, ਦਵਾਈ ਦਵਾ ਦੋ, ਜੇ ਨਹੀਂ ਹੋਇਆ ਤਾਂ ਕੋਈ ਗੱਲ ਨੀ, ਹੋ ਜੂਗਾ, ਦਵਾਈ ਦਵਾ ਦਿਓ, ਅਸੀਂ ਤਾਂ ਦਵਾਈਆਂ ਵਾਲੀ ਕੋਈ ਕਸਰ ਨੀ ਛੱਡੀ ਭਾਈ,
ਸਾਡੇ ਘਰੇ ਤਾਂ ਹੁਣ ਕਲੇਸ਼ ਆ, ਜਾਂ ਤਾਂ ਇਹ ਮਰ ਜੂਗੀ ਤੇ ਜਾਂ ਮੇਰਾ ਪੁੱਤ ਮਰ ਜੂਗਾ। ਮੈਂ ਤਾਂ ਸਾਡੇ ਤੋਂ ਕੋਈ ਆਇਆ ਨਾ ਹੋਵੇ ਬਾਅਦ ਵਿੱਚ ਤੁਸੀਂ ਮਾਸੀ ਐ ਕਿਵੇਂ ਧੱਕੇ ਮਾਰ ਕੇ ਕੱਢੂਗੇ, ਇਹ ਕੋਈ ਗੱਲਾਂ ਨੀ ਹੁੰਦੀਆਂ ਨੇ। ਕੋਈ ਗੱਲ ਨੀ, ਤੁਸੀਂ ਰਾਜਪਾਲ ਨਾਲ ਗੱਲ ਕਰੋ, ਐ ਤਾਂ ਨੀ ਤੁਸੀਂ ਧੱਕੇ ਮਾਰ ਕੇ ਕੱਢ ਸਕਦੇ, ਨਾ ਹੀ ਅਸੀਂ ਐ ਲੈ ਕੇ ਜਾਗੇ। ਰਾਜਪਾਲ ਨਾਲ ਤਾਂ ਭਾਈ ਅਸੀਂ ਕਰਦੇ ਨੀ ਗੱਲ, ਰਾਜਪਾਲ ਨਾਲ ਅਸੀਂ ਐ ਕਰਦੇ, ਪਹਿਲਾਂ ਕਹਿ ਪਹਿਰੇ ਹੋਇਆ ਦਾਦੀ ਨਾਲ ਰਾਜਪਾਲ, ਤੁਸੀਂ ਕਰੋ ਉਹ ਰਾਜਪਾਲ ਦੀ ਮਾਂ ਨਾ ਕਰੋ, ਉਹ ਰਾਜਪਾਲ ਨਾ ਕਰੋ, ਮੈਂ ਤਾਂ ਤੁਹਾਨੂੰ ਸੁਨੇਹਾ ਨਾ ਮਾਸੀ ਲਾ ਦਾ, ਠੀਕ ਹੈ ਨਾ। ਇਹ ਤੋਂ ਪਹਿਲਾਂ ਕੋਈ ਆਪਣੀ ਗੱਲ ਵਿਗੜੇ ਤਾਂ ਤੁਸੀਂ ਆਪਦੀ ਧੀ ਨੂੰ ਆ ਕੇ ਲੈ ਜਾਓ, ਮੈਂ ਤੁਹਾਨੂੰ ਬਸ ਲਾਸਟ ਹੀ ਫੋਨ ਕੀਤਾ, ਇਹ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਕੋਈ ਗੱਲ ਨੀ ਕਰੀਗੀ। ਅਸੀਂ ਆਪਦਾ ਇਲਾਜ ਕਰਾਉਂਦੇ ਤੁਰੇ ਫਿਰਦੇ ਰਹੇ, ਘਰ ਲਾਉਂਦੇ ਫਿਰ, ਮੇਰਾ ਤਾਂ ਘਰ ਮੁੱਦਾ ਹੋ ਗਿਆ ਡਾਕਟਰਾਂ ਨੂੰ ਹੈ, ਤੇ ਅਸੀਂ ਇਹ ਤੋਂ ਰੱਖ ਕੇ ਕੀ ਕਰਾਉਣਾ, ਜਦੋਂ ਮੇਰੇ ਜਵਾਕ ਹੀ ਨੀ ਖੁਸ਼, ਬਥੇਰੀ ਚੰਗੀ ਲੱਗਦੀ ਸੀ, ਹੁਣ ਕਿਵੇਂ ਮਾੜੀ ਲੱਗਣ ਲੱਗ ਗਈ, ਐ ਨੀ ਅਸੀਂ ਫਿਰ ਲੈ ਕੇ ਜਾਂਦੇ ਹੈਗੇ। ਮਾਸੀ ਲੈ ਹੁਣ ਇਹਨਾਂ ਨੇ ਕੀ ਸਿਆਪਾ ਪੈ ਗਿਆ, ਇਹ ਤਾਂ ਕਿਸਮਤ ਹੀ ਮਾੜੀ ਆ, ਇਹੋ ਜਿਹੀ ਪੁੱਠੇ ਪੈਰ ਵਾਲੀ ਜੰਮੀ ਆ ਨਾ ਸਾਡੇ ਘਰੇ, ਇਹ ਤਾਂ ਸਾਰਾ ਘਰ ਖੁੰਗਲ ਕਰਤਾ, ਹੁਣ ਫਿਰ ਇੱਥੇ ਆ ਕੇ ਬੈਠਣ ਨੂੰ ਤਿਆਰ ਆ, ਪਤਾ ਨਹੀਂ ਇਹਦੇ ਕਰਮਾਂ 'ਚ ਕੀ ਆ, ਹੁਣ ਜੇ ਕੁਲਦੀਪ ਨੂੰ ਜਾਂ ਮੰਮੀ ਨੂੰ ਪਤਾ ਲੱਗ ਗਿਆ ਨਾ, ਇਹ ਤਾਂ ਪੱਕਾ ਹੀ ਇਹਨੂੰ ਇੱਥੇ ਲੈ ਕੇ ਆਉਣਗੇ, ਪਰ ਮੈਂ ਨਹੀਂ ਇਹ ਸਾਰਾ ਕੁਛ ਹੋਣ ਦਿੰਦੀ, ਇਹਨੂੰ ਤਾਂ ਮੈਂ ਇਸ ਘਰੇ ਪੈਰ ਪਾਉਣ ਨਹੀਂ ਦਿੰਦੀ, ਭਾਉਂਦੀ ਮੈਨੂੰ ਕੁਛ ਮਰਜ਼ੀ ਕਰਨਾ ਪੈ ਜੇ, ਮੈਂ ਕਰਦੀ ਹਾਂ ਰਾਜਪਾਲ ਨਾਲ ਗੱਲ ਕਰਕੇ ਨਾ, ਮੈਂ ਹੀ ਕੋਈ ਹੀਲਾ ਕਰਦੀ ਹਾਂ, ਕੁਲਦੀਪ ਨੂੰ ਕੀ ਬਹਾਨਾ ਲਾਉਣੀ ਆ ਮੈਂ। ਆ ਵੀ ਵੇਚਣਾ ਪਊਗਾ, ਬੜਾਪਾ ਮਾੜਾ ਹੀ ਹੁੰਦਾ ਇਹਨਾਂ ਦਾ ਵੀ ਆਸ਼ੇ ਦਾ, ਚੱਲ ਕੋਈ ਨਹੀਂ ਡੰਗਾ ਲਾਹੀ ਜੂ, ਕੱਖ ਪੱਠਣ ਦਾ ਕੀ ਕਹਿੰਦਾ, ਫਿਰ ਮਿਸਤਰੀ ਨਾਲ ਕਰ ਲੈਂਦੇ ਹੈਗਾ, ਅਲਟੀਨੇਟਰ ਜਿਹਾ ਮੱਚ ਗਿਆ ਮੱਲਾ ਦਾ। ਚੱਲ ਕਰਦੇ ਹਾਂ ਗੱਲ ਬਹਾਨੇ ਨਾਲ, ਕੀ ਕਹਿੰਦਾ, ਸੋਝ ਵੀ ਗਈ ਖੜੀ ਆ ਯਾਰ, ਹੱਥੀ ਕਾਲੇ ਕਰਤੇ, ਹੁਣ ਤਾਂ ਜੀ ਨਹੀਂ ਕਰਦਾ ਹੱਥ ਲਾਉਣ ਨੂੰ। ਵੀਰਾ ਤੋਂ ਬੈਠਾ ਕਿਹੜਾ ਨੰਬਰ ਆਈ ਥਿਆ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਕਿਵੇਂ ਮਨਿੰਦਰਾ? ਵਧੀਆ ਵਧੀਆ, ਤੁਸੀਂ ਦੱਸੋ ਠੀਕ ਹੋ? ਕਿਵੇਂ ਚਾਨ ਚੱਕੀ ਕਿਹੜਾ ਮਾਰ ਲਿਆ? ਉਹੀ ਬਸ ਕੋਈ ਸੀਗੀ ਗੱਲ ਤਾਂ ਹੀ ਆਈ ਆ। ਕੀ ਹੋ ਗਿਆ, ਸੌਖਾ? ਹਾਂ ਸੌਖਾ। ਮਾਸੀ ਕਿੱਥੇ ਆ? ਉਹ ਮਾਸੀ ਤਾਂ ਸਰਹੰਦ ਗਈ ਵੀ ਆ ਮੱਥਾ ਟੇਕਣ। ਅੱਛਾ ਅੱਛਾ ਠੀਕ ਹੈ, ਮੈਂ ਚੱਲ ਟੇਕ ਆਉਂਦੇ ਪੁੱਲ ਦੀ ਜਗ੍ਹਾ ਹੀ ਆ। ਹਾਂ ਚਲ ਵਧੀਆ ਜਾਈ, ਮੈਨੂੰ ਤਾਂ ਨਾ ਹਰਪ੍ਰੀਤ ਦਾ ਫੋਨ ਆਇਆ ਸੀ ਇਧਰੋਂ। ਅੱਛਾ, ਤੇ ਮਾਸੀ ਵਾਵਾ ਬੋਲੀ ਜਾਂਦੀ ਸੀ, ਕਹਿੰਦੀ ਅਸੀਂ ਤਾਂ ਰੱਖਣੀ ਨਹੀਂ ਇਹਨੂੰ, ਕੀ ਗੱਲ ਹੋ ਗਈ? ਉਹ ਤਾਂ ਐਵੇਂ ਬਸ ਉਹਦੇ ਮੈਂ ਜਾਵੜਿਆ ਫੋਨ ਜੇ ਤੇ ਮੈਨੂੰ ਸੱਦ ਲਿਆ ਕਰੇ ਉਹਨੇ, ਹਰਪ੍ਰੀਤ ਨੇ ਫੋਨ ਕਰਤਾ, ਉਸੇ ਗੱਲ ਤੇ ਗਰਮ ਹੋਏ ਬੈਠਿਆ, ਕਹਿੰਦੇ ਤੂੰ ਆ ਕਿਵੇਂ ਗਿਆ ਮੇਰੇ ਤੇ ਤਾਪ। ਨਾ ਨਾ, ਉਸ ਗੱਲ ਤੇ ਕਿਉਂ ਗਰਮ ਹੋਏ ਬੈਠੇ ਆ, ਹੁਣ ਐਂ ਕਹਿੰਦੇ ਆ, ਕਹਿੰਦੇ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ, ਅਜੇ ਤਾਂ ਜਵਾਕ ਨਹੀਂ ਹੁੰਦਾ, ਵੀ ਅਸੀਂ ਨਹੀਂ ਰੱਖਣਾ ਬਾਂਝ ਨੂੰ। ਲੈ ਦੱਸ ਹੁਣ ਕੀ ਕਰੀਏ, ਮੈਂ ਤਾਂ ਘਰੇ ਦੱਸ ਕੇ ਨਹੀਂ ਆਈ।
ਮੈਂ ਮਾਸੀ ਨਾ ਬਾਲੀ ਬਿਮਾਰ ਹੋਈ ਪਈ ਆ, ਮੈਂ ਪਤਾ ਲੈ ਕੇ ਆਉਣੀ ਆ, ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਇੱਥੇ ਹੋਰ ਕਲੇਸ਼ ਪੈ ਜਾਂਦਾ, ਐ ਨੀ ਪਤਾ ਸੱਚੀ ਆ ਕੇ ਲੈ ਹੀ ਜਾਂਦੇ ਇੱਥੋਂ। ਉਹ ਹਾਂ ਠੀਕ ਆ ਫਿਰ, ਜੇ ਨਹੀਂ ਮੰਨਦੇ ਲੈ ਜਾਓ ਤੁਸੀਂ ਫਿਰ ਘਰੇ, ਡਿਗਦੀ ਗੱਲ ਨਿਬੇੜ ਦਿਓ ਪਰੇ, ਬੰਦੇ ਹੈ ਨੀ ਕਿਸੇ ਕੰਮ ਦੇ, ਉਹਦਾ ਨਸ਼ਾ ਪੱਤਾ ਜਿਹਾ ਕਰਦੇ ਆ, ਪਹਿਲਾਂ ਪਤਾ ਨਹੀਂ ਲੱਗਿਆ, ਮੈਂ ਤਾਂ ਆਪ ਖਤਰੇ 'ਚ ਵੜ ਗਿਆ ਆਪ। ਐਂ ਕਿਵੇਂ ਲੈ ਜਾਈਏ, ਜਾਂ ਤਾਂ ਪਹਿਲਾਂ ਪਤਾ ਹੁੰਦਾ ਨਾ ਕਰਦੇ ਇਹੋ ਜਿਹੇ ਥਾਂ, ਤੂੰ ਤਾਂ ਮੈਨੂੰ ਕਹਿੰਦਾ ਸੀ ਵੀ ਨਸ਼ਾ ਪੱਤਾ ਤਾਂ ਕੋਈ ਨਹੀਂ ਕਰਦੇ। ਉਹ ਮਨਿੰਦਰ ਆਏ ਹੁਣ ਕਿਹੜਾ ਕੋਈ ਵਿੱਚ ਬੜਿਆ ਹੁੰਦਾ ਕਿਸੇ ਦੇ, ਕੱਲ੍ਹ ਦਾ ਕੀ ਪਤਾ ਕੀ ਕਰੂਗਾ ਕੋਈ ਉਹਨੇ ਯਾਰ। ਦੇਖ ਜੇ ਹੁਣ ਅਸੀਂ ਇਹਨੇ ਘਰੇ ਲਿਆ ਕੇ ਬਿਠਾ ਲਈ, ਇਹਦਾ ਹੁਣ ਰਿਸ਼ਤਾ ਨਹੀਂ ਹੋਣਾ ਕੁੜੀ ਦਾ ਦੂਜੀ ਥਾਂ, ਹੈ ਅਸੀਂ ਹੋਰ ਕਿੱਥੇ ਤੋਰਾਂਗੇ, ਤਾਂ ਸਾਡੇ ਸਿਰ 'ਤੇ ਆ ਕੇ ਬਹਿ ਜੂਗੀ ਇਹ ਤਾਂ। ਮੈਂ ਨਹੀਂ ਚਾਹੁੰਦੀ ਵੀ ਇਹ ਸਾਡੇ ਘਰੇ ਆ ਕੇ ਬਹਿ ਗਏ, ਮੇਰੇ ਤਾਂ ਆਪਦੀ ਧੀ ਹੈਗੀ ਹੈ, ਮੈਂ ਉਹਨੂੰ ਪੜ੍ਹਾਉਣਾ ਲਿਖਾਉਣਾ, ਠੀਕ ਹੈ ਨਾ, ਅਤੇ ਮੈਂ ਅਸੀਂ ਇਹ 'ਤੇ ਪੈਸਾ ਨਹੀਂ ਲਾ ਸਕਦੇ, ਆਪਦਾ ਜਿੱਥੇ ਹੈਗੀ ਹੈ ਉੱਥੇ ਬਸੇ ਹੁਣ ਇਹ, ਅਤੇ ਆਪਾਂ ਉਹਨਾਂ ਨਾਲ ਗੱਲ ਕਰਕੇ ਆਉਂਦੇ ਹਾਂ ਟਕਾ ਨਾਲ ਦੋਨੇ ਜਣੇ ਜਾ ਕੇ ਵੀ ਭਾਈ ਅਸੀਂ ਨਹੀਂ ਆਏ ਕੁੜੀ ਲੈ ਕੇ ਜਾਂਦੇ ਹੈਗੇ, ਅਸੀਂ ਤੋਰੀ ਸੀ ਵਿਆਹ ਕੇ ਤੋਰੀ ਸੀ, ਠੀਕ ਹੈ। ਉਹ ਵਿਆਹ ਕੇ ਤਾਂ ਤੋਰੀ ਸੀਗੀ ਮਨਿੰਦਰਾ, ਜਦੋਂ ਵਿਚਾਰੀ ਔਖੀ ਆ ਉੱਥੇ, ਉਹ ਕਿਹਦਾ ਜੀ ਕਰਦਾ ਹੁੰਦਾ, ਮੈਂ ਬਿਨਾਂ ਗੱਲ ਤੋਂ ਤਾਂ ਕੋਈ ਕਹਿੰਦਾ ਵੀ ਨਹੀਂ ਹੁੰਦਾ, ਫਿਰ ਲਿਆ ਉਹ ਬਹਾਦੇ ਘਰੇ ਲਿਆ ਕੇ, ਤੂੰ ਐਡੀ ਕੀ ਗੱਲ ਆ, ਕੁਛ ਮਰਜ਼ੀ ਹੋਵੇ ਜਿਹੜਾ ਕੁਛ ਕਰਮਾਂ 'ਚ ਹੋਇਆ ਗਾਂਹ ਜਾਊਗੀ। ਤੂੰ ਨਾ ਬਾਲਾ ਉਹਦਾ ਪੱਖ ਜਾਣਾ ਲੈ, ਠੀਕ ਹੈ, ਜਿਹੜੀ ਗੱਲ ਤੈਨੂੰ ਮੈਂ ਕਹਿਤੀ ਵੀ ਮੇਰੇ ਨਾਲ ਚੱਲ ਅਤੇ ਆਪਾਂ ਗੱਲ ਟਕਾ ਕੇ ਆਉਣੇ ਉਹਨਾਂ ਦੀ। ਓਏ ਗੱਲ ਟਕਾਉਣ ਨੂੰ ਕਿਹੜਾ ਸਰਪੰਚਾਂ ਦਾ ਸਮਾਂ ਯਾਰ, ਮੈਂ ਤਾਂ ਕਿਰਾਇਆ ਦਾ ਰਿਸ਼ਤਾ ਗਾ, ਹੁਣ ਸਾਰੀ ਉਮਰ ਕਿੱਥੋਂ ਤੁਰਿਆ ਫਿਰੂ ਨਾਲ। ਵੀ ਰਿਸ਼ਤਾ ਤਾਂ ਤੂੰ ਕਰਾਇਆ ਸੀ ਨਾ, ਵਿਚਾਲੇ ਦਾ ਤੂੰ ਹੈਗਾ ਹੀ ਨਾ ਸਾਡੇ ਦੋਨਾਂ ਪਰਿਵਾਰਾਂ ਦੇ, ਤਾਂ ਗੱਲ ਤਾਂ ਤੈਨੂੰ ਵੀ ਕਰਨੀ ਪਊਗੀ ਬਰੋਬਰ ਬਹਿ ਕੇ, ਹੁਣ ਮੈਂ ਇਕੱਲੀ ਜਾਂਦੀ ਵੀ ਨਹੀਂ ਸੋਹਣੀ ਲੱਗਦੀ ਉੱਥੇ। ਉਹ ਮੈਂ ਟਰੈਕਟਰ ਜਿਹਾ ਕੰਮ ਕਰਾਈ ਆ ਨਾ, ਤੂੰ ਟਰੈਕਟਰ ਦਾ ਕੰਮ ਬਾਈ ਬਾਅਦ 'ਚ ਕਰਾ ਲਈ, ਇਹ ਕੰਮ ਜ਼ਿਆਦਾ ਜ਼ਰੂਰੀ ਆ, ਮੈਨੂੰ ਤਾਂ ਕੱਲ੍ਹ ਦੀ ਰਾਤ ਦੀ ਨੀਂਦ ਨਹੀਂ ਆਈ, ਮੈਨੂੰ ਬਹੁਤ ਟੈਨਸ਼ਨ ਹੋਈ ਪਈ ਆ, ਤੂੰ ਚਾਲਾ ਚੱਲੀ ਆ ਆਪਾਂ ਉਹਨਾਂ ਦੇ ਘਰੇ। ਇੱਕ ਮਿੰਟ ਗੱਲ ਸੁਣ, ਕਾਲਾ ਟੱਕਰਿਆ ਸੀ ਮੈਨੂੰ ਰਾਹ 'ਚੋਂ, ਗੱਲ ਸੁਣਨ ਵਾਲੇ ਬੰਦੇ ਹੈ ਨਹੀਂ ਸੜੇ ਦੇ ਬੰਦੇ ਆ। ਕਾਲਾ ਕੌਣ? ਉਹਦਾ ਤਾਏ ਦਾ ਮੁੰਡਾ ਸੀਗਾ ਲਾਡੀ ਦੇ। ਅੱਛਾ, ਕੀ ਕਹਿੰਦਾ ਸੀ ਉਹ? ਉਹਨੂੰ ਆਹੀ ਗੱਲ ਕਹੀ ਸੀ, ਮੈਂ ਯਾਰ ਤੰਗ ਕਰਦੇ ਹੋ ਤੁਸੀਂ ਕੁੜੀ ਨੂੰ ਵੱਡਾ ਮਾੜਾ, ਲਾਡੀ ਨੂੰ ਸਮਝਾ ਮਾੜਾ ਮੋਟਾ, ਉਹ ਉਲਟਾ ਗਾਲੀ ਪੈ ਗਿਆ, ਕਹਿੰਦਾ ਯਾਰ ਤੂੰ ਐਂ ਲਿਆਤੀ ਸਾਡੀ ਕਲਹਿਣੀ ਆ, ਵਾਹ ਜਾਓ ਜਵਾਕ ਨਹੀਂ ਹੁੰਦਾ, ਮੈਂ ਯਾਰ ਇਹ ਹੁਣ ਕਿਹੜਾ ਵਿੱਚ ਬਣਿਆ ਵਾ। ਚੱਲ ਕੋਈ ਨਾ, ਫਿਰ ਆਪਾਂ ਗੱਲ ਤਾਂ ਕਰਿਆ ਅੱਗੇ, ਆਪਾਂ ਸਮਝਾ ਆਉਣੇ ਆ, ਜੇ ਗੱਲ ਕਰਾਂਗੇ ਫੇਰ ਹੀ ਕੋਈ ਗੱਲ ਨਿਬੜੂਗੀ। ਐਵੇਂ ਲੜਨਾ ਪਈ ਉੱਥੇ ਬਿਨਾਂ ਗੱਲ ਤੋਂ? ਆਰਾਮ ਨਾਲ ਬਹਿ ਕੇ ਟਕਾ ਨਾਲ ਗੱਲ ਕਰਕੇ ਆਵਾਂਗੇ, ਤੂੰ ਚੱਲ ਮੇਰੇ ਨਾਲ ਬਾਹਲੀਆਂ ਗੱਲਾਂ ਨਾ ਮਾਰ। ਉਹ ਚੱਲ ਜੇ ਨਹੀਂ ਮੰਨਦੀ ਨਾਲ ਤਾਂ ਤੇਰੇ ਮੈਂ ਚੱਲ ਵੜਦਾ, ਜੇ ਕੋਈ ਉੱਥੇ ਰੌਲਕ ਦੌਲ ਜ਼ਿਆਦਾ ਹੋ ਗਈ ਮੈਂ ਨਾਲ ਖਿੱਚੂਗਾ ਫਿਰ, ਨਾ ਕਹੀ ਕਿਉਂ ਲੈਂਦੀ ਆ ਨਾਲ ਇੱਥੇ। ਆਪਾਂ ਲੈਣ ਤਾਂ ਜਾਣੀ ਨਹੀਂ, ਆਪਾਂ ਤਾਂ ਗੱਲ ਟਕਾਉਣ ਜਾਣਾ, ਤੂੰ ਐਵੇਂ ਬਾਹਲਾ ਘਾਬਰ ਜਿਦਾ, ਉੱਥੇ ਜਾ ਕੇ ਦੇਖਾਂਗੇ ਕੀ ਬਣਦਾ, ਤੂੰ ਚੱਲ ਮੇਰੇ ਨਾਲ। ਉਹ ਯਾਰ ਨਾਲ ਤਾਂ ਮੈਂ ਚੱਲ ਵੜਦਾ, ਤੈਨੂੰ ਬਾਕੀ ਗੱਲ ਦੱਸੀ ਜਾਣਾ ਵਾਰੀ ਵਾਰੀ, ਜੇ ਲੜਾਈ ਪੜਾਈ ਹੋ ਗਈ ਉੱਥੇ ਜ਼ਿੰਮੇਵਾਰ ਤੂੰ ਆ, ਨਾਲ ਖਿੱਚੂ ਉੱਥੇ ਨੂੰ, ਮੈਂ ਤਾਂ ਬਾਹਲ ਹੀ ਜਿੱਥੇ ਚੱਲ ਚੰਗਾ, ਚੱਲ ਚੱਲੀਏ, ਗੱਲ ਤਾਂ ਕਰੀ ਉਹਨਾਂ ਨਾਲ ਇੱਕ ਵਾਰੀ ਜਾ ਕੇ। ਬਸ ਗੱਲ ਤਾਂ ਕਰੀ ਪਈ ਆ, ਦੇਖੀ ਬੈਠਾ ਮੈਂ ਸਾਰੇ ਰੰਗ ਢੰਗ। ਚੱਲ ਕੋਈ ਨਾ, ਚੱਲ ਨਾ ਮਨਿੰਦਰ ਤੁਸੀਂ ਭਾਈ ਇਕੱਲੇ ਆ ਗਏ, ਮੈਂ ਕਿਹਾ ਸੀ ਵੀ ਆਪਦੀ ਮੰਮੀ ਨੂੰ ਨਾਲ ਲੈ ਕੇ ਆਇਓ, ਨਾਲੇ ਕੁਲਦੀਪ ਨੂੰ ਨਾਲ ਲੈ ਕੇ ਆਇਓ। ਉਹ ਘਰੇ ਨਹੀਂ ਹੈਗੇ ਸੀ, ਉਹਨਾਂ ਨੂੰ ਕੰਮ ਸੀਗਾ ਜ਼ਰੂਰੀ, ਨਾਲ ਐਡੀ ਵੀ ਕੋਈ ਗੱਲ ਨਹੀਂ ਹੈਗੀ ਵੀ ਉਹਨੂੰ ਸਾਰਿਆਂ ਨੂੰ ਚੱਕ ਲਿਆ ਮੈਂ ਇੱਥੇ, ਨਾਲ ਤੁਸੀਂ ਕਿਵੇਂ ਕਹਿਤਾ ਵੀ ਇਹਨੂੰ ਲੈ ਜਾਓ, ਐਂ ਕਿਵੇਂ ਲੈ ਜਾਈਏ ਅਸੀਂ ਇਹਨੂੰ? ਨਾ ਹੋਰ ਭਾਈ ਅਸੀਂ ਕੀ ਕਹੀਏ, ਅਸੀਂ ਤਾਂ ਜਿਹੜੀ ਗੱਲ ਸੀ ਨਾ ਤੈਨੂੰ ਫੋਨ 'ਤੇ ਦੱਸਤੀ ਸਾਰੀ, ਅਤੇ ਉਹੀ ਗੱਲ ਹੋਣਾ। ਲੈ ਦੇਖ ਲੈ ਬੇਬੇ, ਕਹਿੰਦੇ ਐਡੀ ਗੱਲ ਹੈ ਨਹੀਂ ਗੀ, ਇਹ ਗੱਲ ਨੂੰ ਨਿੱਕੀ ਗੱਲ ਮੰਨਦੇ ਹਾਂ, ਉਹਦਾ ਜਵਾਕ ਨਹੀਂ ਹੁੰਦਾ, ਅਸੀਂ ਤਾਂ ਕੀ ਕਰਾਉਣਾ ਲੈ ਕੇ ਜਾਓ ਬਸ ਇਹਨੂੰ ਇੱਥੋਂ। ਫਿਰ ਸਾਨੂੰ ਕਿਹੜਾ ਪਤਾ ਸੀਗਾ ਵੀ ਇਹਦੇ ਜਵਾਕ ਨਹੀਂ ਹੋਣਾਗਾ, ਪਰ ਅਸੀਂ ਤਾਂ ਵਿਆਹ 'ਤੇ ਨਾ ਹੁਣ ਐਂ ਤੁਸੀਂ ਘਰੋਂ ਨਹੀਂ ਕੱਢ ਸਕਦੇ। ਫਿਰ ਅਸੀਂ ਕਿਵੇਂ ਰੱਖ ਲਈਏ ਇੱਥੇ ਬਾਂਝ ਨੂੰ, ਅਸੀਂ ਕੀ ਕਰਾਉਣਾ ਇਹਦੇ ਤੋਂ? ਉਹ ਬਿੱਲਿਆ ਗੱਲ ਸੁਣ, ਰੌਲਾ ਪਾਉਣ ਦਾ ਨਹੀਂ ਬੜਾ ਫਾਇਦਾ ਹੁੰਦਾ, ਐਂ ਵਿੱਚ ਕੌਣ ਬੜਿਆ ਹੁੰਦਾ ਗਾ, ਜੇ ਕੋਈ ਚੱਕਰ ਆ ਦਵਾਈ ਬੂਟੀ ਲਓ, ਕੋਈ ਡਾਕਟਰ ਤਾਂ ਨਹੀਂ ਮਰ ਗਿਆ, ਹਜ਼ਾਰਾਂ ਡਾਕਟਰ ਬੈਠੇ ਆ ਧੀਂਗ ਤੋਂ ਧੀਂਗ। ਫਿਰ ਦਵਾਈ ਬੂਟੀ ਨੂੰ ਹੁਣ ਅਸੀਂ ਉਹਦਾ ਘਰ ਖੁੰਗਰ ਕੇ ਲਾ ਦਈਏ, ਤੇ ਯਾਰ ਕਮਾਲ ਕਰਦਾ ਤੂੰ, ਜਦ ਤੈਨੂੰ ਮੈਂ ਕਿਹਾ ਸੀ ਬੰਦਿਆਂ ਨੂੰ ਵੀ ਸਾਡੇ ਘਰੇ ਨਾ ਹੀ, ਤੂੰ ਲੈਣ ਕੀ ਆਏਗਾ? ਓਏ ਘਰੇ ਤਾਂ ਚੱਲ ਮੈਂ ਆ ਗਿਆ, ਰਿਸ਼ਤਾ ਵੀ ਮੈਂ ਹੀ ਕਰਾਇਆ, ਉਹ ਤਾਂ ਪੈਰਾਂ ਥੱਲੇ ਹੱਥ ਦਿੰਦੇ ਫਿਰਦੇ ਸੀ, ਨਾ ਦਵਾਈ ਬੂਟੀ ਰਿਸ਼ਤਾ ਕਰਕੇ ਫਿਰ ਤੂੰ ਕੀ ਕਰਦਾ, ਬਾਂਝ ਮੱਥੇ ਮਾਰੀ ਯਾਰ, ਨਹੀਂ ਨਹੀਂ ਦਵਾਈ ਬੂਟੀ ਡੇਰੇ ਵਾਲਾ ਬਾਬਾ ਦਵਾ ਉਹਨੂੰ ਕਹਿ ਦਿੰਦੇ ਆ, ਦਵਾ ਬੰਦਿਆਂ ਨੂੰ ਬੱਡਿਆਂ ਨੂੰ ਲੈ ਕੇ ਆਉਂਦਾ ਯਾਰ, ਲੈ ਕੇ ਆਉਣਾ। ਤੂੰ ਚੁੱਪ ਕਰ ਭਾਈ, ਮੈਂ ਆਪੇ ਗੱਲ ਕਰ, ਗੱਲ ਭਾਈ ਕਰਨ ਵਾਲੀ ਕਰੋ, ਉਹ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ, ਤੂੰ ਕਰਾਤਾ, ਚੱਲ ਸਾਡੇ ਰਿਸ਼ਤਾ ਹੋ ਗਿਆ। ਹੁਣ ਗੱਲ ਤਾਂ ਇਹ ਹੈ ਵੀ ਸਾਡੇ ਘਰੇ ਆ ਕਲੇਸ਼ ਦੋਨਾਂ ਜਣਿਆਂ 'ਚ, ਜੇ ਸਵੇਰ ਨੂੰ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੈ?
ਮੈਦਾ ਜੁੱਬੇਵਾਰ ਹੈ ਨਹੀਂ ਭਾਈ, ਤੁਸੀਂ ਹੈਗੇ ਉਹਦਾ ਛੱਡ ਜਾਓ ਕੁੜੀ ਨੂੰ। ਮੈਂ ਤਾਂ ਹੀ ਫੋਨ ਕੀਤਾ ਸੀਗਾ ਵੀ ਤੁਸੀਂ ਆਪਦੇ ਮਾਂ ਪਿਓ ਨੂੰ ਨਾਲ ਲੈ ਕੇ ਆਓ, ਉਹਨਾਂ ਨਾਲ ਗੱਲ ਕਰਾਂਗੇ ਅਸੀਂ ਤੇ ਆਪਦਾ ਇਹਨੂੰ ਲੈ ਕੇ ਜਾਓ। ਇੱਥੋਂ ਅਸੀਂ ਅੱਜ ਰੱਖਣੀ ਨਹੀਂ, ਮੈਂ ਤੁਹਾਨੂੰ ਦੱਸਤੀ ਗੱਲ ਇਹ। ਉਹ ਮੇਰੇ ਨਾਲ ਹੀ ਕਰ ਲੈ ਗੱਲ, ਕਿਹੜੀ ਕਰਨੀ ਆ? ਮਾਂ ਦਾ ਕਰਨੀ ਗੱਲ ਯਾਰ, ਜਿਹੜੀ ਗੱਲ ਲੈ ਕੇ ਨੂੰ ਚੱਕ ਕੇ ਤੇ ਸਮਾਰਾ ਦਾ ਪੈਕ ਕੀਤਾ ਪਿਆ। ਲੜੋ ਨਾ ਮਾਸੀ, ਤੂੰ ਵੀ ਸਿਆਣੀ ਆ ਦੇਖ, ਐ ਤਾਂ ਹਜ਼ਾਰਾਂ ਕੁੜੀਆਂ ਦੇ ਜਵਾਕ ਨਹੀਂ ਹੁੰਦੇ, ਉਹਨਾਂ ਨੂੰ ਘਰੋਂ ਤਾਂ ਨਹੀਂ ਕੱਢਿਆ ਜਾਂਦਾ, ਐ ਕਿਵੇਂ ਘਰੋਂ ਕੱਢ ਦੋਗੇ ਵਿਆਹ ਕੇ ਲੈ ਕੇ ਆਏ ਹੋ? ਜਦੋਂ ਭਾਈ ਸਾਡੇ ਘਰੇ, ਮੈਂ ਤੈਨੂੰ ਆਖੀ ਆ ਨਹੀਂ ਆ, ਕਲੇਸ਼ ਹੈ ਜੇ ਕੁਛ ਹੋ ਗਿਆ। ਕਲੇਸ਼ ਮਾਸੀ ਨਾ ਪਾਓ, ਕਿਉਂ ਪਾਉਣੇ ਹੋ ਕਲੇਸ਼ ਫਿਰ ਤੁਸੀਂ? ਨਾ ਕਲੇਸ਼ ਤਾਂ ਫਿਰ ਇਹੀ ਵਜ੍ਹਾ ਭਾਈ ਵੀ ਜਵਾਕ ਦੀ, ਜਦੋਂ ਸਾਡੀ ਨਿਆਂ ਉਜਾੜ ਨਹੀਂ ਲੱਗਦੀ ਉੱਤੋਂ ਸਾਡੇ ਘਰੇ ਕਲੇਸ਼, ਤੇ ਫਿਰ ਅਸੀਂ ਕੀ ਕਰੀਏ? ਉਹਨੂੰ ਬੰਦਿਆਂ ਨੂੰ ਡਾਕਟਰ ਨੇ ਜਵਾਬ ਦਿੱਤਾ ਵੀ ਇਹਦਾ ਜਵਾਬ ਹੁੰਦਾ ਨਹੀਂ, ਇਹਦਾ ਕੀ ਮਤਲਬ ਆਉਂਦਾ? ਲਾਉਂਦੀਆਂ ਉਂਗਲ ਬੇਬੇ ਨੂੰ, ਕਦੇ ਬਾਬੇ ਲੈ ਜਾਂਦੀ ਆ, ਕਦੇ ਕਿਤੇ ਲੈ ਜਾਂਦਾ, ਇਹਦਾ ਕੀ ਮਤਲਬ ਆਉਂਦਾ ਘਰੋਂ ਬਾਹਰ ਨਿਕਲਦਾ ਬਿਨਾਂ ਪੁੱਛੇ? ਤੇ ਬੇਬੇ ਭਾਈ ਨਾ ਜਾਵੇ ਤੇਰੀ ਨਾਲ, ਨਾ ਜਾਵੇ ਨਾ, ਜਦੋਂ ਹਟਦੀ ਨਹੀਂ ਹੋ ਤੂੰ ਮੈਨੂੰ। ਓਏ ਗੱਲ ਸੁਣੋ, ਜੱਪਲਾ ਜਾਂ ਬਾਬੇ ਕੋਲੇ ਜਾਂਦੇ ਹੋ, ਤੁਸੀਂ ਜਾਂਦੇ ਹੋ ਆਪਦੇ ਫਾਇਦੇ ਨੂੰ ਜਾਂਦੇ ਹੋ, ਜਵਾਕ ਨਹੀਂ ਹੁੰਦਾ, ਅੱਜ ਨਹੀਂ ਹੁੰਦਾ, ਕੱਲ ਨੂੰ ਹੋ ਜੂ ਕੋਈ ਗੱਲ ਨਹੀਂ, ਜਵਾਕ ਦੀ ਨਹੀਂ ਬੜੀ ਵੱਡੀ ਗੱਲ ਹੁੰਦੀ ਹੁੰਦੀ, ਮਾੜਾ ਜਿਹਾ ਤੀਰਥਾਂ ਤੇ ਜਾ ਕੇ ਮੱਥਾ ਟੇਕੋ। ਲੈ ਜਾਓ ਤੀਰਥਾਂ ਤੇ ਨਾਲੇ, ਨਾ ਜਾਂਦੀ ਤਾਂ ਇਹ ਅੰਧ ਵਿਸ਼ਵਾਸ ਵਾਲੇ ਥਾਵਾਂ ਦੇ ਆ। ਮੇਰੀ ਗੱਲ ਸੁਣ ਲਓ, ਅੱਜ ਨੂੰ ਬੰਦਿਆਂ ਵਾਂਗੂ ਲੈ ਜਾਓ ਇੱਥੋਂ, ਨਹੀਂ ਮਰ ਜੂਗੀ ਮੇਰੇ ਹੱਥੋਂ। ਐਂ ਕਿਵੇਂ ਮਾਰ ਦੇਗਾ ਤੂੰ ਕੁੜੀ ਨੂੰ ਹੱਥ ਲਾ, ਤੂੰ ਸਾਡੇ ਬੈਠਿਆਂ ਤੋਂ ਨਹੀਂ ਹਟਦਾ, ਮਗਰੋਂ ਕੀ ਪਤਾ ਕੀ ਕਰਦਾ ਹੋਊਗਾ। ਨਾ ਤੁਸੀਂ ਇੱਥੇ ਆ ਕੇ ਆਰਾਮ ਨਾਲ ਮੂੰਹ ਚੱਕ ਕੇ ਹੈ, 2 ਸਾਲ ਹੋ ਗਏ ਇਹਨੂੰ ਵਿਆਹੀ ਨੂੰ, ਇੱਥੇ ਕਮਾਲ ਹੋ ਗਈ ਹੈ, ਤੁਸੀਂ ਆ ਕੇ ਪੁੱਛਿਆ ਵੀ ਨਹੀਂ ਭਾਈ, ਥੋੜਾ ਤਮੀਜ਼ ਰਹਿ ਕੇ ਗੱਲ ਕਰਨਾ। ਓਏ ਐਂ ਨਹੀਂ ਪਤਾ, ਮੜਾ ਜਿਹਾ ਹਿਸਾਬ ਨਾਲ ਕਰਨਾ ਆ, ਐਵੇਂ ਸਿਰ ਤੇ ਨਾ ਚੜ ਸਾਡੇ। ਮਾਸੀ ਮੇਰੀ ਗੱਲ ਸੁਣ, ਜੇ ਤੇਰੇ ਕੁੜੀ ਹੁੰਦੀ ਹੈ, ਕੱਲ ਨੂੰ ਉਹਦੇ ਨਾਲ ਜਵਾਕ ਹੁੰਦਾ ਤੇ ਉਹਨੂੰ ਐ ਕੁਝ ਛੱਡ ਜਾਂਦਾ, ਤੈਨੂੰ ਦੁੱਖ ਨਾ ਹੁੰਦਾ? ਤੀ ਐ ਨਹੀਂ ਬਿਠਾਈਆਂ ਜਾਂਦੀਆਂ ਘਰੇ? ਨਾ ਤੂੰ ਗਾਹਾਂ ਤੇ ਕਰਨਾ ਜਾ, ਪਹਿਲੀ ਗੱਲ ਤੇਰਾ ਗੱਲ ਕਰਨ ਦਾ ਕੰਮ ਨਹੀਂ ਗਾ, ਇੱਥੇ ਆਪਦੀ ਸੱਸ ਨੂੰ ਭੇਜਦੀ, ਕੁਲਦੀਪ ਨੂੰ ਭੇਜਦੀ, ਗੱਲ ਕਰਨਾ ਕਿਉਂ ਨਹੀਂ ਹੈਗਾ? ਜੇ ਤੁਸੀਂ ਸਾਡੀ ਕੁੜੀ ਨੂੰ ਤੁੰਨਦੇ ਹੋ ਹੈ, ਮਾਰਦੇ ਕੁੱਟਦੇ ਹੋ, ਅਸੀਂ ਗੱਲ ਵੀ ਨਹੀਂ ਕਰ ਸਕਦੇ। ਆਹੋ ਅੱਜ ਤੁਹਾਡੀ ਕੁੜੀ ਹੋ ਗਈ, 2 ਸਾਲ ਪਹਿਲਾਂ ਦੀ ਕੁੜੀ ਕਿੱਥੇ ਸੀਗੀ? ਤੁਸੀਂ ਤਾਂ ਫੋਨ ਵੀ ਨਹੀਂ ਕਰਿਆ, ਕਿੱਥੇ ਸੀ 2 ਸਾਲ? ਹੁਣ ਅਸੀਂ ਆ ਗਏ ਹਾਂ ਤੁਹਾਡੇ ਫੋਨ ਕਹੇ ਤੋਂ, ਹੁਣ ਗੱਲ ਕਰੋ ਜਿਹੜੀ ਨਿਬੜਦੀ ਆ। ਬਸ ਹੁਣ ਤਾਂ ਗੱਲ ਇਹੀ ਹੈ, ਟਕਾਈ ਨਾਲ ਗੱਲ ਕਰਾਂ, ਐ ਰੌਲਾ ਪਾ ਕੇ ਨਹੀਂ ਵੱਡਾ ਬੰਦਾ, ਦਵਾਈ ਤੈਨੂੰ ਨਾ ਲੈਣੀ ਪੈ ਜੇ ਕਿਤੇ। ਮੈਂ ਤੈਨੂੰ ਇਹ ਕਹਿਣਾ, ਉਹਦੇ ਵੀ ਕਿਹਾ ਸੀਗਾ ਵੀ ਗੱਲ ਜਿਹੜੀ ਬਣੀ ਪਈ ਹੈ ਕਿ ਮੈਨੂੰ ਭਜਾਉਂਗਾ ਤੇ ਅੱਜ ਵੀ ਭਜਾਉਂਗਾ, ਇਹਨੂੰ ਲੈ ਕੇ ਜਾਣਾ, ਲੈ ਜਾਓ, ਮੈਨੂੰ ਦੱਸ ਗੱਲ। ਮੇਰੀ ਗੱਲ ਸੁਣੋ ਭਾਈ, ਇਹ ਦੋਨੇ ਠੀਕ ਕਹਿੰਦੇ, ਮਾਂ ਪੁੱਤ ਤੁਸੀਂ ਆਪਦੀ ਕੁੜੀ ਨੂੰ ਲੈ ਜਾਓ, ਕੀ ਫਾਇਦਾ ਇੱਥੇ ਰੱਖੀਦਾ? ਐ ਕਰਦੇ ਆ ਫਿਰ, ਅਸੀਂ ਕੁੜੀ ਨੂੰ ਲੈ ਜਾਂਦੇ ਆ, ਸੁਣਾਇਆ ਪਤਾ ਧਾਰਾ ਕਿਹੜੀ ਲੱਗਦੀ ਆ, ਚੱਲ ਲੱਗੀ ਜਾਵੇ ਕੋਈ ਨਹੀਂ, ਦੇਖ ਲਾਂਗੇ ਅਸੀਂ, ਜਵਾਬ ਹੀ ਨਹੀਂ ਹੁੰਦਾ ਕੀ ਕਰਾਉਣਾ ਅਸੀਂ। ਇਹ ਭਾਈ ਜੇ ਇੱਥੇ ਵੱਢ ਕੇ ਮਰ ਗਏ, ਧਾਰਾ ਤਾਂ ਸਾਡੇ ਤੇ ਫੇਰ ਵੀ ਲੱਗੂ, ਜੇਲਾਂ ਦਾ ਅਸੀਂ ਫੇਰ ਵੀ ਦੇਖਾਂਗੇ। ਮਾਸੀ ਕੁਛ ਮਰਜ਼ੀ ਕਰੋ, ਵੱਢੋ ਮਰੋ, ਪਰ ਹੁਣ ਤਾਂ ਵਿਆਹ ਤੀ ਰਹੂਗੀ ਇੱਥੇ, ਅਸੀਂ ਤਾਂ ਭਾਈ ਰੱਖਦੇ ਨਹੀਂ, ਸਿੱਧੀ ਗੱਲ ਆ, ਲੈ ਜਾਓ ਆਪਦੀ ਨਹੀਂ ਰੱਖਦੇ, ਜਰਾ 494 ਲੱਗੂਗੀ ਧਾਰਾ, ਸਾਰੇ ਵਿੱਚ ਰਾਈ ਰਾਈ ਦਾ ਹਿਸਾਬ ਦਿਓ, ਇੱਥੇ ਅੱਧਾ ਆਊਗਾ ਲੈ ਜਾਂਦੇ ਆ, ਕੋਈ ਗੱਲ ਨਹੀਂ, ਅੱਧਾ ਆਊਗਾ ਕਾਹਦਾ, ਅੱਧ ਦੇ ਦੀਏ, ਕੋਈ ਜਵਾਕ ਨਹੀਂ ਚੱਲਣੀ, ਕਾਹਦੇ ਸਿਰ ਤੇ ਅੱਧ ਦੇ ਦੀਏ, ਜਵਾਕ ਜੱਲੇ ਦੇ ਸਿਰ ਤੇ ਨਹੀਂ ਹੁੰਦਾ ਇਹ, ਆਪਦਾ ਹਿੱਸਾ ਲੈ ਕੇ ਜਾਊਗਾ, ਇੱਥੇ ਖੜੀ ਜਾਂਦਾ ਨਾ ਵਿਆਹੀ ਆ, ਨਾ ਹਿੱਸਾ ਇਹਦਾ ਕਾਹਦਾ ਹੋ ਗਿਆ, ਲੈ ਵੇਖ ਲਾ ਇਹਨੂੰ ਕਿਹਦੇ ਆ, ਇਹਨਾਂ ਨੇ ਤੁਸੀਂ ਦਿੱਤਾ ਕੀ ਹੈ ਭਾਈ, ਤੁਸੀਂ ਮੰਗ ਲੈਂਦੇ, ਇਹਨਾਂ ਨੇ ਤਾਂ ਮੰਗੇ ਨਹੀਂ, ਉਹ ਤਾਂ ਇਹਨਾਂ ਦੇ, ਅਸੀਂ ਆਪ ਗੱਲ ਕਰਾਂਗੇ ਵੀ ਵਿਚੋਲੇ ਨੇ ਝੂਠ ਤਫਾਨ ਬੋਲ ਕੇ ਸਾਰਾ ਕੋਈ ਰਿਸ਼ਤਾ ਕਰਾਇਆ, ਦੇ ਗੱਲ ਸੁਣ, ਸਾਰੀ ਤੈਨੂੰ ਮੈਂ ਗੱਲ ਦੱਸਤੀ, ਵੇ ਮੁੰਡਿਆ ਗੱਲ ਸੁਣ, ਦੇਖ ਲੈ ਭੈਣੇ ਇਹ ਹਿੱਸਾ ਲੈਣ ਦੀ ਮਾਰੀ ਆਪ ਆਈ ਆ, ਹੁਣ ਵੀ ਨੰਦ ਨੂੰ ਲਿਆਉਂਗੀ, ਅੱਧ ਵਟਾ ਕੇ ਲਿਆਉਂਗੀ, ਇੱਥੇ ਕੋਈ ਆਈ ਆ, ਸਾਨੂੰ ਹਿੱਸੇ ਦੀ ਸਾਡੀ ਕੁੜੀ ਰੱਖ ਲਓ, ਇੰਨਾ ਹੀ ਬਹੁਤ ਆ, ਹੁਣ ਤਾਂ ਕਹੀ ਆ ਵੀ ਹਿੱਸਾ ਲਵਾਂਗੇ, ਤੁਸੀਂ ਕਰੋ ਪੱਟੂ ਤੇ ਹਿੱਸਾ ਲਵਾਂਗੀ, ਉਹਦਾ ਜਦੋਂ ਗੱਲ ਹੀ ਇਹੀ ਕਰਦੇ ਹੋ ਤੁਸੀਂ, ਫਿਰ ਯਾਰ ਹਿੱਸਾ ਤਾਂ ਲੈਣ ਦੇਣਾ ਹੀ ਪਊ, ਪਰ ਕੋਈ ਨਹੀਂ ਸੁਣਿਆ ਜਾਂਦੇ, ਮੈਂ ਤੁਹਾਨੂੰ ਗੱਲ ਦੱਸਦੀ ਬੰਦਿਆਂ ਨੂੰ, ਇਹ ਗੱਲਾਂ ਸਾਰੀਆਂ ਤਾਂ ਇਹਦੇ ਪੈਰੋਂ ਵਿਗੜੀਆਂ ਨੇ, ਠੀਕ ਆ, ਉਹਨਾਂ ਤਾਂ ਇਹਨੇ ਰੱਖਿਆ ਉਹ ਗੱਲਾਂ ਤੇ ਸਾਰਾ, ਗੱਲ ਤਾਂ ਉਹੀ ਹੈ, ਉਹਦਾ ਮਿੱਠੀ ਬੰਦੀ ਸੀਗੀ, ਕਰਾ ਦੇ ਰਿਸ਼ਤਾ, ਕਰਾ ਦੇ ਰਿਸ਼ਤਾ, ਉਹ ਚੱਲ ਸ਼ਾਬਾਸ਼, ਤੁਹਾਡੇ ਤੁਹਾਡਾ ਘਰ ਬੰਦ ਤਾਂ ਅਸੀਂ ਫਿੱਟੇ ਲਾਣ ਪਏ, ਘਰ ਬੰਦ ਤਾਂ ਘਰ ਬੰਦਣਾ ਹੀ ਗੱਲ ਹੀ ਨਹੀਂ ਕੀਤੀ ਕੋਈ, ਅਸੀਂ ਮੁੰਡੇ ਨੂੰ ਸਾਡੇ ਨੂੰ, ਤੇ ਫਿਰ ਕਰਾਇਆ ਕਿਉਂ ਨਹੀਂ ਕਰਾ ਲੈਂਦੇ, ਉਹ ਤਾਂ ਮੈਨੂੰ ਤਾਂ ਨਹੀਂ, ਸੰਯੋਗ ਤਾਂ ਇਹਦੇ ਨਾਲ ਜੁੜੇ ਸੀ, ਉਹ ਕਿਹੜੇ ਸੰਯੋਗ ਜੁੜੇ ਸੀ, ਆ ਲੈ ਲਾ ਸੰਯੋਗਾਂ, ਉਹ ਭਾਈ ਬਾਲਾ ਹੁਣ ਵਧਾ ਚੜਾ ਕੇ ਗੱਲ ਨਾ ਕਰੋ, ਖੜ ਜਾ ਇੱਕ ਮਿੰਟ, ਇਹਨੂੰ ਕੋਈ ਕੱਟੀ ਦਾ ਸੰਗਲ ਤਾਂ ਫੜਾਉਂਦਾ ਨਹੀਂ, ਇਹਨੂੰ ਕਿਹੜਾ ਸੰਗਲ ਤਾਂ ਫੜਾਉਂਦਾ, ਸਾਡੇ ਕੀ ਨਹੀਂ, ਸਾਡੇ ਕੋਲ ਜਮਾ ਨਾ ਹੋਵੇ ਰਿਸ਼ਤਾ, ਤੁਸੀਂ ਸਾਡੇ ਗਾਹਾਂ ਜਾ ਕੇ ਕੀ ਲੈਣਾ, ਨਾ ਫੜਾ ਕੋਈ ਕੱਟੀਆ ਸੰਗਲ, ਮੈਂ ਤਾਂ ਆਹੀ ਰਹੂਗਾ, ਇਹਨੂੰ ਲੈ ਜਾ ਭਜਾ ਕੇ ਆਪਦਾ ਬੰਨ, ਮੈਂ ਤੁਹਾਨੂੰ ਦੱਸਦੀ ਗੱਲ ਨਾ ਵਧੀ, ਫਿਰ ਕਰਨਾ ਕੀ ਹੈ, ਤੁਸੀਂ ਦੇਖ ਲੈ ਕੇਸਾਂ ਕੂਸਾਂ ਨਾਲ ਅੱਗੇ, ਕਿਹੜਾ ਕੇਸ ਪੈਂਦੇ ਨੇਗੇ, ਲੋਕਾਂ ਦੀ ਪੈਂਦੇ ਹੈਗੇ, ਕੁਛ ਨਹੀਂ ਦੇਖ ਸਕਦਾ ਕੇਸ ਕੂਸ, ਤੂੰ ਇੱਥੇ ਧਰਦੇ ਰਾਈ ਰਾਈ ਦਾ ਹਿਸਾਬ ਧਰਦੇ ਦਾ, ਅੱਧਾ ਜਿਹੜਾ
ਮਾਸੀ ਲੈ ਜਾਣਾ ਕੋਈ ਗੱਲ ਨਹੀਂ ਕਰਦੇ ਤੈਨੂੰ ਮੈਂ ਹਾਂ ਮਾਸੀ ਛੋਡੇ ਵਾਲੀ ਤਾਂ ਮਾਸੀ ਦੀ ਕਾਹਦੀ ਗੱਲ ਬੋਲਦਾ ਸੀ ਬੋਲਣ ਜੋ ਕੀ ਹੈ ਹੀ ਨਹੀਂਗੀ ਬੋਲ ਕੇ ਦਿਖਾਏ ਤੇ ਗੱਲ ਕਰ ਉਹਨੇ ਤੇ ਬੰਦਿਆਂ ਨੂੰ ਉਹ ਮੜੀ ਨਾ ਹਿਸਾਬ ਨਾਲ ਗੱਲ ਕਰ ਮੈਥੋਂ ਨਾ ਜੁੰਡੇ ਪਟਾਲੀ ਬਾਕੀ ਤੈਨੂੰ ਐ ਨਹੀਂ ਪਤਾ ਲੱਗਦਾ ਪਿੰਡ ਦਾ ਬੰਦਾ ਮੈਂ ਉਹ ਤਾਂ ਪੈਰਾਂ ਥੱਲੇ ਹੱਥ ਦੇ ਜਾਂਦਾ ਹੀ ਸਾਰਾ ਟੱਬਰ ਅੱਜ ਤੂੰ ਵੱਡਾ ਹੋ ਗਿਆ ਵਿਆਹ ਵਾਲਾ ਨਾ ਗੱਲ ਕੀ ਕਰਾਂ ਮੈਨੂੰ ਦੱਸ ਤੂੰ ਦੱਸ ਕੀ ਨਵੇੜਾ ਕਰਕੇ ਮੈਂ ਤੈਨੂੰ ਨਵੇੜਾ ਕਰਨ ਨੂੰ ਸੱਦਿਆ ਕਰਕੇ ਜਾਊਗੀ ਨਵੇੜਾ ਸਾਡਾ ਹੁਣ ਦੱਸੋ ਕੀ ਕਰੋਗੇ ਨਵੇੜਾ ਤਾਂ ਆਪਦੇ ਘਰੇ ਵਸਾ ਇਹਨੂੰ ਹੁਣ ਤੂੰ ਬੰਦਾ ਹੈਗਾ ਦਵਾਈ ਬੂਟੀ ਲਓ ਕੋਈ ਆਪਦੀ ਹੋਰ ਕੀ ਬੇ ਭਾਈ ਬਥੇਰੀਆਂ ਦਵਾਈਆਂ ਦਵਾਤੀਆਂ ਸਾਡਾ ਤਾਂ ਘਰ ਮੂਧਾ ਹੋ ਗਿਆ ਕਰਜ਼ਾ ਚੜ ਗਿਆ ਸਾਡੇ ਸਿਰ ਸੋਨੂੰ ਕੀ ਪਤਾ ਤੂੰ ਤਾਂ ਪਵਾ ਕੇ ਛਾਪ ਆਪਦੇ ਘਰੇ ਬਹਿ ਗਿਆ ਤੇ ਇਹਨੇ ਵਿਆਹ ਕੇ ਤੋਰਤੀ ਨੰਦ ਸਿਰੋਂ ਭਾਰ ਲਾ ਤਾ ਸਾਡੀ ਤਾਂ ਬੁਰੀ ਹਾਲਤ ਹੈ ਮੰਗਣ ਵਾਲੇ ਬਾਹਰ ਚ ਖੜਦੇ ਆ ਇੰਨੀਆਂ ਦਵਾਈਆਂ ਦਵਾਈਆਂ ਨੇ ਫਿਰ ਮਾਸੀ ਦਵਾਈਆਂ ਤਾਂ ਹੁਣ ਦਵਾਉਂਗੀ ਹੋਰ ਬਾਹਰਲਾ ਕੋਈ ਆ ਕੇ ਦਵਾਉਗਾ ਤੁਸੀਂ ਗੱਲਾਂ ਕਿਹੋ ਜਿਹੀਆਂ ਕਰੀ ਜਾਂਦੇ ਹੋ ਗੱਲਾਂ ਤਾਂ ਭਾਈ ਅਸੀਂ ਐਂ ਕਰਦੇ ਹਾਂ ਚੁੱਪ ਕਰਕੇ ਆਪਦੀ ਧੀ ਨੂੰ ਲੈ ਜਾਓ ਰਹੀ ਗੱਲ ਤੁਸੀਂ ਕਹਿੰਦੇ ਹੋ ਹਿੱਸਾ ਲੈਣਾ ਚੱਲ ਉਹ ਤਾਂ ਵੀ ਮੈਂ ਰਾਜ਼ੀ ਹਾਂ ਤੂੰ ਨਾ ਬੋਲੀ ਲਾਡੀ ਇਸ ਗੱਲ ਦੇ ਵਿੱਚ ਜਿਹੜੀ ਕੋਈ ਨਗਰ ਦੇ ਮੈਂਬਰ ਸਰਪੰਚ ਹੈ ਨਾ ਉਹ ਇਹ ਗੱਲ ਸਿਰੇ ਲਾਉਂਦੇ ਹੁੰਦੇ ਆ ਤੇ ਮੈਂ ਆਪਦੇ ਭੈਣ ਭਰਾਵਾਂ ਨਾਲ ਵੀ ਰਾਏ ਕਰੂੰਗੀ ਜਿਹੜਾ ਤੁਹਾਡਾ ਹੱਕ ਬਣਦਾ ਹੋਇਆ ਦੇ ਦਿਆਂਗੇ ਪਰ ਆਪਦੀ ਕੁੜੀ ਨੂੰ ਲੈ ਕੇ ਤੇ ਡੰਡੀ ਰਗੜੋ ਮਾਸੀ ਮੇਰੀ ਗੱਲ ਸੁਣ ਜਿੱਦੇ ਤੂੰ ਆਪਦੇ ਰਿਸ਼ਤੇਦਾਰਾਂ ਨਾਲ ਗੱਲ ਕਰ ਲਈ ਜਿੱਦੇ ਰਿਸ਼ਤੇਦਾਰ ਬੁਲਾਏਗੀ ਅਸੀਂ ਵੀ ਆਪਦੇ ਰਿਸ਼ਤੇਦਾਰ ਲੈ ਕੇ ਆਵਾਂਗੇ ਉਹਦੇ ਅਸੀਂ ਕੁੜੀ ਨੂੰ ਲੈ ਕੇ ਜਾਵਾਂਗੇ ਉਹਨਾਂ ਟਾਈਮ ਅਸੀਂ ਕੁੜੀ ਨੂੰ ਲੈ ਕੇ ਨਹੀਂ ਜਾਂਦੇ ਨਾ ਭਾਈ ਕੁੜੀ ਤਾਂ ਤੁਹਾਨੂੰ ਅੱਜ ਹੀ ਲਿਜਾਣੀ ਪਊ ਜੇ ਆਥਣ ਨੂੰ ਸਾਡੇ ਘਰੇ ਰੰਦ ਪੈ ਗਿਆ ਕੌਣ ਜ਼ਿੰਮੇਵਾਰ ਹੈ ਕੋਈ ਮਰਜ਼ੀ ਜ਼ਿੰਮੇਵਾਰ ਤੁਸੀਂ ਹੋਵੋਗੇ ਤੁਸੀਂ ਹੋਵੋਗੇ ਜ਼ਿੰਮੇਵਾਰ ਮੈਂ ਤੁਹਾਨੂੰ ਕਹੀ ਨਾ ਲੈ ਜਾਓ ਬੰਦਿਆਂ ਨੂੰ ਤੁਸੀਂ ਲੈ ਕੇ ਨਹੀਂ ਜਾਂਦੇ ਯਾਰ ਰੰਦ ਤਾਂ ਕਰ ਕਰ ਹੀ ਆ ਆਰਾਮਦਾਰੀ ਨਾਲ ਗੱਲ ਕਰ ਐਵੇਂ ਕੰਦੀ ਕੋਤੀ ਗੱਲ ਚੜਾਉਣ ਦਾ ਫਾਇਦਾ ਨਹੀਂ ਹੁੰਦਾ ਠੀਕ ਹੈ ਨਾ ਦੂਜੀ ਰਹੀ ਗੱਲ ਹਰਪ੍ਰੀਤ ਗੱਲ ਸੁਣ ਲੈ ਮੇਰੀ ਤੂੰ ਜਿਹਨਾਂ ਨੇ ਜਮਾ ਤੈਨੂੰ ਤੰਗ ਪਰੇਸ਼ਾਨ ਕੀਤਾ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਸੱਦ ਲਈ ਮੈਂ ਨਾਲ ਦੀ ਨਾਲ ਆਊਂਗਾ ਦੇਣਾ ਮੈਂ ਕੀ ਕਰਦੇ ਆਏ ਆਹੋ ਸੱਦ ਲਈ ਇਹਨੂੰ ਅੱਗੇ ਤਾਂ ਇਹ ਰੋਜ਼ ਬਾਤ ਪੁੱਛਦੇ ਸੀ ਤੇਰੀ ਹਾਂ ਉਹ ਗੱਲ ਤਾਂ ਠੀਕ ਕਹਿੰਦਾ ਭਾਈ ਮੁੰਡਾ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਕਦੇ ਤੂੰ ਆ ਕੇ ਨਹੀਂ ਖੜੀ ਮਾਸੀ ਪੌਂਦੀ ਨਹੀਂ ਆ ਕੇ ਖੜੇ ਇਹਦੇ ਵੱਲੋਂ ਕੋਈ ਪਰੇਸ਼ਾਨੀ ਨਹੀਂ ਹੈਗੀ ਨਾ ਕਦੇ ਕੰਮ ਤੋਂ ਦੱਸ ਤੂੰ ਕੁਛ ਕਿਹਾ ਜਾਂ ਤੁਹਾਨੂੰ ਮੂਹਰੇ ਬੋਲੀ ਹੋਵੇ ਤਾਂ ਕਹੋ ਉਹ ਤੁਹਾਨੂੰ ਕੋਈ ਚੜੀ ਲੱਥੀ ਦੀ ਨਹੀਂ ਪਿੰਡ 'ਚ ਲੋਕਾਂ ਨੇ ਸਾਨੂੰ ਕਿੰਨੇ ਲਾਂਭੇ ਦਿੱਤੇ ਆ ਵੀ ਤੁਹਾਡਾ ਕੋਈ ਆ ਕੇ ਨਹੀਂ ਖੜਦਾ ਸੌ ਗੱਲਾਂ ਸੁਣਨੀਆਂ ਪੈਂਦੀਆਂ ਨੇ ਹੁਣ ਨਾ ਬਾਹਲੀਆਂ ਗੱਲਾਂ ਨਾ ਕਰੋ ਠੀਕ ਹੈ ਨਾ ਅਸੀਂ ਕੁੜੀ ਨੂੰ ਲੈ ਕੇ ਨਹੀਂ ਜਾਂਦੇ ਵਸਾਉਣੀ ਤਾਂ ਇੱਥੇ ਹੀ ਪਊਗੀ ਤੁਹਾਨੂੰ ਚੱਲ ਠੀਕ ਹੈ ਇਹਨਾਂ ਨੂੰ ਜਾਣ ਦੇ ਤੇ ਕੁੜੀ ਰੱਖ ਲੈ ਤੂੰ ਫਿਰ ਕਰਾਂਗੇ ਚਾਰ ਬੰਦਿਆਂ 'ਚ ਗੱਲ ਚੱਲ ਆਪਦੀ ਗੱਲਬਾਤ ਕਰ ਲਿਓ ਜਾ ਕੇ ਤੇ ਸਾਡੇ ਨਾਲ ਛੇਤੀ ਨਿਬੇੜਿਓ ਸਾਡੇ ਆਖੇ ਤੋਂ ਵੀ ਨੀ ਤੈਨੂੰ ਲੈ ਕੇ ਗਏ ਲੀਡਰ ਨੀ ਬਣੀ ਫਿਰਦੀ ਆ ਚੱਲ ਕੋਈ ਨਾ ਮੇਰੀ ਗੱਲ ਸੁਣ ਵਲ ਤੂੰ ਜੇ ਚਾਰ ਬੰਦੇ ਇਕੱਠੇ ਕਰਕੇ ਨਾ ਜੇ ਕੋਈ ਬਣਦਾ ਹੋਇਆ ਮਾੜਾ ਮੋਟਾ ਉਹ ਦੇ ਕੇ ਚੱਲ ਭਾਈ ਇਹਦਾ ਉਹ ਕਰ ਲਿਓ ਤਲਾਕ ਲੈ ਲਿਓ ਲੋੜ ਹੀ ਨੀ ਖੈੜਾ ਛੁੱਟ ਜੇ ਭੈਣੇ ਤਾਂ ਇਹ ਕਹਿੰਦੇ ਆ ਖੈੜਾ ਛੁੱਟ ਜੇ ਰੰਦ ਕਲੇਸ਼ ਤੋਂ ਸਾਡਾ ਕਿੱਥੋਂ ਸਿਆਪਾ ਖੜਾ ਕੀਤਾ ਵਧੀਆ ਹੁਣ ਤਾਂ ਖੜਾ ਛੁੱਟਦਾ ਉਹੀ ਤਾਂ ਹੈ ਹੁਣ ਝੱਜੂ ਤਾਂ ਪਈ ਗਿਆ ਵੀ ਪੰਚਾਇਤਾਂ ਹੋਣਗੀਆਂ ਹੁਣ ਨਿਮੇੜ ਕੇ ਪਰੇ ਕਰਦੇ ਆ ਰੰਡੀ ਰੋਣਾ ਮੁੱਕੂ ਰੋਜ਼ਦਾ ਵਧੀਆ ਰਹੇਗੀ ਨਿਮੇੜ ਲੇਗੀ ਹੁਣ ਤਾਂ ਥੋੜਿਆ ਜਿਹਾ ਉਹ ਹੋਊਗਾ ਫਿਰ ਜ਼ਿਆਦਾ ਉਹ ਹੋਣਗੇ ਹਾਂ ਹਜੇ ਕੀ ਪਤਾ ਕਿੱਡਾ ਕੁ ਮੂੰਹ ਟੱਡਣਗੇ ਇਹ ਹਜੇ ਕੀ ਪਤਾ ਲਾਲਚਣਾ ਇਹ 12 ਤਾਲੀ ਇਹਦੀ ਭਰਜਾਈ ਜਿੰਨਾ ਇਹ ਮੂੰਹ ਟੱਡਣਗੇ ਉਹਨਾਂ ਥੋੜਾ ਦੇਣਾ ਆਪਾਂ ਆਪਦੇ ਹਿਸਾਬ ਨਾਲ ਦੇਖਾਂਗੇ ਚੱਲ ਕੋਈ ਨੀ ਪਰ ਇਹ ਤਾਂ ਖੇੜਾ ਛੜਾ ਲਾ ਨਾਲੇ ਤਾਂ ਮਾਮੇ ਨਾਲ ਗੱਲ ਕਰ ਲਈ ਆਪਣੇ ਨਾਲ ਹਾਂ ਕਰੂੰਗੀ ਨਾਲ ਤਾਂ ਉਹਨੂੰ ਸੱਦਾਂਗੇ ਆਪਾਂ ਤੇ ਨਾਲੇ ਇੱਥੋਂ 1-2 ਸਰਪੰਚ ਮੈਂਬਰ ਉਹਨਾਂ ਨੂੰ ਵੀ ਤਲਾਹ ਦੇ ਕੇ ਆਵਾਂਗੇ ਬਸ ਠੀਕ ਹੈ ਹਾਂ ਜਵਾਕ ਦਾ ਖੇੜਾ ਛੜਾਈਏ ਪਰੇ ਮੈਂ ਤਾਂ ਕਹਿੰਦੀ ਖੇੜਾ ਛੜਾ ਲਾ ਜਿੰਨਾ ਛੇਤੀ ਹੋ ਸਕਦਾ ਹਾਂ ਬਸ ਠੀਕ ਹੈ ਚੰਗਾ ਕਾਲੇ ਨੂੰ ਦੱਸ ਦੀ ਨਾਲੇ ਤੂੰ ਜਾ ਕੇ ਹਾਂ ਦੱਸਦੀ ਆ ਮੈਂ ਚੰਗਾ ਮੈਂ ਜਾਣੀ ਆ ਆਹੋ ਆਹੋ ਠੀਕ ਹੈ